ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਦੇਖ ਰਹੇ ਹੋ ਤੁਸੀਂ ਤੇ ਅੱਜ ਸਾਡੇ ਨਾਲ ਮੌਜੂਦ ਨੇ ਰੂਪੀ ਗਿੱਲ। ਰੂਪੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਮੀਨੀਆ ਤੇ। ਥੈਂਕ ਯੂ ਸੋ ਮੱਚ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਤੁਹਾਡਾ ਜਿਹੜਾ ਗਾਣਾ ਮੇਨਲੀ ਜਿਹੜਾ ਅੱਜ ਕੱਲ੍ਹ ਹਿੱਟ ਹੋਇਆ ਹੋਇਆ ਡਾਇਮੰਡ, ਉਹ ਤੋਂ ਬਾਅਦ ਤੇ ਆਈ ਥਿੰਕ ਇੰਨੇ ਲੋਕਾਂ ਨੇ ਤੁਹਾਨੂੰ ਪਸੰਦ ਕੀਤਾ, ਤੁਹਾਡਾ ਫੇਸ ਜਿਹੜਾ ਇੰਨਾ ਜਨਤਾ ਨੇ ਪਸੰਦ ਕੀਤਾ, ਤੇ ਉਸ ਤੋਂ ਬਾਅਦ ਤੁਹਾਨੂੰ ਇਹ ਫਿਲਮ ਤੁਹਾਡੀ ਪਹਿਲੀ ਜਿਹੜੀ ਆ, ਹੈ ਨਾ, ਕੁਛ ਹੀ ਗਾਣਿਆਂ ਬਾਅਦ ਤੁਹਾਨੂੰ ਮਿਲ ਗਈ। ਸੋ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ? ਮੈਂ ਓਨੈਸਟਲੀ ਦੱਸਾਂ, ਮੈਨੂੰ ਹਜੇ ਵੀ ਨਹੀਂ ਬਿਲੀਵ ਹੋ ਰਿਹਾ। ਲਾਈਕ ਮੈਂ ਤੇ ਵਨ ਆਫ ਅਵਰ ਟੀਮ ਮੈਂਬਰਸ ਆਕਾਸ਼ ਆਏ ਸੀ, ਅਸੀਂ ਇਕੱਠੇ ਆਏ ਹਾਂ, ਤੇ ਪਲੇਨ 'ਚ ਵੀ ਅਸੀਂ ਕਹਿੰਦੇ ਸੀ ਲਾਈਕ ਸੱਚੀ ਆਪਾਂ ਚੱਲੇ ਹਾਂ, ਐਂਡ ਦੈਨ ਈਵਨ ਵਨ ਵੀ ਲੈਂਡਡ ਵੀ ਲਾਈਕ ਇਹ ਸੱਚੀ ਇੰਡੀਆ ਆ, ਸੋ ਵੀ ਸਟਿਲ ਡੋਂਟ ਬਿਲੀਵ ਇਟ। ਇੰਨੇ ਐਕਸਾਈਟਡ ਹਾਂ ਅਸੀਂ, ਆਮ ਸੋ ਐਕਸਾਈਟਡ, ਐਂਡ ਮੈਂ ਟੂ ਬੀ ਓਨੈਸਟ ਬਹੁਤ ਲੱਕੀ ਫੀਲ ਕਰਦੀ ਹੈ ਕਿ ਪੰਜਾਬੀ ਇੰਡਸਟਰੀ ਦੇ ਮੈਨੂੰ ਕੋਈ ਪਾਰਟ ਸਮਝਿਆ ਜਾਂਦਾ ਆ, ਵੀ ਲਾਈਕ ਮੈਂ ਇੰਕਲੂਡਿਡ ਹਾਂ ਉਹਦੇ ਵਿੱਚ। ਸੋ ਤੁਸੀਂ ਐਕਟਿੰਗ ਸ਼ੁਰੂ ਤੋਂ ਹੀ ਕਰਨਾ ਚਾਹੁੰਦੇ ਸੀ ਕਿ ਤੁਹਾਡੇ ਦਿਮਾਗ 'ਚ ਸੀਗਾ ਕਦੇ ਕਿ ਐਕਟਿੰਗ ਕਰੋਗੇ? ਐਕਟਿੰਗ ਛੋਟੇ ਹੁੰਦੇ ਤਾਂ ਮੈਨੂੰ ਬਹੁਤ ਪਸੰਦ ਸੀ, ਲਾਈਕ ਡਰਾਮਾ ਜਿਹਾ ਕਰਨਾ, ਘਰੇ ਵੀ ਬਹੁਤ ਮੈਨੂੰ ਪਸੰਦ ਆ ਇੱਦਾਂ ਦੀ ਚੀਜ਼ਾਂ ਕਰਨਾ। ਸੋ ਆਈ ਥਿੰਕ ਸ਼ੁਰੂ ਤੋਂ ਸ਼ੌਂਕ ਸੀਗਾ ਵਿਦਆਊਟ ਨੋਇੰਗ ਇਟ, ਪਰ ਮੈਂ ਐਕਟਰ ਨਹੀਂ ਬਣਨਾ ਚਾਹੁੰਦੀ ਸੀ ਅਫੀਸ਼ਲੀ। ਤਾਂ ਮੈਂ ਲਾਈਕ ਹੋਰ ਪਾਸੇ ਮੈਂ ਐਕਚੁਲੀ ਪੁਲਿਸ ਆਫਿਸਰ ਬਣਨਾ ਚਾਹੁੰਦੀ ਸੀ, ਉਹਦੇ ਲਈ ਸਟੱਡੀ ਕਰਦੀ ਸੀ, ਅਤੇ ਮੈਂ ਉਹਦੀ ਸ਼ੌਂਕ ਨੂੰ ਸ਼ੌਂਕ ਦੇ ਤੌਰ 'ਤੇ ਕੀਤਾ ਸੀ, ਪਰ ਇਹ ਵਧੀਆ ਜਾ ਰਿਹਾ ਸੋ ਫਾਰ, ਟੱਚ ਵੁੱਡ। ਸੋ ਤੁਹਾਡੀ ਜਿਹੜੀ ਫਿਲਮ ਦੀ ਅਨਾਊਂਸਮੈਂਟ ਹੋਈ ਆ, ਵੱਡਾ ਕਲਾਕਾਰ, ਸੋ ਇਹਦੇ ਵਿੱਚ ਤੁਹਾਡਾ ਰੋਲ ਕੀ ਆ ਅਤੇ ਕਾਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ? ਇਹਦੇ ਵਿੱਚ ਐਕਚੁਲੀ ਮੈਂ ਜ਼ਿਆਦਾ ਨਹੀਂ ਦੱਸੂੰਗੀ, ਬਟ ਬਹੁਤ ਸਵੀਟ ਜੀ ਕੁੜੀ ਆ, ਇਨਸੈਂਸ ਬਹੁਤ ਆ ਉਹਦੇ ਵਿੱਚ, ਸ਼ੀ ਇਜ਼ ਲਾਈਕ ਦ ਗਰਲ ਨੈਕਸਟ ਡੋਰ, ਬਹੁਤ ਰਿਲੇਟੇਬਲ ਵੀ ਆ, ਲਾਈਕ ਇਟਸ ਕਾਈਂਡ ਆਫ ਲਾਈਕ ਮੇਰੇ ਵਾਂਗੂ ਆ, ਬਟ ਯਾ। ਸੋ ਐਕਚੁਲੀ ਆਈ ਵੁੱਡ ਸੇ ਮੈਂ ਕੁਛ ਐਕਟਿੰਗ ਜ਼ਿਆਦਾ ਨਹੀਂ ਕਰਨੀ, ਜਿੱਦਾਂ ਸਾਡੇ ਡਾਇਰੈਕਟਰ ਨੇ ਕਿਹਾ ਸੀ ਡੋਂਟ ਐਕਟ, ਜਸਟ ਬੀ ਯੋਰਸੈਲਫ। ਸੋ ਆਈ ਵੁੱਡ ਸੇ ਸ਼ੀ ਇਜ਼ ਵੈਰੀ, ਸ਼ੀ ਹੈਜ਼ ਅ ਲੋਟ ਆਫ ਇਨਸੈਂਸ, ਸ਼ੀ ਇਜ਼ ਸਵੀਟ, ਸ਼ੀ ਇਜ਼ ਜਸਟ ਵੈਰੀ ਰਿਲੇਟੇਬਲ, ਜਿੱਦਾਂ ਜਸਟ ਅ ਨੋਰਮਲ ਕੁੜੀ ਹੋਊਗੀ। ਸੋ ਰੂਪੀ, ਤੁਸੀਂ ਇੰਨੇ ਅੱਜ ਕੱਲ੍ਹ ਛਾਏ ਹੋਏ ਹੋ ਹਰ ਥਾਂ 'ਤੇ, ਆਈ ਐਮ ਸ਼ੋਰ ਹਰ ਕੋਈ ਬੰਦਾ ਤੁਹਾਨੂੰ ਤੁਹਾਡੇ ਬਾਰੇ ਜਾਣਨਾ ਚਾਹੁੰਦਾ, ਸੋ ਆਪਣੇ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ। ਓਕੇ, ਸੋ ਮੇਰਾ ਫੁੱਲ ਨੇਮ ਦੱਸਾਂ, ਫੁੱਲ ਨੇਮ ਮੇਰਾ ਹੈਗਾ ਰੁਪਿੰਦਰ ਕੌਰ ਗਿੱਲ। ਮੈਂ ਕੈਨੇਡਾ ਦੇ ਵਿੱਚ ਬੋਰਨ ਹੋਈ ਹਾਂ ਜੁਲਾਈ 28 ਨੂੰ, ਅਤੇ ਇੰਨੀ ਡੀਟੇਲ 'ਚ ਨਹੀਂ ਜਾਣਾ ਸੀ ਨਾ, ਨਹੀਂ ਜਾ ਸਕਦੇ। ਓਕੇ, ਸੋ ਜੁਲਾਈ 28 ਨੂੰ, ਐਂਡ ਮੈਂ ਉੱਥੇ ਬੋਰਨ ਹੋਈ ਹਾਂ। ਮੈਂ ਇੰਡੀਆ 5 ਸਾਲ ਰਹੀ ਹਾਂ ਛੋਟੀ ਹੁੰਦੀ ਵਿਦ ਮਾਈ ਗ੍ਰੈਂਡ ਪੇਰੈਂਟਸ, ਤਾਂ ਕਰਕੇ ਮੈਨੂੰ ਪੰਜਾਬੀ ਕਲਚਰ ਬਾਰੇ, ਮੇਰੀ ਪੰਜਾਬੀ ਵੀ ਐਕਚੁਲੀ ਤਾਂ ਇਸ ਕਰਕੇ ਵਧੀਆ ਆ। ਸੋ ਮੋਸਟਲੀ ਮੈਂ ਹੁਣ ਨਹੀਂ ਜ਼ਿਆਦਾ ਚਿਰ ਕੈਨੇਡਾ ਵਿੱਚ ਹੀ ਹਾਂ, ਉੱਥੇ ਅਸੀਂ ਜਾਂ ਕੋਈ ਵੀ ਮਿਊਜ਼ਿਕ ਵੀਡੀਓ ਹੋਵੇ ਅਸੀਂ ਉੱਥੇ ਸ਼ੂਟ ਕਰਦੇ ਹੁੰਦੇ ਹਾਂ, ਸੁਖਣੀ ਐਂਡ ਹਿਸ ਹੋਲ ਥੀਮ, ਅਤੇ ਆਈ ਐਮ ਯੂਜ਼ਲੀ ਵਿਦ ਦਮ। ਸੋ ਯਾ, ਦੈਟਸ ਦੈਟਸ। ਸੋ ਤੁਸੀਂ ਸੁੱਖ ਸੰਗੇੜਾ ਨਾਲ ਕਾਫੀ ਗਾਣੇ ਕੀਤੇ ਆ, ਸੋ ਤੁਹਾਡੇ ਉਹਨਾਂ ਨਾਲ ਰਿਲੇਸ਼ਨਸ ਕਿੱਦਾਂ ਦੇ ਆ? ਮੀ ਐਂਡ ਸੁੱਖ, ਆਈ ਵੁੱਡ ਸੇ ਅਸੀਂ ਬੈਸਟ ਫਰੈਂਡਸ ਵੀ ਆ, ਅਤੇ ਅਸੀਂ ਲਾਈਕ ਬ੍ਰਦਰ ਐਂਡ ਸਿਸਟਰ ਬੈਸਟ ਫਰੈਂਡਸ ਟਾਈਪ ਆਫ ਇੱਦਾਂ ਆ, ਲਾਈਕ ਸਾਡੀ ਪੂਰੀ ਟੀਮ ਇੱਕ ਲਾਈਕ ਫੈਮਲੀ ਆ, ਲਾਈਕ ਤੁਸੀਂ ਬਿਲੀਵ ਨਹੀਂ ਕਰੋਗੇ ਜਦੋਂ ਅਸੀਂ ਇਕੱਠੇ ਹੁੰਦੇ ਇੱਦਾਂ ਨਹੀਂ ਲੱਗਦਾ ਅਸੀਂ ਕੰਮ ਕਰਦੇ ਹਾਂ, ਅਸੀਂ 24/7 ਜੋ ਦੀ ਸਨੈਪਚੈਟਸ ਵੀ ਤੁਸੀਂ ਦੇਖੋ, ਅਸੀਂ ਲਾਈਕ ਆਲ ਦ ਟਾਈਮ ਸਾਡਾ ਇੱਦਾਂ ਹੁੰਦਾ ਵੀ ਇਹ ਕਰਦੇ ਕੀ ਆ, ਵੀਡੀਓ ਕਿੱਦਾਂ ਬਣਾ ਲੈਂਦੇ, ਅਸੀਂ ਇੰਨਾ ਫਨ ਕਰਦੇ ਹਾਂ। ਸੋ ਮੀ ਐਂਡ ਹਿਮ, ਹੀ ਲੁੱਕਸ ਆਊਟ ਫੋਰ ਮੀ, ਉਹ ਮੇਰੇ ਹਮੇਸ਼ਾ ਕੋਈ ਵੀ ਲਾਈਕ ਕੁਛ ਵੀ ਮੈਨੂੰ ਪ੍ਰੋਬਲਮ ਹੋਵੇ, ਹੀ ਆਲਵੇਜ਼ ਫਿਕਸ ਇਟ, ਹੀ ਆਲਵੇਜ਼ ਸੇ ਰੂਪੀ ਇੱਦਾਂ ਕਰ, ਇੱਦਾਂ ਨਹੀਂ ਕਰਨਾ। ਸੋ ਹੀ ਪ੍ਰੀਟੀ ਮੱਚ ਮੈਂਟਰ ਵੀ ਆ, ਮੈਂਟਰ, ਬ੍ਰਦਰ ਅਤੇ ਬੈਸਟ ਫਰੈਂਡ। ਤੁਹਾਡਾ ਜਿਹੜਾ ਗਾਣਾ ਆ ਡਾਇਮੰਡ, ਉਹਦੇ ਆਈ ਥਿੰਕ ਹੁਣ ਵੀਡੀਓ ਦੇਖਦੇ ਹੋਏ ਵੀ ਉਹਨੂੰ 100 ਮਿਲੀਅਨ ਹਿੱਟ ਹੋਣ ਵਾਲੇ ਆ, ਸੋ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਵਾਸਤੇ ਮੈਨੂੰ ਸੀਰੀਅਸਲੀ ਇੰਨੀ ਉਮੀਦ ਨਹੀਂ ਸੀ ਵੀ ਇੰਨਾ ਜ਼ਿਆਦਾ ਹਿੱਟ ਹੋਊਗਾ, ਪਰ ਤੁਸੀਂ ਇੰਨਾ ਪਿਆਰ ਦਿੱਤਾ ਆ ਉਹਦੇ ਲਈ, ਮੈਂ ਦੱਸ ਨਹੀਂ ਸਕਦੀ ਵੀ ਮੈਂ ਕਿੰਨੀ ਸ਼ੁਕਰ ਲਾਈਕ ਸ਼ੁਕਰਗੁਜ਼ਾਰ ਆ, ਅਤੇ ਨੋ ਬਹੁਤ 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 ਥੈਂਕ ਯੂ, ਤੁਸੀਂ ਇੰਨਾ ਪਸੰਦ ਕੀਤਾ, ਤੁਸੀਂ ਵੀ ਮੈਨੂੰ ਦੱਸ ਰਹੇ ਸੀ ਵੀ ਯੂ ਲਵ ਇਟ ਟੂ, ਸੋ ਯਾ, ਨੋ ਥੈਂਕ ਯੂ। ਅਤੇ ਤੁਹਾਡੇ ਨਾਲ ਅਸੀਂ ਇੱਕ ਛੋਟੀ ਜਿਹੀ ਗੇਮ ਖੇਡਾਂਗੇ ਜਿਹਦਾ ਨਾਮ ਹੈ ਰੈਪਿਡ ਫਾਇਰ। ਓਕੇ, ਸੋ ਉਹੀ ਜੋ ਮੈਂ ਕਹਿ ਰਹੀ ਹਾਂ ਕਿ ਅਸੀਂ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਹਾਂ, ਸੋ ਤੁਹਾਨੂੰ ਰੈਪਿਡ ਫਾਇਰ ਪਤਾ ਹੋਊਗਾ, ਮੈਂ ਤੁਹਾਨੂੰ ਕੁਐਸਚਨ ਪੁੱਛੂੰਗੀ ਅਤੇ ਤੁਹਾਨੂੰ ਜਵਾਬ ਦੇਣੇ ਹੋਣਗੇ। ਓਕੇ, ਕੋਈ ਐਸਾ ਐਕਟਰ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕਰਨਾ ਚਾਹੋਗੇ? ਕਿਪੀ ਗਰਵਾਲ। ਇੱਕ ਕੋਈ ਐਕਟਰ ਜਾਂ ਸਿੰਗਰ ਜਿਹਦੇ ਨਾਲ ਤੁਸੀਂ ਡੇਟ 'ਤੇ ਜਾਣਾ ਚਾਹੋਗੇ? ਡੇਟ 'ਤੇ ਕਿੰਨੇ ਨਾਮ ਹੁੰਦੇ ਆ ਕਿ ਗੁਰਨਾਮ ਨਾਲ, ਜਸਟ ਬਿਕਾਜ਼, ਵੇਟ ਕਰੋ, ਜਸਟ ਬਿਕਾਜ਼ ਸਾਰਿਆਂ ਨੇ ਇੰਨੀ ਜੋੜੀ ਸਾਡੀ ਲਾਈਕ ਕੀਤੀ ਆ, ਅਤੇ ਮੈਂ ਲਾਈਕ ਕਰੂੰਗੀ ਟ੍ਰਿਕ ਕਰਨ ਨੂੰ, ਸਾਰਿਆਂ ਨੂੰ ਵੀ ਉਹ ਕਹਿਣਗੇ ਉਹ ਅੱਛਾ ਰੀਅਲ ਲਾਈਫ 'ਚ ਵੀ ਇਹ ਕਪਲ ਆ। ਓਕੇ, ਤੁਹਾਡੀ ਫੇਵਰੇਟ ਡਿਸ਼ ਕਿਹੜੀ ਆ? ਮੇਰੀ ਫੇਵਰੇਟ ਡਿਸ਼ ਸ਼ਾਹੀ ਪਨੀਰ। ਤੁਹਾਡਾ ਸਨਸਾਈਨ ਕੀ ਆ? ਲੀਓ, ਲੀਓ ਹੋਇਆ।
ਤੁਹਾਡਾ ਫੇਵਰੇਟ ਮਿਊਜ਼ਿਕ ਕੀ ਆ? ਮੇਰਾ ਫੇਵਰੇਟ ਮਿਊਜ਼ਿਕ ਪੰਜਾਬੀ ਮਿਊਜ਼ਿਕ, ਮੈਂ 24/7 ਮੇਰੀ ਗੱਡੀ ਦੇ ਵਿੱਚ, ਮੇਰੇ ਫੋਨ ਦੇ ਵਿੱਚ ਐਵਰੀ ਸਿੰਗਲ ਥਿੰਗ ਇਜ਼ ਪੰਜਾਬੀ ਮਿਊਜ਼ਿਕ, ਮੈਨੂੰ ਹੋਰ ਕੋਈ ਮਿਊਜ਼ਿਕ ਬਾਰੇ ਕੁਛ ਨਹੀਂ ਪਤਾ ਹੈਗਾ। ਅਤੇ ਦੋ ਗਾਣੇ ਜਿਹੜੇ ਤੁਹਾਡੇ ਇਸ ਵੇਲੇ ਲਿਸਟ ਦੇ ਵਿੱਚ ਰਿਪੀਟ 'ਤੇ ਚੱਲ ਰਹੇ? ਓਕੇ, ਇੱਕ ਚਿੜੀ ਬਲੌਰੀ ਜਿਹੜਾ ਲੌਂਗ ਲੈਚੀ 'ਚੋਂ ਆ, ਐਂਡ ਆਉਂਦੇ ਹੋਏ ਪਲੇਨ 'ਚ ਅਸੀਂ ਵੰਜਲੀ ਵਜਾ ਸੁਣਿਆ ਆ ਅੰਗਰੇਜ਼ ਵਾਲਾ ਗਾਣਾ, ਉਹ ਮੈਨੂੰ ਬਹੁਤ ਬਹੁਤ ਵਧੀਆ ਲੱਗਦਾ ਆ। ਤੁਹਾਡੀ ਕੰਫਰਟ ਲੁੱਕ ਕੀ ਆ? ਕੰਫਰਟ ਲੁੱਕ ਸਵੈਟ ਪੈਂਟਸ, ਜਿਹੜੇ ਵੀ ਸਾਰੇ ਮੈਨੂੰ ਜਾਣਦੇ ਆ, ਸਵੈਟ ਪੈਂਟਸ, ਸਲਿੱਪਰਸ ਅਤੇ ਇੱਕ ਚੱਗਾ, ਦੈਟਸ ਇਟ। ਮੇਰੀ ਹੋਬੀਜ਼ ਆ ਖਾਣਾ ਹੋਬੀਜ਼ ਹੁੰਦੀ ਆ, ਖਾਣਾ, ਡਾਂਸਿੰਗ ਕਰਨੀ ਅਤੇ ਐਕਟਿੰਗ ਵੀ ਇੱਕ ਤਰ੍ਹਾਂ ਦੀ ਹੋਬੀ ਹੋਈ ਆ, ਰਾਈਟ, ਐਂਡ ਸੋਹਣਾ। ਤੁਹਾਡਾ ਫੇਵਰੇਟ ਕਲਰ ਕਿਹੜਾ? ਮੇਰਾ ਫੇਵਰੇਟ ਕਲਰ ਇਜ਼ ਬਲੈਕ ਕੱਪੜਿਆਂ ਵਾਈਜ਼ ਅਤੇ ਬਲੂ ਉੱਦਾਂ, ਲਾਈਕ ਸਕਾਈ ਬਲੂ। ਓਕੇ, ਅਤੇ ਤੁਹਾਡਾ ਫੇਵਰੇਟ ਡਿਜ਼ਾਈਨਰ ਕੌਣ? ਮੇਰੇ ਕੋਲ ਫੇਵਰੇਟ ਡਿਜ਼ਾਈਨਰ ਨਹੀਂ ਹੈਗਾ, ਨਹੀਂ, ਲਾਈਕ ਕੁਛ ਵੀ ਕੁਛ, ਐਕਚੁਲੀ ਐਜ਼ ਆਫ ਨਾਓ ਨੂਰ ਆ ਮੇਰੀ ਫੇਵਰੇਟ ਡਿਜ਼ਾਈਨਰ। ਤੁਹਾਡਾ ਫੇਵਰੇਟ ਵਕੇਸ਼ਨ ਸਪੋਟ ਕੀ ਆ? ਫੇਵਰੇਟ ਵਕੇਸ਼ਨ ਸਪੋਟ ਇੰਡੀਆ, ਇੰਡੀਆ 100%, ਕੋਈ ਵੀ ਜਗ੍ਹਾ ਨਹੀਂ ਇੰਡੀਆ। ਸੋ ਹੁਣ ਇਸ ਤੋਂ ਬਾਅਦ ਅਸੀਂ ਰੂਪੀ ਨੂੰ ਮੋਰ ਐਜ਼ ਅ ਮਾਡਲ ਦੇਖ ਰਹੇ ਹਾਂ ਅੱਗੇ ਜਾਂ ਐਜ਼ ਐਨ ਐਕਟਰ? I would say is movie to baad I don't know ki hoga cha kidda jana hai sara kuch, but I would say dono hi expect karo, I would say that's a very safe answer, dono hi tusi expect kare ho। So main to dekh rahi hu tusi makeup bahut fresh te sona kita hoya, tusi aap kita hai ya kisi hor to kya? main sunu honest answer dasa, main assi flight to utre chandigarh pahunche, makeup 5 minutes de vich kita, noor nu mile, noor was like wear this and aage, so yeah main aap hi kita aaya woh bhi 5 minutes de vich। ਵੈਲ ਰੂਪੀ, ਥੈਂਕ ਯੂ ਪੰਜਾਬੀ ਮੇਨੀਆ 'ਤੇ ਆਉਣ ਲਈ, ਅਤੇ ਤੁਹਾਡੀ ਜਿਹੜੀ ਫਿਲਮ ਆ ਰਹੀ ਆ ਵੱਡਾ ਕਲਾਕਾਰ ਬਹੁਤ ਹਿੱਟ ਹੋਵੇ, ਜਿਵੇਂ ਤੁਸੀਂ ਅੱਗੇ ਪਸੰਦ ਆਏ ਹੋ ਸਾਡੇ ਅੱਗੇ ਵੀ ਆਮ ਸ਼ੋਰ ਪਸੰਦ ਆਉਂਗੇ। ਤਰੱਕੀਆਂ ਕਰੋ ਤੁਸੀਂ ਬਹੁਤ ਜ਼ਿਆਦਾ, ਆਲ ਦ ਬੈਸਟ। ਅਤੇ ਸਾਡੇ ਪੰਜਾਬੀ ਮੇਨੀਆ ਦੇਖ ਰਹੇ ਵਿਊਰਸ ਨੂੰ ਤੁਸੀਂ ਅੰਤ ਵਿੱਚ ਕੀ ਕਹਿਣਾ ਚਾਹੋਗੇ? ਆਈ ਜਸਟ ਵਾਂਟ ਟੂ ਸੇ ਕਿ ਥੈਂਕ ਯੂ ਸੋ ਮੱਚ, ਤੁਸੀਂ ਇੰਨੀ ਸਪੋਰਟ ਦਿੱਤੀ ਆ, ਮੈਂ ਦਿਲੋਂ, ਲਾਈਕ ਆਈ ਨੋ ਸਾਰੇ ਮੈਂ ਕਹਿੰਦੇ ਹੁੰਦੇ ਆ ਵੀ ਮੈਂ ਥੈਂਕ ਯੂ, ਪਰ ਮੈਂ ਦਿਲੋਂ ਕਹਿਣਾ ਚਾਹੁੰਦੀ ਹਾਂ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਮੈਨੂੰ ਪਿਆਰ ਦਿੱਤਾ ਆ, ਥੈਂਕ ਯੂ। ਥੈਂਕ ਯੂ ਰੂਪੀ ਪੰਜਾਬੀ ਮੇਨੀਆ 'ਤੇ ਆਉਣ ਲਈ। ਸੋ ਮੈਂ ਯਾਸਮਨ ਕੌਰ ਪੰਜਾਬੀ ਮੇਨੀਆ ਤੋਂ ਤੁਹਾਡੇ ਤੋਂ ਵਿਦਾ ਲੈਂਦੀ ਹਾਂ, ਅਤੇ ਆਪਾਂ ਛੇਤੀ ਮਿਲਾਂਗੇ ਇੱਥੇ ਇੱਕ ਨਵੇਂ ਸਿਤਾਰੇ ਦੇ ਨਾਲ। ਸਤਿ ਸ਼੍ਰੀ ਅਕਾਲ। ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੇਨੀਆ, ਅਤੇ ਆਪਣੇ ਫੋਨ 'ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈੱਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਮੇਨੀਆ, ਅਤੇ ਤੁਹਾਡੀ ਮੁਲਾਕਾਤ ਕਰਨ ਲੱਗੇ ਗੁਰਸ਼ਬਦ ਭਾਜੀ ਨਾਲ, ਜੋ ਕਿ ਗੋਲਕ ਬੁਗਨੀ ਬੈਂਕ ਅਤੇ ਬਟੂਆ ਮੂਵੀ ਵਿੱਚ ਡੈਬਿਊ ਕਰ ਰਹੇ ਨੇ ਐਜ਼ ਐਨ ਐਕਟਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਮੂਵੀ ਲਈ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਭਾਜੀ, ਇਸ ਮੂਵੀ 'ਚ ਆਪਦੇ ਕਿਰਦਾਰ ਬਾਰੇ ਥੋੜ੍ਹਾ ਚਾਨਣਾ ਪਾਓ। ਚਾਨਣਾ ਆ ਜੀ ਕਿ ਮੈਂ ਵਿੱਚ ਦੋਧੀ ਦਾ ਕਿਰਦਾਰ ਨਿਭਾ ਰਿਹਾ ਫਿਲਮ ਦੇ ਵਿੱਚ, ਦੋਧੀ ਜਿਹੜਾ ਕਿ ਮੁਹੱਲੇ ਦੇ ਵਿੱਚ ਦੁੱਧ ਪਾਉਣ ਆਉਂਦਾ ਆ, ਅਤੇ ਕਿਸ ਤਰ੍ਹਾਂ ਉਹਦਾ ਰਿਲੇਸ਼ਨ ਹੈ ਸਾਰੇ ਨਾਲ ਮੁਹੱਲੇ ਦੇ ਨਾਲ, ਕਿਸ ਤਰ੍ਹਾਂ ਉਹਨੂੰ ਹਮੇਸ਼ਾ ਟੈਨਸ਼ਨ ਰਹਿੰਦੀ ਆ ਕਿ ਉਹਨੂੰ ਦੁੱਧ ਪਹੁੰਚ ਜਾਣਾ, ਜਸਟ ਇੰਨੀ ਕੁ ਗੱਲਬਾਤ ਜੀ ਆ ਕਿ ਬਿਕੋਜ਼ ਮੂਵੀ ਕੋਮੇਡੀ ਆ ਅਤੇ ਸੀਰੀਅਸ ਵੀ ਆ। ਸੀਰੀਅਸ ਬੇਸਿਕਲੀ ਹੈ ਕਿ ਸੀਰੀਅਸ ਕੋਨਸੈਪਟ ਆ ਕਿ ਪੈਸੇ ਨਾਲ ਹਮੇਸ਼ਾ ਰਿਸ਼ਤੇ ਨਹੀਂ ਨਿਭਦੇ, ਪਰ ਆਲ ਓਵਰ ਸਾਰੀ ਐਂਟਰਟੇਨਿੰਗ ਫਿਲਮ ਆ, ਬਹੁਤ ਵਧੀਆ ਫਿਲਮ ਬਣੀ ਆ, ਮੈਂ ਆਪ ਵੇਖੀ ਆ, ਬਹੁਤ ਸੋਹਣੀ ਫਿਲਮ। ਠੀਕ ਹੈ ਭਾਅ ਜੀ, ਤੁਸੀਂ ਸਾਨੂੰ ਇਹ ਦੱਸੋ ਤੁਹਾਡੇ ਕੋਲ ਇਹ ਕਰੈਕਟਰ ਆਇਆ ਕਿੱਦਾਂ, ਵੀ ਇਸ ਸਟੋਰੀ ਕਿ ਇਸ ਕਰੈਕਟਰ ਨੂੰ ਲੈਣ ਪਿੱਛੇ ਕਿ ਤੁਸੀਂ ਪਹਿਲੇ ਤੋਂ ਹੀ ਸੋਚਿਆ ਹੋਇਆ ਸੀਗਾ ਕਿ ਵੀ ਇਹ ਕਰੈਕਟਰ ਮੈਂ ਇੱਦਾਂ ਦਾ ਕਰੈਕਟਰ ਜੇ ਮੇਰੇ ਕੋਲ ਆਇਆ ਮੈਂ ਤਾਂ ਅਪਣਾਊਂਗਾ, ਨਾ ਤਾਂ ਮੈਂ ਕਰੈਕਟਰ ਨਹੀਂ ਬਣਾਉਣਾ, ਕਿ ਇਹ ਰਿਦਮ ਬੋਇਜ਼ ਵਾਲਿਆਂ ਨੇ ਤੁਹਾਡੇ ਕੋਲ ਆਏ ਅਤੇ ਉਹਨਾਂ ਨੇ ਗੱਲ ਕੀਤੀ ਤੁਹਾਨੂੰ ਚੰਗਾ ਲੱਗਾ? ਨਹੀਂ, ਐਕਚੁਲੀ ਸਾਡੀ ਟੀਮ ਹੈ ਰਿਦਮ ਬੋਇਜ਼। ਹਾਂਜੀ, ਅਸੀਂ ਮੈਂ ਸ਼ੁਰੂ ਤੋਂ ਹੀ ਕੰਮ ਕਰਦੇ ਇਕੱਠੇ, ਗਾਣੇ ਮੇਰੇ ਪਹਿਲਾਂ ਰਿਦਮ ਬੋਇਜ਼ ਤੋਂ ਹੀ ਹੁੰਦੇ, ਉਹ ਸੈੱਟ ਦੇ ਉੱਤੇ ਅਸੀਂ ਗਾਣਿਆਂ ਦੀ ਮੀਟਿੰਗ ਹੋ ਰਹੀ ਸੀ, ਗਾਣੇ ਸਿਲੈਕਟ ਕੀਤੇ ਜਾ ਰਹੇ ਸੀ, ਅਤੇ ਮੈਂ ਉੱਥੇ ਫਿਰ ਅਮਰਿੰਦਰ ਭਾਅ ਜੀ ਖਲੋਤੇ ਸੀ, ਅਤੇ ਉਹ ਗੱਲ ਚੱਲ ਰਹੀ ਸੀ ਕਿ ਦੋਧੀ ਦਾ ਕਰੈਕਟਰ ਆ ਕੋਈ, ਤਾਂ ਮੈਨੂੰ ਉਹਨਾਂ ਨੇ ਵੈਸੇ ਹਾਸੇ ਨਾਲ ਕਿਹਾ ਯਾਰ ਤੂੰ ਦੋਧੀ ਜਿਹਾ ਲੱਗਦਾ ਤੂੰ ਕਰ ਲਾ, ਮਤਲਬ ਇਹਦੀ ਕੋਈ ਉਹ ਨਹੀਂ ਸੀ ਕਿ ਮੇਰੇ ਕੋਲ ਆਏ ਜਾਂ ਉਹਦਾ ਕੁਛ ਨਹੀਂ ਸੀਗਾ, ਜਸਟ ਮੈਂ ਉੱਥੇ ਸੀਗਾ, ਮੇਰੀ ਉਹਨਾਂ ਨੇ ਕਿਹਾ ਕਿ ਤੂੰ ਕਰ ਲਾ, ਵਧੀਆ ਲੱਗ ਰਿਹਾ, ਮੈਨੂੰ ਵੀ ਸਹੀ ਲੱਗਾ ਕਰੈਕਟਰ ਯਾਰ ਕਿ ਸੋਹਣਾ। ਬੇਸਿਕਲੀ ਕਰੈਕਟਰ ਵੱਡਾ ਛੋਟਾ ਨਹੀਂ ਹੁੰਦਾ, ਕਰੈਕਟਰ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਨੂੰ ਸੂਟ ਕਰਦਾ ਬੇਸਿਕਲੀ, ਅਤੇ ਉਹ ਤੁਸੀਂ ਕਰ ਸਕਦੇ ਹੋ ਭਾਵੇਂ ਛੋਟਾ ਵੱਟਾ ਕੁਛ ਨਹੀਂ ਹੁੰਦਾ, ਅਤੇ ਇੱਦਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਕਰ ਲਾ, ਵਧੀਆ ਲੱਗ ਰਿਹਾ ਤੇਰੇ 'ਚ, ਮੈਨੂੰ ਓਪਰਚੁਨਿਟੀ ਮਿਲੀ, ਮੈਂ ਕਿਹਾ ਚਲੋ ਕਰਦੇ ਹਾਂ, ਕਰਕੇ ਵੇਖਦੇ ਹਾਂ। ਕਿਆ ਬਾਤ ਆ ਭਾਅ ਜੀ। ਭਾਅ ਜੀ, ਹੁਣ ਗੱਲ ਕਰੀਏ ਐਜ਼ ਐਨ ਐਕਟਰ, ਤੁਸੀਂ ਪਹਿਲੇ ਇੱਕ ਇਸਟੈਬਲਿਸ਼ ਸਿੰਗਰ ਹੋ, ਤੁਸੀਂ ਪਲੇਬੈਕ ਵੀ ਬਹੁਤ ਵਧੀਆ ਮੂਵੀ ਸਰਵਨ ਵਗੈਰਾ ਮੂਵੀਜ਼ ਵਿੱਚ ਕਰ ਚੁੱਕੇ ਹੋ। ਭਾਅ ਜੀ, ਤੁਸੀਂ ਪਹਿਲੇ ਬਚਪਨ ਤੋਂ ਸੋਚਿਆ ਸੀਗਾ ਕਿ ਵੀ ਜੇ ਮੈਂ ਗਾਣਿਆਂ ਵਿੱਚ ਆਇਆ ਤਾਂ ਫਿਰ ਮੈਂ ਅੱਗੇ ਮੂਵੀਜ਼ ਵਿੱਚ ਵੀ ਆਊਂਗਾ ਐਜ਼ ਐਨ ਐਕਟਰ?
ਮੈਂ ਸ਼ੁਰੂ ਤੋਂ ਥੀਏਟਰ ਕਰਦਾ ਰਿਹਾ, ਪਹਿਲਾਂ ਮੈਂ ਥੀਏਟਰ ਕਰਦਾ ਸੀ। ਅੱਛਾ ਜੀ। ਕਾਲਜ ਯੂਥ ਫੈਸਟੀਵਲ ਦੇ ਵਿੱਚ ਥੀਏਟਰ ਕਰਦਾ ਸੀ, ਫਿਰ ਮਿਊਜ਼ਿਕ ਦੀ ਐਮ ਏ ਕੀਤੀ, ਫਿਰ ਥੀਏਟਰ ਕੀਤਾ। ਸੋ ਸ਼ੁਰੂ ਤੋਂ ਸੀਗੀ ਇਸ ਚੀਜ਼, ਕਿਉਂਕਿ ਹਰ ਚੀਜ਼ ਆਰਟ ਨਾਲ ਜੁੜੀ ਹੋਈ ਆ, ਇਹਦੇ ਵਿੱਚ ਕੁਛ ਨਹੀਂ ਇੱਦਾਂ ਦਾ ਕਿ ਮੈਂ ਪਲੇਬੈਕ ਸਿੰਗਿੰਗ 'ਚ ਆਉਣ ਦਾ, ਮੇਰਾ ਮਤਲਬ ਇਹੋ ਸੀ ਕਿ ਮੈਂ ਫਿਲਮਾਂ ਦੇ ਵਿੱਚ ਕੰਮ ਕਰਨਾ ਚਾਹੁੰਦਾ। ਸੋ ਤਾਂ ਕਰਕੇ ਮੈਨੂੰ ਸ਼ੁਰੂ ਤੋਂ ਸੀਗਾ ਕਿ ਯਾਰ ਕਰਾਂਗੇ, ਤਾਂ ਕਰਕੇ ਆ ਗਏ ਫਿਰ। ਭਾਅ ਜੀ, ਹਰ ਇੱਕ ਬੰਦੇ ਦੇ ਅੱਗੇ ਵਧਣ ਦੇ ਪਿੱਛੇ ਘਰਦਿਆਂ ਦਾ ਜਾਂ ਕਿਸੇ ਦਾ ਸਾਥ ਹੁੰਦਾ, ਤੁਹਾਡੇ ਪਿੱਛੇ ਕਿਹਦਾ ਸਾਥ? ਮੇਰੇ ਪਿੱਛੇ ਉਹਨਾਂ ਸਾਰਿਆਂ ਲੋਕਾਂ ਦਾ ਸਾਥ ਆ ਜਿਹੜੇ ਮੇਰੇ ਨਾਲ ਇਸ ਸਫ਼ਰ 'ਚ ਰਹੇ ਆ। ਹਰ ਬੰਦਾ ਤੁਹਾਨੂੰ, ਹਰ ਬੰਦਾ ਹੀ ਤੁਹਾਨੂੰ ਸਪੋਰਟ ਕਰਦਾ ਵਾ। ਈਵਨ ਰਿਦਮ ਬੋਇਜ਼ ਸਾਡੀ ਜਿਹੜੀ, ਮਤਲਬ ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤਾ। ਕਿ ਬਾਕੀ ਫੈਮਿਲੀ ਦੀ ਸਪੋਰਟ ਬਹੁਤ ਆ, ਯਾਰਾਂ ਦੋਸਤਾਂ ਦੀ ਸਪੋਰਟ ਬਹੁਤ ਆ, ਹਰ ਬੰਦੇ ਜਿਹੜਾ ਇਸ ਸਫ਼ਰ 'ਚ ਮਿਲਿਆ ਉਹਨੇ ਸਪੋਰਟ ਕੀਤਾ ਮੈਨੂੰ। ਭਾਅ ਜੀ, ਇੱਕ ਨਵੇਂ ਐਕਟਰ ਨੂੰ ਜਾਂ ਨਵੇਂ ਸਿੰਗਰ ਨੂੰ ਆਉਣ ਲਈ, ਅੱਗੇ ਆਉਣ ਲਈ ਬਹੁਤ ਜ਼ਿਆਦਾ ਮੁਸ਼ਕਿਲਾਵਾਂ ਫੇਸ ਕਰਨੀਆਂ ਪੈਂਦੀਆਂ, ਤੁਸੀਂ ਕਿੱਦਾਂ ਦੀਆਂ ਮੁਸ਼ਕਿਲਾਵਾਂ ਫੇਸ ਕੀਤੀਆਂ ਆਪਣੇ ਕਰੀਅਰ ਦੇ ਦੌਰਾਨ? ਮੁਸ਼ਕਿਲ ਬੇਸਿਕਲੀ ਮੈਨੂੰ ਇਹ ਲੱਗਦਾ ਹੁੰਦਾ ਕਿ ਮਿਹਨਤ ਕਰਦੇ, ਜਦੋਂ ਆਪਾਂ ਮਿਹਨਤ ਕਰਦੇ ਨਾ, ਕਈ ਮੁਸ਼ਕਿਲਾਂ ਲੱਗਦੀਆਂ ਨਹੀਂ ਕਿ ਮੁਸ਼ਕਿਲਾਂ ਨੇ। ਸੋ ਮਿਹਨਤ ਅਜੇ ਵੀ ਕਰ ਰਹੇ ਹਾਂ, ਮੈਨੂੰ ਮੁਸ਼ਕਿਲਾਂ ਬਹੁਤੀਆਂ ਲੱਗੀਆਂ ਨਹੀਂ। ਮੁਸ਼ਕਿਲ ਜਦੋਂ ਹੁੰਦੀ ਸੀ ਉਦੋਂ ਰੱਬ ਦਾ ਨਾਂ ਲੈ ਲਈਦਾ ਸੀ, ਠੀਕ ਹੈ ਜੀ, ਹਿੰਮਤ ਰੱਖੀ ਦੀ ਸੀ। ਉਹ ਹੁੰਦਾ ਨਾ, ਕਹਿੰਦਾ ਇੱਕ ਸ਼ੇਅਰ ਆ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ। ਹਾਂਜੀ, ਹੈ ਨਾ। ਸੋ ਜੇ ਆਪਾਂ ਉਹਨਾਂ ਨਾਲ ਕਰਦੇ ਰਹਾਂਗੇ, ਹਾਏ ਯਾਰ ਮਰ ਗਏ, ਉਹ ਬਸ ਖਤਮ ਹੋ ਗਿਆ, ਨਾ ਲੋੜ ਹੀ ਨਹੀਂ ਯਾਰ, ਮਤਲਬ ਠੀਕ ਚੱਲੀ ਚਲੋ, ਆਪਣੀ ਚਾਲ ਚੱਲੀ ਚਲੋ, ਆਪੇ ਸਭ ਕੁਝ ਹੋ ਜਾਣਾ। ਸੋ ਬਹੁਤੀਆਂ ਮੁਸ਼ਕਿਲਾਂ ਮੈਨੂੰ ਜਾਂ ਮੈਂ ਭੁੱਲ ਗਿਆ ਹੋਵਾਂਗਾ, ਪਰ ਆਈਆਂ ਨਹੀਂ ਅਜੇ ਫਿਲਹਾਲ ਤਾਂ। ਠੀਕ ਹੈ ਭਾਅ ਜੀ, ਹੁਣ ਤੁਹਾਡੇ ਸਿੰਗਿੰਗ ਕਰੀਅਰ 'ਤੇ ਗੱਲ ਕਰੀਏ। ਤੁਸੀਂ ਬਹੁਤ ਹੀ ਵਧੀਆ ਗਾਣੇ ਗਾਏ ਨੇ ਜੋ ਕਿ ਬਹੁਤ ਹੀ ਫੇਮਸ ਹੋਏ, ਕਿਹੜਾ ਗਾਣਾ ਤੁਹਾਡੇ ਦਿਲ ਦੇ ਸਭ ਤੋਂ ਜ਼ਿਆਦਾ ਕਰੀਬ ਹੈ? ਮੇਰਾ ਸਰਵਨ ਫਿਲਮ 'ਚ ਗਾਣਾ ਆਇਆ ਸੀ ਰਾਜਿਆ। ਹਾਂਜੀ, ਉਹ ਮੈਨੂੰ ਬਹੁਤ, ਮੈਨੂੰ ਲੱਗਦਾ ਕਿ ਮੇਰੇ, ਮਤਲਬ ਮੈਨੂੰ ਬਹੁਤ, ਮੈਂ ਹਮੇਸ਼ਾ ਜਦੋਂ ਵੀ ਉਦਾਸ ਹੁੰਦਾ ਵਾਂ ਜਾਂ ਖੁਸ਼ ਹੁੰਦਾ ਵਾਂ, ਹਮੇਸ਼ਾ ਉਹ ਗੀਤ ਸੁਣਦਾ, ਹਮੇਸ਼ਾ ਮੇਰੀ ਪਲੇਲਿਸਟ 'ਚ ਰਹਿੰਦਾ ਉਹ ਗੀਤ। ਕੀ ਬਾਤ ਹੈ ਭਾਅ ਜੀ, ਦੋ ਲਾਈਨ ਉਸ ਗਾਣੇ ਦੀ। ਪੀਂਗਾ ਪਵਾ ਕੇ ਤੁਰ ਗਇਓ, ਚੁੰਨੀਆਂ ਰੰਗਾ ਕੇ ਤੁਰ ਗਇਓ, ਖੁਆਬਾਂ ਦੇ ਕੈਂਠੇ ਪੰਨ ਤੇ ਤੂੰ ਘਰ ਬਣਾਇਆ ਚੰਨ ਤੇ, ਦਿਲ ਡੁੱਬੇ ਮੈਂ ਰੋਵਾਂ ਸਿਖਰ ਦੁਪਹਿਰ, ਊਠਾਂ ਵਾਲਿਆ ਬਹੁਤੇ ਕਾਲਿਆ, ਦਿਲਾਂ ਦੇ ਆ ਰਾਜਿਆ ਵੇ। ਕਿਆ ਬਾਤ ਹੈ, ਕਿਆ ਬਾਤ ਹੈ ਭਾਅ ਜੀ। ਭਾਅ ਜੀ, ਇੱਕ ਪਲੇਬੈਕ ਸਿੰਗਰ ਤੋਂ ਇੱਕ ਐਕਟਿੰਗ ਦਾ ਸਫ਼ਰ, ਉਸ ਸਫ਼ਰ 'ਤੇ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਵੀ ਉਸ ਸਫ਼ਰ ਦੇ ਦੌਰਾਨ ਤੁਸੀਂ ਜਦੋਂ ਇੱਕ ਕਾਲਜ ਸਟੂਡੈਂਟ ਸੀ, ਤੁਸੀਂ ਉਦੋਂ ਹੀ ਸੋਚ ਲਿਆ ਸੀਗਾ ਵੀ ਮੈਂ ਇਹੀ ਕਰਨਾ, ਇਹੀ ਤੁਹਾਡਾ ਮੇਨ ਮੂਮੈਂਟ ਕਿਹੜਾ ਸੀਗਾ ਜਿਹੜੇ ਤੁਹਾਨੂੰ ਲਾਈਫ ਚੇਂਜ ਕਰਤੀ? ਸੋਚਿਆ ਕੁਝ ਇੱਦਾਂ ਦਾ ਨਹੀਂ ਸੀ, ਕਿਉਂਕਿ ਪਤਾ ਹੀ ਨਹੀਂ ਸੀ ਰਾਹ ਕਿਹੜੇ ਨੇ, ਹੈ ਨਾ। ਕਿ ਜਦੋਂ ਜਿਵੇਂ ਜਿਵੇਂ ਲੋਕ ਮਿਲਦੇ ਜਾਂਦੇ, ਰਾਹ ਬਣਦੇ ਜਾਂਦੇ ਹੁੰਦੇ, ਮੈਨੂੰ ਲੱਗਦਾ ਕਿ ਹੁਣ ਜ਼ਿਆਦਾ, ਹੁਣ ਦੇ ਸਮੇਂ ਜਿਹੜੇ ਸਟੂਡੈਂਟ ਪੜ੍ਹਦੇ ਉਹਨਾਂ ਨੂੰ ਪਤਾ ਹੁੰਦਾ ਕਿ ਯਾਰ ਮੈਂ ਨਾ ਪਲੱਸ ਟੂ 'ਚ ਪੜ੍ਹਦੇ ਹੁੰਦੇ, ਮੈਂ ਯਾਰ ਐਗਰੀਕਲਚਰ ਕਰਾਂਗਾ, ਮੈਂ ਪੁਰਾਣੀ ਡਿਗਰੀ, ਸਾਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿਹੜੀ ਡਿਗਰੀ ਕਰਨੀ ਯਾਰ, ਉਹ ਕਰ ਲੈਂਦੇ ਉਹ ਠੀਕ ਲੱਗ ਰਹੀ। ਉਹ ਇੱਦਾਂ ਹੀ ਕਰੀਅਰ ਦਾ ਸੀਗਾ, ਪਤਾ ਨਹੀਂ ਸੀ ਕਿੱਧਰ ਨੂੰ ਜਾਣਾ, ਪਰ ਇਹ ਸੀ ਕਿ ਮਿਹਨਤ ਕਰੀ ਜਾ ਰਹੇ ਸੀ ਕਿ ਯਾਰ ਸਹੀ ਕੰਮ ਕਰਨਾ ਵਾ, ਸਹੀ ਮਿਹਨਤ ਕਰਨੀ ਆ। ਸੋ ਸਫ਼ਰ ਇੱਦਾਂ ਹੀ ਤੁਰਦਾ ਗਿਆ, ਚੀਜ਼ਾਂ ਬਣਦੀਆਂ ਜਾਂਦੀਆਂ ਹੁੰਦੀਆਂ। ਮੈਨੂੰ ਲੱਗਦਾ ਕਿ ਜਦੋਂ ਤੁਸੀਂ ਮਿਹਨਤ ਕਰਦੇ ਜਾਂਦੇ ਨਾ, ਆਪੇ ਤੁਹਾਨੂੰ ਚੀਜ਼ਾਂ ਖਿੱਚ ਲੈਂਦੀਆਂ ਆਪਣੇ ਕੋਲ ਕਿ ਯਾਰ ਠੀਕ ਆ ਜਾ, ਵਧੀਆ ਵਾ, ਹੈ ਨਾ। ਅਤੇ ਹਿੰਮਤ ਨਹੀਂ ਹਾਰਨੀ ਚਾਹੀਦੀ ਕਦੀ। ਕਈ ਵਾਰੀ ਉਹ ਕਹਿੰਦੇ ਨੇ ਕਿ ਜਦੋਂ ਕਈ ਦਰਵਾਜ਼ਾ ਖੜਕਾਈ ਜਾਓ, ਖੜਕਾਈ ਜਾਓ, ਖੜਕਾਈ ਜਾਓ, ਅਤੇ ਜੇ ਨਿਰਾਸ਼ ਹੋ ਕੇ ਮੁੜ ਜਾਓ ਵਾਪਸ, ਅਤੇ ਹੋ ਸਕਦਾ ਅਗਲਾ ਕੋਈ ਆਵੇ ਅਤੇ ਉਹ ਖੜਕਾਵੇ ਉਸ ਵੇਲੇ ਖੁੱਲ੍ਹ ਜਾਏ। ਸੋ ਮੁੜੋ ਨਾ, ਕੋਈ ਨਹੀਂ, ਚੱਲੇ ਰਹੋ। ਅੱਛਾ ਜੀ, ਚੱਲਦੇ ਰਹੇ ਬਸ, ਚੱਲੀ ਵੀ ਜਾਵਾਂਗੇ। ਠੀਕ ਹੈ ਬਸ, ਕਿਆ ਬਾਤ ਹੈ, ਤੁਹਾਡੀ ਸੋਚ ਨੂੰ ਸਲਾਮ ਦਿੰਦੇ ਹਾਂ। ਭਾਅ ਜੀ, ਹੁਣ ਆਪਾਂ ਗੇਮ ਖੇਲਦੇ ਹਾਂ ਨੈਵਰ ਹੈਵ ਐ ਐਵਰ, ਇਸ ਵਿੱਚ ਮੈਂ ਤੁਹਾਡੇ ਕੁਐਸਚਨਸ ਪੁੱਛੂੰਗਾ, ਜੇ ਤੁਸੀਂ ਉਹ ਚੀਜ਼ ਕੀਤੀ ਆ ਤਾਂ ਤੁਸੀਂ ਆਈ ਹੈਵ ਕਰਨਾ ਉਸ ਸਾਈਡ, ਅਤੇ ਜੇ ਨਹੀਂ ਕੀਤੀ ਤਾਂ ਨੈਵਰ ਕਰਨਾ। ਠੀਕ ਹੈ, ਠੀਕ ਹੈ ਭਾਅ ਜੀ, ਪਰ ਝੂਠ ਨਹੀਂ ਬੋਲਣਾ, ਅਸੀਂ ਫੜ ਲੈਣਾ। ਠੀਕ ਹੈ ਜੀ, ਫੜ ਲਓ ਜੀ। ਠੀਕ ਹੈ ਜੀ ਭਾਅ ਜੀ, ਆਪਾਂ ਸ਼ੁਰੂ ਕਰਦੇ ਹਾਂ। ਮੇਰਾ ਪਹਿਲਾ ਕੁਐਸਚਨ ਹੈ ਤੁਹਾਡੇ ਤੋਂ ਨੈਵਰ, ਹਾਂਜੀ, ਅਤੇ ਦੋਵੇਂ ਹੋਈਆਂ ਤਿਆਰ ਕਰ ਦਿਓ, ਦੋਵੇਂ ਹੋਈਆਂ ਤਿਆਰ ਕਰ ਦਿਓ। ਨੈਵਰ ਹੈਵ ਆਈ ਐਵਰ ਸਟੋਲਨ ਸ਼ੈਂਪੂ ਫਰੋਮ ਆ ਹੋਟੇਲ ਰੂਮ। ਕਦੇ ਹੁੰਦਾ ਨਾ ਹੋਟਲ ਰੂਮ 'ਚ ਯਾਰ, ਐਕਸਪੀਰੀਅੰਸ ਸੁਣਾਓਗੇ? ਐਕਸਪੀਰੀਅੰਸ ਬੜੇ ਨੇ, ਹਰ ਹੋਟਲ 'ਚ ਮੈਂ ਚੁੱਕਦਾ ਨਾ, ਜਿਹੜਾ ਚੰਗਾ ਲੱਗੇ ਬੇਸਿਕਲੀ, ਜਿਹੜਾ ਚੰਗਾ ਲੱਗੇ। ਠੀਕ ਹੈ ਭਾਅ ਜੀ, ਮੇਡ ਅ ਪ੍ਰੈਂਕ ਕਾਲ ਟੂ ਮਾਈ ਫਰੈਂਡਸ, ਕਿਸੇ ਨੂੰ ਕੀਤਾ ਯਾਰ ਆਹ ਯਾਰ ਦੋਸਤ ਨੇ ਕਰਨਾ, ਨੈਵਰ। ਠੀਕ ਹੈ, ਕਿਸੇ ਨੂੰ ਫੇਕ ਫੋਨ ਨੰਬਰ ਦਿੱਤਾ ਹੋਇਆ ਆਪਦਾ, ਆਈ ਹੈ ਬਹੁਤ ਵਾਰੀ। ਕਿਸੇ ਨੂੰ ਸੋਸ਼ਲ ਮੀਡੀਆ 'ਤੇ ਸਟੋਕ ਕਰਦੇ ਹੋ ਅਤੇ 4-5 ਸਾਲ ਪੁਰਾਣੀ ਫੋਟੋ ਗਲਤੀ ਨਾਲ ਲਾਈਕ ਹੋ ਗਈ ਉਹ? ਨੈਵਰ, ਨੈਵਰ। ਫੇਸਬੁੱਕ ਬਹੁਤ ਚਲਾਈ ਦੀ ਨਹੀਂ, ਘੱਟ ਚਲਾਈ। ਠੀਕ ਹੈ, ਘੱਟ ਸੋਸ਼ਲ ਆ ਤੁਸੀਂ? ਨਹੀਂ, ਹੈਗੇ ਆ ਸੋਸ਼ਲ, ਪਰ ਕੁਇਰੀ ਹੁੰਦਾ ਕਿ ਸਟੋਕ ਨਹੀਂ ਕੀਤਾ ਕਦੀ, ਜਿਹੜਾ ਸਾਹਮਣੇ ਦੇਖ ਪਏ। ਠੀਕ ਆ, ਠੀਕ ਹੈ ਭਾਅ ਜੀ। ਲਵ ਐਟ ਫਸਟ ਸਾਈਟ? ਨੈਵਰ, ਨੈਵਰ। ਠੀਕ ਹੈ,
ਸਿਰੇ ਚੜਾ ਲਈਦਾ ਸੀ ਕਿਸੇ ਨੂੰ ਪਹਿਲੀ ਵਾਰੀ 'ਚ ਮੂੰਹ 'ਤੇ ਮੁੱਕਾ ਮੰਨਦਾ ਜੀ ਕੀਤਾ ਹੋਵੇ ਕਰੂਸ਼ਲ ਨਹੀਂ ਕਈ ਵਾਰ ਹੋ ਜਾਂਦਾ ਵੀ ਪਹਿਲੀ ਮੁਲਾਕਾਤ ਯਾਰ ਆਹ ਬੰਦਾ ਨਹੀਂ ਮੈਨੂੰ ਪਸੰਦ ਆਇਆ ਇਹ ਤਾਂ ਬਸ ਤੂੰ ਨਹੀਂ ਠੀਕ ਹੈ ਕਦੇ ਕੁੜੀਆਂ ਦੇ ਹੋਸਟਲ ਦੀ ਕੰਧ ਟੱਪੀ ਹੋਵੇ ਨਹੀਂ ਸਾਡੇ ਉੱਥੇ ਛਿੱਤਰ ਬਹੁਤ ਪੈਂਦੇ ਤੁਸੀਂ ਕਿੱਥੋਂ ਬੈਕਗਰਾਊਂਡ ਤੁਹਾਡੇ ਕਿੱਥੋਂ ਖਾਲਸਾ ਕਾਲਜ 'ਚ ਪੜ੍ਹਿਆ ਮੈਂ ਅੱਛਾ ਓਕੇ ਭਾਅ ਜੀ ਕਦੇ ਕਿਸੇ ਫੈਨ 'ਤੇ ਕੋਈ ਫੈਨ ਆਇਆ ਹੋਵੇ ਤੁਹਾਡੇ ਕੋਲ ਅਤੇ ਤੁਸੀਂ ਕਿਸੇ ਖਿਜੇ ਹੋਏ ਜਾਂ ਗੁੱਸਾ ਤੁਸੀਂ ਗਲਤੀ ਨਾਲ ਗੁੱਸਾ ਕਰ ਦਿੱਤਾ ਹੋਵੇ ਉਹਦੇ 'ਤੇ ਬਾਅਦ 'ਚੋਂ ਰਿਗਰੈਟ ਕੀਤਾ ਹੋਵੇ ਔਰ ਅਗਲਾ ਤੋਂ ਫੋਟੋ ਖਿਚਾਉਣਾ ਨਹੀਂ ਨਹੀਂ ਜੇ ਕੋਈ ਆਉਂਦਾ ਉਹਨੂੰ ਮਿਲੀਦਾ ਖਿੜੇ ਮੱਥੇ ਠੀਕ ਹੈ ਭਾਅ ਜੀ ਇਹ ਗੇਮ ਖਤਮ ਹੁੰਦੀ ਹੈ ਇਸੇ ਨਾਲ ਤੁਹਾਡੀ ਦੂਸਰੀ ਗੇਮ ਸ਼ੁਰੂ ਕਰਦੇ ਹਾਂ ਅੱਛਾ ਉਹ ਵੀ ਨਹੀਂ ਭਾਅ ਜੀ ਇਹ ਤੁਸੀਂ ਰੱਖ ਦਿਓ ਇੱਥੇ ਭਾਅ ਜੀ ਹੁਣ ਦੂਸਰੀ ਗੇਮ ਕੀ ਹੈ ਮੈਂ ਤੁਹਾਨੂੰ ਵਰਡ ਸੁਣਾਂਗਾ ਉਸੇ ਨਾਲ ਰਿਲੇਟਡ ਰੈਂਡਮ ਜੋ ਵੀ ਤੁਹਾਡੇ ਦਿਮਾਗ 'ਚ ਆਉਂਦਾ ਤੁਸੀਂ ਦੱਸਣਾ ਵਰਡ ਤੁਸੀਂ ਸਿੰਗਲ ਵਰਡ 'ਚ ਹੀ ਆਨਸਰ ਦੇਣਾ ਠੀਕ ਹੈ ਠੀਕ ਹੈ ਭਾਅ ਜੀ ਸਭ ਤੋਂ ਪਹਿਲਾਂ ਯਾਰੀ ਯਾਰੀ ਔਖੀ ਲੱਭਦੀ ਪੰਜਾਬੀ ਇੰਡਸਟਰੀ ਸੋਹਣੀ ਹੈ ਕਾਲਜ ਯਾਦਾਂ ਫੈਮਲੀ ਖੂਬਸੂਰਤੀ ਗੁਰਸ਼ਬਦ ਠੀਕ ਹੈ ਠੀਕ ਹੈ ਬਾਜੀ ਹੁਣ ਇਹ ਵੀ ਗੇਮ ਖਤਮ ਹੁੰਦੀ ਹੈ ਹੁਣ ਆਪਾਂ ਖੇਡਦੇ ਰੈਪਿਡ ਫਾਇਰ ਤੁਹਾਡੇ ਤੋਂ ਕੁਐਸਚਨ ਪੁੱਛਣਾ ਜਲਦੀ ਜਲਦੀ ਜਵਾਬ ਦੇਣਾ ਇਹ ਤੋਂ ਬਾਅਦ ਸਟਾਪੂ ਨਾ ਖੇਡਣਾ ਨਹੀਂ ਭਾਅ ਜੀ ਆਹ ਲਾਸਟ ਗੇਮ ਹੈ ਤੁਹਾਡੀ ਭਾਅ ਜੀ ਕਿਹੜੇ ਪੰਜਾਬੀ ਐਕਟਰ ਨਾਲ ਜਾਂ ਐਕਟਰੈਸ ਨਾਲ ਤੁਹਾਡਾ ਚਾਹ ਜਾਂ ਸਮੋਸਾ ਖਾਣ ਦਾ ਮਨ ਹੋਇਆ ਇਹਦੇ ਨਾਲ ਚਾਹ ਸਮੋਸੇ 'ਤੇ ਬਹਿਣਾ ਅਤੇ ਗੱਲਾਂ ਕਰਨੀਆਂ ਮੇਰਾ ਕਿਸ ਪੰਜਾਬੀ ਐਕਟਰ ਹਾਂਜੀ ਯਾਰ ਇਹ ਸੋਚਿਆ ਨਹੀਂ ਮੈਂ ਕਦੀ ਕੋਈ ਐਕਟਰੈਸ ਹੀ ਹੋ ਸਕਦੀ ਯਾਰ ਬਹੁਤ ਪਸੰਦ ਮੈਂ ਚਾਹ ਸਮੋਸੇ 'ਤੇ ਜਾਣਾ ਚਾਹ ਸਮੋਸੇ 'ਤੇ ਯਾਰ ਮਾੜੀ ਗੱਲ ਹੋ ਜੂਗੀ ਸਮੋਸੇ 'ਤੇ ਚਾਹ 'ਤੇ ਕਿਸੇ ਕੁੜੀ ਨਾਲ ਬੈਠਾ ਹੋਇਆ ਬੰਦਾ ਉਦੋਂ ਬੁਰਾ ਲੱਗਦਾ ਕੋਈ ਨਾ ਡੇਟ ਕਰ ਲਿਓ ਡੇਟ ਤਾਂ ਦੱਸ ਮੈਂ ਬੇਸਿਕਲੀ ਉਹ ਤਾਂ ਸੋਚਿਆ ਨਹੀਂ ਕਦੀ ਕਿਸੇ ਨਾਲ ਵੀ ਨਹੀਂ ਮਤਲਬ ਕਿਸੇ ਨਾਲ ਨਹੀਂ ਇਹਦਾ ਕੋਈ ਜਵਾਬ ਇਹੋ ਹੀ ਹੈ ਕੋਈ ਸਰ ਆਈਡਲ ਹੀ ਹੋਵੇ ਤੁਹਾਡਾ ਇਹਦੇ ਨਾਲ ਬਹਿ ਕੇ ਗੱਲਾਂ ਕਰਨੀਆਂ ਦੇਰ ਟਾਈਮ ਤੱਕ ਕਿ ਵੀ ਇਹਦੇ ਨਾਲ ਕੁਝ ਸਿੱਖਣ ਨੂੰ ਮਿਲੂਗਾ ਪੰਜਾਬੀ ਇੰਡਸਟਰੀ 'ਚ ਮਾਨਸਾ ਮਾਨਸਾ ਠੀਕ ਦੋ ਚੀਜ਼ਾਂ ਤੁਸੀਂ ਅਕਸਰ ਭੁੱਲ ਜਾਂਦੇ ਗੁਰਦਾਸ ਮਾਨ ਸਾਹਿਬ ਹਾਂਜੀ ਗੁਰਦਾਸ ਮਾਨ ਸਾਹਿਬ ਇਹ ਬਸ ਦੋ ਚੀਜ਼ਾਂ ਤੁਸੀਂ ਭੁੱਲ ਜਾਂਦੇ ਹੋ ਅਕਸਰ ਪਰ ਤੁਹਾਡੀ ਲਾਈਫ 'ਚ ਬਹੁਤ ਇੰਪੋਰਟੈਂਟ ਹੈ ਤੁਹਾਨੂੰ ਪਤਾ ਪਰ ਮੈਂ ਭੁੱਲ ਜਾਂਦਾ ਯਾਰ ਇਹ ਅਕਸਰ ਚੀਜ਼ਾਂ ਭੁੱਲ ਜਾਂਦਾ ਕੀ ਮੈਂ ਗਾਉਂਦਾ ਹਾਂ ਕਈ ਵਾਰ ਭੁੱਲ ਜਾਂਦਾ ਠੀਕ ਹੈ ਭਾਅ ਜੀ ਦੂਸਰੀ ਚੀਜ਼ ਕਿ ਮੈਨੂੰ ਕੁੱਕ ਕਰਨਾ ਵੀ ਆਉਂਦਾ ਓਕੇ ਭਾਅ ਜੀ ਫੇਵਰੇਟ ਪੰਜਾਬੀ ਡਿਸ਼ ਮੈਂ ਪਹਿਲਾਂ ਦੱਸਿਆ ਜੇ ਹੁਣ ਹੋਰ ਕੋਈ ਦੱਸਤੀ ਤਾਂ ਅਗਲੀ ਇੰਟਰਵਿਊ ਖਤਮ ਹੋਈ ਨਹੀਂ ਉਹ ਮੇਰੀ ਚਾਰ ਪਰੌਂਠੀ ਦੇ ਉੱਤੇ ਚਾਰ ਰੱਖ ਕੇ ਕਿਆ ਬਾਤ ਹੈ ਭਾਅ ਜੀ 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 ਭਾਅ ਜੀ ਕਿਹੜੀ ਇੱਦਾਂ ਦੀ ਆਦਤ ਹੈ ਤੁਸੀਂ ਛੱਡਣਾ ਚਾਹੁੰਦੇ ਹੋ ਪਰ ਛੱਡੀ ਨਹੀਂ ਜਾ ਰਹੀ ਨਹੀਂ ਇੱਦਾਂ ਦੀ ਕੋਈ ਆਦਤ ਹੈ ਨਹੀਂ ਸਾਰੀਆਂ ਠੀਕ ਨੇ ਠੀਕ ਹੈ ਭਾਅ ਜੀ ਜੇ ਤੁਹਾਨੂੰ ਪੁਰਾਣੇ ਕਿਸੇ ਗਾਣੇ ਦਾ ਰੀਮੇਕ ਕਰਨ ਨੂੰ ਮਿਲੇ ਤੁਸੀਂ ਕਿਸ ਗਾਣੇ ਦਾ ਰੀਮੇਕ ਗਾਓਗੇ ਪੁਰਾਣੇ ਗਾਣੇ ਕਿਸੇ ਦਾ ਵੀ ਹੋਵੇ ਹਾਂਜੀ ਕਿਸੇ ਦਾ ਵੀ ਹੋਵੇ ਮੈਨੂੰ ਜੀ ਉਹ ਸੀਗਾ ਨਾ ਜਿਸ ਘਰਾਂ ਤੂੰ ਜਾਣਾ ਹੋਵੇ ਹੁੰਦੀ ਉਸੇ ਵੱਲ ਦੀ ਏ ਇਹ ਮਿੱਤਰਾਂ ਦੀ ਲਾਰੀ ਬੀਬਾ ਤੇਰੇ ਕਰਕੇ ਚੱਲਦੀ ਏ ਇਹ ਮਿੱਤਰਾਂ ਦੀ ਲਾਰੀ ਬੀਬਾ ਤੇਰੇ ਕਰਕੇ ਚੱਲਦੀ ਏ ਕਿਆ ਬਾਤ ਹੈ ਭਾਅ ਜੀ ਹੁਣ ਤੁਹਾਡੇ ਤੋਂ ਪੁੱਛਣਾ ਵੀ ਜੇ ਤੁਹਾਨੂੰ ਡਿਊਟ ਗਾਉਣ ਦਾ ਮੌਕਾ ਮਿਲੇ ਤੁਸੀਂ ਕਿਹੜੇ ਫੀਮੇਲ ਆਰਟਿਸਟ ਨਾਲ ਗਾਓਗੇ ਮੈਂ ਸੁਨਿਧੀ ਜੀ ਨਾਲ ਠੀਕ ਹੈ ਭਾਅ ਜੀ ਭਾਅ ਜੀ ਹੁਣ ਇਹ ਗੇਮਸ ਹੁੰਦੀ ਹੈ ਖਤਮ ਹੁਣ ਗੱਲ ਕਰਦੇ ਹਾਂ ਇਸ ਮੂਵੀ ਦੀ ਗੋਲਕ ਬੁਗਨੀ ਬੈਂਕ 'ਤੇ ਬੁਟੋਆ ਹੁਣ ਹੁਣ ਗੱਲ ਕਰਦੇ ਹੁਣ ਫਿਰ ਤੋਂ ਗੱਲ ਕਰਦੇ ਹਾਂ ਫਿਰ ਤੋਂ ਇੱਕ ਵਾਰੀ ਗੱਲ ਕਰਦੇ ਹਾਂ ਠੀਕ ਹੈ ਭਾਅ ਜੀ ਇਸ ਮੂਵੀ 'ਚ ਤੁਹਾਡਾ ਹੁਣੇ ਸਿੰਗਲ ਟਰੈਕ ਰਿਲੀਜ਼ ਹੋਇਆ ਉਸ ਟਰੈਕ ਬਾਰੇ ਥੋੜ੍ਹਾ ਦੱਸੋ ਸਾਨੂੰ ਸੈਲਫੀ ਬਹੁਤ ਸੋਹਣਾ ਟਰੈਕ ਮੈਨੂੰ ਪਰਸਨਲੀ ਬੜਾ ਪਸੰਦ ਸਾਡੀ ਸਾਰੀ ਟੀਮ ਨੂੰ ਬਹੁਤ ਪਸੰਦ ਆ ਅਤੇ ਬਹੁਤ ਸੋਹਣਾ ਟਰੈਕ ਆ ਵਧੀਆ ਲੋਕ ਵੀ ਰਿਸਪੋਂਸ ਅੱਛਾ ਜਦੋਂ ਟ੍ਰੇਲਰ 'ਚ ਆਇਆ ਸੀ ਲੋਕਾਂ ਦੇ ਬਹੁਤ ਮੈਸੇਜ ਆਏ ਕਦੋਂ ਕਰ ਰਹੇ ਹੋ ਰਿਲੀਜ਼ ਕਦੋਂ ਕਰ ਰਹੇ ਹੋ ਕਦੋਂ ਕਰ ਰਹੇ ਹੋ ਸੋ ਵਧੀਆ ਟਰੈਕ ਆ ਉਸ ਤੋਂ ਪਹਿਲਾਂ ਅਮਰਿੰਦਰ ਭਾਈ ਦਾ ਟਰੈਕ ਹੋਇਆ ਸੀ ਐਸੀ ਤੈਸੀ ਕਰ ਦਿੰਦੀ ਉਹ ਫੁੱਲਾਂ ਦੀ ਉਹ ਸਾਬਰ ਅਲੀ ਸਾਬਨ ਲਾਹੌਰ ਤੋਂ ਨੇ ਉਹਨਾਂ ਲਿਖਿਆ ਸੀ ਇਹ ਸਿੱਧੂ ਸਾਹਿਬ ਜੀ ਨੇ ਲਿਖਿਆ ਫਿਲਮ ਬਹੁਤ ਸੋਹਣੀ ਆ ਤੁਸੀਂ ਵੇਖਿਆ ਹੋਇਆ ਜ਼ਰੂਰ ਟਾਈਮ ਕੱਢ ਕੇ ਭਾਅ ਜੀ ਕੋਈ ਇੱਕ ਯਾਦਗਾਰ ਮੂਮੈਂਟ ਕਿਹੜਾ ਸੀ ਤੁਹਾਡੇ ਸੈੱਟ 'ਤੇ ਇਹ ਹੁੰਦਾ ਬੜਾ ਜਿਹਾ ਹਿਊਮਰ ਆਹ ਬੜਾ ਯਾਦਗਾਰ ਬਣ ਗਿਆ ਯਾਰ ਇਸ ਟਾਈਮ 'ਤੇ ਸੈੱਟ 'ਤੇ ਬਹੁਤ ਸਾਰੇ ਮੂਮੈਂਟ ਪਹਿਲਾਂ ਵੀ ਦੱਸਿਆ ਕਿ ਜਦੋਂ ਮੈਨੂੰ ਉਹਨਾਂ ਨੇ ਰੋਲ ਦਿੱਤਾ ਮੇਰੇ ਲਈ ਸਭ ਤੋਂ ਵੱਡੇ ਉਹੀ ਸੀ ਉਹਨਾਂ ਰੋਲ ਨਹੀਂ ਦਿੱਤਾ ਮਤਲਬ ਮੈਨੂੰ ਜਿਹੜਾ ਕਰੈਕਟਰ ਦਿੱਤਾ ਕਰੈਕਟਰ ਦਿੱਤਾ
ਸੋ ਉਹੀ ਸੀਗਾ ਬੈਸਟ ਮੂਮੈਂਟ। ਭਾਜੀ ਕਿੰਨਾ ਟਾਈਮ ਲੱਗਿਆ ਤੁਹਾਨੂੰ ਇਸ ਕਰੈਕਟਰ ਨੂੰ ਅਪਣਾਉਣ ਲਈ, ਕਿੰਨਾ ਟਾਈਮ ਤੁਸੀਂ ਆਪਦੇ ਆਪ 'ਤੇ ਵਰਕ ਕੀਤਾ ਇਸ ਕਰੈਕਟਰ? ਮੈਨੂੰ ਕੋਈ ਵਰਕ ਕਰਨ ਦੀ ਲੋੜ ਹੀ ਨਹੀਂ ਪਈ, ਮੈਂ ਸਰ ਜਦੋਂ ਪਹਿਲਾਂ ਦੁੱਧ ਪਾਉਂਦਾ ਰਿਹਾ ਤਾਂ ਸਾਡੀ ਡੇਰੀ ਹੁੰਦੀ ਸੀ। ਠੀਕ ਹੈ, ਇਹ ਤਾਂ ਫਿਰ ਨੈਚੁਰਲੀ ਨਿਕਲਿਆ, ਵਿੱਚੋਂ ਹੀ ਨਿਕਲ ਆਇਆ ਕਿਤੇ ਅੰਦਰੋਂ ਹੀ। ਠੀਕ ਹੈ ਭਾਜੀ, ਭਾਜੀ ਤੁਹਾਨੂੰ ਆਉਣ ਵਾਲੇ ਕਿਹੜੇ ਪ੍ਰੋਜੈਕਟ ਦੇਖਣ ਨੂੰ ਮਿਲੂਗਾ ਦਰਸ਼ਕਾਂ ਨੂੰ? ਫਿਲਹਾਲ ਤਾਂ ਗੋਲਕ ਪੁਗਨੀ ਹੈ ਜੀ, ਗਾਂ ਬਾਰੇ ਸੋਚਿਆ ਨਹੀਂ ਕੁਛ, ਇੱਥੇ ਜ਼ੋਰ ਲਾ ਰਹੇ ਬਸ। ਠੀਕ ਭਾਜੀ, ਐਜ਼ ਅ ਸਿੰਗਰ, ਐਜ਼ ਅ ਪਲੇਬੈਕ ਸਿੰਗਰ? ਪਲੇਬੈਕ ਸਿੰਗਰ ਨੈਕਸਟ ਜਿਹੜੀਆਂ ਫਿਲਮਾਂ ਆਉਣਗੀਆਂ ਸਾਡੀਆਂ ਰਿਦਮ ਬੋਇਜ਼ ਦੀਆਂ, ਉਹਨਾਂ ਦੇ ਵਿੱਚ ਜ਼ਰੂਰ ਗਾਵਾਂਗੇ ਚੰਗੇ ਚੰਗੇ ਗੀਤ। ਠੀਕ ਹੈ ਭਾਜੀ, ਜਾਣ ਤੋਂ ਪਹਿਲਾਂ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ, ਕੀ ਮੈਸੇਜ ਦੇਣਾ ਚਾਹੁੰਦੇ? ਮੈਸੇਜ ਇਹ ਹੋਇਆ ਕਿ ਜ਼ਰੂਰ ਵੇਖਣ ਜਾਓ, ਗੋਲਕ ਬੁਗਨੀ ਬੈਂਕ 'ਤੇ ਬਟੂਆ 13 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਤੁਹਾਡੇ ਜਿਹੜੇ ਨੇੜਲੇ ਸਿਨੇਮਾ ਘਰਾਂ 'ਚ ਵੇਖੋ, ਜੇ ਦੂਰ ਵੀ ਜਾਣ ਦਾ ਮੌਕਾ ਮਿਲੇ ਤਾਂ ਉੱਥੇ ਵੀ ਜਾਓ, ਫਿਲਮ ਸੋਹਣੀ ਆ, ਸਿਨੇਮਾ ਨੂੰ ਅੱਗੇ ਵਧਾਉਣਾ ਸਾਰਿਆਂ ਨੇ ਆਪਾਂ। ਬਹੁਤ ਬਹੁਤ ਧੰਨਵਾਦ, 13 ਅਪ੍ਰੈਲ ਗੋਲਕ ਬੁਗਨੀ ਬੈਂਕ 'ਤੇ ਬਟੂਆ। Thank you very much sir, all the best for this project and upcoming project. This was Gagan Watts from Punjabi Mania signing off. ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੇਨੀਆ ਦੇਖ ਰਹੇ ਹੋ ਤੁਸੀਂ, ਅਤੇ ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬੀ ਸਿਨੇਮਾ ਦੇ ਸੁਪਰ ਸਟਾਰ ਅਮਰਿੰਦਰ ਗਿੱਲ ਜੀ। ਅਮਰਿੰਦਰ ਭਾਅ ਜੀ, ਵੈਲਕਮ ਟੂ ਪੰਜਾਬੀ ਮੇਨੀਆ। ਥੈਂਕ ਯੂ ਜੀ। ਅਮਰਿੰਦਰ ਭਾਅ ਜੀ, 13 ਤਰੀਕ ਨੂੰ ਲੋਹੜੀ 'ਤੇ ਫਿਲਮ ਆ ਰਹੀ ਹੈ ਸਰਵਨ, ਸਭ ਤੋਂ ਪਹਿਲਾਂ ਇਸ ਫਿਲਮ 'ਚ ਆਪਣੇ ਕਰੈਕਟਰ ਬਾਰੇ ਦੱਸੋ, ਕੀ ਕਰੈਕਟਰ ਪਲੇ ਕਰ ਰਹੇ ਹੋ ਮੂਵੀ 'ਚ? ਕਰੈਕਟਰ ਕਾਫੀ ਡਿਫਰੈਂਟ ਹੈ ਹੁਣ ਤੱਕ ਜਿੰਨੇ ਵੀ ਮੈਂ ਕਰੈਕਟਰ ਪਿਛਲੀਆਂ ਫਿਲਮਾਂ ਦੇ ਵਿੱਚ ਕੀਤੇ, ਹਲਕਾ ਜਿਹਾ ਇੱਕ ਨੈਗੇਟਿਵ ਸ਼ੇਡ ਹੈ ਕਰੈਕਟਰ ਦੇ ਵਿੱਚ, ਹਲਕਾ ਜਿਹਾ ਨਹੀਂ, ਕਾਫੀ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਮਾੜੀਆਂ ਹੁੰਦੀਆਂ ਜੇ ਕਿਸੇ 'ਚ ਨਹੀਂ ਹੋਣੀਆਂ ਚਾਹੀਦੀਆਂ, ਉਹ ਮੇਰੇ 'ਚ ਹੈਗੀਆਂ ਕਰੈਕਟਰ ਦੇ ਵਿੱਚ ਉਹਦੇ ਵਿੱਚ, ਅਤੇ ਡਿਫਰੈਂਟ ਕਰੈਕਟਰ ਹੈ। ਭਾਅ ਜੀ, ਤੁਸੀਂ ਇਸ ਤੋਂ ਪਹਿਲਾਂ ਜਿੰਨੇ ਵੀ ਕਰੈਕਟਰ ਕੀਤੇ ਆ ਬਿਲਕੁਲ ਹੀ ਪੋਜ਼ਿਟਿਵ ਰਹੇ ਆ, ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼, ਤੇਗ ਆਫ ਪੰਜਾਬ ਐਂਡ ਐਵਰੀਥਿੰਗ, ਅਤੇ ਇਹ ਇੱਕੋ ਦਮ ਨੈਗੇਟਿਵ ਕਰੈਕਟਰ ਕਰਨ ਦਾ ਖਿਆਲ ਕਿੱਥੋਂ ਆਇਆ, ਆਈਡੀਆ ਕਿਹਦਾ ਸੀ ਇਹ ਬੇਸਿਕ? ਇਹ ਸਕ੍ਰਿਪਟ ਹੀ ਇੱਦਾਂ ਦੀ ਸੀਗੀ, ਕਿਉਂਕਿ ਇਹਦਾ ਬੇਸਿਕ ਆਈਡੀਆ ਹੀ ਇੱਦਾਂ ਦਾ ਸੀਗਾ। ਬਾਕੀ ਅੰਬਰ ਨੇ ਬਹੁਤ ਵਧੀਆ ਕਰੈਕਟਰ ਨੂੰ ਲਿਖਿਆ, ਉਹਦੇ ਵਿੱਚ ਐਲੀਮੈਂਟਸ ਕਾਫੀ ਇੱਦਾਂ ਦੇ ਪਾਏ ਜਿਹੜੇ ਕੁਛ ਐਡਿਡ ਚੀਜ਼ਾਂ ਪਾਈਆਂ, ਅਤੇ ਮੈਂ ਵੀ ਆਪਣੇ ਵੱਲੋਂ ਪੂਰੀ ਮਿਹਨਤ ਕੀਤੀ ਹੈ ਅਲੱਗ ਕਰੈਕਟਰ ਕਰਨ ਦੀ, ਅਤੇ ਬਾਕੀ ਹੋਪਫੁਲੀ ਸਾਰੇ ਪਸੰਦ ਕਰ। ਭਾਅ ਜੀ, ਪ੍ਰਿਯੰਕਾ ਚੋਪੜਾ ਵਰਗੇ ਵੱਡੇ ਨਾਮ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ, ਵਾਸ਼ੂ ਭਗਨਾਨੀ ਜੀ ਹੈਗੇ ਨੇ ਇਸ ਫਿਲਮ ਦੇ ਪ੍ਰੋਡਿਊਸਰ, ਅਤੇ ਜਦੋਂ ਤੁਹਾਨੂੰ ਇਹ ਫਿਲਮ ਔਫਰ ਹੋਈ ਤਾਂ ਕਿੱਦਾਂ ਦਾ ਮਹਿਸੂਸ ਹੋਇਆ? ਓਬਵੀਅਸਲੀ ਮੈਨੂੰ ਖੁਸ਼ੀ ਹੋਈ, ਮੇਰੇ ਲਈ ਬੜਾ ਸਰਪ੍ਰਾਈਜ਼ ਸੀਗਾ, ਇੱਕ ਵਧੀਆ ਸਰਪ੍ਰਾਈਜ਼। ਪਰ ਉਹਦੇ ਨਾਲ ਨਾਲ ਵਧੀਆ ਗੱਲ ਇਹ ਸੀਗੀ ਕਿ ਸਕ੍ਰਿਪਟ, ਫਿਲਮ ਦਾ ਆਈਡੀਆ ਮੈਨੂੰ ਵਧੀਆ ਲੱਗਾ ਕਿ ਜਿਸ ਟੋਪਿਕ 'ਤੇ ਫਿਲਮ ਬਣਾਈ ਜਾ ਰਹੀ ਉਹ ਬਹੁਤ ਵਧੀਆ ਸੀਗਾ, ਅਤੇ ਬਾਕੀ ਥੈਂਕ ਯੂ ਪ੍ਰਿਯੰਕਾ ਚੋਪੜਾ ਜੀ ਦਾ, ਵਾਸ਼ੂ ਜੀ ਦਾ, ਉਹਨਾਂ ਦੀ ਪੂਰੀ ਟੀਮ ਦਾ। ਭਾਅ ਜੀ, ਤੁਹਾਡੀ ਅਤੇ ਅੰਬਰਦੀਪ ਭਾਅ ਜੀ ਦੀ ਜੋ ਜੋੜੀ ਹੈ ਉਹਦੀ ਇੱਕ ਹੈਟ੍ਰਿਕ ਹੋ ਚੁੱਕੀ ਹੈ, ਲਗਾਤਾਰ 3 ਬਲੌਕਬਸਟਰ ਫਿਲਮਾਂ, ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼, ਤੇਗ ਆਫ ਪੰਜਾਬ, ਅਤੇ ਹੁਣ ਕੀ ਤੁਹਾਨੂੰ ਪੂਰੀ ਉਮੀਦ ਹੈ ਕਿ ਚੌਥੀ ਫਿਲਮ ਵੀ ਉਸ ਉਹੀ ਪਿਆਰ, ਉਹੀ ਰਿਕਾਰਡਸ ਬਣਾ ਪਾਏਗੀ? ਅਸੀਂ ਕੋਈ ਵੀ ਫਿਲਮ ਇਹਨਾਂ ਤਿੰਨਾਂ ਫਿਲਮਾਂ 'ਚ ਕੋਈ ਫਿਲਮ ਇਹ ਸੋਚ ਕੇ ਨਹੀਂ ਸੀ ਕੀਤੀ ਕਿ ਇਹ ਕੋਈ ਫਿਲਮਾਂ ਰਿਕਾਰਡ ਬਣਾਉਣ ਜਾਂ ਇੰਨੀਆਂ ਜ਼ਿਆਦਾ ਹਿੱਟ ਰਹਿਣ, ਅਸੀਂ ਸਿਰਫ ਉਹ ਕਰਦੇ ਹਾਂ ਜੋ ਸਾਡੇ ਦਿਲ ਨੂੰ ਚੰਗਾ ਲੱਗਦਾ। ਬਾਕੀ ਅਸੀਂ ਵਧੀਆ ਦੋਸਤਾਂ ਇਕੱਠੇ ਟਾਈਮ ਸਪੈਂਡ ਕਰਦੇ ਹਾਂ ਕਾਫੀ, ਉਹ ਇੱਕ ਰੀਜ਼ਨ ਹੈ ਕਿ ਸਾਡੀ ਉਹ ਅੰਡਰਸਟੈਂਡਿੰਗ ਹੋਣ ਦਾ, ਅਤੇ ਇਹਦੇ ਵਿੱਚ ਵੀ ਅਸੀਂ ਆਪਣੀ ਵੱਲੋਂ ਪੂਰੀ ਮਿਹਨਤ ਕੀਤੀ ਹੈ ਜਿੰਨਾ ਵੀ ਅਸੀਂ ਕਰ ਸਕਦੇ ਹਾਂ ਐਫਰਟ। ਭਾਅ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਜੇਕਰ ਤੁਸੀਂ ਸਿੰਗਰ ਨਾ ਹੁੰਦੇ ਤਾਂ ਤੁਸੀਂ ਲਾਈਫ 'ਚ ਹੋਰ ਦੂਜਾ ਕਰੀਅਰ ਕਿਹੜਾ ਚੂਜ਼ ਕਰਨਾ ਸੀ ਜੇ ਸਿੰਗਿੰਗ ਦਾ ਮੌਕਾ ਨਾ ਮਿਲਿਆ? ਮੈਂ ਵੈਸੇ ਤਾਂ ਮੈਂ MSc ਕੀਤੀ ਸੀਗੀ, ਮੈਂ ਬੈਂਕ ਦੇ ਵਿੱਚ ਮੈਨੇਜਰ ਜੋਬ ਕਰਦਾ ਸੀਗਾ, ਪਰ ਜੇ ਮੈਂ ਸਿੰਗਰ ਨਾ ਵੀ ਹੁੰਦਾ ਤਾਂ ਮੈਨੂੰ ਲੱਗਦਾ ਕਿਉਂਕਿ ਜਿਹੜਾ ਮੈਨੂੰ ਟੈਲੈਂਟ ਰੱਬ ਨੇ ਦਿੱਤਾ ਸੀਗਾ, ਰੱਬ ਨੇ ਸ਼ਾਇਦ ਮੈਨੂੰ ਇਸੇ ਕੰਮ ਲਈ ਇਸ ਧਰਤੀ 'ਤੇ ਭੇਜਿਆ, ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਫੀਲਡ ਦੇ ਨਾਲ ਜ਼ਰੂਰ ਜੁੜਿਆ ਰਹਿੰਦਾ। ਅਤੇ ਭਾਅ ਜੀ, ਇਹ ਕਿਹੜੇ ਸਨ ਦੀ ਗੱਲ ਹੈ, ਤੁਸੀਂ ਬੈਂਕ ਜੋਬ ਵਗੈਰਾ ਕਰਦੇ ਸੀ? ਮੈਂ ਕਾਫੀ 2005 ਦੇ ਵਿੱਚ ਵੀ ਕਰਦਾ ਸੀਗਾ, ਉਸ ਤੋਂ ਬਾਅਦ ਮੈਂ ਹਾਂਜੀ ਠੀਕ ਹੈ। ਅਤੇ ਭਾਅ ਜੀ, ਤੁਸੀਂ ਬਹੁਤ ਹੀ ਰੇਅਰ ਹੈਗੇ ਹੋ ਵੀ ਸਿੰਗਰ ਟਰਨਡ ਐਕਟਰਸ ਜੋ ਕਿ ਆਪਣੀਆਂ ਰੈਗੂਲਰ ਐਲਬਮਸ ਵੀ ਕੱਢਦੇ ਰਹੇ ਨੇ, ਤੁਹਾਡੀਆਂ ਫਿਲਮਾਂ ਆਉਣ ਤੋਂ ਬਾਅਦ ਵੀ ਤਿੰਨ ਚਾਰ ਐਲਬਮਸ ਫੁੱਲ ਆ ਚੁੱਕੀਆਂ ਨੇ, ਅਤੇ ਨੈਕਸਟ ਐਲਬਮ ਦੀ ਫੈਨਸ ਉਡੀਕ ਕਰ ਰਹੇ ਨੇ, ਕਦੋਂ ਤੱਕ ਨੈਕਸਟ ਐਲਬਮ ਮਾਰਕੀਟ 'ਚ ਆ ਸਕਦੀ? ਬਸ ਮੈਂ ਉਹਦੀ ਤਿਆਰੀ ਸ਼ੁਰੂ ਕਰ ਰਿਹਾ, ਅਤੇ ਹੋਪਫੁਲੀ 2-3 ਮਹੀਨੇ ਤੱਕ ਐਲਬਮ ਰੈਡੀ ਹੋ ਜੂਗੀ। ਅਤੇ ਭਾਅ ਜੀ, ਤੁਹਾਡੇ ਫਿਊਚਰ ਪ੍ਰੋਜੈਕਟਸ ਸਰਵਨ ਤੋਂ ਬਾਅਦ ਕਿਹੜੇ ਕਿਹੜੇ? ਸਰਵਨ ਤੋਂ ਬਾਅਦ ਅਸੀਂ ਸਾਰੇ ਯਾਰ ਦੋਸਤ ਜਿਵੇਂ ਅਸੀਂ ਪਹਿਲੀਆਂ ਫਿਲਮਾਂ ਪ੍ਰੋਡਿਊਸ ਕੀਤੀਆਂ ਸੀ, ਅੰਗਰੇਜ਼, ਲਵ ਪੰਜਾਬ, ਬੰਬੂ ਘਾਟ, ਉੱਦਾਂ ਹੀ ਇੱਕ ਫਿਲਮ ਹੈ ਨਵੀਂ ਵੇਖ ਬਰਾਤਾਂ ਚੱਲੀਆਂ, 31 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਉਹਦੇ ਵਿੱਚ ਬੀਨੂ ਢਿੱਲੋਂ ਭਾਅ ਜੀ ਨੇ ਔਰ ਕਵਿਤਾ ਕੌਸ਼ਿਕ, ਕਾਫੀ ਡਿਫਰੈਂਟ ਫਿਲਮ ਹੈ ਉਹ ਵੀ। ਹਾਂਜੀ ਹਾਂਜੀ, ਉਹ ਮੇਨ ਕਰੈਕਟਰ ਜਿਹੜਾ ਬੀਨੂ ਭਾਅ ਜੀ ਔਰ ਕਵਿਤਾ ਕੌਸ਼ਿਕ ਜੀ ਦਾ ਹੀ ਹੈ, ਬਾਕੀ ਜਿਹੜੇ ਐਲੀਮੈਂਟਸ ਉਹ ਅਸੀਂ ਟਾਈਮ 'ਤੇ ਹੌਲੀ ਹੌਲੀ ਰਿਵੀਲ ਕਰਦੇ ਰਹਾਂਗੇ। ਉਸ ਤੋਂ ਇਲਾਵਾ ਲਾਹੌਰੀਏ ਫਿਲਮ ਜਿਹੜੀ ਅੰਬਰ ਡਾਇਰੈਕਟ ਵੀ ਕਰ ਰਿਹਾ, ਉਹਦੇ ਹੋਰ ਕੌਣ ਕੌਣ ਹੈ?
ਉਹਦੇ ਵਿੱਚ ਸਰਗੁਣ ਮਹਿਤਾ ਜੀ ਨੇ, ਸਰਦਾਰ ਸੋਹੀ ਸਾਹਿਬ ਨੇ, ਹੋਰ ਬਹੁਤ ਸਾਰੇ ਕਰੈਕਟਰਸ ਨੇ ਭਾਜੀ। ਜਾਂਦੇ ਜਾਂਦੇ ਸਾਡੇ ਫੈਨਸ ਗਈ, ਕੋਈ ਇੱਕ ਗਾਣੇ ਦੀਆਂ ਦੋ ਗਾਈਨਾਂ ਜੋ ਤੁਹਾਨੂੰ ਬਹੁਤ ਪਸੰਦ ਹੋਵੇ? ਹਾਂਜੀ, ਮੈਂ ਇਸੇ ਫਿਲਮ ਵਿੱਚੋਂ ਹੈਪੀ ਰਾਏ ਕੋਟੀ ਦਾ ਲਿਖਿਆ ਹੋਇਆ ਜਿਹੜਾ ਗੀਤ ਹੈ ਸਰਵਣ ਦੇ ਵਿੱਚੋਂ, ਉਹਦੀਆਂ ਦੋ ਲਾਈਨਾਂ ਗਾ ਦਿੰਦੇ। ਨੀ ਮੈਨੂੰ ਪਿਆਰ ਤਾਂ ਜਤਾ ਲੈਣ ਦੇ, ਅੱਖ ਜੇ ਮੈਂ ਤੇਰੇ ਨਾਂ ਲਾਈ, ਨੀ ਹੁਣ ਅੱਖ ਤਾਂ ਲਾ ਲੈਣ ਦੇ। ਕਿਆ ਬਾਤ ਹੈ ਬਾਜੀ, ਥੈਂਕ ਯੂ ਸੋ ਮਚ ਫੋਰ ਬੀਇੰਗ ਔਨ ਪੰਜਾਬੀ ਮੇਨੀਆ, ਵਿਸ਼ਿੰਗ ਯੂ ਆਲ ਦਾ ਬੈਸਟ। ਥੈਂਕ ਯੂ। ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੇਨੀਆ, ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਕੋਈ ਵੀ ਮੂਵੀ ਇਹਨਾਂ ਵਗੈਰ ਜਿਵੇਂ ਪੂਰੀ ਹੀ ਨਹੀਂ ਹੁੰਦੀ, ਜਾਂ ਇਹਨਾਂ 'ਤੇ ਕਾਮੇਡੀ ਐਲੀਮੈਂਟ ਤੋਂ ਬੇਕਾਰ ਫਿੱਕੀ ਬਹਿ ਜਾਂਦੀ ਹੈ। ਹਾਂਜੀ, ਮੈਂ ਗੱਲ ਕਰ ਰਹੀ ਹਾਂ ਵਨ ਐਂਡ ਓਨਲੀ ਕਾਮੇਡੀ ਕਿੰਗ ਜਸਵਿੰਦਰ ਭੱਲਾ ਸਰ ਦੀ। ਸਰ, ਪੰਜਾਬੀ ਮੀਨੀਆ ਤੁਹਾਡਾ ਵੈਲਕਮ ਆ। ਪ੍ਰਾਚੀ ਜੀ, ਪੰਜਾਬੀ ਮੀਨੀਆ ਚੈਨਲ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਕਿ ਮੈਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦੇ ਰਹੇ ਨੇ। ਸੋ ਜਸਵਿੰਦਰ ਭੱਲਾ ਵੱਲੋਂ ਮੇਰੇ ਪਿਆਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਕਹਿ ਰਹੀ ਹਾਂ ਜੱਟਾ 2 ਦੀ ਗ੍ਰੈਂਡ ਸਕਸੈਸ ਲਈ ਤੁਹਾਨੂੰ ਬਹੁਤ ਬਹੁਤ ਵਧਾਈਆਂ ਪਹਿਲੀ ਗੱਲ ਤਾਂ। ਥੈਂਕ ਯੂ ਜੀ, ਮੈਂ ਰਿਣੀ ਹਾਂ ਆਪਣੇ ਦਰਸ਼ਕਾਂ ਦਾ, ਸਰੋਤਿਆਂ ਦਾ, ਜਿਨ੍ਹਾਂ ਨੇ ਇੰਨਾ ਭਰਮਾ ਹੰਗਾਰਾ ਦਿੱਤਾ ਕਿ ਇੱਕ ਹਿਸਟਰੀ ਕ੍ਰੀਏਟ ਕਰਤੀ ਕਿ ਹੁਣ ਤੱਕ ਪੰਜਾਬ ਦੇ ਵਿੱਚ ਨਾ ਕੋਈ ਹਿੰਦੀ, ਨਾ ਪੰਜਾਬੀ, ਨਾ ਕਿਸੇ ਹੋਰ ਲੈਂਗੁਏਜ ਦੀ ਫਿਲਮ ਨੇ ਇੰਨੀ ਕਲੈਕਸ਼ਨ ਕੀਤੀ ਆ, ਜੋ ਰਿਕਾਰਡ ਕੈਰੀਅਨ 2 ਨੇ ਕੀਤੇ ਨੇ। ਆਈ ਸਲੂਟ ਦਾ ਆਡੀਅੰਸ। ਬਹੁਤ ਬਹੁਤ ਵਧਾਈਆਂ ਸਰ। ਜਿਵੇਂ ਹੁਣ ਕਹਿ ਰਹੀ ਹੋ ਜੱਟਾ 2, ਫਿਰ ਵਧਾਈਆਂ ਜੀ ਵਧਾਈਆਂ, ਹੁਣ ਦਿਲ ਹੋਣ ਚਾਹੀਦਾ ਜਵਾਨ। ਇੰਨਾ ਹੈਕਟਿਕ ਸ਼ਡਿਊਲ ਤੁਸੀਂ ਮਤਲਬ ਕਿਵੇਂ ਮੈਨੇਜ ਕਰਦੇ ਹੋ ਇੰਨਾ ਹੈਕਟਿਕ ਸ਼ਡਿਊਲ? ਕੋਸ਼ਿਸ਼ ਕਰਦਾ ਜੀ, ਮੈਂ ਤਾਂ ਇਸ ਤੋਂ ਵੀ ਬਿਜ਼ੀ ਹੋ ਸਕਦਾ ਸੀ, ਪਰ ਮੇਰੀ ਜਿਹੜੀ ਮੇਜਰ ਜੋਬ ਆ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਮੈਂ ਪ੍ਰੋਫੈਸਰ ਐਂਡ ਹੈੱਡ ਬਤੌਰ ਸੇਵਾ ਨਿਭਾ ਰਿਹਾ, ਅਤੇ ਮੇਰੇ ਹਜੇ ਰਿਟਾਇਰਮੈਂਟ ਦੇ ਵਿੱਚ 2.5 ਸਾਲ ਪਏ ਨੇ। ਸੋ ਮੈਂ ਕੋਸ਼ਿਸ਼ ਕਰਦਾ ਕਿ ਉੱਧਰ ਕਿਸਾਨਾਂ ਦੀ ਸੇਵਾ ਕਰਦਾ ਰਹਾਂ, ਇੱਧਰ ਪੰਜਾਬੀਅਤ ਦੀ, ਪੰਜਾਬੀ ਮਾਂ ਬੋਲੀ ਦੀ, ਪੰਜਾਬੀ ਕਲਚਰ ਦੀ ਸੇਵਾ ਕਰਦਾ ਰਹਾਂ। ਪਰ ਜਦੋਂ ਮੈਂ ਰਿਟਾਇਰ ਹੋ ਗਿਆ ਫਿਰ ਮੈਂ ਫੁੱਲੀ ਟਾਈਮ ਜਿਹੜਾ ਮੈਂ ਡਿਵੋਟ ਕਰੂੰਗਾ ਆਪਣੀ ਪੰਜਾਬੀ ਫਿਲਮਾਂ ਨੂੰ। ਸਰ, ਜਿਵੇਂ ਕਿ ਮੂਵੀ ਦਾ ਟਾਈਟਲ ਹੈ ਦਿਲ ਹੋਣਾ ਚਾਹੀਦਾ ਜਵਾਨ, ਤੁਹਾਡਾ ਪੂਰਾ ਗੈਟਅਪ ਵੀ ਬਿਲਕੁਲ ਜਵਾਨਾਂ ਵਾਲਾ ਹੀ ਹੈ, ਤੁਸੀਂ ਤੁਹਾਡਾ ਆਪਣੇ ਰੋਲ ਬਾਰੇ ਦੱਸੋ ਕਿ ਮੂਵੀ 'ਚ ਤੁਹਾਡਾ ਰੋਲ ਕੀ ਹੈ? ਮੇਰਾ ਰੋਲ ਇਸ ਦੇ ਵਿੱਚ ਇੱਕ ਪਰਿਵਾਰ ਦਾ ਹੈੱਡ ਆ, ਜਿਹਨੂੰ ਕਿਸੇ ਰੀਜ਼ਨ ਕਰਕੇ ਜੇਲ੍ਹ ਜਾਣਾ ਪੈ ਜਾਂਦਾ, 5 ਸਾਲ ਬਾਅਦ ਵਾਪਸ ਆਉਂਦਾ, ਉਹੀ ਮਾਹੌਲ ਭਾਲਦਾ ਘਰ ਦੇ ਵਿੱਚ। ਪਰ ਜਦੋਂ ਉਹਨੂੰ ਉਹ ਮਾਹੌਲ ਨਹੀਂ ਮਿਲਦਾ ਫਿਰ ਉਹ ਡਿਸਾਈਡ ਕਰਦਾ ਕਿ ਅਗਰ ਮੇਰੀ ਕੋਈ ਪਰਵਾਹ ਨਹੀਂ ਕਰਦਾ ਤਾਂ ਮੈਨੂੰ ਵੀ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਬਸ ਦਿਲ ਹੋਣਾ ਚਾਹੀਦਾ ਜਵਾਨ। ਅਤੇ ਉਹਦੇ ਜਿਹੜੇ ਰਵਾਨ ਨੇ ਉਹ ਹਮੇਸ਼ਾ ਤਾਜ਼ਾ ਤਰੋ ਰਹਿੰਦੇ ਨੇ ਅਤੇ ਜਵਾਨ ਰਹਿੰਦੇ ਨੇ। ਅਗਰ ਉਹ ਆਪਣੇ ਆਪ ਨੂੰ ਢਹਿੰਦੀਆਂ ਕਲਾਂ 'ਚ ਲੈ ਕੇ ਜਾਊਗਾ ਤਾਂ ਉਹ ਜੀਅ ਨਹੀਂ ਸਕੂਗਾ ਇਸ ਸਮਾਜ ਦੇ ਵਿੱਚ। ਅਗਰ ਹੱਸੀ ਖੇਸੀ ਖੁਸ਼ੀ ਦੇ ਨਾਲ ਅੱਛੇ ਅੱਛੇ ਪੰਚ ਦੇ ਕੇ, ਅੱਛੀਆਂ ਅੱਛੀਆਂ ਲਾਈਨਸ ਦੇ ਕੇ ਦਰਸ਼ਕਾਂ ਨੂੰ ਹਸਾਉਣਾ ਵੀ ਚਾਹੁੰਦਾ, ਘਰਦਿਆਂ ਨੂੰ ਹਸਾਉਣਾ ਚਾਹੁੰਦਾ, ਪਰ ਨਾਲ ਨਾਲ ਸਟੋਰੀ ਪੈਰਲਰ ਰਨ ਹੋ ਰਹੀ ਆ, ਤਾਂ ਇਹ ਕਿਰਦਾਰ ਮੇਰਾ ਇਸ ਫਿਲਮ ਦੇ ਵਿੱਚ ਹੈ। ਸਰ, ਜਿਵੇਂ ਤੁਹਾਡਾ ਮੁੰਡਾ ਪੁਖਰਾਜ ਵੀ ਹੁਣ ਬੁੱਲਕ ਬੁਗਨੀ ਬੈਂਕ 'ਤੇ ਬਟੂਆ 'ਚ ਆਇਆ, ਬਹੁਤ ਵਧੀਆ ਰੋਲ ਕੀਤਾ ਉਹਨੇ, ਤੁਸੀਂ ਕਦੀ ਉਹਨੂੰ ਵੀ ਕਹਿੰਦੇ ਹੋ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ? ਇਹ ਜਿਹੜਾ ਡਾਇਲੋਗ ਆ ਜੀ, ਗੰਦੀ ਔਲਾਦ ਨਾ ਮਜ਼ਾ ਨਾ ਸਵਾਦ, ਇਹ ਸਾਡੇ ਪੰਜਾਬ ਕੀ ਹਿੰਦੁਸਤਾਨ ਦੇ ਕਿਤੇ ਕਿਤੇ ਪੰਜਾਬੀ ਰਹਿੰਦੇ ਨੇ, ਹਰ ਪਰਿਵਾਰ ਦੇ ਵਿੱਚ ਇੱਕ ਵਾਰੀ ਇੱਕ ਪਿਓ ਨੇ ਆਪਣੀ ਔਲਾਦ ਵਾਸਤੇ ਜ਼ਰੂਰ ਵਰਤਿਆ। ਸੋ ਪੁਖਰਾਜ ਭੱਲਾ ਮੇਰਾ ਬੇਟਾ, ਜਿਹਨੇ ਬੀਟੈਕ ਫਿਲਮ ਮੇਕਿੰਗ ਅਤੇ ਟੈਲੀਵਿਜ਼ਨ ਪ੍ਰੋਡਕਸ਼ਨ ਦੀ ਗ੍ਰੈਜੂਏਸ਼ਨ ਕੀਤੀ ਆ, ਅਤੇ ਆ ਹੁਣ ਗੋਲਕ ਬੁਗਨੀ ਬੈਂਕ ਦੇ ਬਟੂਆ ਫਿਲਮ ਦੇ ਵਿੱਚ ਜੋ ਉਸਨੇ ਰੋਲ ਨਿਭਾਇਆ ਉਹ ਦਰਸ਼ਕਾਂ ਨੇ, ਸਰੋਤਿਆਂ ਨੇ, ਕ੍ਰਿਟਿਕਸ ਨੇ ਇੰਨਾ ਪਸੰਦ ਕੀਤਾ ਕਿ ਹੁਣ ਕਿੰਨੀਆਂ ਫਿਲਮਾਂ ਉਹਦੇ ਕੋਲ ਲਾਈਨ ਵਿੱਚ ਨੇ। ਔਰ ਇੱਕ ਫਿਲਮ ਦੀ ਤਰਸੇਮ ਜੱਸੜ ਜੀ ਨਾਲ ਸ਼ੂਟਿੰਗ ਚੱਲ ਰਹੀ ਹੈ, ਜਿਸ ਫਿਲਮ ਦਾ ਨਾਂ ਹੈ ਅਫਸਰ। ਸੋ ਉਹ ਪਟਿਆਲੇ ਉੱਥੇ ਬਿਜ਼ੀ ਆ, ਪਿਓ ਇੱਥੇ ਬਿਜ਼ੀ ਆ, ਦੇਖੋ। ਸਰ, ਜਿਵੇਂ ਹੁਣ ਤੁਹਾਡੀ ਇਹ ਫਿਲਮ ਆਉਣ ਵਾਲੀ ਹੈ, ਇਹਦਾ ਟਾਈਟਲ ਥੋੜ੍ਹਾ ਜਿਹਾ ਦੱਸੋ ਕਿ ਦਰਸ਼ਕਾਂ ਨੂੰ ਦਿਲ ਹੋਣਾ ਚਾਹੀਦਾ ਜਵਾਨ, ਕਿਉਂ ਦੇਖਣ ਜਾਈਏ ਥੀਏਟਰ 'ਚ? ਦੇਖੋ, ਮੈਂ ਦੱਸਿਆ ਕਿ ਇਹ ਜੋ ਫਿਲਮ ਹੈ, ਜਿਸ ਤਰ੍ਹਾਂ ਹਿੰਦੀ ਦੀ ਫਿਲਮ ਬਣੀ ਸੀਗੀ ਜਿਹਦਾ ਨਾਂ ਸੀ ਬਾਗਬਾਨ, ਪਰਿਵਾਰਕ ਡਰਾਮਾ ਸੀ, ਹਰ ਫੈਮਿਲੀ ਦੇ ਵਿੱਚ ਇਹ ਸਿਚੁਏਸ਼ਨ ਕ੍ਰੀਏਟ ਹੁੰਦੀਆਂ ਨੇ, ਪਰ ਉਹ ਫਿਲਮ ਸੀਰੀਅਸ ਨੋਟ 'ਤੇ ਸੀ, ਇਹਦਾ ਥੀਮ ਉਹੀ ਆ, ਪਰ ਇਸ ਫਿਲਮ ਦੇ ਵਿੱਚ ਨਾਲ ਨਾਲ ਪੈਰਲਰ ਕਾਮੇਡੀ ਚੱਲਦੀ ਆ, ਤੁਹਾਨੂੰ ਹਸਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ, ਤੁਹਾਡੇ ਚਿਹਰਿਆਂ 'ਤੇ ਸਮਾਈਲ ਲਿਆਉਣ ਦੀ ਵੀ ਕੋਸ਼ਿਸ਼ ਕੀਤੀ ਗਈ ਆ। ਔਰ ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਫਿਲਮ ਨੂੰ ਜ਼ਰੂਰ ਪਸੰਦ ਕਰਨਗੇ, ਜਿਹਦਾ ਨਾਂ ਹੈ ਦਿਲ ਹੋਣਾ ਚਾਹੀਦਾ ਜਵਾਨ। ਸਰ, ਜਾਣ ਤੋਂ ਪਹਿਲਾਂ ਆਪਣਾ ਕੋਈ ਵੀ ਸਿਗਨੇਚਰ ਡਾਇਲੋਗ ਬੋਲ ਜਾਓਗੇ ਇੱਕ ਵਾਰ? ਇਸ ਫਿਲਮ ਦਾ ਡਾਇਲੋਗ ਤਾਂ ਇੱਕ ਨਿੱਕਾ ਜਿਹਾ ਹੀ ਆ ਜਿਹੜਾ ਮੈਂ ਰੱਖਿਆ ਹੋਇਆ, ਕੋਈ ਵੀ ਗੱਲ ਚੱਲਦੀ ਆ ਨਾਲ ਹੀ ਕਹਿੰਦਾ ਸਿਰੇ ਲਾਤੀ। ਬਾਕੀ ਹੁਣ ਅਸੀਂ ਤਾਂ ਕੋਸ਼ਿਸ਼ ਕੀਤੀ ਆ ਕਿ ਸਿਰੇ ਲਾ ਦਈਏ, ਅੱਗੋਂ ਦਰਸ਼ਕ ਦੱਸਣਗੇ ਸਿਰੇ ਲੱਗੀ ਕਿ ਸਿਰੇ ਨਹੀਂ ਲੱਗੀ। ਸਰ, ਜਾਣ ਤੋਂ ਪਹਿਲਾਂ ਪੰਜਾਬੀ ਮੀਨੀਆ ਦੀ ਆਡੀਅੰਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਬਾਜੀ, ਸੰਦੇਸ਼ ਤਾਂ ਕੀ, ਇੱਕ ਰਿਕੁਐਸਟ ਹੈ
ਕਿ ਤੁਸੀਂ ਸਾਰਿਆਂ ਨੇ ਪੰਜਾਬੀ ਸਿਨੇਮਾ ਨੂੰ ਇੰਨਾ ਪਿਆਰ ਦਿੱਤਾ, ਇੰਨੀਆਂ ਬੁਲੰਦੀਆਂ 'ਤੇ ਲੈ ਕੇ ਆਏ ਕਿ ਇਸ ਵੇਲੇ ਲੋਕ ਹਿੰਦੀ ਫਿਲਮ ਨਾਲੋਂ ਪੰਜਾਬੀ ਫਿਲਮ ਦੇਖਣਾ ਜ਼ਿਆਦਾ ਪ੍ਰੈਫਰ ਕਰਦੇ ਨੇ, ਔਰ ਬੋਲੀਵੁੱਡ ਵਾਲੇ ਹਿੰਦੀ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸੋਚਦੇ ਨੇ ਕਿ ਇਹ ਸ਼ੁੱਕਰਵਾਰ ਕੋਈ ਪੰਜਾਬੀ ਫਿਲਮ ਤਾਂ ਨਹੀਂ ਲੱਗ ਰਹੀ। ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ। ਕੋਸ਼ਿਸ਼ ਹੈ, ਵਾਅਦਾ ਵਾ ਕਿ ਤੁਹਾਡੀ ਕਸੌਟੀ 'ਤੇ ਇਸੇ ਤਰ੍ਹਾਂ ਖਰੇ ਉਤਰਦੇ ਰਹਾਂਗੇ, ਪਰ ਤੁਹਾਡੇ ਕੋਲੋਂ ਤਵੱਕੋ ਕਰਦੇ ਹਾਂ ਕਿ ਤੁਹਾਡਾ ਪਿਆਰ ਪੰਜਾਬੀ ਮਾਂ ਬੋਲੀ ਲਈ, ਪੰਜਾਬੀ ਸਿਨੇਮੇ ਲਈ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੁਹਾਨੂੰ ਬਹੁਤ ਬਹੁਤ ਆਲ ਦਾ ਵਿਸ਼ਿਜ਼ ਨੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਲਈ। ਸੋ ਦਿਸ ਵਾਸ ਪ੍ਰਾਚੀ ਸੈਨੀ ਫਰੋਮ ਪੰਜਾਬੀ ਮੇਨੀਆ ਸਾਈਨਿੰਗ ਆਫ। ਥੈਂਕ ਯੂ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੇਨੀਆ, ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੇਨੀਆ ਦੇਖ ਰਹੇ ਹੋ ਤੁਸੀਂ, ਤੇ ਅੱਜ ਸਾਡੇ ਨਾਲ ਮੌਜੂਦ ਨੇ ਮੁਨੀਸ਼ ਸਾਣੀ ਜੀ, ਜਿਨ੍ਹਾਂ ਦੇ ਜਿਹੜੇ ਹਰਜੀਤਾ ਫਿਲਮ ਦੇ ਪ੍ਰੋਡਿਊਸਰ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਮੇਨੀਆ ਜੀ। ਥੈਂਕ ਯੂ। ਸੋ ਕੱਲ੍ਹ ਫਿਲਮ ਰਿਲੀਜ਼ ਹੋ ਰਹੀ ਹੈ, ਕਿੰਨੇ ਐਕਸਾਈਟਡ ਹੋ ਤੁਸੀਂ? ਬਹੁਤ ਐਕਸਾਈਟਡ ਹਾਂ ਜੀ, ਬਿਕੋਜ਼ ਆਈ ਥਿੰਕ ਪੰਜਾਬੀ ਇੰਡਸਟਰੀ ਦੇ ਅੰਦਰ ਇੱਕ ਨਵਾਂ ਚੈਪਟਰ ਓਪਨ ਹੋਣ ਜਾ ਰਿਹਾ। ਬਾਇਓਪਿਕ ਹੈ ਫਸਟ ਟਾਈਮ, ਇਟਸ ਅ ਫਸਟ ਟਾਈਮ ਕਿ ਇਸ ਤਰ੍ਹਾਂ ਦੀ ਇੱਕ ਬਾਇਓਪਿਕ ਨੂੰ ਅਸੀਂ ਔਨ ਸਿਲਵਰ ਸਕਰੀਨ ਲੈ ਕੇ ਆ ਰਹੇ ਹਾਂ। ਸੋ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ। ਫਿਲਮ ਤੋਂ ਕੀ ਐਕਸਪੈਕਟੇਸ਼ਨ ਹੈ ਤੁਹਾਡੀ? ਬਹੁਤ ਜ਼ਿਆਦਾ ਐਕਸਪੈਕਟੇਸ਼ਨ ਹੈ ਜੀ, ਨੋਰਮਲੀ ਜੋ ਹੋਣੀਆਂ ਵੀ ਚਾਹੀਦੀਆਂ ਨੇ। ਫਿਲਮ 'ਤੇ ਮਿਹਨਤ ਬਹੁਤ ਲੱਗੀ ਹੈ, ਟਾਈਮ ਬਹੁਤ ਲੱਗਾ, ਪੈਸਾ ਬਹੁਤ ਲੱਗਾ। ਸੋ ਆਈ ਥਿੰਕ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਨੇ, ਹੋਪਫੁਲੀ ਅਸੀਂ ਐਕਸਪੈਕਟੇਸ਼ਨ ਮੀਟ ਵੀ ਕਰਾਂਗੇ। ਸੋ ਮਨੀਸ਼ ਜੀ, ਇੱਕ ਬਾਇਓਪਿਕ ਹੈ, ਇੱਕ ਜਿਹੜੀ ਆਪਾਂ ਨੋਰਮਲ ਕੋਈ ਹੋਰ ਫਿਲਮ ਬਣਾਉਂਦੇ ਹਾਂ ਜਿਹੜੀ ਕੋਈ ਕਿਸੇ ਰਿਐਲਿਟੀ ਨਾਲ ਬੇਸ ਨਹੀਂ ਹੁੰਦੀ, ਅਤੇ ਓਬਵੀਅਸਲੀ ਦੋਨਾਂ ਵਿੱਚ ਕਾਫੀ ਡਿਫਰੈਂਸ ਹੋਊਗਾ ਬਣਾਉਂਦੇ ਹੋਏ। ਸੋ ਉਹ ਡਿਫਰੈਂਸਿਸ ਤੁਹਾਨੂੰ ਜਾਂ ਡਿਫੀਕਲਟੀਜ਼ ਕਹਿ ਲਓ ਕਿ ਕੀ ਫੇਸ ਕਰਨੀਆਂ ਪਈਆਂ? ਡਿਫੀਕਲਟੀਜ਼ ਕੁਛ ਨਹੀਂ ਸੀ, ਸਾਡੇ ਇੱਕ ਸਾਡੇ ਨਾਲ ਸਾਡੇ ਲਈ ਫਿਲਮ ਤੋਂ ਜ਼ਿਆਦਾ ਇੱਕ ਮਿਸ਼ਨ ਸੀਗਾ। ਸੋ ਮਿਸ਼ਨ ਕੀ ਸੀਗਾ ਕਿ ਯਾਰ ਪੰਜਾਬੀ ਇੰਡਸਟਰੀ ਗਰੋ ਕਰ ਰਹੀ ਹੈ, ਬਿਜ਼ਨਸ ਹੋ ਰਹੇ ਨੇ, ਸਭ ਕੁਝ ਹੋ ਰਿਹਾ। ਸੋ ਕੰਟੈਂਟ ਦੇ ਮਾਮਲੇ 'ਚ ਅਸੀਂ ਕਿਧਰੇ ਨਾ ਕਿਧਰੇ ਸ਼ਾਇਦ ਬਾਲੀਵੁੱਡ ਤੋਂ ਪਿੱਛੇ ਹਾਂ। ਸੋ ਉਹ ਚੈਲੇਂਜ ਸੀਗਾ, ਜਦੋਂ ਚੈਲੇਂਜ ਐਕਸੈਪਟ ਕੀਤਾ ਫਿਰ ਡਿਫੀਕਲਟੀਜ਼ ਆਈ ਥਿੰਕ ਕੋਈ ਸਾਹਮਣੇ ਨਜ਼ਰ ਆਈਆਂ ਨੇ। ਅਤੇ ਫਿਲਮ ਦੇ ਵਿੱਚ ਕਿੰਨੇ ਗਾਣੇ ਨੇ? ਫਿਲਮ 4 ਗਾਣੇ ਨੇ ਜੀ। ਸੋ ਬਹੁਤ ਜ਼ਿਆਦਾ ਮਿਊਜ਼ੀਕਲ ਫਿਲਮ ਅਸੀਂ ਨਹੀਂ ਸੀ ਬਣਾ ਸਕਦੇ, ਸਿੰਸ ਕਿ ਇਹਨੂੰ ਰਿਐਲਿਟੀ ਬੇਸ ਹੀ ਰੱਖਣਾ ਚਾਹੀਦਾ ਸੀ। ਸੋ ਅਸੀਂ ਉਹ ਗਾਣੇ ਵੀ ਉਸ ਤਰ੍ਹਾਂ ਦੇ ਹੀ ਰੱਖੇ ਨੇ ਜਿਹੜੇ ਸਿਚੁਏਸ਼ਨਲ ਨੇ। ਅਤੇ ਕੀ ਕਹਿੰਦੇ, ਸਾਵਨ ਇਸ ਫਿਲਮ ਦੇ ਵਿੱਚ ਡੈਬਿਊ ਕਰ ਰਹੇ ਨੇ, ਤੋ ਉਹਨਾਂ ਦੇ ਨਾਲ ਕਿਵੇਂ ਦਾ ਐਕਸਪੀਰੀਅੰਸ ਰਿਹਾ ਕੰਮ ਕਰ? ਬਹੁਤ ਅੱਛਾ ਐਕਸਪੀਰੀਅੰਸ ਹੈ ਜੀ। ਸੋ ਫਸਟ ਆਫ ਆਲ ਸਾਨੂੰ ਇੱਕ ਫਰੈਸ਼ ਫੇਸ ਚਾਹੀਦਾ ਸੀ ਜਿਹੜਾ ਟਾਈਪਡ ਨਹੀਂ ਹੋਵੇ। ਸੋ ਆਈ ਥਿੰਕ ਉਹ ਆਫਟਰ ਗੋਇੰਗ ਵਿਦ ਸੋ ਮੈਨੀ ਆਰਟਿਸਟ, ਸੋ ਸਾਵਨ ਸਾਨੂੰ ਇੱਕ ਐਪਰੋਪ੍ਰੀਏਟ ਚੋਇਸ ਲੱਗੀ ਫਿਲਮ ਲਈ, ਦੈਟਸ ਵਾਈ ਉਹ ਪਾਰਟ ਆਫ ਫਿਲਮ ਦਾ। ਅਤੇ ਇਸ ਫਿਲਮ ਤੋਂ ਇਲਾਵਾ ਤੁਹਾਡੇ ਹੋਰ ਕਿਹੜੇ ਅਪਕਮਿੰਗ ਪ੍ਰੋਜੈਕਟਸ ਨੇ ਜਿਹੜੇ ਤੁਸੀਂ ਲੈ ਕੇ ਆ ਰਹੇ ਹੋ? ਬਹੁਤ ਸਾਰੇ ਪ੍ਰੋਜੈਕਟਸ ਨੇ, ਵੀ ਡੂ ਡਿਸਟ੍ਰੀਬਿਊਸ਼ਨ ਆਫ, ਅਸੀਂ ਸਾਲ ਦੀਆਂ ਅਗਰ 40 ਫਿਲਮਾਂ ਰਿਲੀਜ਼ ਪ੍ਰੋਡਿਊਸ ਹੁੰਦੀਆਂ ਨੇ, ਅਤੇ ਉਹਦੇ 'ਚ ਯੂ ਕੈਨ ਸੇ ਕਿ 35-36 ਅਸੀਂ ਰਿਲੀਜ਼ ਕਰਦੇ ਹਾਂ। ਸੋ ਅਪਕਮਿੰਗ 'ਚ ਸਾਡੇ ਕੋਲ ਇੱਕ ਐਨੀਮੇਸ਼ਨ ਫਿਲਮ ਹੈ ਗੁਰੂ ਦਾ ਬੰਦਾ, ਦੈਨ ਫਿਰ ਵਧਾਈਆਂ ਜੀ ਵਧਾਈਆਂ ਮਿਸਟਰ ਮਿਸਿਸ 420 ਹੈ, ਅਮਰਿੰਦਰ ਗਿੱਲ ਦੀ ਅਸ਼ਕੇ ਹੈ, ਦੈਨ ਫਿਰ ਗਿੱਪੀ ਗਰੇਵਾਲ ਦੀ ਮਾਰ ਗਏ ਹੋਏ ਲੋਕਸ, ਲੋਟ ਆਫ ਫਿਲਮਸ ਇਨ ਕਮਿੰਗ ਡੇਜ਼। ਸੋ ਵਧਾਈਆਂ ਜੀ ਵਧਾਈਆਂ ਦਾ ਸ਼ੂਟ ਹੋ ਗਿਆ ਕੰਪਲੀਟ? ਇਟਸ ਗੋਇੰਗ ਔਨ। ਹਾਂਜੀ, ਥੈਂਕ ਯੂ ਸੋ ਮਚ ਮਨੀਸ਼ ਜੀ। ਤੁਹਾਡੀ ਫਿਲਮ ਕੱਲ੍ਹ ਰਿਲੀਜ਼ ਹੋ ਰਹੀ ਆ, ਅਸੀਂ ਹੋਪ ਕਰਦੇ ਹਾਂ ਕਿ ਉਹ ਬਹੁਤ ਤਰੱਕੀ ਕਰੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਪੰਜਾਬੀ ਮੇਨੀਆ 'ਤੇ ਆਉਣ ਲਈ। ਮੈਂ ਯਾਸਮਨ ਕੌਰ ਪੰਜਾਬੀ ਮੇਨੀਆ ਤੋਂ ਤੁਹਾਡੇ ਤੋਂ ਵਿਦਾ ਲੈਂਦੀ ਹਾਂ, ਅਤੇ ਆਪਾਂ ਛੇਤੀ ਮਿਲਾਂਗੇ ਇੱਥੇ ਇੱਕ ਨਵੇਂ ਸਿਤਾਰੇ ਦੇ ਨਾਲ। ਸਤਿ ਸ਼੍ਰੀ ਅਕਾਲ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੇਨੀਆ, ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੇਨੀਆ ਦੇਖ ਰਹੇ ਹੋ ਤੁਸੀਂ, ਤੇ ਅੱਜ ਮੂਵੀ ਰਿਲੀਜ਼ ਹੋਈ ਹੈ ਅਸ਼ਕੇ, ਜਿਹਦੇ ਵਿੱਚ ਸਟਾਰ ਕਰ ਰਹੇ ਨੇ ਅਮਰਿੰਦਰ ਗਿੱਲ, ਡੈਬਿਊ ਕਰਨ ਜਾ ਰਹੇ ਨੇ ਸੰਜੀਦਾ ਸ਼ੇਖ ਤੇ ਰੂਪੀ ਗਿੱਲ। ਇਸ ਫਿਲਮ ਦਾ ਟ੍ਰੇਲਰ ਕੱਲ ਸ਼ਾਮ ਨੂੰ ਹੀ ਰਿਲੀਜ਼ ਹੋਇਆ ਸੀ, ਤੇ ਆਉਂਦੇ ਸਾਰੀਆਂ ਨੇ ਧੁੰਮਾਂ ਪਾਤੀਆਂ ਸੀ, ਤੇ ਹੁਣ ਅਸੀਂ ਲੋਕਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਨੂੰ ਮੂਵੀ ਕਿਹੋ ਜਿਹੀ ਲੱਗੀ। ਸਰ, ਤੁਹਾਨੂੰ ਮੂਵੀ ਕਿਹੋ ਜਿਹੀ ਲੱਗੀ? ਸਰਦਾਰ ਸਾਹਿਬ ਵਧੀਆ ਸੀ। ਤੁਹਾਨੂੰ ਮੂਵੀ ਕਿਹੋ ਜਿਹੀ ਲੱਗੀ? ਬਹੁਤ ਵਧੀਆ ਲੱਗੀ ਜੀ, ਬਹੁਤ ਮੂਵੀ ਕਿਹੋ ਜਿਹੀ ਲੱਗੀ? ਅਮੇਜ਼ਿੰਗ, ਬਹੁਤ ਵਧੀਆ ਕਨਸੈਪਟ, ਸਾਰਿਆਂ ਦੀ ਐਕਟਿੰਗ ਅਮੇਜ਼ਿੰਗ ਸੀ, ਸਾਰੇ ਵਧੀਆ ਐਕਟਿੰਗ, ਸੋਹਣੀ ਸੀ ਮੂਵੀ, ਵਧੀਆ ਸੀ, ਬੜੀ ਵਧੀਆ ਸੀ, ਬਹੁਤ ਅੱਛੀ ਮੂਵੀ ਸੀ, ਨਾਈਸ ਮੂਵੀ, ਫੀ ਅੱਛੀ ਮੂਵੀ ਸੀ, ਅੱਛਾ ਰੋਲ ਕੀਤਾ ਅਮਰਿੰਦਰ ਗਿੱਲ ਨੇ, ਮੂਵੀ ਠੀਕ ਸੀ, ਅੱਛੀ ਸੀ, ਮੂਵੀ ਅੱਛੀ ਸੀ, ਅਮਰਿੰਦਰ ਗਿੱਲ ਦੀ ਐਕਟਿੰਗ ਵੀ ਬਹੁਤ ਅੱਛੀ ਸੀ, ਅਸੀਂ ਅਮਰਿੰਦਰ ਗਿੱਲ ਦੇ ਬਹੁਤ ਵੱਡੇ ਫੈਨ ਹਾਂ, ਅਸੀਂ ਬਹੁਤ ਐਕਸਾਈਟਮੈਂਟ ਨਾਲ ਮੂਵੀ ਦੇਖਣਾ ਹੈ। ਗਾਣੇ ਕਿਵੇਂ ਦੇ ਲੱਗੇ ਫਿਲਮ? ਗਾਣੇ ਤੇ ਇੱਕਦਮ ਵਧੀਆ, ਇੱਕਦਮ ਨੰਬਰ 1, ਗਾਣੇ ਤਾਂ ਉਹ ਵੀ ਹੱਥ ਨੇ। ਸੰਜੀਦਾ ਨੇ ਆਪਣਾ ਡੈਬਿਊ ਕੀਤਾ, ਤਾਂ ਤੁਹਾਨੂੰ ਕਿਹੋ ਜਿਹੀ ਲੱਗੀ ਉਹਨਾਂ ਦੀ ਐਕਟਿੰਗ? ਅਮੇਜ਼ਿੰਗ ਸੀ, ਵਧੀਆ ਸੀ, ਬਹੁਤ ਨਾਈਸ ਸੀ।
ਸਾਰਿਆਂ ਦਾ ਕੰਮ ਕਿਵੇਂ ਸੀਗਾ? ਅਮਰਿੰਦਰ ਦੀ ਐਕਟਿੰਗ ਅੱਛੀ ਸੀ, ਬਾਕੀ ਜਿਹੜੇ ਐਕਟਰ ਸੀ ਉਹਨੂੰ ਅਜੇ ਹੋਰ ਪੰਜਾਬੀ ਸਿੱਖਣੀ ਚਾਹੀਦੀ ਹੈ, ਉਹਨਾਂ ਦੀ ਇੰਨੀ ਅੱਛੀ ਐਕਟਿੰਗ ਨਹੀਂ ਲੱਗੀ। ਚਲੋ ਬਾਕੀ ਭੰਗੜੇ ਸੀ, ਪੰਜਾਬੀ ਤਾਂ ਬਣੀ ਹੋਈ ਸੀਗੀ, ਸਾਡੇ ਕੋਲੇਜ ਦੀ ਬਹੁਤ ਯਾਦ ਆਈ ਮੂਵੀ ਦੇਖ ਕੇ ਕਿ ਭੰਗੜਾ ਕਰਦੇ ਹੁੰਦੇ ਸੀ ਅਸੀਂ ਵੀ, ਮਤਲਬ ਜਿਵੇਂ ਉਵੇਂ ਲੱਗਿਆ ਜਿਵੇਂ ਆਹ ਭੰਗੜਾ ਕਰਦੇ ਹੁੰਦੇ ਸੀ। ਬਾਕੀ ਅੱਛੀ ਸੀ ਮੂਵੀ, ਠੀਕ ਸੀ, ਬਿਨਾਂ ਟ੍ਰੇਲਰ ਤੋਂ ਵੇਖਣ ਆਏ ਸੀ, ਟ੍ਰੇਲਰ ਆਊਟ ਨਹੀਂ ਹੋਇਆ, ਰਿਲੀਜ਼ ਲੱਗ ਗਿਆ ਸੀ, ਅਮਰਿੰਦਰ ਦੀ ਮੂਵੀ ਲੱਗੀ ਹੈ, ਪਰ ਠੀਕ ਸੀ ਮੂਵੀ, ਚਲੋ ਅੱਛਾ ਲੱਗਿਆ ਦੇਖ ਕੇ। ਕਿੰਨੇ ਸਟਾਰਸ ਦੇਣਾ ਚਾਹੋਗੇ? 5 ਕਿਉਂ 4? ਆਈ ਵੁੱਡ ਸੇ 5 ਔਰ 5। 5 ਵਿੱਚੋਂ 3.5। 4 ਆਪਣਾ ਪਿਆਰ ਪੂਰਾ ਦਿੱਤਾ। ਹੁਣ ਤੁਸੀਂ ਵੀ ਮੂਵੀ ਦੇਖਣ ਜ਼ਰੂਰ ਜਾਓ, ਸਾਡੀ ਵੀਡੀਓ ਥੱਲੇ ਕਮੈਂਟ ਕਰਕੇ, ਨਾਲੇ ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੇਨੀਆ। ਦਿਸ ਵਾਜ ਮਨਾ ਸ਼ਰਮਾ ਫਰੋਮ ਪੰਜਾਬੀ ਮੇਨੀਆ ਸਾਈਨਿੰਗ ਆਊਟ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੇਨੀਆ ਦੇਖ ਰਹੇ ਹੋ ਤੁਸੀਂ, ਅਤੇ ਅੱਜ ਸਾਡੇ ਨਾਲ ਮੌਜੂਦ ਨੇ ਲਾਹੌਰੀਏ ਫਿਲਮ ਦੇ ਰਾਈਟਰ, ਡਾਇਰੈਕਟਰ, ਪ੍ਰੋਡਿਊਸਰ ਅੰਬਰਦੀਪ ਭਾਜੀ। ਅੰਬਰ ਭਾਜੀ, ਵੈਲਕਮ ਟੂ ਪੰਜਾਬੀ ਮੇਨੀਆ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੰਬਰ ਭਾਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਲਾਹੌਰੀਏ ਦੀ ਗ੍ਰੈਂਡ ਸਕਸੈਸ 'ਤੇ, ਅਤੇ ਤੁਹਾਡੀ ਟੀਮ ਦੀ ਜੋ ਹੈਟ੍ਰਿਕ ਹੋਈ ਹੈ ਅੰਗਰੇਜ਼ ਜਾਂ ਪੰਜਾਬ ਅਤੇ ਲਾਹੌਰੀਏ, ਉਹਦੇ ਲਈ ਬਹੁਤ ਬਹੁਤ ਮੁਬਾਰਕ। ਥੈਂਕ ਯੂ ਸੋ ਮਚ ਜੀ, ਪੂਰੀ ਟੀਮ ਨੇ ਜੋ ਅਸੀਂ ਇਕੱਠੇ ਹੋਏ ਹਾਂ, ਮਤਲਬ ਸਾਡੀ ਕੋਸ਼ਿਸ਼ ਹੈ ਪੂਰੀ ਕਿ ਪੰਜਾਬੀ ਸਿਨੇਮੇ ਲਈ ਅੱਛਾ ਕੰਮ ਕਰੀਏ, ਸਿਰਫ ਫਿਲਮ ਹੀ ਨਾ ਬਣਾਈਏ, ਇੱਕ ਸਿਨੇਮਾ ਬਣਾਈਏ, ਅਤੇ ਤਾਂ ਕਿ ਲੋਕਾਂ ਤੱਕ, ਬਾਹਰ ਹੋਰ ਦੁਨੀਆਂ ਤੱਕ ਪੰਜਾਬੀ ਸਿਨੇਮਾ ਪਹੁੰਚੇ, ਲੋਕ ਪੰਜਾਬੀ ਸਿਨੇਮੇ ਦੀ ਗੱਲ ਕਰਨ। ਹਾਂਜੀ, ਅਤੇ ਭਾਅ ਜੀ, ਲਾਹੌਰੀਏ ਦਾ ਆਈਡੀਆ ਕਿਸ ਤਰ੍ਹਾਂ ਆਇਆ? ਜਿਸ ਦਿਨ ਦੀ ਫਿਲਮ ਅਨਾਊਂਸ ਹੋਈ ਹੈ ਮੈਂ ਤਾਂ ਬਹੁਤ ਐਕਸਾਈਟਿਡ ਹੋ ਗਿਆ ਸੀ, ਇਹ ਆਈਡੀਆ ਕਿਸ ਤਰ੍ਹਾਂ ਆਇਆ, ਸਕ੍ਰਿਪਟਿੰਗ ਅਤੇ ਸਾਰਾ ਥੋੜ੍ਹਾ ਸਾਨੂੰ ਦੱਸੋ। ਮੈਂ ਅੱਗੇ ਵੀ ਇੰਟਰਵਿਊ ਕੀਤੀ ਅਤੇ ਮੈਂ ਉਹਨੂੰ ਰਿਪੀਟ ਹੋਣ ਲੱਗ ਜਾਣੀ ਚੀਜ਼ਾਂ। ਐਕਚੁਲੀ ਇੱਕ ਤਾਂ ਸਾਡੇ ਪਿੰਡ 'ਚ ਲਾਹੌਰੀਏ ਰਹਿੰਦੇ ਸੀਗੇ, ਅੱਛਾ, ਅਤੇ ਬਚਪਨ 'ਚ ਉਹਨਾਂ ਦਾ ਸੁਣਦੇ ਸੀ ਲਾਹੌਰੀਆਂ ਦੇ ਘਰ, ਅਤੇ ਇੱਕ ਕਿਉਰਿਓਸਿਟੀ ਹੁੰਦੀ ਸੀ ਕੌਣ ਨੇ, ਅਤੇ ਦੂਜਾ ਜਦੋਂ ਲਵ ਪੰਜਾਬੀ ਸ਼ੂਟ ਚੱਲਦਾ ਸੀ ਨਾ ਸ਼ਾਰਾ ਡਾਲਾ, ਅਤੇ ਉਹ ਬਾਰਡਰ 'ਤੇ ਪਿੰਡ ਆ, ਅਤੇ ਉੱਥੇ ਅਸੀਂ ਬਾਰਡਰ ਵੇਖਦੇ ਸੀਗੇ, ਅੱਛਾ, ਅਤੇ ਬਾਰਡਰੋਂ ਉੱਧਰ ਵੇਖਦੇ ਸੀਗੇ, ਅਤੇ ਉਹ ਵੀ ਕੋਸ਼ਿਸ਼ ਹੁੰਦੀ ਸੀ ਵੀ ਕੋਈ ਘਰ ਵੇਖ ਜਾਏ, ਕੋਈ ਬੰਦਾ ਦੇਖ ਜਾਏ, ਤਾਰਾ ਤਾਰਾ। ਸੋ ਉਹ ਇੱਕ ਲੱਗਿਆ ਆਪਣੇ ਮੈਨੂੰ ਕਿ ਕਿਉਰਿਓਸਿਟੀ ਹੈਗੀ ਹੈ। ਦੂਜਾ ਉੱਥੇ ਮੈਨੂੰ ਕਿਸੇ ਨੇ ਦੱਸਿਆ ਕਿ ਅਸੀਂ ਤਾਰਾਂ ਤੋਂ ਪਰੇ ਖੇਤੀ ਕਰਦੇ ਹਾਂ, ਅੱਛਾ, ਅਤੇ ਜਦੋਂ ਅਸੀਂ ਖੇਤੀ ਕਰਦੇ ਹਾਂ ਸਾਡੇ ਨਾਲ ਸਾਡੇ ਜਵਾਨ ਹੁੰਦੇ ਆ, ਅਤੇ ਉੱਧਰ ਉਹ ਲੋਕ ਆਪਣਾ ਖੇਤੀ ਕਰਦੇ ਆ, ਹਾਂਜੀ, ਸੋ ਬਹੁਤ ਨੇੜੇ ਹੁੰਦਾ, ਅੱਛਾ, ਸੋ ਇੱਕ ਦਿਨ ਦੇਖੋ ਸਰ, ਕਈ ਵਾਰੀ ਕੋਈ ਦੱਸਦਾ ਕਈ ਵਾਰੀ ਨਾ ਤੁਹਾਨੂੰ ਵਾਜਾ ਹੀ ਮਾਰ ਲੈਂਦੇ, ਅੱਛਾ, ਜਿਵੇਂ ਫਿਲਮ ਸੀਨ ਆ ਜਾਂ ਚਾਹ ਪੀ ਆਈਏ, ਅੱਛਾ, ਉਹ ਬਸ ਉਦੋਂ ਮੈਨੂੰ ਲੱਗਿਆ ਕਿ ਉਹ ਇੱਕ ਗੱਲ, ਫਿਰ ਉਹ ਲਾਹੌਰੀਏ, ਫਿਰ ਕੁਝ ਕਨੈਕਸ਼ਨ, ਫਿਰ ਪਤਾ ਲੱਗਦਾ ਜਦੋਂ ਕਿ ਯਾਰ ਆਮ ਬੰਦਾ ਜਿਹੜਾ ਹੈ ਦੋਨਾਂ ਮੁਲਕਾਂ ਦਾ, ਉਹ ਬੜਾ ਆਮ ਹੈ, ਬੜਾ ਇੱਕੋ ਜਿਹਾ ਹੈ, ਕਿ ਉਹਨਾਂ ਲੋਕਾਂ ਦੀ ਗੱਲ ਕਰੀਏ ਜਿਹੜੇ ਇੱਕੋ ਜਿਹੇ ਨੇ, ਜਿਹਨਾਂ ਦੇ ਰਿਸ਼ਤੇ ਇੱਕੋ ਜਿਹੇ ਨੇ, ਮੇਰੇ ਖਿਆਲ 'ਚ ਉੱਧਰ ਵੀ ਸੱਸ ਨੂੰ ਉਹੋ ਜਿਹੀ ਹੈ, ਸੱਸ ਨੂੰ ਇੱਧਰ ਵੀ ਉਹੋ ਜਿਹੀ, ਅਤੇ ਉਹੋ ਜਿਹੀਆਂ ਗੱਲਾਂ ਕਰਕੇ ਇਕੱਠੇ ਕੀਤੇ ਆ। ਅੱਛਾ, ਅਤੇ ਭਾਅ ਜੀ, ਤੁਸੀਂ ਫਿਲਮ ਦੇ ਜਿਹੜੇ ਕਰੈਕਟਰ ਡਿਜ਼ਾਈਨ ਕੀਤੇ ਨੇ ਸਾਰੇ ਬਹੁਤ ਹੀ ਸਿੰਪਲ ਅਤੇ ਕਿਊਟ ਜਿਹੇ ਕਰੈਕਟਰ ਨੇ, ਅਤੇ ਤੁਹਾਡੀ ਫਿਲਮਾਂ 'ਚ ਹਰ ਵਾਰੀ ਇਹੀ ਹੁੰਦਾ, ਤਾਂ ਹੀ ਸ਼ਾਇਦ ਆਈ ਥਿੰਕ ਲੋਕ ਉਹਨਾਂ ਨੂੰ ਜ਼ਿਆਦਾ ਰਿਲੇਟ ਕਰ ਪਾਉਂਦੇ ਨੇ ਆਪਣੇ ਨਾਲ, ਕਿਉਂਕਿ ਉਹ ਬਹੁਤ ਸਿੰਪਲ ਜਿਹੇ ਹੁੰਦੇ ਨੇ। ਕੀ ਕੋਈ ਖਾਸ ਧਿਆਨ ਦਿੰਦੇ ਹੋ ਕਿ ਕਰੈਕਟਰ ਜਿਹੜੇ ਹੋਣ ਲੋਕਾਂ ਦੇ ਦੇਖਦੇ ਨੇੜੇ ਹੋਣ, ਲੋਕਾਂ ਨੂੰ ਆਪਣੇ ਵਰਗੇ ਹੀ ਲੱਗਣ, ਇਸ ਚੀਜ਼ 'ਤੇ ਕੋਈ ਖਾਸ? ਡੈਫੀਨੇਟਲੀ ਜੀ, ਮੈਂ ਮੇਰੇ ਖਿਆਲ 'ਚ ਜੇ ਲਵ ਪੰਜਾਬ 'ਚ ਜਿਹੜੇ ਪੇਰੈਂਟਸ ਸੀਗੇ ਉਹ ਵੀ ਮੈਨੂੰ ਆਪਣੇ ਪੇਰੈਂਟਸ ਸੀ ਮੈਂ ਵੇਖੇ ਸੀਗੇ, ਅੱਛਾ, ਅਤੇ ਉਹ ਜਦੋਂ ਕੋਈ ਇਹੋ ਜਿਹਾ ਜਿਵੇਂ ਇਹਦੇ 'ਚ ਵੀ ਚਾਚਾ ਹੈ, ਹਾਂਜੀ, ਤੂੰ ਚਾਚਾ ਵੀ ਮੇਰਾ ਕੋਈ ਚਾਚਾ ਹੈ, ਅੱਛਾ, ਹੈ ਨਾ, ਸੇਮ ਰਿਸ਼ਤੇ ਇਸੇ ਲਈ ਸੌਖਾ ਵੀ ਹੋ ਜਾਂਦਾ ਕੰਮ, ਹਾਂਜੀ ਹਾਂਜੀ, ਬਿਕੋਜ਼ ਹੋਰ ਲੋਕ ਵੀ ਬੜੇ ਈਜ਼ੀਲੀ ਕਨੈਕਟ ਕਰਦੇ ਹਾਂ, ਯਾਰ ਇਹ ਤਾਂ ਨੂੰਹ ਇਹੋ ਜਿਹੀ ਹੁੰਦੀ ਹੈ, ਸੱਸ ਇਹੋ ਜਿਹੀ ਹੁੰਦੀ ਹੈ, ਹਾਂਜੀ ਹਾਂਜੀ, ਸੋ ਇਹਦੇ 'ਚ ਇੱਕ ਡਿਫਰੈਂਟ ਗੱਲ ਇਹ ਸੀਗੀ, ਥੋੜ੍ਹੀ ਕੋਸ਼ਿਸ਼ ਇਹ ਕੀਤੀ ਗਈ ਹੈ ਕਿ ਉਹ ਜਿਹੜੀ ਮੈਂ ਪਹਿਲਾਂ ਕੀਤੀ ਹੈ ਸਿਰਫ ਆਪਣੇ ਰਿਸ਼ਤੇ ਵਿਖਾਏ, ਅੱਛਾ, ਸੋ ਨਵਾਂ ਕੀ ਹੈ ਕਿ ਯਾਰ ਉਹਨਾਂ ਦੇ ਰਿਸ਼ਤੇ ਵਿਖਾਈ, ਹਾਂਜੀ, ਅਤੇ ਵਿਖਾਈਏ ਕਿ ਉਹ ਰਿਸ਼ਤੇ ਕਿੰਨੇ ਸਿਮਿਲਰ ਹੈ, ਕਿੰਨਾ ਫਰਕ ਹੈ ਰਿਸ਼ਤਿਆਂ 'ਚ, ਹਾਂਜੀ, ਅਤੇ ਇਹ ਚੀਜ਼ ਸ਼ਾਇਦ ਉਹਨੂੰ ਫਰੈਸ਼ ਕਰਦੀ। ਅੱਛਾ, ਅਤੇ ਭਾਅ ਜੀ, ਅੱਜ ਦੇ ਦੌਰ 'ਚ ਮਾਡਰਨ ਟਾਈਮ 'ਚ ਸਿਨੇਮਾ ਦੇ ਇੱਕ ਸਕ੍ਰਿਪਟ ਦੀ ਕਿੰਨੀ ਇੰਪੋਰਟੈਂਸ ਹੁੰਦੀ ਹੈ? ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਫਿਲਮਾਂ ਬਣਦੀਆਂ ਜਿਹਦੇ 'ਚ ਸਟਾਰਕਾਸਟ ਭਰ ਜਾਂਦੇ ਆ, ਸਟਾਰ ਪਾਵਰ ਹੋ ਜਾਂਦੀ ਹੈ, ਅੱਛੇ ਗਾਣੇ ਹੋ ਜਾਂਦੇ ਆ, 10-12 ਦਿਨ ਪ੍ਰਮੋਸ਼ਨ ਕਰ ਦਿੰਦੇ ਆ, ਅਤੇ ਸਕ੍ਰਿਪਟ ਦੀ ਅੱਜ ਦੇ ਦੌਰ 'ਚ ਕਿੰਨੀ ਕੁ ਇੰਪੋਰਟੈਂਸ ਹੈ? ਮੈਂ ਤੁਹਾਨੂੰ ਸਹੀ ਦੱਸਾਂ, ਸਾਡਾ ਸਾਰੀ ਟੀਮ ਦਾ ਪੂਰਾ ਜ਼ੋਰ ਸਿਰਫ ਇੱਕੋ ਚੀਜ਼ 'ਤੇ ਲੱਗਦਾ ਕਿ ਸਕ੍ਰਿਪਟ, ਅੱਛਾ, ਅਸੀਂ ਸਿਰਫ ਥੋਟ 'ਤੇ ਕੰਮ ਕਰਦੇ ਕਿ ਥੋਟ ਕਰੈਕਟ ਹੈ, ਥੋਟ ਅੱਛਾ ਤਾਂ ਫਿਰ ਅਸੀਂ ਜੁੜਦੇ ਹਾਂ, ਫਿਰ ਅਸੀਂ ਹੋਰ ਚੀਜ਼ਾਂ ਜੋੜਦੇ ਹਾਂ,
ਮੇਰੇ ਖਿਆਲ 'ਚ ਸਭ ਤੋਂ ਇੰਪੋਰਟੈਂਟ ਕੋਈ ਆਸਪੈਕਟ ਹੈ ਸਕ੍ਰਿਪਟ ਹੈ, ਕੋਈ ਫਿਲਮ ਜੇ ਚੱਲਦੀ ਹੈ ਤਾਂ ਉਹਦੀ ਵਜ੍ਹਾ ਸਕ੍ਰਿਪਟ ਹੁੰਦੀ ਹੈ, ਕੋਈ ਨਹੀਂ ਚੱਲਦੀ ਤਾਂ ਉਹਦੀ ਵਜ੍ਹਾ ਸਕ੍ਰਿਪਟ ਹੁੰਦੀ ਹੈ। ਅੱਛਾ, ਅਤੇ ਭਾਅ ਜੀ ਤੁਸੀਂ ਇਹ ਫਿਲਮ ਡਾਇਰੈਕਟ ਕੀਤੀ ਹੈ ਅਤੇ ਜਦੋਂ ਤੁਸੀਂ ਅਨਾਊਂਸ ਕੀਤਾ ਸੀ ਕਿ ਡਾਇਰੈਕਟ ਕਰ ਰਹੇ ਹੋ ਤੁਸੀਂ, ਬਹੁਤ ਲੋਕਾਂ ਨੂੰ ਸਰਪ੍ਰਾਈਜ਼ ਲੱਗਿਆ ਸੀ ਇੰਕਲੂਡਿੰਗ ਮੀ ਕਿ ਭਾਅ ਜੀ ਇੰਨਾ ਕੁਛ ਕਿਵੇਂ ਵਰਕਲੋਡ ਮੈਨੇਜ ਕਰ ਪਾਓਗੇ, ਕਿਉਂਕਿ ਤੁਸੀਂ ਪ੍ਰੋਡਿਊਸ ਵੀ ਕੀਤੀ ਹੈ ਅਤੇ ਤੁਸੀਂ ਐਕਟ ਵੀ ਕਰ ਰਹੇ ਹੋ ਫਿਲਮ ਦੇ ਵਿੱਚ, ਤੁਸੀਂ ਸਾਰੀ ਸਟੋਰੀ ਸਕਰੀਨ ਪਲੇਅ ਡਾਇਲੋਗ ਅਤੇ ਡਾਇਰੈਕਸ਼ਨ ਕਿੱਦਾਂ ਮੈਨੇਜ ਕੀਤਾ ਸਾਰਾ? ਮੈਂ ਵੇਖੋ ਮੇਰਾ ਨਾਂ ਲੱਗਦਾ, ਮੇਰੇ ਨਾਲ ਹੋਰ ਬੜੀ ਦੁਨੀਆ, ਅੱਛਾ ਬੜੀ ਟੀਮ ਹੈ ਸਾਡੀ, ਸਾਰਿਆਂ ਨੇ ਮਿਲ ਕੇ ਹੀ ਇਹ ਪੋਸੀਬਲ ਹੋਇਆ ਜੀ। ਮੈਂ ਇਕੱਲੇ ਨੇ ਤਾਂ ਕੁਛ ਵੀ ਨਹੀਂ ਕੀਤਾ, ਅਤੇ ਜੇ ਡਾਇਰੈਕਸ਼ਨ ਟੀਮ ਵੀ ਹੈ, ਹਾਂਜੀ ਉਹ ਵੀ ਸਾਰਿਆਂ ਉਹਨਾਂ ਨੇ ਆਪਣਾ ਮੋਢਾ 'ਤੇ ਭਾਰ ਲਿਆ, ਪ੍ਰੋਡਕਸ਼ਨ ਟੀਮ ਹੈ, ਫਿਰ ਸਾਡੇ ਜਿਹੜੇ ਕਾਰਜ ਭਾਅ ਜੀ, ਅਮਰਿੰਦਰ ਭਾਅ ਜੀ ਹੈ ਨਾ, ਇਹਨਾਂ ਦਾ ਸਹਿਯੋਗ ਹੈ, ਹਾਂਜੀ ਸੋ ਮੈਨੂੰ ਤਾਂ ਕਿਤੇ ਪਤਾ ਹੀ ਨਹੀਂ ਲੱਗਿਆ, ਮੈਨੂੰ ਅਹਿਸਾਸ ਵੀ ਨਹੀਂ ਹੋਇਆ। ਭਾਅ ਜੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਥੋੜ੍ਹੀ ਜ਼ਿਆਦਾ ਹੀ ਰਿਸਪੋਂਸੀਬਿਲਟੀ ਹੈਗੀ ਇੰਨਾ ਸਾਰਾ ਕੁਛ ਇਕੱਠੇ ਕਰਕੇ? ਮੈਂ ਕਹਿੰਦਾ ਜੀ ਮੇਰਾ ਨਾਂ ਲੱਗਦਾ, ਬਾਕੀ ਬੜੀ ਟੀਮ ਹੈ, ਹਾਂਜੀ ਬੜੇ ਲੋਕ ਨੇ, ਜਿਹੜੀ ਡਾਇਰੈਕਸ਼ਨ ਵੀ ਟੀਮ ਹੈ ਉਹਦੇ ਵਿੱਚ ਬੜੇ ਲੋਕ ਨੇ, ਪ੍ਰੋਡਕਸ਼ਨ ਟੀਮ ਹੈ, ਸਾਰਿਆਂ ਦੇ ਸਹਿਯੋਗ ਨਾਲ ਹੀ ਹੈ, ਹਾਂਜੀ ਬਸ ਜਿਹੜੀ ਰਾਈਟਿੰਗ ਹੈ ਉਹ ਵੀ ਉਹ ਮੈਨੂੰ ਕਰਨੀ ਪੈਂਦੀ ਹੈ, ਬਟ ਉਹਦੇ ਵਿੱਚ ਵੀ ਭਾਅ ਜੀ ਅਮਰਿੰਦਰ ਭਾਅ ਜੀ ਹੈ, ਅਸੀਂ ਡਿਸਕਸ ਕਰਦੇ ਹਾਂ, ਫਿਰ ਕਾਰਜ ਭਾਅ ਜੀ ਨੇ ਜੋ ਸਾਰਾ ਜਿਨ੍ਹਾਂ ਨੇ ਸਾਰਾ ਹੈਂਡਲ ਕੀਤਾ ਹੈ, ਹਾਂਜੀ ਸੋ ਸਾਰਾ ਇੱਕ ਟੀਮ ਵਰਕ ਹੈ ਜੀ। ਅੱਛਾ, ਅਤੇ ਅਮਰਿੰਦਰ ਭਾਅ ਜੀ ਨਾਲ ਹੁਣ ਤੁਸੀਂ 6 ਫਿਲਮਾਂ ਕਰ ਗਏ ਹੈ? ਅੱਛਾ, ਆਈ ਥਿੰਕ ਹੈਪੀ ਗੋ ਲੱਕੀ ਗੋਰ ਹੈਪੀ ਗੋ ਲੱਕੀ ਤੋਂ ਲੈ ਕੇ ਹੁਣ ਤੱਕ 6 ਕਰ ਗਈਆਂ, ਅਤੇ ਬੋਂਡਿੰਗ ਓਵਰ ਦਾ ਟਾਈਮ ਕਿੱਦਾਂ ਚੇਂਜ ਹੋਈ ਹੈ, ਕਿੰਨਾ ਕੁ ਜ਼ਿਆਦਾ ਪਿਆਰ ਵਧਿਆ ਹੈ, ਕੀ ਹੁਣ ਹੋਇਆ? ਸੇਮ ਹੀ ਹੈ ਕੁਛ, ਅੱਛਾ ਐਸਾ ਨਹੀਂ ਕਿ, ਮੇਰੇ ਖਿਆਲ 'ਚ ਅਸੀਂ ਪਹਿਲੇ ਦਿਨ ਵੀ ਉਨੇ ਇੱਕ ਦੂਜੇ ਨੂੰ ਸਮਝ ਗਏ ਸੀਗੇ। ਅੱਛਾ, ਅਤੇ ਆਈ ਡੋਨਟ ਨੋ, ਆਈ ਥਿੰਕ ਪੰਜਾਬੀ ਸਿਨੇਮੇ ਦੀ ਕਾਫੀ ਲੰਬੀ ਜੋੜੀ ਹੈ ਪਾਰਟਨਰਸ਼ਿਪ ਜਿਹਨੂੰ ਆਪਾਂ ਕਹਿੰਦੇ ਹਾਂ ਵੀ, ਅਤੇ ਇਹਦਾ ਸਾਰਾ ਜਿਹੜਾ ਸ਼੍ਰੇਅ ਹੈ ਜਾਂ ਸਾਰਾ ਜਿਹੜਾ ਸ਼੍ਰੇਅ ਤਾਂ ਨਹੀਂ ਕੀ ਪੰਜਾਬੀ 'ਚ ਕਹਾਂਗੇ ਪਤਾ ਨਹੀਂ, ਪੰਜਾਬੀ 'ਚ ਇਹਨੂੰ ਕ੍ਰੈਡਿਟ ਕਹਿ ਦਈਏ, ਹਾਂ ਕ੍ਰੈਡਿਟ ਕਹਿ ਦਿਓ, ਇਹਦਾ ਸਾਰਾ ਜਿਹੜਾ ਕ੍ਰੈਡਿਟ ਅਮਰਿੰਦਰ ਭਾਅ ਜੀ ਜਾਂਦਾ ਜੀ। ਅੱਛਾ, ਉਹ ਕਾਫੀ ਸੁਲਝੇ ਹੋਏ ਨੇ, ਅੱਛਾ ਸਿਆਣੇ, ਸੋ ਉਹ ਬਹੁਤ ਚੀਜ਼ਾਂ ਹੈਂਡਲ ਕਰਦੇ। ਅੱਛਾ, ਅਤੇ ਭਾਅ ਜੀ ਹੁਣ ਜੇ ਆਪਾਂ ਗੱਲ ਕਰੀਏ ਲਾਹੌਰੀਏ ਦੇ ਮਿਊਜ਼ਿਕ ਦੀ, ਕਾਫੀ ਟਾਈਮ ਬਾਅਦ ਮੇਰੇ ਖਿਆਲ ਕੋਈ ਐਲਬਮ ਆਈ ਹੈ ਜਿਹਦੇ ਸਾਰੇ ਦੇ ਸਾਰੇ ਗਾਣੇ ਰਿਪੀਟ ਗਾ ਕੇ ਸੁਣਨ ਵਾਲੇ ਆ, ਅਤੇ ਕੀ ਕਹਿਣਾ ਚਾਹੋਗੇ ਮਿਊਜ਼ਿਕ ਬਾਰੇ, ਕਿੰਨਾ ਕੁ ਖਾਸ ਮਿਊਜ਼ਿਕ 'ਤੇ ਤੁਸੀਂ ਧਿਆਨ ਦਿੱਤਾ? ਅਤੇ ਬਹੁਤ ਧਿਆਨ ਦਿੱਤਾ ਜੀ, ਬਿਕੋਜ਼ ਇਹਦੇ 'ਚ ਸ਼ਾਹ ਜੀ, ਜਤਿੰਦਰ ਸ਼ਾਹ ਜੀ, ਅਮਰਿੰਦਰ ਭਾਅ ਜੀ ਹੈ ਨਾ, ਸਾਰੀ ਪੂਰੀ ਟੀਮ ਜਿਹੜੀ ਆ ਮਿਲ ਕੇ ਬਹੁਤ ਕੰਮ ਕੀਤਾ। ਐਕਚੁਲੀ ਅਮਰਿੰਦਰ ਭਾਅ ਜੀ ਕੋਸ਼ਿਸ਼ ਸੀਗੀ ਕਿ ਯਾਰ ਮੈਂ ਇਸ ਵਾਰ ਬਹੁਤ ਅੱਛਾ ਮਿਊਜ਼ਿਕ ਕਰਨਾ ਚਾਹੁੰਦਾ, ਹਾਂਜੀ ਕਿ ਲੋਕਾਂ ਨੂੰ ਨਾ ਮੇਰੀ ਇੱਕ ਐਲਬਮ ਦੀ ਵੇਟ ਹੈ ਕਾਫੀ ਟਾਈਮ ਤੋਂ, ਹਾਂਜੀ ਅਤੇ ਮੈਂ ਚਾਹੁੰਦਾ ਕਿ ਫਿਲਮ ਦੇ ਨਾਲ ਨਾਲ ਉਹ ਐਲਬਮ ਦੀ ਭੁੱਖ ਵੀ ਲੋਕਾਂ ਦੀ ਕਿਤੇ ਨਾ ਕਿਤੇ ਮੈਂ ਸ਼ਾਂਤ ਕਰਾਂ, ਹਾਂਜੀ ਸੋ ਉਹਨਾਂ ਨੇ ਪੂਰਾ ਜ਼ੋਰ ਲਾਇਆ ਜੀ, ਬਾਕੀ ਜਿੰਨੇ ਲਿਰਿਸਿਸਟ ਆ ਸਭ ਨੇ ਕਮਾਲ ਲਿਖਿਆ ਜੀ, ਦੀਪ ਸਿੰਘ ਆ, ਹਰਮਨਜੀਤ, ਮਨਹੁੰਦਰ, ਹੋਰ ਵੀ ਜਿੰਨੇ ਆਪਣਾ ਫਤਿਹ ਸ਼ੇਰ ਗਿੱਲ ਹੈ, ਸਾਧਪੁਰੀ, ਸੁਰਿੰਦਰ ਸਾਧਪੁਰੀ ਜੀ ਨੇ ਅੱਖਰ ਗਾਣਾ ਲਿਖਿਆ, ਹਾਂਜੀ ਸੋ ਸਾਰੀ ਟੀਮ ਨੇ ਬੜਾ ਸੁਣਾ। ਅਤੇ ਭਾਅ ਜੀ ਹੁਣ ਆਪਾਂ ਗੱਲ ਕਰਨੇ ਹਾਂ ਅਮਰਿੰਦਰ ਗਿੱਲ ਅਤੇ ਸਰਗੁਣ ਮਹਿਤਾ ਦੀ ਕੈਮਿਸਟਰੀ ਬਾਰੇ। ਸਰਗੁਣ ਹਮੇ ਜਿੱਥੇ ਅਵਾਰਡ ਮਿਲਦਾ ਹਰ ਥਾਂ ਤੁਹਾਨੂੰ ਕ੍ਰੈਡਿਟ ਦਿੰਦੇ ਹੋ, ਉਹਨੇ ਫਿਲਮ ਫੇਅਰ ਅਤੇ PTC ਅਵਾਰਡਸ 'ਤੇ ਹਰ ਥਾਂ ਤੁਹਾਨੂੰ ਕ੍ਰੈਡਿਟ ਦਿੰਦੇ, ਤੁਸੀਂ ਸਰਗੁਣ ਨੂੰ ਲੈ ਕੇ ਆਏ ਹੋ ਪੰਜਾਬੀ ਸਿਨੇਮੇ 'ਚ, ਅਤੇ ਕੀ ਕਹਿਣਾ ਚਾਹੋਗੇ ਅਮਰਿੰਦਰ ਭਾਅ ਜੀ ਦੇ ਸਰਗੁਣ ਦੀ ਕੈਮਿਸਟਰੀ ਬਾਰੇ? ਦੋਨੇ ਬੜੇ ਸ਼ਾਨਦਾਰ ਇਨਸਾਨ ਵੀ ਨੇ ਪਹਿਲੀ ਗੱਲ, ਪਹਿਲਾਂ ਤੁਹਾਡਾ ਉਹ ਬੜਾ ਹੋਣਾ ਜ਼ਰੂਰੀ ਹੈ, ਹਾਂਜੀ ਸਰਗੁਣ ਵੀ ਨਾ ਉਹ ਬੜੀ ਅੱਛਾ ਆਰਟਿਸਟ ਤਾਂ ਹੈ ਹੀ, ਉੱਥੇ ਚਲੋ ਕੈਮਰੇ ਸਾਹਮਣੇ ਆ, ਅਦਰਵਾਈਜ਼ ਉਹਨੇ ਆਪਣੇ ਆਪ 'ਤੇ ਮਿਹਨਤ ਕਰਨਾ, ਕੰਮ ਕਰਨਾ, ਕਰੈਕਟਰ 'ਤੇ ਕੰਮ ਕਰਨਾ, ਉਹਨੇ ਲੱਗੇ ਰਹਿਣਾ। ਮੈਂ ਪਹਿਲਾਂ ਕਿਸੇ ਇੰਟਰਵਿਊ 'ਚ ਕਿਹਾ ਸੀ ਕਿ ਯਾਰ ਜੇ ਉਹ ਤਾਂ 7 ਵਜੇ ਸ਼ੂਟ ਹੈ ਨਾ, ਹਾਂਜੀ ਤਾਂ ਉਹਨੇ 10:30 ਉੱਠ ਕੇ ਪਹਿਲਾਂ ਆਪਣਾ ਵਰਕਆਊਟ ਕਰਨਾ। ਅੱਛਾ, ਇੰਨੀ ਡੈਡੀਕੇਸ਼ਨ ਉਹਦੇ 'ਚ, ਸੋ ਇਸ ਡੈਡੀਕੇਸ਼ਨ ਵਾਲੇ ਬੰਦੇ ਜਦੋਂ ਤੁਹਾਡੇ ਨਾਲ ਜੁੜਦੇ ਆ ਤੁਹਾਨੂੰ ਵੀ ਕੰਮ ਕਰਨ ਦਾ ਫਿਰ ਚੈਲੰਜ ਮਿਲਦਾ ਯਾਰ, ਇੱਕ ਬੰਦਾ ਜਿਹੜਾ ਇੰਨੀ ਮਿਹਨਤ ਕਰਦਾ ਉਹਨੂੰ ਤੁਹਾਨੂੰ ਕੁਝ ਨਾ ਕੁਝ ਐਸਾ ਕਰਨਾ ਪੈਣਾ ਕਿ ਉਹ ਬੰਦਾ ਜਦੋਂ ਫਿਲਮ ਆਵੇ ਤਾਂ ਖੁਸ਼ ਹੋਵੇ। ਅੱਛਾ, ਸੇਮ ਅਮਰਿੰਦਰ ਭਾਅ ਜੀ, ਹਾਂਜੀ ਉਹ ਦੇਖਦੇ ਘੱਟ ਹੈ ਮਿਹਨਤ ਕਰਦੇ, ਬਟ ਉਹ ਅਸੀਂ ਕਿਉਂਕਿ ਪਹਿਲਾਂ ਹੀ ਬਹੁਤ ਡਿਸਕਸ ਕਰ ਚੁੱਕੇ ਹੁੰਦੇ ਹਾਂ, ਉਹ ਸਾਰੀਆਂ ਚੀਜ਼ਾਂ ਇੱਕ ਹੈ ਨਾ ਇਨਵੋਲਵ ਹੋ ਚੁੱਕੇ ਹੁੰਦੇ ਆ, ਹਾਂਜੀ ਅਤੇ ਜਦੋਂ ਸੈੱਟ 'ਤੇ ਜਾਂਦੇ ਆ ਅਤੇ ਕਰਦੇ ਆ, ਜਿਵੇਂ ਸਾਡੇ ਸੰਦੀਪ ਪਾਟਿਲ ਜਿਹੜੇ ਕੈਮਰਾਮੈਨ ਸੀ, ਅੱਛਾ ਉਹ ਮੈਨੂੰ ਇੱਕ ਦਿਨ ਲੋਰੀ ਸੈੱਟ 'ਤੇ ਕਹਿੰਦੇ ਯਾਰ ਭਾਅ ਜੀ ਕਿੱਦਾਂ ਲੱਗਦੇ ਆ ਨਾ ਵੀ, ਭਾਅ ਜੀ ਸਭ ਕੁਛ ਕਰ ਚੁੱਕੇ ਹਾਂ, ਉਹਨੂੰ ਸਭ ਜਦੋਂ ਜਾਣਾ ਵੀ ਜਦੋਂ ਸੀਨ ਹੋਇਆ ਤਾਂ ਕਹਿੰਦੇ ਹਾਂ ਵਾਕਈ ਯਾਰ ਅੱਛਾ ਬਹੁਤ ਅੱਛਾ, ਮੈਂ ਕਿਹਾ ਸਾਡੇ ਐਕਸਪੀਰੀਅੰਸ ਹੋ ਗਿਆ ਹੁਣ ਅਸੀਂ ਡਿਸਕਸ ਹੋ ਗਈਆਂ ਗੱਲਾਂ ਨਾ, ਹਾਂਜੀ ਸੋ ਔਰ ਦੋਨਾਂ ਦੀ ਕੈਮਿਸਟਰੀ ਇਸ ਲਈ ਅੱਛੀ ਹੈ ਕਿ ਉਹੀ ਗੱਲ ਹੈ ਕਿ ਦੋਨੇ ਆਪਣੇ ਆਪਣੇ ਕਰੈਕਟਰ ਨੂੰ ਜਿਉਣਾ ਚਾਹੁੰਦੇ ਆ। ਅੱਛਾ, ਸੋ ਆਪਣੇ ਆਪ ਸਾਹਮਣੇ ਵਧੀਆ ਆ ਜਾਂਦੇ। ਅੱਛਾ, ਅਤੇ ਭਾਅ ਜੀ ਜੇ ਤੁਸੀਂ ਕਰੈਕਟਰ ਇਹਨਾਂ ਨੂੰ ਲਿਖਣੇ ਹੋ ਜਿਵੇਂ ਪ੍ਰਗਟ ਅਤੇ ਜੈਸਿਕਾ
ਉਹ ਜਦੋਂ ਕੱਪੜੇ ਪਾ ਕੇ ਜਦੋਂ ਡਰੈਸ ਅਪ ਹੋ ਕੇ ਸੈੱਟ ਤੇ ਆਈ ਸੀਗੀ ਅੱਛਾ ਤੇ ਮੈਂ ਉਹਨੂੰ ਵੇਖਿਆ ਸੀ ਮੈਂ ਅਮਰਿੰਦਰ ਭਾਜੀ ਨੂੰ ਉਸੇ ਟਾਈਮ ਗਿਆ ਸੀ ਮੈਂ ਕਿਹਾ ਭਾਜੀ ਤੁਹਾਨੂੰ ਕੋਲ ਮਿਲ ਗਈ ਅੱਛਾ ਇਹ ਤੁਹਾਨੂੰ ਕੋਲ ਹੀ ਲੱਗੀ ਅੱਛਾ ਉਹ ਇੱਕ ਗੱਲ ਹੈ ਫਿਰ ਜੈਸਿਕਾ ਅਤੇ ਆਪਣਾ ਪ੍ਰਗਟ ਪ੍ਰਗਟ ਇਹ ਮੈਂ ਸੋਚ ਕੇ ਲਿਖੀ ਅੱਛਾ ਅੱਛਾ ਠੀਕ ਹੈ ਅਤੇ ਭਾਜੀ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੀ ਐਕਟਿੰਗ ਬਾਰੇ ਤਫੀਕ ਨੇ ਤਾਂ ਯਾਰ ਕਮਾਲ ਕਰਤਾ ਅਤੇ ਵੀ ਸਕਰੀਨ 'ਤੇ ਬਹੁਤ ਸ਼ਰਾਰਤੀ ਕਰੈਕਟਰ ਪਲੇ ਕੀਤਾ ਤੁਸੀਂ ਜਿਵੇਂ ਉਹਨੇ ਹਰ ਗੱਲ 'ਚ ਟਿੱਚਰ ਕਰਨੀ ਹੈ ਅਤੇ ਤਾਨਾਸ਼ਾਹੀ ਥੋੜ੍ਹੀ ਕਰਨੀ ਹੈ ਗੋਸ਼ਤ ਨਹੀਂ ਮਿਲਿਆ ਇੰਨੇ ਦਿਨ ਹੋ ਗਏ ਅਤੇ ਕਿ ਅਸਲ ਲਾਈਫ 'ਚ ਕਿਸ ਤਰ੍ਹਾਂ ਦੇ ਹੋ ਤੁਸੀਂ ਕਰੈਕਟਰ ਦਾ ਆਫ ਪੰਜਾਬ 'ਚ ਬੜਾ ਫਨੀ ਪਲੇ ਕੀਤਾ ਸੀ ਮੈਂ ਅਸਲ 'ਚ ਲਾਈਫ 'ਚ ਸੀਰੀਅਸ ਹੈਗਾ ਬਟ ਮੈਂ ਕੰਮ ਨੂੰ ਲੈ ਕੇ ਸੀਰੀਅਸ ਅੱਛਾ ਅਦਰਵਾਈਜ਼ ਮੈਂ ਸੀਰੀਅਸ ਅੱਛਾ ਅਦਰਵਾਈਜ਼ ਮਜ਼ਾਕੀ ਹੈ ਮੈਨੂੰ ਸਿਰਫ ਕੰਮ ਨਾਲ ਕੰਮ ਦੇ ਟਾਈਮ ਮੈਂ ਬਹੁਤ ਸੀਰੀਅਸ ਅੱਛਾ ਉਹ ਹੈਗਾ ਉਹ ਹੋਣਾ ਵੀ ਅਦਰਵਾਈਜ਼ ਮੈਨੂੰ ਕੋਈ ਮਿਲੇ ਤਾਂ ਉਹ ਮਾਰ ਹੀ ਨਹੀਂ ਸਕਦਾ ਕਿ ਅੱਛਾ ਇਹਨੇ ਲਿਖੀਆਂ ਨਹੀਂ ਫਿਲਮਾਂ ਅੱਛਾ ਮਤਲਬ ਬੜੇ ਸਿੰਪਲ ਅੱਛਾ ਅਤੇ ਭਾਅ ਜੀ ਹੁਣ ਆਪਾਂ ਤੁਸੀਂ ਅਬੋਹਰ ਦੇ ਰਹਿਣ ਵਾਲੇ ਹਾਂ ਅਤੇ ਅਬੋਹਰ ਤੋਂ ਬੰਬੇ ਤੱਕ ਦੀ ਜਰਨੀ ਕਿੱਦਾਂ ਬੜੀ ਲੰਬੀ ਜਰਨੀ ਜੀ ਹਾਂਜੀ ਕਈ 100 ਕਿਲੋਮੀਟਰ ਦੀ ਜਰਨੀ ਹਾਂਜੀ ਨਹੀਂ ਤਾਂ ਤੁਹਾਡੀ ਕਿੱਦਾਂ ਤੈਅ ਕੀਤੀ ਤੁਸੀਂ ਕਿੱਦਾਂ ਮਤਲਬ ਮੈਂ ਪਹਿਲਾਂ ਪਟਿਆਲੇ ਚਲ ਗਿਆ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹਾਂਜੀ ਅਤੇ ਉੱਥੋਂ ਥੀਏਟਰ ਡਿਪਾਰਟਮੈਂਟ 'ਚੋਂ ਐਮਏ ਕੀਤੀ ਪਹਿਲਾਂ ਮੈਂ ਅਬੋਹਰ ਨਾਟਕ ਕਰਦਾ ਰਹੀ ਅੱਛਾ ਅਤੇ ਫਿਰ ਉੱਥੋਂ ਐਮਏ ਕਰਕੇ ਮੈਂ ਬੰਬੇ ਚਲੇ ਗਿਆ ਅੱਛਾ ਬੜੀ ਲੰਬੀ ਜਰਨੀ ਬਾਕੀ ਉਹ ਬੜਾ ਟਾਈਮ ਸੀਗਾ ਹਾਂਜੀ ਜਦ ਤੱਕ ਕੁਝ ਨਹੀਂ ਤੁਹਾਡਾ ਹੁੰਦਾ ਤੇ ਬਟ ਮੈਂ ਕਦੇ ਡਰਿਆ ਨਹੀਂ ਸੀ ਇਸ ਮਾਹੌਲ ਤੋਂ ਜਾਂ ਮੈਨੂੰ ਕਦੇ ਨਹੀਂ ਲੱਗਿਆ ਮੈਂ ਸਟਰਗਲਰ ਆ ਜਾਂ ਮੈਂ ਕਦੇ ਕੋਈ ਪੇਨ 'ਚ ਨਹੀਂ ਗਿਆ ਮੈਂ ਮੈਨੂੰ ਹਮੇਸ਼ਾ ਹੀ ਸਵਾਦ ਹੀ ਆਇਆ ਮੈਨੂੰ ਕਿਉਂਕਿ ਤੁਸੀਂ ਪਹਿਲਾਂ ਆਈ ਥਿੰਕ ਟੀ ਵੀ ਵੀ ਕਾਫੀ ਕਰ ਰਹੇ ਸੀ ਕਾਮੇਡੀ ਸਰਕਸ ਹਾਂ ਮੈਂ ਇਹ ਜਿਹੜੀ ਜਰਨੀ ਸ਼ੁਰੂ ਹੋਈ ਮੇਰੀ ਇਹ ਦੋ ਮਤਲਬ ਜਿਹੜਾ 4 ਪੈਸੇ ਆਉਣ ਲੱਗੇ ਆ ਇਹ 10 'ਚ ਹੋਇਆ ਸ਼ੁਰੂ ਅੱਛਾ ਉਸ ਤੋਂ ਪਹਿਲਾਂ ਬੜੀ ਸਟਰਗਲ ਕੀਤੀ ਹੈ ਅੱਛਾ ਅਤੇ ਕਾਮੇਡੀ ਸਰਕਸ ਨੇ ਬੜਾ ਕੁਛ ਦਿੱਤਾ ਜੀ ਬੜਾ ਉਹਨੇ 4 ਸਾਲ ਲਿਖਿਆ ਮੈਂ ਉਹਨੂੰ ਹਾਂਜੀ ਉਹਨੇ ਮੇਰੇ ਪੈਰ ਲਾਏ ਹਾਂਜੀ ਬੰਬੇ ਸ਼ਹਿਰ 'ਚ ਰੁਜ਼ਗਾਰ ਦਿੱਤਾ ਅਤੇ ਨਾਲ ਹੀ ਫਿਰ ਇੱਧਰ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਸੀ ਹਾਂਜੀ ਹਾਂਜੀ ਤੁਸੀਂ ਆਈ ਥਿੰਕ ਜੱਟ ਐਂਡ ਜੋਗੀਆ 2 ਤੋਂ ਸ਼ੁਰੂ ਕੀਤਾ ਸੀ ਕਿ ਸਿੰਗ ਵਰਸਿਸ ਸਕੁਆਡ ਸਿੰਗ ਵਰਸਿਸ ਸਕੁਆਡ ਸਿੰਗ ਵਰਸਿਸ ਸਕੁਆਡ ਠੀਕ ਅਤੇ ਭਾਅ ਜੀ ਮੈਂ ਪਹਿਲਾਂ ਉਸ ਤੋਂ ਲਿਖੀ ਸੀ ਚੱਕ ਦੇ ਫੱਟੇ ਅੱਛਾ ਅੱਛਾ ਉਹ ਅਸੀਂ ਮੈਂ ਅਤੇ ਨਰੇਸ਼ ਕਦੂਰੀ ਨੇ 2007 'ਚ ਲਿਖੀ ਸੀ 8 'ਚ ਆਈ ਸ਼ਾਇਦ ਹਾਂਜੀ ਹਾਂਜੀ ਅਤੇ ਉਹ ਮੈਂ ਇੱਕ ਹੋਰ ਕਿਸੇ ਇੰਟਰਵਿਊ 'ਚ ਉਹ ਹਾਦਸਾ ਸ਼ੇਅਰ ਕੀਤਾ ਕਿ ਉਹ ਜਦੋਂ ਆਈ ਤਾਂ ਫਿਲਮ ਚੱਲੀ ਨਹੀਂ ਹਾਂਜੀ ਪਰ ਫਿਲਮ ਬਹੁਤ ਅੱਛੀ ਸੀ ਲੋਕ ਪੰਜਾਬ ਬੰਬੇ ਜਿਨ੍ਹਾਂ ਨੇ ਵੇਖੀ ਸੀ ਨਾ 50-60 ਜਾਣੇ ਨੇ ਥੀਏਟਰ 'ਚ ਅਤੇ ਉਹ ਲੋਕ ਕਹਿੰਦੇ ਤਾਲੀਆਂ ਮਾਰ ਮਾਰ ਹਾਸਾ ਬਹੁਤ ਫਨੀ ਮੂਵੀ ਸੀ ਔਰ ਬਾਅਦ 'ਚੋਂ ਯੂਟਿਊਬ 'ਤੇ ਬੜੀ ਫੇਮਸ ਹੋਈ ਹੈ ਚੱਕ ਦੇ ਫੱਟੇ ਅੱਛਾ ਤੁਸੀਂ ਉਸ ਟਾਈਮ ਨਹੀਂ ਚੱਲੀ ਸਾਨੂੰ ਸ਼ੌਕ ਲੱਗ ਗਿਆ ਅੱਛਾ ਹੁੰਦਾ ਨਹੀਂ ਛੋਟੇ ਬੱਚੇ ਵੀ ਯਾਰ ਇਹ ਕੀ ਹੋ ਗਿਆ ਇੰਨੀ ਮਿਹਨਤ ਔਰ ਇੰਨੀ ਐਪਰੀਸੀਏਸ਼ਨ ਫਿਰ ਅਸੀਂ ਦੱਸਿਆ ਮੈਂ ਜਿਵੇਂ ਸੈਕਟਰ 17 ਦੇ ਵਿੱਚ ਅਸੀਂ 2-3 ਬੰਦੇ ਨਾਲ ਲੈ ਕੇ ਅੱਛਾ ਉਹਨਾਂ ਨੂੰ ਫੱਟੀਆਂ 'ਚ ਗਈਆਂ ਹੋਈਆਂ ਅਤੇ ਅਸੀਂ ਲੋਕਾਂ ਸਾਹਮਣੇ ਕਰਦੇ ਸੀ ਭਾਈ ਚੱਕ ਦੇ ਫੱਟੇ ਭਾਈ ਚੱਕ ਦੇ ਫੱਟੇ ਲੱਗੇ ਅੱਛਾ ਕੋਈ ਸਾਡੀ ਸੁਣ ਨਹੀਂ ਰਿਹਾ ਸੀ ਅੱਛਾ ਅਤੇ ਅਸੀਂ ਮਤਲਬ ਬਠਿੰਡੇ ਵੀ ਅਸੀਂ ਜੌਂਗਾ ਕਰਾ ਕੇ ਨਾ ਪਿੰਡਾਂ 'ਚ ਫੋਕੇ ਦਿੱਤੇ ਵੀ ਚੱਕ ਦੇ ਫੱਟੇ ਤੁਹਾਡੇ ਨੇੜੇ ਸਿਨੇਮਾ ਘਰਾਂ ਦੇ ਵਿੱਚ ਅੱਛਾ ਅੱਛਾ ਅਤੇ ਭਾਅ ਜੀ ਇੰਨੇ ਜੋਕਸ ਲਿਖੀਏ ਇੰਨੇ ਪੰਚ ਲਿਖੀਏ ਇਹ ਕਿੱਥੋਂ ਆਉਂਦੇ ਖਤਮ ਨਹੀਂ ਹੁੰਦੇ ਕਦੇ ਪਤਾ ਨਹੀਂ ਮੇਰੇ ਖਿਆਲ 'ਚ ਇਹ ਕੋਈ ਐਕਚੁਲੀ ਸਿਚੁਏਸ਼ਨ ਹਰ ਵਾਰੀ ਜੇ ਕੋਈ ਸਿਚੁਏਸ਼ਨ ਨਵੀਂ ਬਣਦੀ ਤਾਂ ਆਪਣੇ ਆਪ ਕੁਝ ਪੰਚ ਨਾ ਲੈ ਕੇ ਆਉਂਦੀ ਸੋਚ ਕੇ ਵੀ ਨਹੀਂ ਕਦੇ ਹੁੰਦੇ ਜਾਂ ਮੈਂ ਕਦੇ ਬੈਠ ਕੇ ਪੰਚ ਨਹੀਂ ਲਿਖਦਾ ਉਹ ਜਿਵੇਂ ਸਿਚੁਏਸ਼ਨ ਉਹੀ ਪੜ੍ਹ ਪੈਂਦਾ ਅੱਛਾ ਇਹ ਸਿਚੁਏਸ਼ਨ ਦੇ ਅਤੇ ਭਾਅ ਜੀ ਹੁਣ ਤੁਸੀਂ ਹਰ ਵਾਰੀ ਜਦੋਂ ਇੱਕ ਫਿਲਮ ਲੈ ਕੇ ਆਉਂਦੇ ਹੋ ਸ਼ਾਂਤੀ ਨਾਲ ਕੰਮ ਕਰਦੇ ਹੋ ਫਿਲਮ ਬਣਾਉਂਦੇ ਹੋ ਸਿਨੇਮਿਆਂ ਜਦੋਂ ਰਿਲੀਜ਼ ਹੋ ਜਾਂਦੀ ਹੈ ਇੱਕੋ ਦਮ ਰੌਲਾ ਪੈ ਜਾਂਦਾ ਰਸ਼ ਹੋ ਜਾਂਦਾ ਹੈ ਅਤੇ ਹਰ ਵਾਰੀ ਤੁਸੀਂ ਬਾਹਰ ਰੇਜ਼ ਕਰ ਦਿੰਦੇ ਹੋ ਵਾਟ ਨੈਕਸਟ ਆਫਟਰ ਕੀ ਪਲੈਨ ਹੈ ਇਸ ਦਾ ਐਕਚੁਲੀ ਅਸੀਂ ਵਾਕਈ ਸੋਚ ਰਹੇ ਹਾਂ ਅੱਛਾ ਕੀ ਅੱਛਾ ਹੁਣ ਕਿਉਂਕਿ ਇੰਨਾ ਪਿਆਰ ਇੰਨੀ ਐਕਸੈਪਟੈਂਸ ਇੱਕ ਨਵੀਂ ਇੱਕ ਡਿਫਰੈਂਟ ਚੀਜ਼ ਨੂੰ ਇੰਨਾ ਜ਼ਿਆਦਾ ਐਕਸੈਪਟ ਕੀਤਾ ਗਿਆ ਕਿ ਸਾਡੇ 'ਤੇ ਪਾਰ ਹੋਰ ਵੱਧ ਗਿਆ ਸਾਡੀ ਚੈਲੰਜ ਇਹ ਹੋ ਜਾਂਦਾ ਕਿ ਸਾਨੂੰ ਕਮਰਸ਼ੀਅਲ ਦੇ ਨਾਲ ਨਾਲ ਕੋਈ ਗੱਲ ਕਹਿਣੀ ਹੀ ਪੈਣੀ ਹੈ ਹਾਂਜੀ ਇੱਕ ਉਹ ਐਕਸਪੈਕਟੇਸ਼ਨ ਜਿਹੜੀ ਹੈ ਨਾ ਕਿ ਲੋਕਾਂ ਦੀ ਯਾਰ ਕੁਝ ਬੰਦੇ ਸਿਨੇਮਾ ਡਿਫਰੈਂਟ ਕਰ ਰਹੇ ਆ ਕੁਝ ਮੀਨਿੰਗਫੁਲ ਸਿਨੇਮਾ ਕਰ ਰਿਹਾ ਔਰ ਨਾਲ ਤੁਹਾਨੂੰ ਐਂਟਰਟੇਨ ਕਰਦੇ ਆ ਹਾਂਜੀ ਸਿਰਫ ਇੱਕ ਤਰ੍ਹਾਂ ਸਿਨੇਮਾ ਨਹੀਂ ਕਰਦੇ ਨਾ ਤਾਂ ਸਿਰਫ ਐਂਟਰਟੇਨ ਕਰਦੇ ਨਾ ਸਿਰਫ ਔਰ ਸਿਰਫ ਮੀਨਿੰਗ ਦੋਨਾਂ ਦਾ ਮਿਕਸਚਰ ਔਰ ਮੈਨੂੰ ਬੜਾ ਮੈਂ ਇਸ ਦਾ ਬੜਾ ਚਾਹਵਾਂ ਕਿ ਹਰ ਬੰਦਾ ਤਾਂ ਹੀ ਕੋਈ ਮੈਸੇਜ ਲੈ ਕੇ ਜਾਊਗਾ ਜਦੋਂ ਹਰ ਬੰਦਾ ਫਿਲਮ ਵੇਖਣਾ ਹੋਊਗਾ ਹਾਂਜੀ ਉਹ ਐਂਟਰਟੇਨਮੈਂਟ ਤੁਹਾਨੂੰ ਚਾਹੀਦਾ ਹਾਂਜੀ ਹੈ ਨਾ ਲੋਕਾਂ ਤੱਕ ਪਹੁੰਚਣੀ ਗੱਲ ਪਹੁੰਚਦੀ ਆ ਹੁਣ ਜਿਵੇਂ ਲਾਹੌਰੀ ਹੈ ਮੇਰੇ ਖਿਆਲ 'ਚ ਪੂਰੇ ਪੰਜਾਬੀਆਂ ਤੱਕ ਚਾਹੇ ਇੱਧਰਲੇ ਪੰਜਾਬੀ 'ਚ ਉੱਧਰਲੇ ਪੰਜਾਬੀ ਹੈ ਉਹ 3 ਦਿਨਾਂ 'ਚ ਪਹੁੰਚ ਗਈ ਹੈ ਹਾਂਜੀ ਅਤੇ ਉਹ ਤਾਂ ਫੈਕਟ ਹੈਗਾ ਬਟ ਉਹਦਾ ਬਹੁਤ ਵੱਡਾ ਫੈਕਟ ਪੈਂਦਾ ਹੈ ਨਾ ਜ਼ਿਆਦਾ ਲੋਕ ਵੇਖਣਗੇ ਜ਼ਿਆਦਾ ਤੁਹਾਡੀ ਸੋਚ ਨੂੰ ਸਮਝਣਗੇ ਜ਼ਿਆਦਾ ਖੁਸ਼ ਹੋਣ ਅੱਛਾ ਅਤੇ ਭਾਅ ਜੀ ਵਿਸ਼ਿੰਗ ਯੂ ਆਲ ਦਾ ਬੈਸਟ ਅਤੇ ਉਮੀਦ ਕਰਨੀ ਆ ਕਿ ਇਸ ਤੋਂ ਵੀ ਅੱਛੀਆਂ ਅੱਛੀਆਂ ਅਤੇ ਬਹੁਤ ਅੱਛੀਆਂ ਫਿਲਮਾਂ ਬਣਾਓ ਤੁਸੀਂ ਅਤੇ ਐਂਟਰਟੇਨ ਕਰੋ ਸਾਰਿਆਂ ਨੂੰ ਮੈਸੇਜ ਦਿਓ ਜ਼ਰੂਰ
ਬਸ ਤੁਸੀਂ ਛੇਤੀ ਅਨਾਊਂਸਮੈਂਟ ਸੁਣ ਲਓ। ਅੱਛਾ ਇਹ ਅੰਗਰੇਜ਼ 2 ਤਾਂ ਨਹੀਂ ਹੋਣੀ? ਅੱਛਾ ਇਹ ਚਲੋ ਨਹੀਂ ਦੇ ਇਹ ਸਾਰੀਆਂ ਫਿਲਮਾਂ ਵੱਖ ਵੱਖ ਡਾਇਰੈਕਟਰਸ ਨੇ ਬਣਾਈਆਂ ਨੇ ਅਤੇ ਇਹਦੇ ਵਿੱਚ ਵੱਖ ਵੱਖ ਕਲਾਕਾਰਾਂ ਨੇ ਕੰਮ ਕੀਤਾ ਹੈ, ਪਰ ਇਹ ਸਾਰੀਆਂ ਫਿਲਮਾਂ 'ਚ ਇੱਕ ਸ਼ਖਸੀਅਤ ਜੋ ਕਾਮਨ ਹੈ ਉਹ ਨੇ ਕਾਰਜ ਗਿੱਲ ਭਾਅ ਜੀ। ਕਾਰਜ ਭਾਅ ਜੀ, ਵੈਲਕਮ ਟੂ ਪੰਜਾਬੀ ਮੀਡੀਆ। ਥੈਂਕ ਯੂ ਭਾਅ ਜੀ। ਆਪਾਂ ਜੇ ਗੱਲ ਕਰੀਏ ਰਿਦਮ ਵੋਇਸ ਐਂਟਰਟੇਨਮੈਂਟ ਦੀ, ਤਾਂ ਇਸ ਸਾਲ ਤੁਹਾਡੀ ਇੱਕ ਬਹੁਤ ਹੀ ਸਕਸੈਸਫੁਲ ਫਿਲਮ ਆ ਚੁੱਕੀ ਹੈ ਲਾਹੌਰੀਏ, ਅਤੇ ਹੁਣ ਦੋ ਫਿਲਮਾਂ ਹੋਰ ਆਉਣ ਜਾ ਰਹੀਆਂ ਨੇ, ਵੇਖ ਬਰਾਦਰ ਚੱਲੀਆਂ ਅਤੇ ਬਲਵੰਤ ਸਿੰਘ, ਅਤੇ ਕੀ ਕਹਿਣਾ ਚਾਹੋਗੇ ਵੇਖ ਬਰਾਤਾਂ ਚੱਲੀਆਂ ਬਾਰੇ? ਚਾਰ ਮੂਵੀਜ਼ ਹੁਣ ਤੱਕ ਹੋਈਆਂ, ਵੇਖ ਬਰਾਤਾਂ ਚੱਲੀਆਂ ਬੜਾ ਇੱਕ ਡਿਫਰੈਂਟ ਦਾ ਕੰਸੈਪਟ ਹੈ, ਅਤੇ ਜਿਵੇਂ ਸਾਡੀਆਂ ਮੂਵੀਜ਼ ਹੁੰਦੀਆਂ ਬਾਕੀ ਮੂਵੀਜ਼ ਵੀ ਆ ਫੈਮਿਲੀ ਦੇ ਵੇਖਣ ਵਾਲੀਆਂ, ਬਹੁਤ ਜ਼ਿਆਦਾ ਇੰਟਰਟੇਨਮੈਂਟ ਹੁੰਦੀ ਹੈ ਇਹ ਹੈ। ਬਾਕੀ ਜਿਵੇਂ ਭਲਵਾਨ ਸਿੰਘ ਜਿਹੜਾ ਉਹ ਥੋੜ੍ਹਾ ਜਿਹਾ ਡਿਫਰੈਂਟ ਕੰਸੈਪਟ ਆ। ਅੱਛਾ ਹੈਗੀ ਉਹ ਵੀ ਫੈਮਿਲੀ ਮੂਵੀ ਆ, ਕਿਉਂਕਿ ਸਾਡੀਆਂ ਮੂਵੀਜ਼ ਜਿਹੜੀਆਂ ਆਲਮੋਸਟ ਇੱਦਾਂ ਫੈਮਿਲੀ ਆਡੀਅੰਸ ਵਾਸਤੇ ਹੀ। ਅਤੇ ਭਾਅ ਜੀ ਜੇਕਰ ਆਪਾਂ ਵੇਖ ਬਰਾਤਾਂ ਚੱਲੀਆਂ ਦੀ ਗੱਲ ਕਰੀਏ, ਦੋ ਸੋਹਣੇ ਗੱਭਰੂ ਜਵਾਨ ਬੈਠੇ ਹੈ ਅਤੇ ਇਹਨਾਂ ਦੇ ਨਾਲ ਇੱਕ ਆਹ ਮੈਡਮ ਬੈਠੇ ਹੈ, ਇਹਨਾਂ ਦਾ ਕੀ ਹੈ ਫਿਲਮ ਦੇ ਵਿੱਚ? ਇਹਨਾਂ ਦਾ ਐਕਚੁਲੀ ਇਸ ਫਿਲਮ ਦੇ ਜ਼ਰੀਏ ਹੀ ਕੁਛ ਟਰਾਈ ਕੀਤਾ ਹੈਗਾ ਕਿ ਜਿਹੜਾ ਲੋਕਾਂ 'ਚ ਥੋੜ੍ਹਾ ਜਿਹਾ ਵਹਿਮ ਭਰਮ ਜਿਹੜੇ ਹੈਗੇ ਆ ਉਹਨਾਂ 'ਤੇ ਥੋੜ੍ਹੀ ਜਿਹੀ ਮਤਲਬ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਅੱਛਾ ਡਾਇਰੈਕਟਲੀ। ਅੱਛਾ ਕਿ ਜਿਹੜੇ ਮੰਗਲੀਕ ਹੋਣ ਕਰਕੇ ਕੁਛ ਅਪਾਰ ਕਰਦੇ ਹੁੰਦੇ ਉਹਨਾਂ ਨੂੰ ਥੋੜ੍ਹਾ ਜਿਹਾ ਉਹ ਕਰਨ ਵਾਸਤੇ ਇਹਦੇ ਵਿੱਚ ਇਹਨਾਂ ਦਾ ਇੱਕ ਬਹੁਤ ਵਧੀਆ ਕਰੈਕਟਰ ਥੋੜ੍ਹਾ ਦੇਖਿਆ ਸੀ। ਯੈਸ, ਅਤੇ ਉਹ ਇਹਨਾਂ ਦਾ ਮੈਰਿਜ ਹੁੰਦੀ ਹੈ ਐਕਚੁਲੀ। ਅੱਛਾ ਇਹਨਾਂ ਦਾ? ਅੱਛਾ ਬਿਲਕੁਲ ਬਿਲਕੁਲ ਜੀ। ਅਤੇ ਬਸ ਉਹਦੇ ਹੀ ਆਲੇ ਦੁਆਲੇ ਚੱਲਦਾ। ਅੱਛਾ ਠੀਕ ਹੈ। ਅਤੇ ਭਾਅ ਜੀ ਆਪਾਂ ਤੁਹਾਡਾ ਨਾਮ ਤਾਂ ਬਹੁਤ ਸੁਣਿਆ, ਪ੍ਰੋਡਿਊਸਡ ਬਾਏ ਕਾਰਜ ਗਿੱਲ, ਅਤੇ ਬਟ ਤੁਸੀਂ ਅੱਜ ਤੱਕ ਕਦੇ ਕੈਮਰਾ ਦੇ ਸਾਹਮਣੇ ਇੰਟਰਵਿਊਜ਼ ਲਈ ਜਾਂ ਹੋਰ ਚੀਜ਼ਾਂ ਲਈ ਘੱਟ ਆ ਜਾਵੇ ਜਾਂ ਬਿਲਕੁਲ ਹੀ ਨਹੀਂ ਆਉਂਦੇ? ਆਈ ਥਿੰਕ ਇਹ ਤੁਹਾਡੀ ਫਸਟ ਇੰਟਰਵਿਊ ਹੈ ਜੋ ਆਪਾਂ ਕਰਦੇ ਹਾਂ। ਅਤੇ ਭਾਅ ਜੀ ਇਹਦਾ ਕੀ ਕਾਰਨ ਹੈ ਤੁਸੀਂ ਇੰਨੀਆਂ ਸਕਸੈਸਫੁਲ ਫਿਲਮਾਂ ਬਣਾ ਲਈਆਂ, ਅਤੇ ਕੀ ਕਾਰਨ ਹੈ ਕਿ ਤੁਸੀਂ ਆਪਦੇ ਆਪ ਨੂੰ ਕੈਮਰੇ ਦੇ ਪਿੱਛੇ ਲਗੋ ਕੇ ਰੱਖਦੇ? ਮੈਨੂੰ ਲੱਗਦਾ ਯਾਰ ਹਰ ਇੱਕ ਬੰਦੇ ਦਾ ਇੱਕ ਆਪਣਾ ਕੰਮ ਹੁੰਦਾ, ਠੀਕ ਹੈ, ਡਾਇਰੈਕਟਰ ਦਾ ਇੱਕ ਆਪਣਾ ਕੰਮ ਹੈ, ਐਕਟਰ ਦਾ ਆਪਣਾ ਕੰਮ ਹੈ, ਡੀਓਪੀ ਦਾ ਆਪਣਾ ਕੰਮ ਹੈ, ਅਤੇ ਜਿਹੜਾ ਬੰਦਾ ਇਹਨਾਂ ਸਾਰਿਆਂ ਦੇ ਚੈੱਕ ਤਾਂ ਤੁਸੀਂ ਸਾਈਨ ਕਰਦੇ ਹੋ? ਸਾਈਨ ਕਰਨ ਵਾਸਤੇ ਸਕਰੀਨ ਤੇ ਹੋਣਾ ਜ਼ਰੂਰੀ ਨਹੀਂ, ਪਰ ਹੁੰਦਾ ਕਿ ਜੇ ਇਫ ਆਈ ਐਮ ਇਨਵੈਸਟਿੰਗ ਮੈਂ ਪੈਸੇ ਲਾ ਰਿਹਾ ਤਾਂ ਮੇਰੀ ਵੀ ਥੋੜੀ ਹੋਵੇ ਪ੍ਰੋਬਲੀ ਸੀ। ਨਹੀਂ, ਮੈਨੂੰ ਲੱਗਦਾ ਹਰ ਇੱਕ ਬੰਦੇ ਦੀ ਆਪਣੀ ਇੱਕ ਜੌਬ ਹੈ, ਇੱਕ ਡਿਊਟੀ, ਜਦੋਂ ਇੱਕ ਬੰਦਾ ਆਪਣੀ ਜੌਬ ਛੱਡ ਕੇ ਕਿ ਦੂਸਰੀ 'ਚ ਐਂਟਰ ਕਰਨ ਦੀ ਟਰਾਈ ਕਰੂਗਾ, ਹਾਂਜੀ, ਮੈਨੂੰ ਲੱਗਦਾ ਕੰਮ ਉੱਥੇ ਖਰਾਬ ਹੋਣਾ ਸ਼ੁਰੂ ਹੋਊਗਾ। ਅੱਛਾ, ਅਤੇ ਮੈਨੂੰ ਲੱਗਦਾ ਮੈਂ ਜਿੱਥੇ ਹੈਗਾ ਸੈਟਿਸਫਾਈਡ ਹਾਂ ਬਿਲਕੁਲ। ਅੱਛਾ, ਇਵੇਂ ਦਾ ਕੋਈ ਫਿਊਚਰ ਕੋਈ ਇੱਦਾਂ ਦਾ ਮਸਲਾ ਨਹੀਂ ਸਕਰੀਨ 'ਤੇ ਆਉਣ ਵਾਲਾ ਜਾਂ ਸਾਹਮਣੇ ਆਉਣ ਵਾਲਾ। ਜਿਹੜੀ ਚੀਜ਼ ਤੁਹਾਡਾ ਜਿਹੜਾ ਕੰਮ ਆ ਉਹ ਠੀਕ ਹੋਣਾ ਚਾਹੀਦਾ ਐਕਚੁਲੀ, ਜੇ ਕੰਮ ਠੀਕ ਨਹੀਂ ਆ ਤਾਂ ਜਿੰਨਾ ਮਰਜ਼ੀ ਸਾਹਮਣੇ ਆ ਜਾਓ ਕੋਈ ਉਹਦਾ ਮਤਲਬ ਨਹੀਂ ਆ, ਜੇ ਕੰਮ ਠੀਕ ਆ ਤੁਸੀਂ ਨਹੀਂ ਸਾਹਮਣੇ ਆਓਗੇ ਲੋਕ ਜਾਣਦੇ। ਠੀਕ ਹੈ ਭਾਅ ਜੀ, ਮੈਨੂੰ ਤਾਂ ਤੁਹਾਨੂੰ ਦੇਖ ਕੇ ਫਸਟ ਲੁੱਕ 'ਚ ਇਹੀ ਲੱਗਿਆ ਕਿ ਤੁਹਾਨੂੰ ਆਉਣਾ ਚਾਹੀਦਾ ਇਸ ਸਕਰੀਨ 'ਤੇ, ਤੁਹਾਨੂੰ ਬਹੁਤ ਲੋਕਾਂ ਨੇ ਕਿਹਾ ਵੀ ਹੋਏਗਾ ਕਿ ਤੁਸੀਂ ਐਕਟਿੰਗ ਕਿਉਂ ਨਹੀਂ ਟਰਾਈ ਕਰਦੇ, ਤੁਹਾਡਾ ਉਹਨਾਂ ਸਾਰਿਆਂ ਨੂੰ ਕੀ ਜਵਾਬ ਤੁਸੀਂ ਕੀ ਕਹਿੰਦੇ? ਜਿਹੜਾ ਜਵਾਬ ਤੁਹਾਨੂੰ ਠੀਕ ਹੈ ਭਾਅ ਜੀ, ਅਤੇ ਆਪਾਂ ਜੇ ਗੱਲ ਕਰੀਏ ਰਿਦਮ ਬੋਇਜ਼ ਐਂਟਰਟੇਨਮੈਂਟ ਦੀ, ਤੁਸੀਂ ਕਿਹਾ ਚਾਰ ਫਿਲਮਾਂ ਤੁਸੀਂ ਬਣਾ ਆ ਚੁੱਕੀਆਂ ਨੇ, ਰਿਲੀਜ਼ ਹੋ ਚੁੱਕੀਆਂ ਨੇ, ਅਤੇ ਭਾਅ ਜੀ ਤੁਹਾਡੀ ਜਿਹੜੀ ਫਿਲਮ ਆਉਂਦੀ ਹੈ ਇੱਕ ਤੋਂ ਬਾਅਦ ਇੱਕ ਨਵੇਂ ਬੈਂਚਮਾਰਕ ਸੈੱਟ ਕਰਦੀ ਹੈ, ਨਵੇਂ ਅੱਛੇ ਕੋਨਸੈਪਟ ਲੈ ਕੇ ਆਉਂਦੀ ਹੈ, ਹਰ ਵਾਰੀ ਡਿਫਰੈਂਟ ਤੋਂ ਡਿਫਰੈਂਟ ਹੁੰਦਾ, ਅਤੇ ਕੀ ਪ੍ਰੋਸੀਜਰ ਕੀ ਹੈ, ਤੁਸੀਂ ਕੀ ਦੇਖ ਕੇ ਫਿਲਮ ਨੂੰ ਚੂਜ਼ ਕਰਦੇ ਹੋ ਵੀ ਇਹ ਫਿਲਮ ਅਸੀਂ ਬਣਾਵਾਂਗੇ? ਮੈਨੂੰ ਲੱਗਦਾ ਹਰ ਫਿਲਮ ਦਾ ਹੀ ਇੱਕ ਹੀ ਮੇਨ ਗੱਲ ਹੋਣੀ ਚਾਹੀਦੀ ਕਿ ਸਕ੍ਰਿਪਟ ਕੀ, ਹਾਂਜੀ, ਲਾਈਨ ਜਿਹੜੀ ਆ ਫਿਲਮ ਦੀ ਸਟੋਰੀ ਉਹ ਕਿਵੇਂ ਦੀ, ਉਸ ਤੋਂ ਬਾਅਦ ਸਟੋਰੀ ਸਕ੍ਰਿਪਟ ਤੋਂ ਬਾਅਦ ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਟੀਮ ਹੈ, ਹਾਂਜੀ, ਸਾਰੀ ਟੀਮ ਜਿਹੜੀ ਹੈ
ਉਦੋਂ ਵਾਇਸ ਨਾਲ ਜਿੰਨੇ ਵੀ ਲੋਕ ਜੁੜੇ ਆ ਜਾਂ ਉਦੋਂ ਵਾਇਸ ਜਿਹੜੇ ਲੋਕਾਂ ਨਾਲ ਜੁੜੀ ਆ ਸਾਡੀ ਟੀਮ ਇੱਦਾਂ ਦੀ ਕਿ ਅਸੀਂ ਐਜ਼ ਏ ਫੈਮਿਲੀ ਕੰਮ ਕਰ ਰਹੇ ਹਾਂ। ਸੈੱਟ 'ਤੇ ਕੋਈ ਇੱਦਾਂ ਦਾ ਬੰਦਾ ਨਹੀਂ ਹੁੰਦਾ ਵੀ ਇਹ ਪ੍ਰੋਡਿਊਸਰ ਆ, ਇਹ ਡਾਇਰੈਕਟਰ ਆ, ਇਹ ਰਾਈਟਰ ਆ ਜਾਂ ਇਹ ਐਕਟਰ ਆ। ਮਤਲਬ ਜਿਵੇਂ ਵੀ ਜਿਹੜੀ ਗੱਲ ਜਿਹਨੂੰ ਕਿਸੇ ਨੂੰ ਲੱਗਦੀ ਆ ਕਰਨ ਵਾਸਤੇ ਉੱਥੇ ਕੰਮ ਕਰਨ ਵਾਸਤੇ ਉੱਥੇ ਕੰਮ ਕਰ ਲੈਂਦਾ। ਮਤਲਬ ਐਜ਼ ਅ ਫੈਮਿਲੀ ਇੱਕ ਟੀਮ ਕੰਮ ਕਰਦੇ ਮੈਨੂੰ ਲੱਗਦਾ, ਅਤੇ ਓਨੈਸਟ ਓਨੈਸਟ ਅਪਰੋਚ ਹੁੰਦੀ ਹੈ ਸਾਰਿਆਂ ਦੀ। ਅੱਛਾ, ਜਿਹੜੀ ਮੇਨ ਗੱਲ ਹੈ ਮੈਨੂੰ ਜੋ ਲੱਗਦਾ ਕਿ ਕਿਸੇ ਵੀ ਪ੍ਰੋਡਕਟ ਨੂੰ ਪ੍ਰੋਜੈਕਟ ਦੇ ਉੱਤੇ ਕਿਸੇ ਉੱਤੇ ਕੰਮ ਕਰਨ ਵਾਸਤੇ ਉਹਨੂੰ ਸਕਸੈਸ ਉਹਦੇ 'ਚ ਲਿਆਉਣ ਵਾਸਤੇ ਉਹ ਮਤਲਬ ਕਾਮਯਾਬ ਤਾਂ ਹੋਊਗੀ ਤੁਹਾਡੀ ਓਨੈਸਟ ਅਪਰੋਚ ਰਹੂਗੀ। ਹਾਂਜੀ, ਉਹ ਸਾਰੀ ਟੀਮ ਦੀ ਰਹੂਗੀ, ਤੁਸੀਂ ਸਾਰੇ ਇੱਕ ਪਲੇਟਫਾਰਮ 'ਤੇ ਹੋਵੋਗੇ। ਇੱਕ ਓਨੈਸਟ ਅਪਰੋਚ ਜਿਹੜੀ ਆ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਉਹ ਹੈਗਾ ਗੁਰਮੰਤਰ ਹੈ। ਹਾਂਜੀ, ਕਿ ਕਿਸੇ ਚੀਜ਼ ਨੂੰ ਮਤਲਬ ਕਾਮਯਾਬੀ ਵਾਸਤੇ। ਅਤੇ ਭਾਅ ਜੀ ਤੁਹਾਡੀਆਂ ਚਾਰੋਂ ਫਿਲਮਾਂ ਨੇ ਹੁਣ ਤੱਕ ਬਹੁਤ ਹੀ ਵੱਖ ਵੱਖ ਬਿਜ਼ਨਸ ਕੀਤਾ ਇੰਡੀਆ 'ਚ ਵੀ ਅਤੇ ਓਵਰਸੀਜ਼ ਵੀ। ਇਹ ਇਹਦਾ ਕਾਰਨ ਮੇਨ ਆ ਰਿਹਾ ਕਿ ਤੁਹਾਡੀਆਂ ਫਿਲਮਾਂ ਨੂੰ ਫੈਮਿਲੀ ਆਡੀਅੰਸ ਜੋ ਵੀ ਤੁਸੀਂ ਕਿਹਾ ਪਹਿਲਾਂ ਕਿ ਦੇਖਣ ਜਾਂਦੀ ਹੈ, ਸਾਰੀ ਸਾਰੀ ਫੈਮਿਲੀ 10-10 ਮੈਂਬਰ 12-12 ਮੈਂਬਰ ਇਕੱਠੇ ਹੋ ਕੇ ਫਿਲਮਾਂ ਦੇਖਣ ਜਾਂਦੇ ਹੈ, ਅਤੇ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਫੈਮਿਲੀਜ਼ ਤਾਰੀਫ ਕਰਦੀਆਂ ਅਤੇ ਉਹ ਸੈਕਿੰਡ ਟਾਈਮ ਥਰਡ ਟਾਈਮ ਫਿਲਮਾਂ ਦੇਖਣ ਜਾਂਦੀਆਂ, 10-10, 12-12 ਹਫ਼ਤੇ ਫਿਲਮਾਂ ਚੱਲਦੀਆਂ, ਉਦੋਂ ਕਿੱਦਾਂ ਦਾ ਮਹਿਸੂਸ ਹੁੰਦਾ? ਕਿ ਕੋਈ ਵੀ ਕੰਮ ਮੈਂ ਜਿਹੜਾ ਮੂਵੀਜ਼ ਬਾਰੇ ਗੱਲ ਨਹੀਂ ਕਰਦਾ, ਜਿੱਥੇ ਤੁਸੀਂ ਮਿਹਨਤ ਕੀਤੀ ਹੁੰਦੀ ਹੈ, ਬਹੁਤ ਜ਼ਿਆਦਾ ਮਿਹਨਤ ਕੀਤੀ ਹੁੰਦੀ ਹੈ, ਤੁਹਾਡੇ ਦਿਨ ਰਾਤ ਲੱਗੇ ਹੁੰਦੇ ਆ, ਉਹ ਚੀਜ਼ ਜਦੋਂ ਕਾਮਯਾਬ ਹੁੰਦੀ ਹੈ ਰਾਈਟ, ਔਰ ਉਹਨਾਂ ਲੋਕਾਂ 'ਚ ਹੁੰਦੀ ਹੈ ਜਿਹਨਾਂ 'ਚ ਤੁਸੀਂ ਚਾਹ ਰਹੇ ਹੁੰਦੇ ਕਿ ਹੋ ਗਏ, ਠੀਕ ਹੈ, ਤੁਹਾਨੂੰ ਖੁਸ਼ੀ ਤਾਂ ਹੁੰਦੀ ਹੈ ਡੈਫੀਨੇਟਲੀ, ਤੁਹਾਨੂੰ ਲੱਗਦਾ ਹੈ ਪ੍ਰਾਊਡ ਫੀਲ ਹੁੰਦਾ ਆਪਣੇ ਆਪ 'ਤੇ ਕਿ ਯਾਰ ਇੱਕ ਸਾਡੀ ਟੀਮ ਨੇ ਇੱਦਾਂ ਦਾ ਕੰਮ ਕੀਤਾ ਜਿਹੜਾ ਲੋਕਾਂ ਨੂੰ ਠੀਕ ਲੱਗਦਾ, ਲੋਕਾਂ ਨੂੰ ਚੰਗਾ ਲੱਗਦਾ। ਇਸ ਕਰਕੇ ਜੇ ਜਿਹੜਾ ਕੰਮ ਤੁਸੀਂ ਮਿਹਨਤ ਨਾਲ ਕੀਤਾ ਹੋਵੇ ਉਹ ਜਦੋਂ ਫਲ ਮਿਲਦਾ ਉਹਦੀ ਫੀਲਿੰਗ ਤਾਂ ਵੱਖਰੀ ਹੁੰਦੀ ਹੈ ਡੈਫੀਨੇਟਲੀ। ਹਾਂਜੀ ਹਾਂਜੀ, ਅਤੇ ਭਾਅ ਜੀ ਜਿੱਦਾਂ ਤੁਸੀਂ ਕਿਹਾ ਕਿ ਸਕ੍ਰਿਪਟ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਜਦੋਂ ਤੁਸੀਂ ਕੋਈ ਫਿਲਮ ਚੂਜ਼ ਕਰਦੇ ਹੋ, ਅਤੇ ਹੁਣ ਰਿਦਮ ਵੋਇਸ ਦਾ ਇੱਕ ਨਾਮ ਇੱਕ ਬ੍ਰਾਂਡ ਇਮੇਜ ਬਣ ਚੁੱਕੀ ਹੈ, ਅਤੇ ਹੁਣ ਕਿੰਨਾ ਸਪੈਸ਼ਲ ਕਿੰਨਾ ਖਾਸ ਧਿਆਨ ਦਿੱਤਾ ਜਾਂਦਾ ਉਸ ਚੀਜ਼ 'ਤੇ ਕਿ ਜੋ ਸਕ੍ਰਿਪਟ ਹੈ ਉਹ ਲਾਈਕ ਜਦੋਂ ਪਿਛਲੀ ਫਿਲਮ ਨਾਲ ਉਹ ਬੈਟਰ ਹੋਵੇ ਅਤੇ ਸਾਫ਼ ਸੁਥਰੀ ਚੀਜ਼ ਹੋਵੇ ਅਤੇ ਫੈਮਿਲੀ ਆਡੀਅੰਸ ਨੂੰ ਜ਼ਿਆਦਾ ਕੇਟਰ ਕਰੇ, ਕਿੰਨਾ ਧਿਆਨ ਇਸ ਚੀਜ਼ 'ਤੇ ਹੁਣ ਦਿੱਤਾ ਜਾਂਦਾ? ਫੈਮਿਲੀ ਆਡੀਅੰਸ ਮੈਨੂੰ ਲੱਗਦਾ ਕਿ ਸਾਨੂੰ ਨਾ ਜਿਵੇਂ ਸਮਟਾਈਮ ਇੱਕ ਚੀਜ਼ ਤੁਹਾਡੇ ਖੂਨ 'ਚ ਹੁੰਦੀ ਹੈ, ਹਾਂਜੀ ਤੁਹਾਡੇ ਬੈਠ ਚੁੱਕੀ, ਮੈਨੂੰ ਲੱਗਦਾ ਕਿ ਸਾਨੂੰ ਉਹਦੇ ਵਾਸਤੇ ਐਫਰਟ ਨਹੀਂ ਕਰਨੀ ਪੈਂਦੀ। ਹਾਂਜੀ, ਸਾਨੂੰ ਸਾਡੀ ਪਰਵਰਿਸ਼ ਇੱਦਾਂ ਦੀ ਹੋਈ ਹੈ, ਸਾਡੇ ਮਤਲਬ ਜਿਹੜੇ ਉਹ ਬੇਸਿਕਲੀ ਅਸੀਂ ਐਵੇਂ ਦੇ ਹਾਂ, ਚਾਹੇ ਅਮਰਿੰਦਰ ਹੁਣਾਂ ਦੇ ਸੌਂਗ ਲੈ ਲਓ ਹੁਣ ਤੱਕ ਪੂਰੀ ਕੈਰੀਅਰ ਦੇ ਵਿੱਚ, ਕਿ ਸਾਨੂੰ ਸਪੈਸ਼ਲੀ ਕਦੀ ਐਫਰਟ ਨਹੀਂ ਕਰਨੀ ਪੈਂਦੀ ਕਿ ਇਹ ਫੈਮਿਲੀ ਵਾਸਤੇ ਕਰਨਾ, ਕਿਉਂਕਿ ਇਹ ਨੋਰਮਲ ਸਾਡਾ ਜਿਹੜਾ ਕੰਮ ਹੋਊਗਾ ਨਾ ਉਹ ਫੈਮਿਲੀ ਵਾਸਤੇ ਹੀ ਹੋਊਗਾ। ਸਾਨੂੰ ਹੋ ਸਕਦਾ ਜੇ ਅਸੀਂ ਕੋਈ ਫੈਮਿਲੀ ਤੋਂ ਹਟ ਕੇ ਕੁਛ ਐਫਰਟ ਕਰਨੀ ਹੋਵੇ, ਕੋਈ ਥੋੜ੍ਹਾ ਜਿਹਾ ਲੋ ਲੈਵਲ ਦੀ ਕੋਈ ਚੀਜ਼ ਉਹਦੇ ਵਾਸਤੇ ਸਾਨੂੰ ਹੋ ਸਕਦਾ ਐਫਰਟ ਕਰਨੀ ਪਵੇ, ਨੋਰਮਲ ਜਿਹੜੀ ਸਾਫ਼ ਸੁਥਰੀ ਠੀਕ ਚੀਜ਼ ਹੈ ਉਹਦੇ ਵਾਸਤੇ ਸਾਨੂੰ ਐਫਰਟ ਨਹੀਂ ਕਰਨੀ ਪੈਂਦੀ, ਸਾਨੂੰ ਪਤਾ ਉਹ ਇੱਦਾਂ ਹੀ ਹੈ, ਉਹ ਆਟੋਮੈਟਿਕਲੀ ਆ ਜਾਂਦੀ ਹੈ। ਅਤੇ ਭਾਅ ਜੀ ਤੁਸੀਂ ਅਮਰਿੰਦਰ ਗਿੱਲ ਭਾਈ ਦਾ ਨਾਮ ਲਿਆ, ਮੇਰਾ ਨੈਕਸਟ ਸਵਾਲ ਉਹਨਾਂ ਬਾਰੇ ਸੀ, ਅਤੇ ਤੁਹਾਡਾ ਵੀ ਅਮਰਿੰਦਰ ਭਾਈ ਦਾ ਇੱਕ ਬਹੁਤ ਹੀ ਸਪੈਸ਼ਲ ਬੌਂਡ ਹੈ, ਆਈ ਥਿੰਕ ਤੁਸੀਂ ਉਹਨਾਂ ਨਾਲ ਸਟਾਰਟਿੰਗ ਤੋਂ ਹੋਏ ਹੋ ਉਹਨਾਂ ਦੇ ਨਾਲ ਕਾਲਜ ਟਾਈਮ ਤੋਂ ਕਰਕੇ, ਕੁਛ ਅਮਰਿੰਦਰ ਭਾਈ ਨਾਲ ਆਪਣੀ ਜਰਨੀ ਬਾਰੇ ਦੱਸੋ, ਆਪਣੀ ਰਿਲੇਸ਼ਨਸ਼ਿਪ ਬਾਰੇ ਦੱਸੋ, ਸਾਰੇ ਜਾਣਨਾ ਚਾਹੁੰਦੇ। ਮੈਨੂੰ ਲੱਗਦਾ ਉਸ ਸ਼ਖਸ ਵਾਸਤੇ ਮੇਰੇ ਕੋਲ ਵਰਡ ਨਹੀਂ ਹੈਗੇ ਐਕਚੁਲੀ, ਉਹ ਮੇਰਾ ਭਰਾ ਵੀ ਹੈ, ਉਹ ਮੇਰਾ ਯਾਰ ਵੀ ਹੈ, ਉਹ ਮੇਰਾ ਬਿਜ਼ਨਸ ਦੇ ਵਿੱਚ ਹੈ ਨਾ ਪਾਰਟਨਰ ਵੀ ਹੈ। ਅੱਛਾ, ਮਤਲਬ ਸਾਰਾ ਕੁਛ ਜੋ ਵੀ ਹੋ ਸਕਦਾ ਇੱਕ ਬੰਦਾ, ਮੈਨੂੰ ਲੱਗਦਾ ਸਮਟਾਈਮ ਜੇ ਅਸੀਂ ਸਕੇ ਭਰਾ ਹੁੰਦੇ ਹੋ ਸਕਦਾ ਸਾਡੀ ਇੰਨੀ ਅੰਡਰਸਟੈਂਡਿੰਗ ਨਾ ਹੁੰਦੀ। ਅੱਛਾ, ਮਤਲਬ ਮੈਂ ਜਿਹੜੇ ਰੀਅਲ ਬ੍ਰਦਰ ਨੇ ਉਹਨਾਂ ਵਿੱਚ ਵੀ ਇੰਨਾ ਇੱਕ ਦੂਸਰੇ 'ਤੇ ਟਰਸਟ ਕਰਨਾ, ਇੱਕ ਦੂਸਰੇ ਦੇ ਉੱਤੇ ਫੇਥ ਕਰਨਾ ਜਾਂ ਇੱਕ ਦੂਸਰੇ ਨਾਲ ਅੰਡਰਸਟੈਂਡਿੰਗ ਜਿਹੜੀ ਮੈਂ ਮਿਹਨਤ ਦੇ ਰਹੇ ਚਲੋ ਹੈ ਨਾ ਇਵੇਂ ਦਾ ਨਹੀਂ ਦੇਖੀ, ਬਟ ਮੈਨੂੰ ਲੱਗਦਾ ਇਹਦੇ ਇਹ ਜਿਹੜੀ ਸਾਡੀ ਲੰਬੀ ਇੱਕ ਉਹ ਜਾ ਰਹੀ ਹੈ ਜਰਨੀ ਜਿਹੜੀ ਹੈ ਇਹਦੇ ਵਿੱਚ ਮੈਨੂੰ ਲੱਗਦਾ ਮੇਰੀ ਐਫਰਟ ਘੱਟ ਹੈ। ਅੱਛਾ, ਟੂ ਬੀ ਵੈਰੀ ਓਨੈਸਟ, ਇਹ ਉਹਦੇ ਵੱਲੋਂ ਜ਼ਿਆਦਾ ਐਫਰਟ ਹੈ, ਉਹ ਇਸ ਲੈਵਲ ਦਾ ਇਨਸਾਨ ਆ, ਉਹ ਇਸ ਲੈਵਲ ਦਾ ਬੰਦਾ ਵਾ ਕਿ ਇਹ ਸਾਰਾ ਕੁਛ ਉਹਦੇ ਕਰਕੇ ਹੋ ਰਿਹਾ। ਅੱਜ ਰਿਦਮ ਵਾਇਸ ਖੜੀ ਆ, ਅੱਜ ਮੈਂ ਤੁਹਾਡਾ ਇੰਟਰਵਿਊ ਕਰ ਰਿਹਾ ਸਪੋਜ਼, ਅਤੇ ਇਹਦਾ ਰੀਜ਼ਨ ਅਮਰਿੰਦਰ ਗਿੱਲ ਹੈ, ਮੈਂ ਜਿੱਥੇ ਚੇਅਰ 'ਤੇ ਬੈਠਾ ਤਾਂ ਇਟ ਮੀਨਸ ਕਿ ਇਹਦਾ ਇਹਦੇ ਪਿੱਛੇ ਅਮਰਿੰਦਰ ਗਿੱਲ, ਮਤਲਬ ਮੈਂ ਮੈਨੂੰ ਲੱਗਦਾ ਕਿ ਅਸੀਂ ਆਪਸ ਵਿੱਚ ਵੀ ਸਮਟਾਈਮ ਗੱਲ ਕਰਦੇ ਹੁੰਦੇ ਹਾਂ,
ਅਸੀਂ ਕਦੇ ਵੀ ਕੁਝ ਪਲਾਨ ਕਰਕੇ ਨਹੀਂ ਪਾਏ, ਇਸ ਫੀਲਡ 'ਚ ਪਲਾਨ ਕਰਕੇ ਨਹੀਂ ਆਇਆ ਜੀ, ਸਿੰਗਿੰਗ ਵਿੱਚ ਪਲਾਨ ਕਰਕੇ ਨਹੀਂ ਆਏ ਕੁਛ। ਅੱਛਾ, ਸਾਨੂੰ ਜੋ ਮਿਲਿਆ ਰੱਬ ਨੇ ਠੀਕ ਆ, ਇੱਕ ਠੀਕ ਨੀਤ ਨਾਲ ਕੰਮ ਕਰੀਏ, ਜਿਹੜੀ ਹੁੰਦੀ ਨਾ ਕਿ ਓਨੈਸਟੀ ਇਜ਼ ਦਾ ਬੈਸਟ ਪੋਲਿਸੀ ਵਾਲਾ ਮਸਲਾ, ਉਹ ਕਰਕੇ ਔਰ ਇਹ ਚੀਜ਼ਾਂ ਮੈਨੂੰ ਜ਼ਿਆਦੀਆਂ ਪੱਕੀਆਂ ਕੀਤੀਆਂ ਉਹ ਅਮਰਿੰਦਰ ਨੇ ਮੇਰੀਆਂ। ਮੇਰੇ ਵਿੱਚ ਮੈਨੂੰ ਹੋ ਸਕਦਾ ਵੀ ਮੇਰੀਆਂ ਆਦਤਾਂ ਬਹੁਤ ਜ਼ਿਆਦਾ ਮਾੜੀਆਂ ਹੋਣ, ਅਤੇ ਉਹ ਪਿਛਲੇ ਜਿਹੜਾ 20-22 ਸਾਲ ਦੀ ਜਿਹੜੀ ਉਹ ਹੈਗੀ ਆ ਜਰਨੀ ਆ, ਉਹਦੇ ਵਿੱਚ ਮੇਰੀਆਂ ਬੜੀਆਂ ਚੀਜ਼ਾਂ ਨੈਗੇਟਿਵ ਨਿਕਲੀਆਂ ਹੋਣਗੀਆਂ ਅਤੇ ਪੋਜ਼ਿਟਿਵ ਆਈਆਂ ਹੋਣਗੀਆਂ ਬਿਕੋਜ਼ ਆਫ ਹਿਮ। ਮਤਲਬ ਮੈਨੂੰ ਬੜੀਆਂ ਚੀਜ਼ਾਂ, ਮੈਂ ਹੁਣ ਵੀ ਬੜੀਆਂ ਥਾਵਾਂ 'ਤੇ ਹੋ ਸਕਦਾ ਮੇਰੇ ਡਿਸੀਜ਼ਨ ਜਾਂ ਮੇਰੀ ਗੱਲਾਂ ਜਾਂ ਮੇਰਾ ਕੁਛ ਇੱਦਾਂ ਦਾ ਹੋ ਜਾਂਦਾ ਉਹ ਜਿੱਥੇ ਮੈਨੂੰ ਉਹਨੇ ਕਹਿਣਾ ਕੋਈ ਰੰਗ ਕੋਈ ਨਿਕਲ ਸਕਦੀ ਹੈ, ਇਸ ਕਰਕੇ ਸਾਰਾ ਕੁਛ ਉਹਦੇ ਕਰਕੇ। ਇਹ ਅਮਰਿੰਦਰ ਭਾਅ ਜੀ ਦਾ ਮੈਂ ਇੱਕ ਹੀ ਵਾਰੀ ਮਿਲਿਆ ਉਹਨਾਂ ਨੂੰ, 5-10 ਮਿੰਟ ਅਸੀਂ ਇੰਟਰਵਿਊ ਕੀਤੀ ਸੀ, ਉਸ ਤੋਂ 2 ਮਿੰਟ ਪਹਿਲਾਂ ਗੱਲਾਂ ਕੀਤੀਆਂ। ਬਹੁਤ ਹੀ ਪੋਜ਼ਿਟਿਵ ਪਰਸਨ, ਪੋਜ਼ਿਟਿਵ ਵਾਈਬਸ ਉਹਨਾਂ ਤੋਂ ਪਰੇ ਹੋਏ ਆ, ਪੋਜ਼ਿਟਿਵ ਐਨਰਜੀ ਨਾਲ। ਅਤੇ ਜੋ ਤੁਸੀਂ ਗੱਲ ਕਹੀ ਬਿਲਕੁਲ ਐਨ ਬਿਲਕੁਲ ਸੱਚੀ ਗੱਲ ਕੀਤੀ ਭਾਅ ਜੀ। ਅਤੇ ਭਾਅ ਜੀ ਇੱਕ ਇਹ ਸਵਾਲ ਹੁਣੇ ਹੁਣੇ ਮੇਰੇ ਦਿਮਾਗ 'ਚ ਆਇਆ ਕਿ ਲਾਈਕ ਤੁਸੀਂ ਕਿਹਾ 20-22 ਸਾਲ ਪਹਿਲਾਂ ਤੁਸੀਂ ਸਟਾਰਟ ਕੀਤਾ ਸੀ, ਅਤੇ ਸਿੰਗਿੰਗ, ਫਿਲਮਾਂ, ਪ੍ਰੋਡਕਸ਼ਨ, ਐਕਟਿੰਗ ਕੁਛ ਪਲੈਨ ਨਹੀਂ ਸੀ, ਇਹ ਸਾਰਾ ਹੁੰਦਾ ਗਿਆ। ਅਤੇ ਭਾਅ ਜੀ ਹੁਣ ਕਿੱਦਾਂ ਮਹਿਸੂਸ ਹੁੰਦਾ ਕਿ ਲਾਈਕ ਇੱਕ ਟਾਈਮ ਸੀ ਜਦੋਂ ਆਮ ਸ਼ੋਰ ਤੁਸੀਂ ਜਾਂਦੇ ਹੋਵੋਗੇ ਮਿਊਜ਼ਿਕ ਕੰਪਨੀਜ਼ ਕੋਲ ਵੀ ਸਾਡਾ ਅਮਰਿੰਦਰ ਦਾ ਗਾਣਾ ਰਿਲੀਜ਼ ਕਰੋ, ਅਤੇ ਅੱਜ ਉਹੀ ਕੰਪਨੀਜ਼ ਜਾਂ ਹੋਰ ਪ੍ਰੋਡਿਊਸਰਸ ਤੁਹਾਡੇ ਕੋਲ ਆਉਂਦੇ ਨੇ, ਭਾਅ ਜੀ ਅਸੀਂ ਤੁਹਾਡੀ ਨੈਕਸਟ ਫਿਲਮ ਕਰਨੀ ਹੈ, ਪਲੀਜ਼ ਸਾਡੇ ਨਾਲ ਫਿਲਮ ਸਾਈਨ ਕਰੋ, ਰਿਵਰਸ ਹੋ ਗਿਆ ਹੁਣ ਸਾਰਾ, ਕਿੱਦਾਂ ਅਗੇਨ? ਮੈਨੂੰ ਲੱਗਦਾ ਹੋ ਸਕਦਾ ਜੇ ਮੈਂ ਇਕੱਲਾ ਇਸ ਫੀਲਡ 'ਚ ਹੁੰਦਾ ਅਤੇ ਮੈਂ ਇਸ ਪੁਜੀਸ਼ਨ 'ਤੇ ਹੁੰਦਾ ਤਾਂ ਉਹਦਾ ਮੇਰਾ ਦਿਮਾਗ ਖਰਾਬ ਹੁੰਦਾ। ਅੱਛਾ, ਅਗੇਨ ਮੈਂ ਫਿਰ ਉਹਦਾ ਨਾਂ ਲਊਂਗਾ ਅਮਰਿੰਦਰ ਦਾ, ਉਹਦੇ ਨਾਲ ਰਹਿ ਰਿਹਾ ਕਿ ਕਦੀ ਫੀਲ ਨਹੀਂ ਹੋ ਰਿਹਾ ਕਿ ਕਦੀ ਕਦੀ, ਕਿਉਂਕਿ ਅੱਜ ਤੱਕ ਮੈਨੂੰ ਅੱਜ ਤੱਕ ਜਾਂ ਕਿਸੇ ਹੋਰ ਨੂੰ ਵੀ ਇਹ ਨਹੀਂ ਫੀਲ ਹੋਇਆ ਕਿ ਅਮਰਿੰਦਰ ਜੋ ਹੈਗਾ ਪਲੱਸ ਹੀ ਆ, ਪੋਜ਼ਿਟਿਵ ਹੀ ਆ। ਮਤਲਬ ਜੋ ਅਸੀਂ ਡਿਸਾਈਡ ਨਹੀਂ ਕੀਤਾ ਸੀ, ਕੁਝ ਪਲੈਨ ਨਹੀਂ, ਜੋ ਮਿਲਿਆ ਠੀਕ ਆ, ਬਹੁਤ ਆ। ਭਾਜੀ ਅੱਜ ਕੱਲ੍ਹ ਆਪਾਂ ਜੇ ਗੱਲ ਕਰੀਏ ਪੰਜਾਬੀ ਇੰਡਸਟਰੀ, ਤੁਸੀਂ ਆਪ ਵੀ ਇਹ ਵਰਡ ਯੂਜ਼ ਕੀਤਾ, ਡਿਫਰੈਂਟ ਕੋਨਸੈਪਟ ਤੁਸੀਂ ਸਟਾਰਟਿੰਗ ਇੰਟਰਵਿਊ ਦੇ ਯੂਜ਼ ਕੀਤਾ, ਅਤੇ ਮੈਨੂੰ ਤਾਂ ਦੇਖੋ ਡਿਫਰੈਂਟ ਕੋਨਸੈਪਟ ਐਜ਼ ਐਨ ਆਡੀਅੰਸ ਇੰਨਾ ਸਮਝ ਆਉਂਦਾ ਨਹੀਂ, ਮੇਰੇ ਵਾਸਤੇ ਤਾਂ ਫਿਲਮ ਫਿਲਮ ਹੀ ਹੁੰਦੀ ਹੈ। ਹਾਂ, ਬਟ ਜੇਕਰ ਮੈਂ ਗੱਲ ਕਰਾਂ ਤੁਹਾਡੀਆਂ ਫਿਲਮਾਂ ਦੀ, ਰਿਦਮ ਬੋਇਜ਼ ਦੀਆਂ, ਤਾਂ ਮੈਨੂੰ ਇਹ ਹੈ ਕਿ ਹਰ ਵਾਰੀ ਕੁਛ ਨਵਾਂ ਪ੍ਰੋਡਕਟ ਦੇਖਣ ਨੂੰ ਮਿਲਦਾ ਹੈ, ਕਦੇ ਇਹ ਨਹੀਂ ਕਿ ਸੇਮ ਫਾਰਮੂਲਾ ਤੁਸੀਂ ਚੱਕ ਕੇ ਕਾਪੀ ਪੇਸਟ ਕਰਕੇ ਰਿਪੀਟ ਕਰਦਾ ਹੋਵੇ, ਤੁਹਾਡੇ ਅਕੋਰਡਿੰਗਲੀ ਤੁਸੀਂ ਡਿਫਰੈਂਟ ਕੁਛ ਨਾ ਕੁਛ ਮਿਲਣਾ ਹੁੰਦਾ, ਕੁਛ ਕਰਨਾ ਹੁੰਦਾ, ਕੰਟੈਂਟ ਕੋਈ ਕਰਕੇ। ਡਿਫਰੈਂਟ ਕੋਨਸੈਪਟ ਇਹ ਹੈ ਕਿ ਕਿਸ ਔਰੇ ਦੇ ਵਿੱਚ ਕਿਸ ਤਰ੍ਹਾਂ ਟ੍ਰੀਟ ਕਰਕੇ, ਕਿਸ ਤਰ੍ਹਾਂ ਦੀ ਡਾਇਲੈਕਟਸ ਨੇ, ਕਿਸ ਤਰ੍ਹਾਂ ਦੀਆਂ ਸਕ੍ਰੀਨ ਪਲੇ ਆ, ਉਹਨੂੰ ਵੱਖਰੇ ਵੱਖਰੇ ਤਰੀਕੇ ਦੇ ਨਾਲ ਜਿਹੜਾ ਉਹ ਕਰਕੇ ਉਹਨੂੰ ਸ਼ੇਡਸ ਜਿਹੜੀਆਂ ਡਿਫਰੈਂਟ ਡਿਫਰੈਂਟ ਹੋਣ, ਉੱਦਾਂ ਦਾ ਐਕਸਪੈਰੀਮੈਂਟ ਕੀਤੇ ਜਾ ਸਕਦੇ ਆ। ਲਾਈਨ ਜਿਹੜੀ ਆ ਆਲਮੋਸਟ ਉਹੀ ਹੁੰਦੀ ਹੈ, ਰਾਈਟ? ਕੋਨਸੈਪਟ ਜਿਵੇਂ ਅੰਗਰੇਜ਼ ਸੀਗਾ, ਫੋਰ ਐਗਜ਼ਾਮਪਲ ਅੰਗਰੇਜ਼ ਸੀਗੀ, ਅੰਗਰੇਜ਼ ਪੀਰੀਅਡ ਫਿਲਮ ਲਈ ਐਕਸਪੈਰੀਮੈਂਟ ਕੀਤਾ ਗਿਆ ਸੀ, ਉਹਨੂੰ ਕਹਿੰਦੇ ਡਿਫਰੈਂਟ ਕੋਨਸੈਪਟ ਸੀਗਾ। ਸਟੋਰੀ ਵੇਖੋ, ਕਹਿੰਦੇ ਸਟੋਰੀ ਨੋਰਮਲ ਹੈ, ਠੀਕ ਹੈ, ਕੋਨਸੈਪਟ ਡਿਫਰੈਂਟ ਸੀਗਾ, ਇੱਕ ਰਿਸਕ ਸੀਗਾ, ਪਤਾ ਨਹੀਂ ਜਿੱਥੇ ਜਿੱਥੇ ਮਤਲਬ ਅੱਜ ਦੀ ਡੇਟ 'ਚ ਬਹੁਤ ਵੱਡੇ ਵੱਡੇ ਸ਼ਾਰਟਸ ਲੈ ਜਾਂਦੇ ਆ ਮੂਵੀਜ਼ ਦੇ, ਈਵਨ ਮਤਲਬ ਹੈਲੀਕਾਪਟਰਸ ਯੂਜ਼ ਕੀਤੇ ਜਾਂਦੇ ਆ, ਬੀਚਸ ਵੱਡੀਆਂ ਯੂਜ਼ ਕੀਤੀਆਂ ਜਾਂਦੀਆਂ, ਉੱਥੇ ਉੱਦਾਂ ਦੀ ਫਿਲਮ ਬਣਾਉਣੀ ਕਿ ਜਿੱਥੇ ਸਟ੍ਰਿਕਟਲੀ ਮਨਾ ਕੀਤਾ ਗਿਆ ਸੀ ਕਿ ਕੋਈ ਕੋਸਟਿਊਮ ਪ੍ਰੈਸ ਕਰਕੇ ਨਹੀਂ ਪਾਉਣਾ, ਜਿਹੜੇ ਮੈਂ ਪਾਉਣਾ ਕਿ ਗੰਦੇ ਕੱਪੜੇ, ਪੁਰਾਣੇ ਕੱਪੜੇ, ਉੱਦਾਂ ਦੇ ਕੱਪੜੇ ਪਾ ਕੇ ਮਤਲਬ ਆਪਾਂ ਕਾਮਯਾਬ ਹੋ ਜਾਵਾਂਗੇ, ਉਵੇਂ ਦਾ ਇਹ ਆਈ ਮੀਨ ਕਿ ਉੱਦਾਂ ਦਾ ਜਿਹੜੇ ਕੰਸੈਪਟ ਹੈ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਵਾ, ਡਿਫਰੈਂਟ ਕੰਸੈਪਟ ਇੱਦਾਂ ਦਾ ਕਿ ਇੱਕ ਚੀਜ਼ ਨਾਲ ਇੱਕ ਚੀਜ਼ ਨਾਲ ਦੂਸਰੀ ਮਿਲੀ ਨਹੀਂ। ਉਸ ਤੋਂ ਬਾਅਦ ਜੇ ਲਵ ਪੰਜਾਬ ਆਈ ਹੈ, ਲਵ ਪੰਜਾਬ ਟੋਟਲ ਅੰਗਰੇਜ਼ ਤੋਂ ਡਿਫਰੈਂਟ ਸੀ, ਟੋਟਲੀ ਉਹਦਾ ਕੋਈ ਲੈਣਾ ਦੇਣਾ ਨਹੀਂ ਸੀ, ਠੀਕ ਹੈ, ਉਹ ਇੱਕ ਵੱਖਰੀ ਸਟੋਰੀ ਸੀਗੀ, ਹਸਬੈਂਡ ਵਾਈਫ ਦੀ ਸਟੋਰੀ ਸੀਗੀ। ਉਸ ਤੋਂ ਬਾਅਦ ਬੰਬੂ ਘਾਟ ਆਈ, ਉਹ ਡਿਫਰੈਂਟ ਸੀਗਾ ਕੰਸੈਪਟ, ਸਾਂਡੂਆਂ ਦੀ ਗੱਲ ਸੀਗੀ, ਪੰਜਾਬੀ ਫਿਲਮ ਇੱਦਾਂ ਦੀ ਹੋਇਆ, ਸੋ ਇੱਦਾਂ ਦੀ ਛੋਟੀ ਮੋਟੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਕੰਸੈਪਟ ਨੂੰ ਡਿਫਰੈਂਟ ਡਿਫਰੈਂਟ ਕਰ ਦਿੰਦੀਆਂ, ਉਹ ਕਿਵੇਂ ਦਾ ਹੀ ਹੈ ਸਾਰਾ ਕੁਛ। ਲਾਹੌਰੀਏ ਇੰਡੀਆ ਪਾਕਿਸਤਾਨ, ਲਾਹੌਰੀਏ ਇੰਡੀਆ ਪਾਕਿਸਤਾਨ ਦੀ ਗੱਲ ਸੀਗੀ, ਕਿਵੇਂ ਅਸਲ ਲਾਹੌਰੀ ਵਿੱਚ ਸਭ ਤੋਂ ਜਿਹੜੀ ਵਧੀਆ ਗੱਲ ਸੀਗੀ, ਅੰਬਰ ਦੀ ਮੈਨੂੰ ਜਿਹੜੀ ਵਧੀਆ ਗੱਲ ਲੱਗਦੀ ਹੈ, ਨੋ ਡਾਊਟ ਅੰਬਰ ਨੇ ਹੀ ਸਾਰਾ ਕੁਛ ਸੋਚਿਆ ਸੀਗਾ, ਕਿ ਜਦੋਂ 47 ਦੀ ਗੱਲ ਹੁੰਦੀ ਆ ਜਾਂ ਇੰਡੀਆ ਪਾਕਿਸਤਾਨ ਦੀ ਗੱਲ ਹੁੰਦੀ ਹੈ, ਅਤੇ ਗੱਲ ਆਉਂਦੀ ਆ ਲੜਾਈ ਦੀ, ਨਫ਼ਰਤ ਦੀ, ਹਾਂਜੀ ਇਹ ਅੰਬਰ ਦਾ ਪਲੱਸ ਪੁਆਇੰਟ ਸੀਗਾ ਕਿ ਇੰਡੀਆ ਪਾਕਿਸਤਾਨ ਦੀ ਗੱਲ ਹੁੰਦੀ ਪਰ ਪਿਆਰ ਦੀ ਗੱਲ, ਪਿਆਰ ਦੀ ਗੱਲ ਨਹੀਂ,
ਠੀਕ ਹੈ ਫੈਮਿਲੀਜ਼ ਵੀ ਆਪਸ ਵਿੱਚ ਮਿਲਦੀਆਂ ਹਾਂਜੀ ਤੇ ਫੈਮਿਲੀਜ਼ ਆਪਸ ਵਿੱਚ ਪਿਆਰ ਦੀ ਗੱਲ ਕਰਦੀਆਂ ਹਾਂਜੀ ਚਾਹੇ ਉਹ ਬਜ਼ੁਰਗ ਆ ਉਹਦੇ ਵਿੱਚ ਸਪੈਸ਼ਲੀ ਇਹ ਵੀ ਵਿਖਾ ਦਿੱਤਾ ਗਿਆ ਸੀ ਕਿ ਜਿਹੜੀਆਂ ਨੌ ਸੱਸ ਜਿਹੜੀਆਂ ਹੈਗੀਆਂ ਉਹ ਵੀ ਜਦੋਂ ਜਾਂਦੀਆਂ ਤਾਂ ਉਹਨਾਂ ਦਾ ਵੀ ਆਪਸ ਵਿੱਚ ਇੰਨਾ ਪਿਆਰ ਹੋਇਆ ਇੱਕ ਟਾਈਮ ਤੇ ਜਦੋਂ ਉਹ ਫਿਲਮ ਵਿੱਚ ਤੁਸੀਂ ਦੇਖੀ ਜੋ ਵੱਖ ਹੁੰਦੀਆਂ ਉਹ ਉਹਨਾਂ ਨੂੰ ਸੇਮ ਫੀਲ ਕੀਤਾ ਕਿ 47 ਵਾਲਾ ਮਸਲਾ ਵੀ ਸਾਡੇ ਨਾਲ ਹੋ ਗਿਆ ਜਾ ਹਾਂਜੀ ਅਸੀਂ ਫਿਰ ਵੱਖ ਹੋ ਗਏ ਦੂਸਰੇ ਕਿ ਉਹ ਲੋਕਾਂ ਦਾ ਪਿਆਰ ਹੈ ਜਿਹੜਾ ਐਕਚੁਅਲੀ ਹੈਗਾ ਹਾਂਜੀ ਨੋਰਮਲੀ ਆਮ ਲੋਕ ਜਿਹੜੇ ਆ ਉਹ ਇੱਕ ਦੂਸਰੇ ਨਾਲ ਨਫ਼ਰਤ ਨਹੀਂ ਕਰਦੇ ਉਹ ਪਿਆਰ ਕਰਦੇ ਲੋਹਾਰੀ ਜੀ ਗੱਲ ਸੀਗੀ ਪਲੱਸ ਪੁਆਇੰਟ ਸੀਗਾ ਇੱਕ ਵੱਖਰੀ ਗੱਲ ਸੀਗੀ ਕਿ ਇੰਡੀਆ ਪਾਕਿਸਤਾਨ ਦੀ ਗੱਲ ਕੀਤੀ ਪਰ ਪਿਆਰ ਦੀ ਗੱਲ ਤੇ ਭਾਜੀ ਕਿੰਨਾ ਕੁ ਵੱਡਾ ਰਿਸਕ ਫੈਕਟਰ ਸੀਗਾ ਜਦੋਂ ਤੁਸੀਂ ਇੰਡੀਆ ਪਾਕਿਸਤਾਨ ਦੀ ਗੱਲ ਤੁਸੀਂ ਕਰ ਰਹੇ ਸੀ ਕਿੰਨਾ ਕੁ ਵੱਡਾ ਇੱਕ ਰਿਸਕ ਫੈਕਟਰ ਸੀ ਕਦੇ ਕਿਸੇ ਤਰ੍ਹਾਂ ਦਾ ਕੋਈ ਡਰ ਕੁਛ ਲੱਗਿਆ ਹੋਵੇ ਵੀ ਕੱਲ੍ਹ ਨੂੰ ਸ਼ਾਇਦ ਇਹ ਮੂਵੀ ਰਿਲੀਜ਼ ਨਾ ਹੋ ਸਕੇ ਜਾਂ ਕੁਛ ਕਦੇ ਉਹਦਾ ਕੁਛ ਨਹੀਂ ਬਣਾਇਆ ਕਰ ਇੱਦਾਂ ਦਾ ਕੁਛ ਨਹੀਂ ਆਇਆ ਸੀ ਕਿਉਂਕਿ ਮੈਂ ਕਿਵੇਂ ਕਿਹਾ ਨਾ ਕਿ ਜਦੋਂ ਤੁਸੀਂ ਇੱਕ ਪੋਜ਼ਿਟਿਵ ਗੱਲ ਕਰਦੇ ਹੋ ਨਾ ਹਾਂਜੀ ਹਾਂਜੀ ਤੁਸੀਂ ਇੱਕ ਓਨੈਸਟ ਅਪਰੋਚ ਕਰਦੇ ਹੋ ਤੁਹਾਡੀ ਟੀਮ ਠੀਕ ਹੁੰਦੀ ਹੈ ਤੇ ਕੰਮ ਆਪਣੇ ਆਪ ਠੀਕ ਹੁੰਦੇ ਰਹਿੰਦੇ ਪਰ ਇੱਦਾਂ ਦਾ ਕੁਛ ਸੀਗਾ ਨਹੀਂ ਦਿਮਾਗ 'ਚ ਠੀਕ ਹੈ ਤੇ ਭਾਜੀ ਹੁਣ ਲਾਹੌਰੀ ਤਾਂ ਹੋ ਗਈ ਤੇ ਹੁਣ ਅੱਗੇ ਆਉਣ ਵਾਲੀ ਫਿਲਮ ਵੇਖ ਰਹਿਣਾ ਚਾਹੀਦਾ ਤੇ ਇਸ ਤੋਂ ਬਾਅਦ ਆ ਰਹੀ ਹੈ ਭਗਵਾਨ ਸਿੰਘ ਜੇਕਰ ਆਪਾਂ ਦੇਖੀਏ ਗੋਇੰਗ ਫਾਰਵਰਡ ਹੁਣ ਰਿਦਮ ਬੋਇਜ਼ ਕਿਸ ਤਰਫ ਅੱਗੇ ਵੱਧ ਰਿਹਾ ਹੈ ਤੁਸੀਂ ਕੀ ਆਪਦੇ ਬ੍ਰੈਂਡ ਨੂੰ ਵੱਡੇ ਕਾਰਪੋਰੇਟ ਕਲਚਰ ਪੰਜਾਬ 'ਚ ਲੈ ਕੇ ਆਉਣਾ ਚਾਹੁੰਦੇ ਹੋ ਜਿੰਨਾ ਬਾਲੀਵੁੱਡ 'ਚ ਆਪਾਂ ਦੇਖਦੇ ਹਾਂ ਜਾਂ ਤੁਹਾਡੀ ਕੀ ਹੁਣ ਫਿਊਚਰ ਨੂੰ ਲੈ ਕੇ ਕੀ ਵਿਜ਼ਨ ਹੈ ਮੈਨੂੰ ਲੱਗਦਾ ਕਿ ਕਾਰਪੋਰੇਟ ਕਲਚਰ ਜਿਹੜਾ ਉਹ ਪੰਜਾਬ 'ਚ ਬਹੁਤਾ ਨਹੀਂ ਚੱਲਦਾ ਸਾਡੇ ਲੋਕ ਸ਼ੋਸ਼ਿਤ ਜ਼ਿਆਦਾ ਨੇ ਆਪਸ ਵਿੱਚ ਸਾਡੇ ਜਿੱਥੇ ਆਪਣੇ ਜਿੱਥੇ ਐਵੇਂ ਦੀ ਗੱਲ ਹੈ ਕਿ ਜੇ ਕਿਸੇ ਸਪੋਰਟਸ ਸਟਾਰ ਨੂੰ ਜਾਂ ਕਿਸੇ ਦੇ ਮੈਨੇਜਰ ਨਾਲ ਕਰਨੀ ਪਵੇ ਗੱਲ ਕਰਨੀ ਪੈ ਜਾਵੇ ਤਾਂ ਉਹ ਵੀ ਸਮਝਦਾ ਵੀ ਯਾਰ ਮੈਂ ਆਪ ਬਣੀ ਗੱਲ ਕੀ ਹੈ ਨਾ ਇਵੇਂ ਤਾਂ ਕੁਛ ਹੈ ਨਹੀਂ ਗਾ ਸਾਡੇ 'ਚ ਬਹੁਤ ਜ਼ਿਆਦਾ ਆ ਉਵੇਂ ਦੀ ਕੋਈ ਪਲੈਨਿੰਗ ਨਹੀਂ ਕਿ ਜਦੋਂ ਬੋਇਜ਼ ਨੂੰ ਬਹੁਤ ਵੱਡੇ ਕਾਰਪੋਰੇਟ ਲੈਵਲ 'ਤੇ ਲੈ ਕੇ ਜਾਣਾ ਸਾਨੂੰ ਸਿਰਫ ਇਹ ਕਿ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਚਾਹੇ ਮੂਵੀਜ਼ ਨੇ ਚਾਹੇ ਬੇਸਿਕ ਆ ਜਾਂ ਕੁਛ ਵੀ ਹੋਰ ਕਰਾਂਗੇ ਬਸ ਅਸੀਂ ਆਪਣੇ ਲੈਵਲ 'ਤੇ ਉਹ ਕੰਮ ਕਰੀ ਜਾਈਏ ਕੰਪਨੀ ਆਪਣੇ ਆਪ 'ਚ ਕਿੰਨੀ ਵੱਡੀ ਹੁੰਦੀ ਜਾਂਦੀ ਆ ਉਹ ਸਾਨੂੰ ਪਤਾ ਨਹੀਂ ਕਿਵੇਂ ਤਾਂ ਕੁਝ ਪਲੈਨਿੰਗ ਨਹੀਂ ਕਿ ਸੋਚ ਕੇ ਆਏ ਕਿ ਇਹਨੂੰ ਇੱਦਾਂ ਕਰ ਦੇਣਾ ਇੱਦਾਂ ਕਰ ਦੇਣਾ ਬਸ ਆਪਣੀ ਆਪਣੀ ਅਪਰੋਚ ਲੈ ਕੇ ਇੱਕ ਠੀਕ ਨੀਅਤ ਨਾਲ ਆਪਣਾ ਜਿਹੜਾ ਕੰਮ ਹੈ ਉਹ ਕਰੀ ਜਾਣਾ ਆਪਣੇ ਆਪ 'ਚ ਹੁੰਦਾ ਜਾਊਗਾ ਵੈਟ ਸੀ ਠੀਕ ਹੈ ਅਤੇ ਭਾਅ ਜੀ ਮੈਂ ਜਾਂਦੇ ਜਾਂਦੇ ਵੇਖ ਰਹਾ ਤਾਂ ਚੱਲੀ ਅਤੇ ਭਗਵਾਨ ਸਿੰਘ ਤੋਂ ਬਾਅਦ ਕੁਛ ਦੱਸ ਸਕਦੇ ਹੋ ਆਪਣੇ ਤੁਹਾਡੇ ਹੋਰ ਕਿਹੜੇ ਕਿਹੜੇ ਪ੍ਰੋਜੈਕਟਸ ਇਨ ਦਾ ਪਾਈਪ ਹਾਂਜੀ ਇੱਕ ਤਾਂ ਨੈਕਸਟ ਅਮਰਿੰਦਰ ਦੇ ਨਾਲ ਵੀ ਮੂਵੀ ਗੱਲ ਕਰ ਰਹੇ ਅੱਛਾ ਉਹ ਵੀ ਇੱਕ ਵੱਖਰਾ ਹੀ ਕੰਸੈਪਟ ਹੈ ਤੇ ਅਗੇਨ ਕੁਛ ਇੱਕ ਵਰਡ ਇੱਕ ਲਾਈਨ ਨਹੀਂ ਅੱਛਾ ਸੌਰੀ ਮੈਨੂੰ ਚਾਹੀਦਾ ਮੈਂ ਤਾਂ ਤੁਹਾਡੇ ਤੋਂ ਦੇਖੋ ਮੈਂ ਤਾਂ ਚਾਹੀਦਾ ਹੈ ਬਸ ਕਰਨਾ ਪਾਸ ਨਹੀਂ ਇਵੇਂ ਤਾਂ ਕੁਛ ਨਹੀਂ ਹੈ ਉਸ ਤੋਂ ਬਾਅਦ ਨੈਕਸਟ ਈਅਰ 29th ਆਫ ਜੂਨ ਨੂੰ ਇੱਕ ਫਿਲਮ ਲੈ ਕੇ ਆ ਰਿਹਾ ਅੱਛਾ ਡੇਟ ਡਿਸਾਈਡਡ ਹੈ 29th ਆਫ ਜੂਨ ਤੇ 27th ਆਫ ਜੁਲਾਈ ਅੱਛਾ ਦੋ ਠੀਕ ਹੈ ਡੇਟ ਫਨੀਆ ਬੁੱਕ ਕਰ ਲਓ ਵੀ ਸਾਰੇ ਬੁੱਕ ਕਰ ਲਓ ਇਨ ਬਿਟਵੀਨ ਕੋਈ ਆ ਗਈ ਤੇ ਮੈਂ ਤੁਹਾਨੂੰ ਮੈਂ ਲੈ ਵੀ ਨੂੰ ਨੰਬਰ ਜੀ ਸੇਵ ਕਰ ਠੀਕ ਹੈ ਮਗਰ ਦੋ ਦਿਨ ਤਾਂ ਤਿਆਰੀ ਰੱਖੀ ਹੈ ਦੋ ਦੀ ਤਿਆਰੀ ਠੀਕ ਹੈ ਭਾਜੀ ਠੀਕ ਹੈ ਭਾਜੀ ਸਾਨੂੰ ਗੱਲਾਂ ਬਾਤਾਂ ਕਰਕੇ ਤੁਹਾਡੇ ਨਾਲ ਬਹੁਤ ਸਾਰਾ ਮਜ਼ਾ ਆਇਆ ਥੈਂਕ ਯੂ ਤੇ ਫਸਟ ਆਫ ਆਲ ਵੇਖ ਰਿਹਾ ਤਾਂ ਚੱਲੀਆਂ ਬਹੁਤ ਜਲਦ ਦੋ ਤਿੰਨ ਦਿਨਾਂ ਚ ਰਿਲੀਜ਼ ਹੋ ਰਹੀ ਹੈ ਤੇ ਉਹਦੇ ਲਈ ਆਲ ਦਾ ਬੈਸਟ ਉਸ ਤੋਂ ਬਾਅਦ ਭਗਵਾਨ ਸਿੰਘ ਤੇ ਉਸ ਤੋਂ ਬਾਅਦ ਅਗਨੀਆ ਗੋਸ ਉਹਦੇ ਹੋ ਸਕਦਾ ਉਹਦੇ ਦਰਮਿਆਨ ਵੀ ਇੱਕ ਅੱਧੀ ਵਿਆਜ ਦੇ ਪਰ ਉਹ ਡੇਟ ਤੇ ਬੱਕੀ ਹੈ ਠੀਕ ਹੈ ਭਾਜੀ ਥੈਂਕ ਯੂ ਸੋ ਮਚ ਫਾਰ ਬੀਇੰਗ ਵਿਦ ਓਕੇ ਜੀ ਥੈਂਕ ਯੂ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਮੀਨੀਆ ਦੇਖ ਰਹੇ ਹੋ ਤੁਸੀਂ ਅਤੇ ਅੱਜ ਸਾਡੇ ਨਾਲ ਮੌਜੂਦ ਨੇ ਅਲਫਾਜ਼ ਅਤੇ ਰੂਪੀ ਗਿੱਲ ਰੂਪੀ ਅਲਫਾਜ਼ ਤੁਹਾਡਾ ਫਿਰ ਤੋਂ ਪੰਜਾਬੀ ਮੀਨੀਆ 'ਤੇ ਇੱਕ ਵਾਰ ਦੁਬਾਰਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਅੱਜ ਤੁਹਾਡੀ ਫਿਲਮ ਵੱਡਾ ਕਲਾਕਾਰ ਦੀ ਅਨਾਊਂਸਮੈਂਟ ਹੋਈ ਆ ਅਤੇ ਉਹਦੇ ਬਾਰੇ ਸਾਨੂੰ ਦੱਸੋ ਕੁਝ ਫਿਲਮ ਵੱਡਾ ਕਲਾਕਾਰ ਜਿਵੇਂ ਪਹਿਲਾਂ ਵੀ ਕਿਹਾ ਕਿ ਸਕਰੀਨ ਪਲੇ ਵਾਈਜ਼ ਬਹੁਤ ਹੀ ਡਿਫਰੈਂਟ ਫਿਲਮ ਹੈ ਬਹੁਤ ਹੀ ਨੈਕਸਟ ਲੈਵਲ ਕਾਮੇਡੀ ਹੈ ਅਤੇ ਹਾਸਾ ਹੀ ਹਾਸਾ ਹੈ ਮਤਲਬ ਫਿਲਮ 'ਚ ਅਤੇ ਹਾਂ ਇਮੋਸ਼ਨਸ ਵੀ ਹੈਗੇ ਮਤਲਬ ਮੇਰਾ ਮੈਂ ਆਮ ਨੋਟ ਪਲੇਇੰਗ ਐਜ਼ ਅ ਕੋਮੇਡੀਅਨ ਜਾਂ ਕੁਛ ਬਾਕੀ ਸਾਰੇ ਕਰੈਕਟਰਸ ਕਾਮੇਡੀ ਹੈ ਬਟ ਮੇਰਾ ਇੱਕ ਬਹੁਤ ਹੀ ਸਾਊ ਮੁੰਡਾ ਭੋਲਾ ਮੁੰਡਾ ਹੈ ਜੋ ਐਕਟਰ ਬਣਨਾ ਚਾਹੁੰਦਾ ਹੈ ਬਟ ਉਹ 90s 'ਚ ਪਿੰਡਾਂ ਪੁੰਡਾਂ 'ਚ ਉਹ ਕਲਚਰ ਪ੍ਰਮੋਟ ਨਹੀਂ ਹੁੰਦਾ ਸੀਗਾ ਅਤੇ ਉਹ ਜਿਵੇਂ ਸਪੈਸ਼ਲੀ ਮੇਰੀ ਬੇਬੇ ਆ ਜਿਹੜੀ ਅਤੇ ਉਹ ਸਖਤ ਖਿਲਾਫ ਆ ਤਾਂ ਕਹਿੰਦੀ ਟੀ ਵੀ ਨਹੀਂ ਹੋਣਾ ਚਾਹੀਦਾ ਘਰੇ ਸੋ ਕਿੱਦਾਂ ਵਿਚਾਰੇ ਸਟਰਗਲ ਕਰਦਾ ਮਿਹਨਤ ਕਰਦਾ
ਅਤੇ ਦੀਦਾਰ ਗਿੱਲ ਜੀ ਇੱਥੇ ਖੜ੍ਹੇ ਉਹਨਾਂ ਨੇ ਫਿਲਮ ਲਿਖੀ ਹੈ ਅਤੇ ਬਹੁਤ ਹੀ ਵਧੀਆ ਫਿਲਮ ਲਿਖੀ ਹੈ ਅਤੇ ਮੈਂ ਤਾਂ ਹੀ 3 ਸਾਲ ਬਾਅਦ ਫਿਲਮ ਕਰ ਰਿਹਾ ਕਿਉਂਕਿ ਮੈਨੂੰ ਸਕਰੀਨ ਪਲੇ ਬਹੁਤ ਵਧੀਆ ਲੱਗਿਆ ਫਿਲਮ I would like to see the same thing. Same screenplay, bahut different ya. Te like entertainment puri hogi. I'm just 100% sure ki tonu bahut bahut pasand aa. Te tuhade dovan de kirdar ki ne is film de vich? Kirdar ji sada love angle hai, matlab eh pind di kudi hai te eh mera ek friend hai Kaanta, ohdi bhain hai. ਅਤੇ ਆਈ ਲਾਈਕ ਹਰ ਆਈ ਮਤਲਬ ਵਿੱਚ ਵਿੱਚ ਕਿਤੇ ਵੀ ਪੜ੍ਹਨ ਜਾਂਦੇ ਆ ਸ਼ਹਿਰ ਦਾ ਮੈਂ ਵਿੱਚ ਵਿੱਚ ਫੋਲੋ ਕਰਦਾ ਸਾਈਕਲ ਜਾਂ ਜੋ ਵੀ ਸਕੂਟਰ ਮੇਰੇ ਕੋਲ ਹੈਗਾ ਸ਼ੀ ਨੋਜ਼ ਸ਼ੀ ਸਮਵੇਅਰ ਲਾਈਕਸ ਮੀ ਬਟ ਉਹ ਉੱਦਾਂ ਮਤਲਬ ਸ਼ਰਮਾਉਂਦੇ ਹੁੰਦੇ ਨਾ ਪਿੰਡਾਂ 'ਚ ਤਾਂ ਉੱਦਾਂ ਦਾ ਕਲਚਰ ਹੈ ਅਤੇ ਦੈਟ ਇੱਦਾਂ ਦਾ ਮਤਲਬ ਹੈਗਾ ਅਤੇ ਇੱਕ ਸਾਡਾ ਗਾਣਾ ਵੀ ਹੈਗਾ ਇਸ ਰੋਮੈਂਟਿਕ ਅਤੇ ਬਾਕੀ ਤਾਂ ਬਸ ਬਾਅਦ 'ਚ ਆਈ ਗਏ ਹੁਣ ਰਾਈਟਰ ਸਾਨੂੰ ਪਤਾ ਵਿਆਹ ਹੋ ਜਾਂਦਾ ਬਾਅਦ 'ਚ ਕਿ ਨਹੀਂ ਵਿਆਹੂ ਹੋਇਆ ਕਿ ਨਹੀਂ ਹੋਇਆ ਅੱਛਾ ਮੰਗ ਰੂਪੀ ਆਈ ਵੁਡ ਲਾਈਕ ਟੂ ਸੇ ਸ਼ੀ ਇਜ਼ ਅ ਵੈਰੀ ਸਿੰਪਲ ਗਰਲ ਇਨ ਅ ਸੈਂਸ ਬਹੁਤ ਆ ਉਹਦੇ ਵਿੱਚ ਸ਼ੀ ਇਜ਼ ਲਾਈਕ ਬਹੁਤ ਰਿਲੇਟੇਬਲ ਆ ਲਾਈਕ ਜਿੱਦਾਂ ਨੋਰਮਲ ਕੁੜੀ ਹੁੰਦੀ ਆ ਸ਼ੀ ਇਜ਼ ਵੈਰੀ ਲਾਈਕ ਆਮ ਐਂਡ ਜਸਟ ਵੈਰੀ ਇਨਸੈਂਟ ਐਂਡ ਸਿੰਪਲ ਆ ਐਂਡ ਕਿਊਟ ਅਤੇ ਤੁਸੀਂ ਪੰਜਾਬੀ ਬੋਲਣ 'ਚ ਤੁਹਾਨੂੰ ਪ੍ਰੋਬਲਮ ਨਹੀਂ ਹੈ ਜੋ ਤੁਸੀਂ ਦੇਸੀ ਕੁੜੀ ਤੁਹਾਨੂੰ ਦਿਖਾਇਆ ਗਿਆ ਫਿਲਮ ਦੇ ਵਿੱਚ ਨਹੀਂ ਐਕਚੁਲੀ ਮੈਂ ਕਿਸੇ ਨੂੰ ਪਤਾ ਨਹੀਂ ਹੈ ਪਰ ਮੈਂ ਛੋਟੇ ਹੁੰਦੇ 5 ਈਅਰਸ ਇੱਥੇ ਇੰਡੀਆ ਰਹੀ ਸੀਗੀ ਆਪਣੇ ਦਾਦਾ ਦਾਦੀ ਜੀ ਕੋਲ ਅਤੇ ਤੁਹਾਨੂੰ ਵੀ ਹੁਣੇ ਦੱਸਿਆ ਅਤੇ ਦੈਟਸ ਵਾਈ ਮੇਰੀ ਪੰਜਾਬੀ ਐਕਚੁਲੀ ਕਾਫੀ ਵਧੀਆ ਆ ਪਰ ਵਿੱਚ ਵਿਚਾਲੇ ਮੈਨੂੰ ਨਰਵਸ ਹੋ ਜਾਂਦੀ ਕਿਉਂਕਿ ਸਾਰੇ ਧਿਆਨ ਦਿੰਦੇ ਆ ਸੋ ਮੈਂ ਕਿਹਾ ਓ ਮਾਈ ਗੋਡ ਮੈਂ ਸਭ ਨੌਜਵਾਨ ਬਿਗੇਸਟ ਰੀਜ਼ਨ ਅਸੀਂ ਮੈਂ ਉਹਨਾਂ ਨੇ ਕਿਤੇ ਪੰਜਾਬੀ ਸੁਣੀ ਸੀਗੀ ਕਹਿੰਦੇ ਸਨੈਪਚੈਟ ਦੇ ਸੁੱਖ ਭਾਜੀ ਨਾਲ ਫਿਰ ਮੈਂ ਗੱਲ ਹੋਈ ਉਹਨੂੰ ਪੁੱਛਿਆ ਮੈਂ ਭਾਅ ਜੀ ਪ੍ਰੋਪਰ ਪੰਜਾਬੀ ਬੋਲ ਲੈਂਦੇ ਕਿਉਂਕਿ ਸਾਨੂੰ ਪੰਜਾਬੀ ਜਾਏ ਕਿਉਂਕਿ ਕਾਫੀ ਤੁਸੀਂ ਮਾਡਲਸ ਦੇਖੋ ਜਾਂ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਹੁੰਦੀ ਸੋਹਣੇ ਸਾਡੇ ਜਿਹੜਾ ਕਰੈਕਟਰ ਸੀ ਬਹੁਤ ਕਿਊਟ ਕੁੜੀ ਚਾਹੀਦੀ ਸੀ ਫਿਰ ਮੈਂ ਭਾਅ ਜੀ ਉਹਨਾਂ ਨੂੰ ਦਿਖਾਇਆ ਕਿ ਡਾਇਰੈਕਟਰ ਸਾਹਿਬ ਨੇ ਡਿਸਕਸ ਕੀਤਾ ਪ੍ਰੋਡਿਊਸਰ ਨਾਲ ਕੀਤਾ ਸੋ ਇਸ ਲਈ ਕਿ ਭਾਅ ਜੀ ਸ਼ੀ ਇਜ਼ ਦਾ ਪਰਫੈਕਟ ਵਨ ਚੀਜ਼ ਜੋ ਸਾਨੂੰ ਚਾਹੀਦਾ ਸੋ ਬਾਕੀਆਂ ਦੇ ਫੈਨ ਫੋਲੋਇੰਗ ਬਹੁਤ ਹੈ ਆਮ ਵਨ ਆਫ ਦੈਮ ਸੋ ਕਿਤਾ ਸੋ ਤੋ ਫਿਲਮ ਦੇ ਡਾਇਰੈਕਟਰ ਕੌਣ ਆ ਤੇ ਪ੍ਰੋਡਿਊਸਰ ਕੁਲਦੀਪ ਕੋਸ਼ੀ ਜੀ ਡਾਇਰੈਕਟ ਕਰ ਰਹੇ ਹੋ ਪਹਿਲਾਂ ਐਸੋਸੀਏਟ ਸੀਗੇ ਜੀ ਰਾਜਨ ਬੱਤਰਾ ਭਾਜੀ ਨਾਲ ਕਾਫੀ ਫਿਲਮਾਂ ਉਹਨਾਂ ਨੇ ਕੀਤੀਆਂ ਕਾਫੀ ਮਤਲਬ ਸੀਨੀਅਰ ਉਹਨਾਂ ਆਲਮੋਸਟ 15 ਸਾਲ ਹੋ ਗਏ ਇਸ ਲਾਈਨ 'ਚ ਅਤੇ ਡਾਇਰੈਕਟਰ ਸਾਹਿਬ ਤਾਂ ਐਸੈਟ ਹੈ ਸਾਡੀ ਫਿਲਮ ਲਈ ਮਤਲਬ ਤੁਸੀਂ ਜੋ ਫਿਲਮ ਦੇਖੋਗੇ ਤੁਸੀਂ ਆਪੇ ਕਹਿਣਾ ਕਿ ਯਾਰ ਇੱਦਾਂ ਹੀ ਮੈਂ ਮਤਲਬ ਮੈਂ ਜਿੱਦਾਂ ਦਾ ਇਨਸਾਨ ਹੈ ਮੈਂ ਕਦੀ ਵੀ ਆਪਣੀ ਆਡੀਅੰਸ ਨੂੰ ਫਾਊਲ ਪਲੇ ਨਹੀਂ ਕਰਦਾ ਸੀ ਹੈ ਨਾ ਜੋ ਐਕਚੁਅਲ ਹੈਗਾ ਉਹੀ ਮੈਂ ਦੱਸਦਾ ਅਤੇ ਅਗਰ ਮੈਂ ਪਹਿਲਾਂ ਪੁਰਾਣੀ ਫਿਲਮਾਂ ਵੀ ਕੀਤੀਆਂ ਮੈਂ ਕਿਹਾ ਐਕਸੈਪਟ ਕੀਤਾ ਕਿ ਯਾਰ ਮੈਂ ਵਧੀਆ ਐਕਟਿੰਗ ਨਹੀਂ ਕੀਤੀ ਤਾਂ ਨਹੀਂ ਫਿਲਮਾਂ ਚੱਲੀਆਂ ਸੋ ਬਟ ਇਸ ਲਈ ਮੈਂ ਕਹਿ ਰਿਹਾ ਕਿ ਇਹਦਾ ਸਕਰੀਨ ਪਲੇ ਬਹੁਤ ਵਧੀਆ ਹੈ ਸੀ ਮਤਲਬ ਹੱਸ ਹੱਸ ਕੇ ਕਮਲੇ ਹੋ ਜਾਣਾ ਕੁਲਦੀਪ ਕੌਸ਼ਿਕ ਜੀ ਨੇ ਜਦੋਂ ਤੁਹਾਨੂੰ ਇਹ ਫਿਲਮ ਆਫਰ ਕੀਤੀ ਤੁਹਾਡੇ ਦੋਵਾਂ ਦੇ ਕੀ ਰਿਐਕਸ਼ਨ ਸੀਗੇ ਐਕਚੁਅਲੀ ਮੇਰਾ ਉਲਟਾ ਹੋਇਆ ਸੀ ਮੈਂ ਪਹਿਲਾਂ ਸਾਈਨ ਕਰ ਲਿਆ ਸੀ ਪ੍ਰੋਡਿਊਸਰਸ ਨੇ ਅਤੇ ਡਾਇਰੈਕਟਰ ਸਾਹਿਬ ਬਾਅਦ 'ਚ ਸਾਈਨ ਹੋਇਆ ਅਤੇ ਬਟ ਡਾਇਰੈਕਟਰ ਸਾਹਿਬ ਨੇ ਮਨਾ ਕਰਤਾ ਸੀ ਮੇਰੀ ਫੋਟੋਆਂ ਦੇਖ ਕੇ ਕਹਿੰਦੇ ਨਹੀਂ ਇਹ ਬੰਦਾ ਨਹੀਂ ਕਰ ਸਕਦਾ ਫਿਲਮ ਸੋ ਪ੍ਰੋਡਿਊਸਰ ਕਹਿੰਦੇ ਯਾਰ ਇੱਕ ਵਾਰ ਮਿਲ ਤਾਂ ਲਓ ਅਸੀਂ ਉਹਨੂੰ ਪੈਸੇ ਦੇ ਚੁੱਕੇ ਹਾਂ ਫਿਰ ਜਦੋਂ ਮਿਲੇ ਮੈਨੂੰ ਸੇਜ਼ ਲਾਈਕ ਹੁਣ ਫਿਲਮ ਇਹੀ ਬੰਦਾ ਕਰੂਗਾ ਸੋ ਕਿਉਂਕਿ ਉਹਨਾਂ ਨੂੰ ਆਰਨ ਉਹਨਾਂ ਨੂੰ ਕੀ ਦਿਖਿਆ ਬਟ ਉਹ ਕਹਿੰਦੇ ਹੁਣ ਤੂੰ ਹੀ ਕਰੇਗਾ ਫਿਲਮ ਸੋ ਮੇਰੇ ਲਈ ਖੁਸ਼ਕਿਸਮਤੀ ਹੈ ਕਿ ਉਹਨਾਂ ਨੂੰ ਲੱਗਿਆ ਬਟ ਉਹ ਜੈਨੂਅਲੀ ਜਦੋਂ ਇੱਕ ਡਾਇਰੈਕਟਰ ਦਾ ਤੁਹਾਡੇ 'ਚ ਬਿਲੀਫ ਆਉਂਦਾ ਨਾ ਤੁਹਾਡਾ ਆਪਣਾ ਕੌਨਫੀਡੈਂਸ ਮਤਲਬ ਦੁੱਗਣਾ ਹੋ ਜਾਂਦਾ ਹੈ ਨਾ ਸੋ ਮੇਰਾ ਰਿਐਕਸ਼ਨ ਐਕਚੁਲੀ ਮੈਨੂੰ ਰਾਤ ਦੇ 4 ਵਜੇ ਸੁੱਖ ਨੇ ਫੋਨ ਕੀਤਾ ਸੀਗਾ ਬਿਕੋਜ਼ ਇੱਥੇ ਡੇ ਟਾਈਮ ਹੋਇਆ ਸੀ ਸੁੱਖ ਸਿੱਖੀ ਰੂਪੀ ਅਸੀਂ ਹਾਂਜੀ ਆਮ ਸੋ ਟਾਇਰਡ ਐਂਡ ਸੁੱਖ ਵੀ ਅੱਧੇ ਲਾਈਕ ਹਾਫ ਅਸਲੀਪ ਸੀ ਐਂਡ ਹੀ ਇਜ਼ ਲਾਈਕ ਫਿਲਮ ਆਈ ਆ ਇੱਕ ਯੂ ਹੈਵ ਟੂ ਗੋ ਟੂ ਇੰਡੀਆ ਫੋਰ ਅ ਮੰਥ ਐਂਡ ਆਈ ਵਾਜ਼ ਲਾਈਕ ਸੋ ਐਕਸਾਈਟਡ ਆਈ ਵਾਜ਼ ਸੋ ਐਕਸਾਈਟਡ ਮੈਂ ਬਹੁਤ ਐਕਸਾਈਟਡ ਸੀ ਯਾ ਤੁਹਾਡੀ ਜਿਹੜੀ ਫਿਲਮ ਦੀ ਅੱਜ ਅਨਾਊਂਸਮੈਂਟ ਹੋਈ ਹੈ ਛੇਤੀ ਛੇਤੀ ਸਿਨੇਮਾ ਘਰਾਂ 'ਚ ਆਵੇ ਅਤੇ ਅਸੀਂ ਜ਼ਰੂਰ ਅਸੀਂ ਦੇਖੀਏ ਅਤੇ ਇੰਜੋਏ ਕਰੀਏ ਇਸ ਫਿਲਮ ਨੂੰ ਜਲਦੀ ਅਸੀਂ ਰਿਲੀਜ਼ ਕਰ ਦਾਂਗੇ ਜੀ ਰਿਲੀਜ਼ ਡੇਟ ਵੀ ਜਲਦੀ ਅਨਾਊਂਸ ਕਰ ਦਾਂਗੇ ਸਾਡਾ 30 ਦਿਨ ਦਾ ਸਕੈਡਿਊਲ ਹੈ ਅਤੇ ਹੋਪਫੁਲੀ ਮਤਲਬ ਆਫਟਰ ਦ ਸਕੈਡਿਊਲ ਦੇ 2 ਮਹੀਨੇ ਦੇ ਅੰਦਰ ਅੰਦਰ ਅਸੀਂ ਰਿਲੀਜ਼ ਕਰਨ ਦੀ ਸੋਚ ਰਹੇ ਅਤੇ ਬਹੁਤ ਜਲਦੀ ਰਿਲੀਜ਼ ਕਰ ਦਾਂਗੇ ਰੱਬ ਤੁਹਾਡੀ ਦੋਵਾਂ 'ਤੇ ਬਹੁਤ ਮਿਹਰ ਕਰੇ ਤੁਹਾਡੀ ਫਿਲਮ ਆਵੇ ਅਤੇ ਅਸੀਂ ਦੇਖੀਏ ਇਹਨੂੰ ਇੰਜੋਏ ਕਰੀਏ ਛੇਤੀ ਛੇਤੀ ਅਤੇ ਪੰਜਾਬੀ ਮਹੀਨੇ 'ਤੇ ਆਉਣ ਲਈ ਤੁਹਾਡੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਮੀਨੀਆ ਦੇਖ ਰਹੇ ਹੋ ਤੁਸੀਂ ਤੇ ਅੱਜ ਸਾਡੇ ਨਾਲ ਮੌਜੂਦ ਨੇ ਜੋਰਡਨ ਸੰਧੂ ਸਤਿ ਸ਼੍ਰੀ ਅਕਾਲ ਜੋਰਡਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਮੀਨੀਆ ਤੇ ਸੋ ਜੋਰਡਨ ਤੁਹਾਡਾ ਕੱਲ੍ਹ ਗਾਣਾ ਰਿਲੀਜ਼ ਹੋਇਆ ਤੀਜਾ ਵੀਕ ਤੇ ਉਹਦਾ ਪਹਿਲੇ ਦਿਨ ਵਿੱਚ ਇੰਨਾ ਤੁਹਾਨੂੰ ਪਿਆਰ ਮਿਲਿਆ ਆਡੀਅੰਸ ਤੋਂ 2 ਮਿਲੀਅਨ ਵਿਊ ਜਿਹੜਾ ਹੈ ਉਹ ਹਿੱਟ ਕਰ ਗਿਆ ਸੋ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਕਹਿਣਾ ਤਾਂ ਇਹੀ ਚਾਹੂੰਗਾ ਕਿ ਥੈਂਕਸ ਕਰਨਾ ਚਾਹੂੰਗਾ ਸਰੋਤਿਆਂ ਦਾ ਜਿਹੜੇ ਪਿਆਰ ਕਰਦੇ ਆ ਅਤੇ ਸਾਰੀ ਟੀਮ ਦੀ ਮਿਹਨਤ ਸਫਲ ਹੋ ਗਈ ਜੀ ਸਾਰੀ ਟੀਮ ਨੇ ਮਿਹਨਤ ਕੀਤੀ ਸੀ ਚਾਹੇ ਮਿਊਜ਼ਿਕ ਪ੍ਰੋਡਿਊਸਰ ਹੋ ਗਏ ਚਾਹੇ ਵੀਡੀਓ ਡਾਇਰੈਕਟਰ ਲਿਰਿਸਿਸਟ ਜਿਨ੍ਹਾਂ ਨੇ ਲਿਖਿਆ ਸੋ ਸਾਰੀ ਟੀਮ ਦੀ ਮਿਹਨਤ ਸਫਲ ਹੋਈ ਜੀ ਸਰੋਤਿਆਂ ਦਾ ਬਹੁਤ ਸਾਰਾ ਥੈਂਕਸ ਹੈ ਜੀ
ਤੇ ਇਸ ਗਾਣੇ ਦੇ ਵਿੱਚ ਫੀਚਰ ਕਰ ਰਹੇ ਨੇ ਸੋਨੀਆ ਮਾਨ ਜੀ ਜੀ ਤੇ ਉਹ ਤੁਹਾਡੇ ਦਿਮਾਗ 'ਚ ਕੀ ਆਈਡੀਆ ਆਇਆ ਕਿ ਤੁਹਾਨੂੰ ਇੱਕ ਲੀਡਿੰਗ ਜਿਹੜੀ ਪੰਜਾਬੀ ਸਿਨੇਮਾ ਦੀ ਐਕਟਰੈਸ ਆ ਉਹਨੂੰ ਮਾਡਲ ਬਣਾਉਣਾ ਚਾਹੀਦਾ ਆਪਣੇ ਗਾਣੇ 'ਚ ਨਹੀਂ ਕੋਈ ਇੱਦਾਂ ਦੀ ਕੋਈ ਪਰਟੀਕੁਲਰ ਗੱਲ ਦਿਮਾਗ 'ਚ ਤਾਂ ਨਹੀਂ ਆਈ ਪਰ ਇਹ ਹੈ ਕਿ ਸਾਨੂੰ ਐਂ ਲੱਗਿਆ ਕਿ ਉਹ ਮਤਲਬ ਇਸ ਗਾਣੇ ਦੇ ਵਿੱਚ ਬਾਖੂਬੀ ਕਿਰਦਾਰ ਉਹਨਾਂ ਦਾ ਵਧੀਆ ਲੱਗੂਗਾ ਸੋ ਇਸ ਕਰਕੇ ਸੋਚਿਆ ਸੀ ਬਾਕੀ ਬਹੁਤ ਵਧੀਆ ਔਨ ਸਕਰੀਨ ਬਹੁਤ ਵਧੀਆ ਵੀ ਲੱਗੇ ਸੋ ਸਾਡੀ ਕੈਮਿਸਟਰੀ ਵੀ ਲੋਕਾਂ ਨੇ ਬਹੁਤ ਪਸੰਦ ਕਰੀ ਔਨ ਸਕਰੀਨ ਸੋ ਇਸ ਕਰਕੇ ਸਬੱਬ ਬਣਿਆ ਸੋ ਵਧੀਆ ਅਤੇ ਗਾਣਾ ਸ਼ੂਟ ਕਿੱਥੇ ਕਿੱਥੇ ਹੋਇਆ ਇਹ ਬੇਸਿਕਲੀ ਸ਼ੂਟ ਕੀਤਾ ਜਲੰਧਰ ਉੱਥੇ ਸੈੱਟ ਲਾਇਆ ਹੋਇਆ ਸੀ ਫਿਲਮ ਮੇਕਰ ਹੈਰੀ ਸਿੰਘ ਪ੍ਰੀਤ ਸਿੰਘ ਸੋ ਜਿਹੜੇ ਵੀਡੀਓ ਡਾਇਰੈਕਟਰ ਨੇ ਭਾਜੀ ਹੋਣੀ ਸੋ ਉਹਨਾਂ ਨਾਲ ਮੈਨੂੰ ਲੱਗਦਾ ਤੀਜੀ ਚੌਥੀ ਵੀਡੀਓ ਸੀ ਸਾਡੀ ਅਤੇ ਉਹ ਜ਼ਿਆਦਾਤਰ ਜਲੰਧਰ ਹੀ ਕਰਦੇ ਨੇ ਸ਼ੂਟ ਕਿਉਂਕਿ ਉਹ ਆਪ ਜਲੰਧਰ ਦੇ ਨੇ ਸੋ ਫਿਰ ਉੱਥੇ ਸੈੱਟ ਸਾਰਾ ਕੁਝ ਅਰੇਂਜਮੈਂਟ ਕਰਕੇ ਜਲੰਧਰ ਹੀ ਹੋਈ ਹੈ ਸਾਰੀ ਵੀਡੀਓ ਠੀਕ ਆ ਅਤੇ ਬੰਟੀ ਬੈਂਸ ਨੇ ਤੁਹਾਡੇ ਮਜੋਰਿਟੀ ਜਿਹੜੇ ਗਾਣੇ ਉਹਨਾਂ ਨੇ ਲਿਖੇ ਆ ਅਤੇ ਉਹਨਾਂ ਨਾਲ ਤੁਹਾਡੀ ਸਾਂਝ ਜਿਹੜੀ ਆ ਬਹੁਤ ਲੰਬੀ ਆ ਅਤੇ ਉਹਨਾਂ ਨਾਲ ਤੁਹਾਡਾ ਕਿਹੋ ਜਿਹਾ ਰਿਲੇਸ਼ਨ ਹੈ ਉਹਨਾਂ ਨਾਲ ਸਾਰਿਆਂ ਨੂੰ ਪਤਾ ਜੀ ਬਹੁਤ ਵਧੀਆ ਰਿਲੇਸ਼ਨ ਆ ਫੈਮਿਲੀ ਰਿਲੇਸ਼ਨ ਆ ਮੇਰੇ ਵੱਡੇ ਭਰਾ ਨੇ ਸੋ ਬਾਬਾ ਸੁੱਖ ਰੱਖੇ ਇੱਦਾਂ ਹੀ ਰਹੇ ਸਾਡਾ ਪਿਆਰ ਸੋ ਟੀਮ ਵਰਕ ਵੀ ਆ ਸਾਡਾ ਲੱਗੇ ਹੋਏ ਆ ਸੋ ਕਾਫੀ ਕੁਝ ਹੁਣ ਨਵੇਂ ਸਾਲ ਆਉਣ ਦੇ ਵਿੱਚ ਜਦੋਂ ਹੁਣ ਨਵਾਂ ਸਾਲ ਚੜਿਆ ਸੋ ਸ਼ੁਰੂਆਤ ਹੀ ਵਧੀਆ ਹੋਈ ਆ ਤੀਜੇ ਵੀਕ ਅਸੀਂ ਗਾਣਾ ਇਸ ਸਾਲ ਦਾ ਪਹਿਲਾ ਗਾਣਾ ਰਿਲੀਜ਼ ਕਰਿਆ ਸੋ ਸਾਰਿਆਂ ਨੇ ਪਿਆਰ ਸਤਿਕਾਰ ਦਿੱਤਾ ਭਰਵਾਂ ਹੁੰਗਾਰਾ ਮਿਲਿਆ ਸੋ ਪਿਆਰ ਸਤਿਕਾਰ ਬਣਿਆ ਰਹੇ ਮਿਹਨਤ ਕਰਦੇ ਰਹਾਂਗੇ ਲੱਗੇ ਹੋਏ ਆ ਸਰੋਤੇ ਪਿਆਰ ਕਰ ਰਿਹਾ ਜੀ ਥੈਂਕ ਯੂ ਸੋ ਜੋਰਡਨ ਤੁਸੀਂ ਜੇ ਦੇਖਿਆ ਜਾਏ ਤਾਂ ਹਮੇਸ਼ਾ ਸਰਦਾਰੀ ਵਾਲੇ ਗਾਣੇ ਰੋਬ ਵਾਲੇ ਗਾਣੇ ਹੈ ਨਾ ਜਿਨ੍ਹਾਂ 'ਚ ਕੋਈ ਵਲਗੈਰਿਟੀ ਨਹੀਂ ਕੋਈ ਦਾਰੂ ਦੀ ਗੱਲ ਨਹੀਂ ਹਮੇਸ਼ਾ ਇੱਦਾਂ ਦੇ ਗਾਣੇ ਗਾਏ ਆ ਅਤੇ ਤੁਸੀਂ ਅੱਗੇ ਵੀ ਇੱਦਾਂ ਦੇ ਹੀ ਅਸੀਂ ਤੁਹਾਨੂੰ ਦੇਖਾਂਗੇ ਕਿ ਵੀ ਜਿੱਦਾਂ ਤੁਸੀਂ ਇੰਨਾ ਯੂਥ ਨੂੰ ਵੀ ਇਨਫਲੂਐਂਸ ਕਰਦੇ ਹੋ ਅਤੇ ਕਿ ਕੁਛ ਵੱਖਰਾ ਹੋਰ ਆਊਗਾ ਨਹੀਂ ਵੇਖੋ ਮੈਂ ਕਹਿੰਦਾ ਹੁੰਦਾ ਕਿ ਇੱਕ ਜਿਹੜਾ ਆਰਟਿਸਟ ਆ ਵਰਸਟਾਈਲ ਤਾਂ ਹੋਣਾ ਚਾਹੀਦਾ ਉਹਨੂੰ ਹਰ ਤਰ੍ਹਾਂ ਦੇ ਗਾਣੇ ਮਤਲਬ ਕਰਨੇ ਚਾਹੀਦੇ ਆ ਚਾਹੇ ਉਹ ਸੈਡ ਰੋਮੈਂਟਿਕ ਹੋ ਗਏ ਬੀਟ ਹੋ ਗਏ ਜਾਂ ਕੁਝ ਵੀ ਆ ਪਰ ਇਹ ਕਿ ਥੋੜ੍ਹਾ ਜਿਹਾ ਆਪਣੀ ਹੱਦ 'ਚ ਰਹਿ ਕੇ ਜਾਂ ਆਪਣੇ ਕਲਚਰ ਨੂੰ ਦੇਖ ਕੇ ਮਤਲਬ ਇੰਨਾ ਵੀ ਜ਼ਿਆਦਾ ਮਾਡਰਨਾਈਜ਼ ਨਾ ਹੋ ਜਾਵੇ ਬੰਦਾ ਕਿ ਅਸੀਂ ਆਪਣੇ ਪਰਿਵਾਰ ਨਾਲ ਬਹਿ ਕੇ ਨਾ ਦੇਖ ਸਕੀਏ ਗਾਣਾ ਜਾਂ ਕੁਝ ਵੀ ਆ ਸੋ ਅਸੀਂ ਕੋਸ਼ਿਸ਼ ਕਰੀ ਦੀ ਆ ਕਿ ਜੈ ਜੈ ਜੀ ਕੀਤਾ ਜਾਵੇ ਤਾਂ ਵਧੀਆ ਲੱਗਦਾ ਸੋ ਇਸ ਕਰਕੇ ਅੱਗੇ ਤੋਂ ਵੀ ਇਹੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਮਤਲਬ ਲਿਮਿਟਿਡ ਚੀਜ਼ ਜਾਂ ਕੁਝ ਵੀ ਆ ਜਿੰਨਾ ਕੁ ਫੱਬੇ ਆਪਾਂ ਪਰਿਵਾਰ 'ਚ ਬਹਿ ਕੇ ਸੁਣ ਸਕੀਏ ਇੰਜੋਏ ਕਰ ਸਕੀਏ ਉੱਦਾਂ ਦਾ ਕੰਮ ਹੀ ਕਰੀਏ ਇਹ ਬਹੁਤ ਸਹੀ ਗੱਲ ਆ ਤੁਹਾਡੀ ਅਤੇ ਤੁਹਾਡਾ ਆਪਣਾ ਕਿਹੜਾ ਯੋਨਰ ਆ ਜਿਹੜਾ ਤੁਹਾਨੂੰ ਬਹੁਤ ਕੰਫਰਟੇਬਲ ਲੱਗਦਾ ਕਿ ਮੈਨੂੰ ਆਹ ਵਧੀਆ ਲੱਗਦਾ ਅਰਬਨ ਪੈਪੀ ਜਾਂ ਫੋਕ ਕਿਹੜਾ ਪਸੰਦ ਆ ਮੈਨੂੰ ਵੈਸੇ ਤਾਂ ਸਾਰੇ ਗਾ ਲਈਦੇ ਹੈ ਨਾ ਅਤੇ ਬਾਕੀ ਸ਼ੁਰੂ ਤੋਂ ਫੋਕ ਗਾਉਂਦਾ ਰਿਹਾ ਜਿੱਦਾਂ ਅਤੇ ਫੋਕ ਵੀ ਗਾਉਣਾ ਵਧੀਆ ਲੱਗਦਾ ਫਿਰ ਬੀਟ ਗਾਣੇ ਵਧੀਆ ਲੱਗਦੇ ਆ ਜ਼ਿਆਦਾ ਭੰਗੜਾ ਬੀਟ ਹੁੰਦੇ ਜਿੱਦਾਂ ਤੀਜੇ ਵੀਕ ਕਰਿਆ ਹੁਣ ਅਸੀਂ ਪਿੱਛੇ ਮੋਹਾਲੀ ਵਾਲੀ ਕੀਤਾ ਸੀ ਫਿਰ ਤੇਰਾ ਸੋਹਣੀਏ ਬਰਥਡੇ ਆ ਸੋ ਬੀਟ ਗਾਣੇ ਮੈਨੂੰ ਜ਼ਿਆਦਾ ਵਧੀਆ ਲੱਗਦੇ ਗਾਉਣੇ ਸੋ ਬਾਕੀ ਗਾ ਤਾਂ ਸੈਡ ਰੋਮੈਂਟਿਕ ਵੀ ਲਈਦੇ ਆ ਸੈਡ ਗਾਣੇ ਵੀ ਕਰੇ ਸੀ ਦੋ ਤਿੰਨ ਸੋ ਸਰੋਤਿਆਂ ਨੇ ਉਹਨਾਂ ਨੂੰ ਵੀ ਬਹੁਤ ਪਿਆਰ ਦਿੱਤਾ ਸੋ ਪਰ ਬੀਟ ਗਾਣੇ ਜ਼ਿਆਦਾ ਸਵਾਦ ਹੁੰਦਾ ਕਰਕੇ ਅਤੇ ਤੁਹਾਡਾ ਆਪਣਾ ਕਿਹੜਾ ਫੇਵਰੇਟ ਗਾਣਾ ਸਾਡੇ ਲਈ ਗਾ ਕੇ ਸੁਣਾ ਦਿਓ ਮੇਰੇ ਤਾਂ ਦੇਖੋ ਜੀ ਫੇਵਰੇਟ ਸਾਰੇ ਹੀ ਆ ਪਰ ਹੁਣ ਇਹ ਹੈ ਕਿ ਰੀਸੈਂਟਲੀ ਹੁਣ ਮੇਰਾ ਜਿਹੜਾ ਔਨ ਰਿਪੀਟ ਚੱਲ ਰਿਹਾ ਮੈਂ ਆਪਣਾ ਗਾਣੇ ਸੁਣ ਰਿਹਾ ਅਤੇ ਵੈਸੇ ਮੈਂ ਆਪਣੇ ਗਾਣੇ ਘੱਟ ਸੁਣਦਾ ਹੁੰਦਾ ਕਾਰ 'ਚ ਵੀ ਪਤਾ ਨਹੀਂ ਕਿਉਂ ਸਾਰਿਆਂ ਦੇ ਸੁਣੀ ਦੇ ਗਾਣੇ ਪਰ ਆਪਣੇ ਘੱਟ ਸੁਣਦਾ ਹੁੰਦਾ ਪਰ ਇਹ ਗਾਣਾ ਮੈਨੂੰ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਸੋ 10-15 ਦਿਨ ਹੋ ਗਏ ਔਨ ਰਿਪੀਟ ਚੱਲਦਾ ਮੈਂ ਤੀਜੇ ਵੀਕ ਸੁਣਾਉਂਦਾ ਤੁਹਾਨੂੰ ਹੋ ਮੇਰੀਆਂ ਬਰੰਗ ਚਿੱਠੀਆਂ ਹੋਣੀਆਂ ਨੇ ਤੈਨੂੰ ਮਿਲੀਆਂ ਮੈਂ ਜਦੋਂ ਤੈਨੂੰ ਸਭ ਪਾਸਿਓਂ ਬਲੌਕ ਕਰਤਾ ਉਹ ਤੇਰੇ ਦਿੱਤੇ ਤੋਹਫਿਆਂ ਨੂੰ ਟਰੰਕ ਵਿੱਚ ਪਾ ਕੇ ਬੱਲੀਏ ਉੱਪਰੋਂ ਮੈਂ ਜਿੰਦਾ ਲਾ ਕੇ ਲੌਕ ਕਰਤਾ ਉਹ ਨੀਂਦ ਚੈਨ ਨਾਲ ਆਈ ਜਦੋਂ ਅੱਖ ਸੀ ਮੈਂ ਲਾਈ ਉਦੋਂ ਸੁਪਨੇ ਚ ਕਰਨ ਤੂੰ ਲਾ ਦਿਆ ਗਈ ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ ਵੀਕ ਫੇਰ ਤੇਰੀ ਯਾਦ ਆ ਗਈ ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ ਵੀਕ ਫੇਰ ਤੇਰੀ ਯਾਦ ਆ ਗਈ ਬਹੁਤ ਸੋਹਣਾ ਗਾਇਆ ਬਹੁਤ ਸੋ ਹੁਣ ਅਸੀਂ ਤੁਹਾਡੇ ਨਾਲ ਇੱਕ ਗੇਮ ਖੇਡਾਂਗੇ ਜਿਹਨੂੰ ਕਹਿੰਦੇ ਆ ਨੈਵਰ ਹੈਵ ਆਈ ਐਵਰ ਸੋ ਉਹਦੇ ਵਿੱਚ ਕੀ ਆ ਮੈਂ ਤੁਹਾਨੂੰ ਕੁਐਸਚਨਸ ਪੁੱਛੂੰਗੀ ਅਤੇ ਜੇ ਤੁਹਾਡੇ ਨਾਲ ਕਦੇ ਹੋਇਆ ਹੋਊਗਾ ਤਾਂ ਤੁਸੀਂ ਕਹੋਗੇ ਆਈ ਹੈਵ ਮੈਂ ਤੁਹਾਨੂੰ ਬੋਰਡ ਦਿੰਦੀ ਹਾਂ ਅਤੇ ਜੇ ਤੁਸੀਂ ਨਹੀਂ ਕਦੇ ਤੁਹਾਡੇ ਨਾਲ ਵਾਪਰਿਆ ਹੋਊਗਾ ਤੁਸੀਂ ਕਹੋਗੇ ਨੈਵਰ ਕੈਮਰੇ ਵੱਲ ਪੁਆਇੰਟ ਕਰਕੇ ਠੀਕ ਆ ਸੋ ਪਹਿਲਾਂ ਤੁਹਾਡਾ ਹੈਗਾ ਕੁਐਸਚਨ ਨੈਵਰ ਹੈਵ ਆਈ ਐਵਰ ਸ਼ੈਂਪੂ ਚੋਰੀ ਕੀਤੇ ਹੋਣ ਹੋਟਲ ਰੂਮ 'ਚੋਂ ਚੱਕੇ ਹੋਣ
ਨਹੀਂ ਚੱਕੇ ਨਹੀਂ ਆ, ਯੂਜ਼ ਤਾਂ ਕੀਤੇ ਹੋਣੇ ਪਰ ਚੱਕੇ ਨਹੀਂ ਐ, ਨਹੀਂ ਕਦੀ ਲੱਗਿਆ ਵੀ ਨੈਵਰ ਨੈਵਰ ਹੈਵ ਆਈ ਐਵਰ ਕੰਨ 'ਤੇ ਫੋਨ ਲਾ ਲਿਆ ਹੋਵੇ ਕੋਈ ਤੰਗ ਕਰ ਰਿਹਾ ਹੋਵੇ ਕਿ ਮੈਂ ਇੱਥੋਂ ਨਿਕਲਣਾ, ਐਵੇਂ ਕਿ ਹਾਂ ਵੀ ਕੋਈ ਫੋਨ 'ਤੇ ਨਿਕਲ ਰਿਹਾ ਮੈਂ ਇੱਥੋਂ? ਹਾਂ ਇਹ ਤਾਂ ਕਈ ਵਾਰੀ, ਇਹ ਤਾਂ ਕਈ ਵਾਰੀ ਤੁਹਾਨੂੰ ਪਤਾ ਕਰਨਾ ਪੈ ਜਾਂਦਾ, ਕਈ ਵਾਰੀ ਬੰਦਾ ਫਸਿਆ ਹੁੰਦਾ ਸਿਚੁਏਸ਼ਨ 'ਚ ਅਤੇ ਫਿਰ ਬਹਾਨਾ ਜਿਹਾ ਲਾ ਕੇ, ਕਈ ਵਾਰੀ ਮੈਂ ਕਰਦਾ ਹੁੰਦਾ ਕਿ ਆਪਣੀ ਸਾਊਂਡ ਵਾਲਾ ਖੋਲ੍ਹ ਕੇ ਰਿੰਗਟੋਨ ਲਾ ਕੇ ਆਪ ਹੀ ਹੌਲੀ ਜਿਹੀ ਕਰਕੇ ਥੱਲੇ ਨੂੰ ਕਰਕੇ ਫਿਰ ਚੱਕ ਕੇ, ਐਵੇਂ ਕਈ ਵਾਰੀ ਕਰ ਲਈਦਾ। ਨੈਵਰ ਹੈਵ ਆਈ ਐਵਰ ਆਪਣੇ ਦੋਸਤਾਂ ਨੂੰ ਪ੍ਰੈਂਕ ਕਾਲ ਕੀਤੀ ਹੋਵੇ? ਹਾਂ ਕੀਤੀਆਂ ਵਾਧੂ ਵਾਲੀ, ਇੱਕ ਇੱਕ ਕੋਈ ਇਹੋ ਜਿਹਾ ਦੱਸ ਦਿਓ। ਨਹੀਂ ਇੱਦਾਂ ਦੀ ਕੋਈ ਉਹ ਨਹੀਂ, ਮਤਲਬ ਕਈ ਵਾਰੀ ਕੁੜੀ ਦੀ ਆਵਾਜ਼ ਕੱਢ ਕੇ ਜਾਂ ਜਿੱਦਾਂ ਮਤਲਬ ਉਹਦੀ ਕੋਈ ਮੇਰਾ ਯਾਰ ਦੋਸਤ ਹੋਵੇ ਅਤੇ ਉਹਦੀ ਸਹੇਲੀ ਹੈ ਨਾ, ਉਹ ਜਾਂ ਉਹਦਾ ਕ੍ਰਸ਼ ਹੋਵੇ ਜਾਂ ਉਹ ਉਹਨੂੰ ਪਸੰਦ ਕਰਦਾ ਹੋਵੇ, ਫਿਰ ਉੱਦਾਂ ਦੇ ਛੇੜਖਾਨੀਆਂ ਜਿੱਦਾਂ ਤੁਹਾਨੂੰ ਪਤਾ ਯਾਰਾਂ ਦੋਸਤਾਂ ਚੱਲਦਾ ਰਹਿੰਦਾ, ਪ੍ਰੈਂਕ ਕਾਲ ਕੀਤੀ ਇੱਕ ਦੋ ਵਾਰੀ ਕਾਲਜ ਟਾਈਮ 'ਤੇ? ਹਾਂ ਸਕੂਲ ਟਾਈਮ 'ਤੇ, ਕਾਲਜ ਟਾਈਮ 'ਤੇ ਕਹਿ ਸਕਦੇ। ਨੈਵਰ ਹੈਵ ਆਈ ਐਵਰ ਕਿਸੇ ਨੂੰ ਸੋਸ਼ਲ ਮੀਡੀਆ 'ਤੇ ਸਟੋਕ ਕਰ ਰਹੇ ਹੋ ਅਤੇ ਉਹਦੀ 4-5 ਸਾਲ ਪੁਰਾਣੀ ਫੋਟੋ ਗਲਤੀ ਤੋਂ ਲਾਈਕ ਹੋ ਗਈ ਹੋਵੇ? ਨੈਵਰ ਹੈਵ ਆਈ ਐਵਰ ਫੈਨਸ 'ਤੇ ਗੁੱਸੇ ਹੋ ਕੇ ਬਾਅਦ 'ਚ ਰਿਗਰੈਟ ਹੋਇਆ ਹੋਵੇ? ਹਾਂ ਇੱਕ ਦੋ ਵਾਰ ਸ਼ਾਇਦ, ਕਿਉਂਕਿ ਕਈ ਵਾਰੀ ਪਤਾ ਕੀ ਹੁੰਦਾ, ਜਦੋਂ ਸ਼ੋਜ਼ ਤੋਂ ਆਈਦਾ ਤਾਂ ਉਹ ਫਿਰ ਪਿੱਛੇ ਟੂ ਵੀਲਰ ਲਾ ਕੇ ਹੈ ਨਾ ਮੋਟਰਸਾਈਕਲਾਂ 'ਤੇ ਜਾਂ ਪਿੱਛੇ ਫੋਲੋ ਕਰਦੇ ਆ ਉਹ, ਕਈ ਵਾਰੀ ਫਿਰ ਉਹਨਾਂ ਨੂੰ ਕਹੀਦਾ ਵੀ ਵੀਰੇ ਨਾ ਕਰੋ ਇੱਦਾਂ ਯਾਰ, ਤੁਹਾਨੂੰ ਇੱਕ ਵਾਰੀ ਕਿਹਾ ਨਾ, ਕਿਉਂਕਿ ਉਹ ਫਿਰ ਕਈ ਵਾਰੀ ਸੱਟ ਲੱਗਣ ਦੇ ਚਾਂਸਿਸ ਹੁੰਦੇ ਆ, ਉਹ ਆਪਸ 'ਚ ਕਈ ਵਾਰੀ ਟਕਰਾ ਜਾਂਦੇ ਆ, ਫਿਰ ਉਹ ਬਾਅਦ 'ਚ ਫਿਰ ਕਈ ਵਾਰੀ ਫੋਟੋਆਂ ਨਹੀਂ ਖਿਚਾਈਦੀਆਂ ਜਾਂ ਚੱਲ ਜਾਈਦਾ, ਫਿਰ ਬਾਅਦ 'ਚ ਆ ਕੇ ਪਿੰਚ ਹੁੰਦਾ ਵੀ ਯਾਰ ਵਿਚਾਰੇ ਚਾਹ ਨਾਲ ਆਏ ਸੀ ਹੈ ਨਾ, ਅਤੇ ਜੇ ਕੋਈ ਪਿਆਰ ਕਰਦਾ ਤਾਂ ਹੀ ਪਿੱਛੇ ਆਉਂਦਾ। ਸੋ ਇੱਕ ਦੋ ਵਾਰੀ ਇੱਦਾਂ ਹੋਇਆ, ਪਰ ਫਿਰ ਦਿਲ ਨੂੰ ਥੋੜ੍ਹਾ ਜਿਹਾ ਹੁੰਦਾ ਵੀ ਆ ਵੀ ਯਾਰ ਗਲਤ ਕੀਤਾ, ਪਰ ਬੰਦਾ ਮਜਬੂਰ ਵੀ ਹੁੰਦਾ ਉਦੋਂ, ਫਿਰ ਪਿੱਛੇ ਕਈ ਵਾਰੀ ਟ੍ਰੈਫਿਕ ਬਲੌਕ ਹੋ ਜਾਂਦੀ ਆ, ਫਿਰ ਜਿਹੜੇ ਆਉਣ ਜਾਣ ਵਾਲੇ ਆ ਉਹ ਵੀ ਵਧੀਆ ਨਹੀਂ ਲੱਗਦਾ, ਫਿਰ ਇਸ ਕਰਕੇ ਕਈ ਵਾਰੀ ਹੋ ਜਾਂਦਾ ਇੱਦਾਂ। ਹਾਂਜੀ ਨੈਵਰ ਹੈਵ ਆਈ ਐਵਰ ਕਦੇ ਆਪਣੇ ਵੀਡੀਓਜ਼ ਦੇ ਫੇਕ ਵਿਊਜ਼ ਬਾਏ ਕੀਤੇ ਹੋਣ? ਨਹੀਂ ਕਦੇ ਵੀ ਨਹੀਂ। ਨੈਵਰ ਨਹੀਂ। ਨੈਵਰ ਹੈਵ ਆਈ ਐਵਰ ਕਿਸ ਸਮਵਨ ਔਨ ਫਰਸਟ ਡੇਟ? ਨਹੀਂ ਜੀ ਮੈਨੂੰ ਤਾਂ ਝੂਠ ਲੱਗ ਰਿਹਾ। ਨਹੀਂ ਜੀ ਨਹੀਂ, ਮੈਂ ਆ ਦੇਖ ਲ ਮੂੰਹ ਅੱਗੇ ਕਰ ਲੈਣਾ। ਨੈਵਰ ਨੈਵਰ ਹੈਵ ਆਈ ਐਵਰ ਐਕਸਪੀਰੀਅੰਸਡ ਲਵ ਐਟ ਫਰਸਟ ਸਾਈਟ, ਪਹਿਲੀ ਨਜ਼ਰ ਦਾ ਪਿਆਰ? ਅੱਛਾ ਪਹਿਲੀ ਨਜ਼ਰ 'ਚ ਪਿਆਰ ਹੋ ਗਿਆ? ਹਾਂਜੀ ਹੋ ਸਕਦਾ ਵੀ ਇੱਕ ਦੋ ਵਾਰੀ ਹੋਇਆ ਹੋਵੇ। ਤੁਹਾਨੂੰ ਯਾਦ ਆ ਕੀ ਹੋਇਆ ਸੀ? ਮਤਲਬ ਐਂ ਹੁੰਦਾ ਕਈ ਵਾਰੀ, ਚਲੋ ਐਂ ਤਾਂ ਕਿਉਂ ਝੂਠ ਕਿਉਂ ਬੋਲਣਾ, ਜਦੋਂ ਆਪਾਂ ਸਕੂਲ ਟਾਈਮ ਜਾਂ ਕਾਲਜ ਟਾਈਮ ਪੜ੍ਹਦੇ ਹੁੰਦੇ ਹੈ ਨਾ, ਅਤੇ ਕਈ ਵਾਰੀ ਕਲਾਸ 'ਚ ਜਿੱਦਾਂ ਕੁੜੀਆਂ ਹੁੰਦੀਆਂ, ਇੱਕ ਅੱਧੀ ਤਾਂ ਸੋਹਣੀ ਲੱਗਦੀ ਹੁੰਦੀ ਵਿੱਚੋਂ ਹਰ ਜਾਣੇ ਨੂੰ ਕੋਈ ਨਾ ਕੋਈ, ਸੋ ਸੀਗਾ ਉੱਦਾਂ ਦਾ ਵੀ, ਪਰ ਕਦੀ ਹਿੰਮਤ ਨਹੀਂ ਪਈ, ਕਦੀ ਗੱਲ ਨਹੀਂ ਕਰੀ। ਇੱਕ ਕੁੜੀ ਹੁੰਦੀ ਸੀ ਸੋਹਣੀ ਲੱਗਦੀ ਹੁੰਦੀ ਸੀ ਮੈਨੂੰ, ਮੈਂ ਵੀ ਦੇਖਦੇ ਰਹਿਣਾ ਉਹਦੇ ਵੱਲ ਫ੍ਰੀ ਟਾਈਮ, ਉਹਨੇ ਵੀ ਦੇਖਦੇ ਰਹਿਣਾ, ਪਰ ਕਦੀ ਹਿੰਮਤ ਹੀ ਨਹੀਂ ਪਈ। ਕਿਹੜੇ ਸਕੂਲ 'ਚ ਪੜ੍ਹਦੇ ਸੀ? ਮੈਂ ਖਾਲਸਾ ਪਬਲਿਕ ਪੜ੍ਹਦਾ ਸੀ, ਖਾਲਸਾ ਪਬਲਿਕ ਸਕੂਲ ਅੰਮ੍ਰਿਤਸਰ, ਅਤੇ ਸੋ ਮਾੜਾ ਮੋਟਾ ਚੱਲਦਾ ਰਹਿੰਦਾ ਤੁਹਾਨੂੰ ਪਤਾ ਹੀ ਆ। ਹਾਂਜੀ ਜਿਹਾ ਜਿਹਾ ਇੰਨਾ ਤਾਂ ਚੱਲਦਾ। ਇੰਨਾ ਤਾਂ ਚਾਹੀਦਾ। ਨੈਵਰ ਹੈਵ ਆਈ ਐਵਰ ਚੀਟ ਕੀਤਾ ਹੋਵੇ ਕਿਸੇ ਗੇਮ ਵਿੱਚ ਉਹਨੂੰ ਜਿੱਤਣ ਲਈ? ਹਾਂ ਛੋਟੇ ਹੁੰਦਿਆਂ ਦਾ ਵਾਧੂ ਵੀ ਤੁਹਾਨੂੰ ਪਤਾ ਹੀ ਆ, ਸਾਰੇ ਇਹ ਤਾਂ ਚੱਲਦਾ ਰਹਿੰਦਾ, ਛੋਟੇ ਹੁੰਦਿਆਂ ਦਾ ਤੁਹਾਨੂੰ ਪਤਾ ਸਾਰੇ ਹੀ ਕਰਦੇ ਆ, ਇਹ ਤਾਂ ਬਹੁਤ ਵਾਰੀ ਤੁਹਾਡੀ ਇਹ ਗੇਮ ਹੋ ਗਈ ਖਤਮ। ਅੱਛਾ ਹੁਣ ਮੈਂ ਤੁਹਾਡੇ ਨਾਲ ਇੱਕ ਹੋਰ ਗੇਮ ਖੇਡੂੰਗੀ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛੂੰਗੀ। ਮੈਨੂੰ ਹੁਣੇ ਸਾਨੂੰ ਪਤਾ ਕਿ ਤੁਸੀਂ ਇੰਨਾ ਥੋੜ੍ਹਾ ਲੰਬਾ ਸਮਾਂ ਤਾਂ ਰਿਹਾ ਹੀ ਆ ਹੈ ਨਾ ਗਾਣੇ ਗੁਣੇ ਦੇ ਵਿੱਚ, ਮਿਊਜ਼ਿਕ ਇੰਡਸਟਰੀ ਵਿੱਚ, ਅਤੇ ਹੁਣ ਤੁਸੀਂ ਡੈਬਿਊ ਫਿਲਮ ਲੈ ਕੇ ਆ ਰਹੇ ਹੋ ਆਪਣੀ ਅਤੇ ਗਿੱਪੀ ਗਰੇਵਾਲ ਦੇ ਨਾਲ ਅਤੇ ਸਾਰੇ ਵਧੀਆ ਹੈ ਨਾ ਐਕਟਰਸ ਨਾਲ, ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਸ਼ੂਟਿੰਗ ਟਾਈਮ? ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ। ਦੇਖੋ ਇੱਕ ਤਾਂ ਡੈਬਿਊ ਸੀ ਮੇਰਾ ਫਿਲਮ ਦੇ ਵਿੱਚ ਹੈ ਨਾ, ਅਤੇ ਸਾਰਾ ਕੁਝ ਵਧੀਆ ਰਿਹਾ, ਬਹੁਤ ਕੁਝ ਸਿੱਖਣ ਨੂੰ ਮਿਲਿਆ, ਇੱਕ ਨਵਾਂ ਐਕਸਪੀਰੀਅੰਸ ਸੀ, ਬਹੁਤ ਜ਼ਿਆਦਾ ਪ੍ਰੋਡਕਟਿਵ ਟੂਰ ਰਿਹਾ, ਰਾਜਸਥਾਨ ਸ਼ੂਟਿੰਗ ਸੀ ਸੂਰਤਗੜ੍ਹ, ਅਤੇ ਗਰਮੀ ਵੀ ਸੀ ਬਹੁਤ ਜ਼ਿਆਦਾ, ਪਰ ਬਹੁਤ ਮਜ਼ਾ ਵੀ ਆਇਆ ਕੁਛ ਸਾਰਾ ਕੁਝ ਸਿੱਖ ਕੇ, ਕਿਉਂਕਿ ਵੱਡੀ ਸਕਰੀਨ 'ਤੇ ਆਪਣੇ ਆਪ ਨੂੰ ਦੇਖਣ ਦਾ ਮੌਕਾ ਮਿਲਣਾ 6 ਤਰੀਕ ਨੂੰ, ਸੋ ਸਾਰੇ ਜਿਹੜੇ ਨਾਲ ਸਪੋਰਟਿੰਗ ਸੀਗੇ ਸੀਨੀਅਰ ਆਰਟਿਸਟ ਸਾਰੇ ਬਹੁਤ ਵਧੀਆ ਸੀ, ਨਿਰਮਲ ਰਿਸ਼ੀ ਮੈਮ, ਗਿੱਪੀ ਭਾਅ ਜੀ, ਗੁੱਗੂ ਗਿੱਲ ਭਾਅ ਜੀ, ਮੇਰਾ ਇੱਕ ਵਧੀਆ ਭਰਾ ਵੀ ਬਣਿਆ ਨਾਲੇ ਰਘਵੀਰ ਬੋਲੀ, ਬਹੁਤ ਵਧੀਆ, ਮੇਰਾ ਛੋਟਾ ਭਰਾ, ਵੱਡਾ ਭਰਾ, ਉਹਦੇ ਨਾਲ ਯਾਰੀ ਦੋਸਤੀ ਪਈ ਬਹੁਤ ਜ਼ਿਆਦਾ, ਸੋ ਕਾਫੀ ਕੁਝ ਖੱਟਿਆ, ਕਾਫੀ ਕੁਝ ਸਿੱਖ ਕੇ ਆਏ, ਵਧੀਆ ਰਿਹਾ। ਤੇ ਤੁਹਾਡੀ ਕੋਈ ਐਵੇਂ ਦੀ ਕੋਈ ਯਾਦ ਉੱਥੇ ਸੈਟਸ 'ਤੇ ਰਹੀ ਹੋਵੇ, ਮੈਮਰੀ ਕੋਈ ਜਿਹੜੀ ਤੁਸੀਂ ਫਨ ਹਮੇਸ਼ਾ ਯਾਦ ਰਹੂਗੀ ਸਾਰੀ ਉਮਰ ਕਿ ਆਹ ਅਸੀਂ ਕੀਤਾ ਸੀ?
ਫਨ ਤਾਂ ਉੱਥੇ 24 ਘੰਟੇ ਫਨ ਸ਼ਾ ਨਹੀਂ ਚੱਲਦਾ ਸੀ, ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਕੰਮ ਕਰ ਰਹੇ ਹਾਂ ਜਾਂ ਕੋਈ ਵੱਜ ਕੇ ਕੰਮ ਕਰ ਰਹੇ ਹਾਂ ਕਿਤੇ। ਹੱਸਦੇ ਖੇਡਦੇ ਰਹੇ ਉੱਥੇ ਵਧੀਆ। ਬਾਕੀ ਹਾਂ ਮਤਲਬ ਕੋਈ ਸ਼ਰਾਰਤ ਵਾਲੀ ਮੂਮੈਂਟ ਨਹੀਂ ਯਾਦ ਰਹੀ, ਪਰ ਇੱਕ ਇਹ ਚੀਜ਼ ਯਾਦ ਰਹੂਗੀ, ਉਸ ਉੱਥੇ ਨਾ ਅਸੀਂ ਮੇਲੇ ਦਾ ਸੀਕੁਐਂਸ ਸ਼ੂਟ ਕਰਦੇ ਸੀ ਅਤੇ ਉੱਥੇ ਢੱਡ ਸਰੰਗੀ ਬਾਈ ਹੁਣੀ ਸਾਰੇ ਆਏ ਹੋਏ ਸੀ, ਫਿਰ ਉੱਥੇ ਅਸੀਂ ਫੇਸਬੁੱਕ 'ਤੇ ਇੰਸਟਾ ਲਾਈਵ ਪਾਇਆ ਸੀ ਢੱਡ ਸਰੰਗੀ ਨਾਲ ਲਾਈਵ ਗਾ ਕੇ, ਉਹ ਮਤਲਬ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ, ਸਾਰਿਆਂ ਨੇ ਬਹੁਤ ਪਸੰਦ ਕੀਤਾ ਸੀ। ਉਹ ਥੋੜ੍ਹੀ ਜਿਹੀ ਯਾਦ ਜ਼ਿੰਦਗੀ ਲਈ ਜੁੜ ਗਈ ਕਿ ਅਸੀਂ ਵੈਨਿਟੀ ਦੇ ਵਿੱਚ ਉਹਨਾਂ ਨੂੰ ਇਕੱਠੇ ਕਰਕੇ ਜਿਹੜੇ ਮੇਲੇ 'ਤੇ, ਉਹ ਵੈਸੇ ਉੱਦਾਂ ਪਰਫੋਰਮੈਂਸ ਦੇਣ ਆਏ ਸੀ ਮੇਲੇ ਦੇ ਵਿੱਚ, ਉਹਨਾਂ ਸਿਰਫ ਸ਼ੂਟ ਸੀ, ਉਹਨਾਂ ਨੇ ਖੜ੍ਹਨਾ ਹੀ ਸੀ ਉੱਥੇ, ਪਰ ਫਿਰ ਉਹਨਾਂ ਨੂੰ ਅਸੀਂ ਬੁਲਾਇਆ ਢੱਡ ਸੀ ਇੱਕ ਸਰੰਗੀ ਵਾਲਾ, ਸੋ ਉਦੋਂ ਬਹੁਤ ਇੰਜੋਏ ਕੀਤਾ ਲਾਈਵ, ਅਸੀਂ ਲੱਗਦਾ ਇੱਕ ਘੰਟਾ ਗਾਉਂਦੇ ਰਹੇ, ਵਧੀਆ ਸੀ। ਅਤੇ ਜੋਰਡਨ ਸੰਧੂ ਅੱਜ ਇੱਕ ਬਹੁਤ ਵੱਡਾ ਨਾਮ ਆ, ਅਤੇ ਤੁਸੀਂ ਤੁਹਾਡੀ ਜਰਨੀ ਕਿੱਥੋਂ ਸ਼ੁਰੂ ਹੋਈ ਕਿ ਮੈਨੂੰ ਗਾਉਣਾ ਚਾਹੀਦਾ, ਅਤੇ ਤੁਹਾਡੀ ਜਿਹੜੀ ਸਟਰਗਲ ਸੀ ਉਹ ਜੇ ਤੁਸੀਂ ਸਾਡੇ ਨਾਲ ਸਾਂਝੀ ਕਰ ਸਕੋ, ਜਿਹੜਾ ਤੁਹਾਡਾ ਸਫ਼ਰ ਰਿਹਾ ਸਾਰਾ। ਦੇਖੋ ਜੀ, ਸਟਰਗਲ ਤਾਂ ਚਲੋ ਹਰ ਬੰਦਾ ਸਾਰੀ ਉਮਰ ਹੀ ਕਰਦਾ ਮੈਨੂੰ ਲੱਗਦਾ, ਹੈ ਨਾ, ਅਤੇ ਜ਼ਰੂਰੀ ਵੀ ਹੁੰਦੀ ਹੈ ਕਿਉਂਕਿ ਬੰਦੇ ਨੂੰ ਕੀਮਤ ਪਤਾ ਲੱਗਦੀ ਹੈ ਜਦੋਂ ਕੋਈ ਵੀ ਚੀਜ਼ ਹਾਸਲ ਕਰਦਾ, ਉਹਨੂੰ ਪਤਾ ਹੁੰਦਾ ਵੀ ਹਾਂ ਯਾਰ ਇਹ ਮੈਂ ਕਿੱਦਾਂ ਪ੍ਰਾਪਤ ਕੀਤੀ ਜਾਂ ਮੈਨੂੰ ਇਹ ਚੀਜ਼ ਕਿੱਦਾਂ ਮਿਲੀ ਆ। ਸੋ ਸਫ਼ਰ ਸ਼ੁਰੂ ਤੋਂ ਗਾਉਣ ਦਾ ਸ਼ੌਂਕ ਸੀ ਬਹੁਤ ਜ਼ਿਆਦਾ, ਪਰਮਾਤਮਾ ਵੱਲੋਂ ਹੀ ਉਹ ਕਹਿ ਸਕਦੇ ਹਾਂ ਆਪਾਂ, ਅਤੇ ਫਿਰ ਹੌਲੀ ਹੌਲੀ ਜਦੋਂ ਗੁਣਗੁਣਾਉਂਦੇ ਰਹਿਣਾ, ਮੇਰੇ ਦਾਦਾ ਜੀ ਨੇ ਇੱਕ ਮੈਨੂੰ ਸ਼ਬਦ ਸਿਖਾਇਆ ਸੀ ਸਭ ਤੋਂ ਪਹਿਲਾਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਸੋ ਫਿਰ ਉਹ ਮੈਂ ਗਾਉਣਾ ਸਕੂਲ ਟਾਈਮ 'ਤੇ ਗਾਉਂਦਾ ਰਿਹਾ। ਪਹਿਲਾਂ ਅਸੀਂ ਪਿੰਡ ਰਹਿੰਦੇ ਹੁੰਦੇ ਸੀ, ਅਤੇ ਫਿਰ ਉਦੋਂ ਬਾਅਦ ਜਦੋਂ ਸ਼ਹਿਰ ਮੂਵ ਹੋਏ, ਫਿਰ ਉਦੋਂ ਬਾਅਦ ਮੰਮੀ ਨੂੰ ਬਹੁਤ ਸ਼ੌਂਕ ਸੀ ਕਿ ਮੈਂ ਗਾਵਾਂ, ਮੰਮੀ ਨੂੰ ਜਿਹੜਾ ਵੀ ਗਾਣਾ ਜਾਂ ਕੋਈ ਸ਼ਬਦ ਵਧੀਆ ਲੱਗਣਾ ਮੰਮੀ ਨੇ ਲਿਖਣਾ ਪਹਿਲਾਂ, ਫਿਰ ਉਹ ਮੈਨੂੰ ਯਾਦ ਕਰਵਾਉਣਾ, ਫਿਰ ਉਹ ਮੈਂ ਗਾਉਣਾ ਸਟੇਜ 'ਤੇ, ਫਿਰ ਹੌਲੀ 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 ਪ੍ਰੋਫੈਸ਼ਨਲੀ, ਫਿਰ ਸਿੱਖਿਆ ਵੀ ਹਰਚਰਨ ਸਿੰਘ ਕੋਟ ਖਾਲਸਾ ਉਸਤਾਦ ਜੀ ਤੋਂ, ਫੋਕ ਸਿੰਗਿੰਗ ਸਿੱਖੀ, ਫਿਰ ਸਕੂਲ ਟਾਈਮ 'ਤੇ ਕਾਲਜ ਟਾਈਮ 'ਤੇ ਕੰਪੀਟੀਸ਼ਨਾਂ 'ਤੇ ਜਾਂਦੇ ਰਹੇ, ਪਰਮਾਤਮਾ ਦੀ ਸ਼ੁਰੂ ਤੋਂ ਮੇਰ ਰਹੀ, ਜਿੱਥੇ ਵੀ ਜਾਈਦਾ ਕੁਝ ਨਾ ਕੁਝ ਲੈ ਕੇ ਪ੍ਰਾਈਜ਼ ਜਿੱਤ ਕੇ ਆਈਦਾ ਸੀ। ਸੋ ਸ਼ੁਰੂ ਤੋਂ ਹੀ ਬਾਬੇ ਨੇ ਹਮੇਸ਼ਾ ਸਿਰ 'ਤੇ ਹੱਥ ਰੱਖਿਆ, ਅਤੇ ਸਰੋਤਿਆਂ ਨੇ ਜਦੋਂ ਪ੍ਰੋਫੈਸ਼ਨਲੀ ਐਂਟਰ ਕੀਤੇ, ਸਰੋਤਿਆਂ ਨੇ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ, ਸੋ ਖੜ੍ਹੇ ਹਾਂ ਜੀ, ਮਿਹਨਤ ਕਰ ਰਹੇ ਹਾਂ, ਸਰੋਤਿਆਂ ਦੇ ਪਿਆਰ ਸਦਕਾ ਲੱਗੇ ਹੋਏ। ਕਾਫੀ ਨਿੱਕੇ ਹੁੰਦੇ ਆ ਸ਼ੁਰੂ ਕਰਤਾ ਸੀ ਤੁਸੀਂ? ਜੀ ਬਿਲਕੁਲ, ਮੈਂ ਇੰਸਟਾ 'ਤੇ ਪਿੱਛੇ ਵੀ ਪਾਈ ਸੀ ਕਲਿੱਪ, ਮੈਨੂੰ ਲੱਗਦਾ ਮੈਂ 7-8 ਸਾਲ ਦਾ ਸੀਗਾ, 7-1 ਸਾਲ ਦਾ ਸੀ ਉਦੋਂ। ਸ਼ੁਰੂ ਤੋਂ ਗਾਉਣ ਦਾ ਬਹੁਤ ਸ਼ੌਂਕ ਸੀ, ਮੈਨੂੰ ਲੱਗਦਾ ਕਿ ਜਦੋਂ ਆਪਾਂ ਜਦੋਂ ਬੰਦਾ ਹੋਸ਼ ਸੰਭਾਲਦਾ, ਹੈ ਨਾ, ਉਦੋਂ ਦਾ ਹੀ ਮੈਂ ਉਦੋਂ ਦਾ ਹੀ ਸਟੇਜ 'ਤੇ ਐਕਸਪੀਰੀਅੰਸ ਗਾ ਰਿਹਾ ਹਾਂ ਕਿੱਦਾਂ ਵੀ, ਹੈ ਨਾ, ਸੋ ਵਧੀਆ ਸਾਰਾ ਕੁਝ। ਸੋ ਜਿਹੜਾ ਤੁਹਾਡੇ ਦਾਦਾ ਜੀ ਨੇ ਸ਼ਬਦ ਤੁਹਾਨੂੰ ਸਿਖਾਇਆ ਸੀ, ਅਸੀਂ ਉਹ ਸੁਣ ਸਕਦੇ? ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਸੋ ਸ਼ਬਦ ਤਾਂ ਚਲੋ ਹੁਣ ਮੈਨੂੰ ਲੱਗਦਾ ਕਿ ਮੈਂ ਪੂਰਾ ਨਹੀਂ ਹੈਗਾ ਕਿ ਮੈਂ ਸ਼ਬਦ ਇੱਦਾਂ ਗਾ ਸਕਾਂ, ਪਰ ਉਦੋਂ ਸ਼ਬਦ ਨਾਲ ਯਾਦ ਜੁੜੀ, ਹੁਣ ਦਾਦਾ ਜੀ ਹੈ ਨਹੀਂ, ਹੈ ਨਾ, ਮੈਨੂੰ ਹਮੇਸ਼ਾ ਜਦੋਂ ਵੀ ਮੈਂ ਦਾਦਾ ਜੀ ਬਾਰੇ ਸੋਚਦਾ ਜਾਂ ਜਦੋਂ ਕਿਤੇ ਫੋਟੋਜ਼ ਦੇਖਦਾ, ਫਿਰ ਮੈਨੂੰ ਉਹ ਚੀਜ਼ ਯਾਦ ਆਉਂਦੀ ਆ। ਸੋ ਮੈਨੂੰ ਲੱਗਦਾ ਕਿ ਇੱਕ ਅਮਰ ਯਾਦ ਦਾਦਾ ਜੀ ਨਾਲ ਰਹਿ ਗਈ, ਸੋ ਮੈਨੂੰ ਇਹ ਲੱਗਦਾ ਕਿ ਗਾਇਕੀ ਦਾ ਬੂਟਾ ਦਾਦਾ ਜੀ ਨੇ ਲਾਇਆ ਉਦੋਂ ਤੋਂ, ਸੋ ਪਰਮਾਤਮਾ ਨੂੰ ਜੋ ਮਨਜ਼ੂਰ, ਚਲੋ ਹੁਣ ਅੱਜ ਨਹੀਂ ਸੀਗੇ ਸਾਡੇ ਵਿੱਚ ਨਹੀਂ ਹੈਗੇ, ਸੋ ਪਰਮਾਤਮਾ ਨੂੰ ਜੋ ਵੀ ਆ। ਸ਼ਬਦ ਮੈਨੂੰ ਲੱਗਦਾ ਮੈਂ ਪੂਰਾ ਨਹੀਂ ਆ ਕਿ ਮੈਂ ਸ਼ਬਦ ਗਾ ਸਕਾਂ, ਸੋ ਇਸ ਕਰਕੇ ਸੋਰੀ। ਜੋਰਡਨ, ਅੱਜ ਕੱਲ੍ਹ ਜਿਹੜਾ ਹੈਗਾ ਯੂਟਿਊਬ 'ਤੇ ਫੇਕ ਵਿਊਜ਼ ਦਾ ਜਿਹੜਾ ਹੈਗਾ ਬਹੁਤ ਟ੍ਰੈਂਡ ਚੱਲਿਆ ਹੋਇਆ, ਸੋ ਤੁਹਾਡੇ ਹਿਸਾਬ ਨਾਲ ਇੱਕ ਟਰੂ ਆਰਟਿਸਟ ਉਹ ਆ ਕਿ ਜਿਹੜੇ ਜਿਹਨੂੰ ਇੰਨੇ ਵਿਊਜ਼ ਮਿਲ ਰਿਹਾ, ਜਿਹੜੇ ਵਿਊਜ਼ ਖਰੀਦ ਰਿਹਾ, ਜਾਂ ਫਿਰ ਉਹ ਜਿਹਨੂੰ ਸਾਰੀ ਆਡੀਅੰਸ ਦਾ ਪਿਆਰ ਮਿਲ ਰਿਹਾ, ਜਿਹੜੇ ਲੋਕ ਉੱਦਾਂ ਪਸੰਦ ਕਰ ਰਹੇ ਆ, ਸੋ ਕੀ ਕਿਹਨੂੰ ਤੁਸੀਂ ਇੱਕ ਟਰੂ ਆਰਟਿਸਟ ਕਹਿਣਾ ਚਾਹੁੰਦੇ? ਦੇਖੋ ਜੀ, ਇਸ ਸਵਾਲ ਦਾ ਮੈਂ ਕਹਿੰਦਾ ਵੀ ਜਵਾਬ ਤਾਂ ਸਿੱਧਾ ਸਿੱਧਾ ਹੀ ਆ। ਸਾਰਿਆਂ ਨੂੰ ਪਤਾ ਕਿ ਜਿਹੜੀ ਚੀਜ਼, ਜਿਹੜੀ ਵਿਊਜ਼ ਆ, ਮੈਨੂੰ ਲੱਗਦਾ ਜਿਹੜੇ ਫੇਕ ਵਿਊਜ਼ ਜਿਹੜੇ ਕਰਾਉਂਦੇ ਆ, ਜੋ ਵੀ ਸਿਸਟਮ ਆ, ਉਹਦੇ ਨਾਲ ਸਿਰਫ ਇੱਕ ਆਪਣੀ ਦਿਲ ਦੀ ਤਸੱਲੀ ਆ ਕਿ ਅਸੀਂ ਗਾਣਾ ਕਰਿਆ ਉਹਦੇ ਇੰਨੇ ਹੋ ਗਏ, ਜਾਂ ਇੱਕ ਕਿਸੇ ਨੂੰ ਕਹਿਤਾ ਵੀ ਉਹਦੇ ਇੰਨੇ ਹੋ ਗਏ, ਇੰਨੇ ਮਿਲੀਅਨ ਹੋ ਗਏ, ਜਾਂ ਉਹਦੇ ਇੰਨੇ ਲੱਖ ਹੋ ਗਏ, ਉਹ ਸਿਰਫ ਇੱਕ ਆਪਣੀ ਤਸੱਲੀ ਆ। ਜਿੰਨਾ ਚਿਰ ਤੱਕ ਗਾਣਾ ਸਾਰਿਆਂ ਤੱਕ ਪਹੁੰਚਦਾ ਨਹੀਂ ਆ, ਉਹ ਗਾਣਾ ਗੱਡੀਆਂ 'ਚ ਨਹੀਂ ਵੱਜਦਾ, ਉਹ ਗਾਣਾ ਵਿਆਹਾਂ ਸ਼ਾਦੀਆਂ 'ਚ ਨਹੀਂ ਚੱਲਦਾ, ਉਨਾ ਚਿਰ ਤੱਕ ਮੈਨੂੰ ਲੱਗਦਾ ਹਿੱਟ ਨਹੀਂ ਆਇਆ ਕੋਈ ਗਾਣਾ। ਅਸੀਂ ਸਾਡੇ ਸਾਹਮਣੇ ਇੱਦਾਂ ਦੀਆਂ ਐਗਜ਼ਾਮਪਲਾਂ ਵੀ ਹੈਗੀਆਂ ਕਿ ਗਾਣੇ ਦੇ 2-2 ਮਿਲੀਅਨ ਵਿਊਜ਼ ਆ ਬਸ, ਅਤੇ ਗਾਣਾ ਗ੍ਰੈਂਡ ਹਿੱਟ ਨੇ, ਸਾਰਿਆਂ ਤੱਕ ਪਹੁੰਚੇ ਹੋਏ, ਸਾਰਿਆਂ ਨੇ ਸੁਣੇ ਹੋਏ ਗਾਣੇ। ਇੱਦਾਂ ਦੀਆਂ ਐਗਜ਼ਾਮਪਲਾਂ ਵੀ ਹੈਗੀਆਂ ਵੀ 50-50 ਮਿਲੀਅਨ ਵਿਊਜ਼ ਵੀ ਹੈਗੇ ਗਾਣਿਆਂ ਦੇ, ਅਤੇ ਉਹ ਕਿਸੇ ਨੂੰ ਪਤਾ ਹੀ ਨਹੀਂ ਹੈ। ਸੋ ਇਸ ਕਰਕੇ ਇੱਕ ਝੂਠੀ ਤਸੱਲੀ ਆ, ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਂ ਇਸ ਗੱਲ 'ਤੇ, ਪਰ ਇਹ ਹੈ ਕਿ ਮੈਨੂੰ ਲੱਗਦਾ ਕਿ ਜਿਹੜਾ ਗਾਣਾ ਔਰਗੈਨਿਕਲੀ ਵਾਇਰਲ ਹੁੰਦਾ ਆ ਉਹਦਾ ਫਾਇਦਾ, ਵਿਊਜ਼ ਦਾ ਕੋਈ ਐਡਾ ਫੰਡਾ ਹੈ ਨਹੀਂ। ਤਾਂ ਹੁਣ ਅਸੀਂ ਤੁਹਾਡੇ ਨਾਲ ਦੂਜੀ ਗੇਮ ਸ਼ੁਰੂ ਕਰਦੇ ਹਾਂ ਫਿਰ। ਸੋ ਇਸ ਗੇਮ ਦਾ ਨਾਮ ਹੈ ਰੈਪਿਡ ਫਾਇਰ, ਤੁਹਾਨੂੰ ਕੁਐਸਚਨ ਪੁੱਛੂੰਗੀ, ਤੁਸੀਂ ਕੁਇਕਲੀ ਆਨਸਰ ਕਰਨੇ ਆ। ਸਭ ਤੋਂ ਪਹਿਲਾ ਕੁਐਸਚਨ ਆ ਤੁਹਾਡਾ, ਕਿਹੜੀ ਫੀਮੇਲ
ਮੈਨੂੰ ਨੇਹਾ ਕੱਕੜ ਬਹੁਤ ਵਧੀਆ ਲੱਗਦੀ, ਨੇਹਾ ਕੱਕੜ ਹੁਣ ਗਾਣਾ ਚਾਹੂੰਗਾ। ਕਿਹੜੀ ਫੀਮੇਲ ਸਿੰਗਰ ਦੇ ਨਾਲ ਤੁਸੀਂ ਡੂਅਟ ਸੌਂਗ ਗਾਣਾ ਚਾਹੋਗੇ? ਨੇਹਾ ਕੱਕੜ। ਜੇ ਕੋਈ ਪੁਰਾਣੇ ਗਾਣੇ ਦਾ ਰੀਮੇਕ ਕਰਨਾ ਹੋਇਆ ਤਾਂ ਉਹ ਕਿਹੜਾ ਹੋਊਗਾ? ਪੁਰਾਣੇ ਗਾਣੇ ਦਾ ਰੀਮੇਕ, ਪੁਰਾਣੇ ਗਾਣੇ ਕਾਫੀ ਨੇ ਜੇ ਤੁਸੀਂ ਆਪ ਕਰਨਾ ਹੋਇਆ ਜੀ। ਮਾਨਕ ਸਾਹਿਬ ਦਾ ਇੱਕ ਗਾਣਾ ਹੈ, ਇੱਕ ਕੁੜੀ ਕੂੰਜ ਵਰਗੀ ਸਾਨੂੰ ਰੋਕੀ ਜਾਏ ਕਰ ਗਈ ਅਤੇ ਦਾਰੂ ਪੀਂਦੇ ਹਾਂ ਰੱਬ ਵਾਂਗੂ ਨਾ ਲੈ ਲੈ ਕੇ ਜੱਟੀ ਦਾ ਜੀਨੇ ਹਾਂ। ਮੈਂ ਸਟੇਜ 'ਤੇ ਵੀ ਗਾਉਣਾ ਹੁੰਦਾ, ਮੈਨੂੰ ਉਹ ਗਾਣਾ ਬਹੁਤ ਵਧੀਆ ਲੱਗਦਾ। ਸੋਚਦੇ ਹਾਂ ਕਿ ਉਹਦਾ ਰੀਮੇਕ ਕਰ ਸਕਦੇ ਹਾਂ ਜੇ ਕਰਨਾ ਹੋਵੇ ਤਾਂ ਜੀ। ਤੁਹਾਡੀ ਫੇਵਰੇਟ ਪੰਜਾਬੀ ਡਿਸ਼ ਕਿਹੜੀ ਹੈ ਖਾਣ ਲਈ? ਪੰਜਾਬੀ ਡਿਸ਼? ਹਾਂਜੀ, ਖਾਣ ਪੀਣਾ ਤਾਂ ਮੈਨੂੰ ਸਾਰਾ ਕੁਝ ਵਧੀਆ ਲੱਗਦਾ, ਇੱਦਾਂ ਦੀ ਤਾਂ ਕੋਈ ਗੱਲ ਨਹੀਂ ਵੈਸੇ, ਪਰ ਸਾਗ ਵਧੀਆ ਲੱਗਦਾ ਸਿਆਲ 'ਚ ਖਾਣਾ, ਸਾਗ ਵਧੀਆ। ਸਾਰੇ ਪੰਜਾਬੀਆਂ ਦਾ ਹੀ ਫੇਵਰੇਟ ਹੁੰਦਾ ਮੈਨੂੰ ਲੱਗਦਾ। ਕਿਹੜੀ ਆਦਤ ਇਹੋ ਜਿਹੀ ਹੈ ਜਿਹੜੀ ਤੁਸੀਂ ਛੱਡਣਾ ਚਾਹੁੰਦੇ ਹੋ ਪਰ ਛੱਡੀ ਨਹੀਂ ਜਾਂਦੀ? ਕਿਹੜੀ ਆਦਤ ਜਿਹੜੀ ਛੱਡਣਾ ਚਾਹੁੰਦਾ ਪਰ ਛੱਡੀ ਨਹੀਂ ਜਾਂਦੀ? ਹਾਂਜੀ, ਕੋਈ ਇੱਦਾਂ ਦੀ ਹੈ ਨਹੀਂ, ਜਿੱਦਾਂ ਜੋ ਵੀ ਜੀ ਕਰੇ ਮਨ ਸਮਝਾ ਲਈਦਾ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਕਿਉਂਕਿ ਕਹਿੰਦੇ ਹੁੰਦੇ ਕਿ ਸਾਰਾ ਕੁਝ ਬੰਦੇ ਦੇ ਆਪਣੇ ਵੱਸ 'ਚ ਹੀ ਹੁੰਦਾ, ਇੱਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਕਿ ਜੋ ਬੰਦਾ ਕਰਨਾ ਚਾਹੇ ਤਾਂ ਹੋਵੇ ਨਾ, ਇੱਦਾਂ ਦਾ ਕੁਝ ਨਹੀਂ ਹੁੰਦਾ। ਲਾਸਟ ਫਿਲਮ ਕਿਹੜੀ ਸੀ ਜਿਹੜੀ ਤੁਸੀਂ ਥੀਏਟਰ 'ਚ ਦੇਖੀ ਸੀ? ਲਾਸਟ ਫਿਲਮ ਮੰਜੇ ਬਿਸਤਰੇ। ਮੰਜੇ ਬਿਸਤਰੇ, ਹਾਂ ਮੰਜੇ ਬਿਸਤਰੇ ਦੇਖੀ ਸੀ। ਅਤੇ ਸਨੈਪਚੈਟ ਜ਼ਿਆਦਾ ਪਸੰਦ ਆ ਕਿ ਇੰਸਟਾਗ੍ਰਾਮ? ਸਨੈਪਚੈਟ। ਸਨੈਪਚੈਟ 'ਤੇ ਕਿਹੜਾ ਫਿਲਟਰ ਸਭ ਤੋਂ ਵੱਧ ਪਸੰਦ ਆ? ਸਨੈਪਚੈਟ 'ਤੇ ਫਿਲਟਰ ਹੈਗਾ ਇੱਕ ਉਹ ਆ ਜਿਹਦੇ ਨਾਲ ਥੋੜ੍ਹਾ ਮੂੰਹ ਹੀ ਪਤਲਾ ਹੋ ਜਾਂਦਾ ਆ, ਬਿਊਟੀਫਾਈ ਵਾਲਾ, ਉਹ ਵਧੀਆ ਲੱਗਦਾ, ਉਹ ਮੇਰਾ ਫੇਵਰੇਟ ਫਿਲਟਰ ਹੈ ਉਹ। ਤੁਹਾਡੀ ਕੋਈ ਇਹੋ ਜਿਹੀ ਸੀਕਰੇਟ ਗੱਲ ਜਿਹੜੀ ਤੁਸੀਂ ਕਦੀ ਰਿਵੀਲ ਨਹੀਂ ਕੀਤੀ ਅਤੇ ਅੱਜ ਅਸੀਂ ਪੰਜਾਬੀ ਮੀਨੀਆ 'ਤੇ ਰਿਵੀਲ ਕਰਾਂਗੇ? ਦੇਖੋ ਜੀ, ਇਹ ਤਾਂ ਸਵਾਲ ਹੀ ਹੋਊਗਾ ਵੀ ਜੇ ਤੁਸੀਂ ਇਹ ਗੱਲ ਕਿਸੇ ਨੂੰ ਵੀ ਪੁੱਛੋਗੇ, ਇਹ ਗੱਲ ਕੋਈ ਵੀ ਨਹੀਂ ਦੱਸੂਗਾ ਤੁਹਾਨੂੰ ਵੀ ਜਿਹੜਾ ਸੀਕਰੇਟ ਹੈ ਰਿਵੀਲ। ਬਾਕੀ ਕੋਈ ਇੱਦਾਂ ਦਾ ਸੀਕਰੇਟ ਹੈ ਵੀ ਨਹੀਂ ਆ ਵੀ ਜਿਹੜਾ ਮੈਂ ਰਿਵੀਲ ਨਾ ਕੀਤਾ ਹੋਵੇ ਜਾਂ ਇੱਦਾਂ ਦੀ ਕੋਈ ਗੱਲ। ਤੁਹਾਨੂੰ ਲੱਗਦਾ ਕੋਈ ਇੱਦਾਂ ਦੀ ਗੱਲ ਹੋਊਗੀ? ਨਹੀਂ, ਮੈਨੂੰ ਤਾਂ ਨਹੀਂ ਲੱਗਦਾ, ਪਰ ਸੀਕਰੇਟ ਤਾਂ ਤੁਹਾਡਾ ਹੈ, ਤੁਸੀਂ ਦੱਸੋਗੇ। ਕੋਈ ਇੱਦਾਂ ਦਾ ਸੀਕਰੇਟ ਨਹੀਂ ਹੈਗਾ ਕਿ ਜਿਹੜਾ ਮੈਂ ਦਰਸ਼ਕਾਂ ਨੂੰ ਨਾ ਦੱਸਿਆ ਹੋਇਆ। ਕੋਈ ਸੈਮੀ ਸੀਕਰੇਟ ਦੱਸ ਦਿਓ। ਸੈਮੀ ਸੀਕਰੇਟ ਕੋਈ ਨਹੀਂ ਹੈਗਾ। ਓਕੇ, ਜੋਰਡਨ, ਯੂਥ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਜੀ, ਬੀਂਗ ਅ ਯੰਗਸਟਰ, ਮੈਂ ਮੈਸੇਜ ਤਾਂ ਚਲੋ ਜਿੰਨੀ ਕੁ ਮੇਰੀ ਸੋਝੀ ਹੈ ਹੈ ਨਾ, ਮੈਂ ਉਨੀ ਗੱਲ ਕਰੂੰਗਾ। ਮੈਸੇਜ ਇਹੀ ਦੇਣਾ ਚਾਹੂੰਗਾ ਕਿ ਜਿੰਨੇ ਵੀ ਮੇਰੇ ਹਮ ਉਮਰ ਨੇ ਸਾਰੇ, ਪਹਿਲੀ ਗੱਲ ਤਾਂ ਪੱਗ, ਜਿੰਨੇ ਵੀ ਆਪਣੇ ਪੰਜਾਬੀ ਭਰਾ ਨੇ ਸਾਰੇ, ਪੱਗ ਜ਼ਰੂਰ ਬੰਨਿਆ ਕਰੋ। ਮੈਨੂੰ ਬਹੁਤ ਸ਼ੌਂਕ ਸੀ ਪੱਗ ਦਾ ਸਕੂਲ ਟਾਈਮ ਤੋਂ ਹੀ, ਸ਼ੁਰੂ ਤੋਂ ਹੀ ਮੈਂ, ਸਾਨੂੰ 8th ਤੋਂ ਕੰਪਲਸਰੀ ਸੀ ਪੱਗ ਸਕੂਲ ਦੇ ਵਿੱਚ, ਅਤੇ ਉਦੋਂ ਤੋਂ ਹੀ ਸੀਗਾ ਵੀ ਜੇ ਕਿਤੇ ਪਰਮਾਤਮਾ ਨੇ ਮੌਕਾ ਦਿੱਤਾ ਜਾਂ ਔਨ ਸਕਰੀਨ ਵੀ ਆਏ ਤਾਂ ਪੱਗ ਨਾਲ ਹੀ ਆਉਣਾ। ਸੋ ਪੱਗ ਨੂੰ ਪ੍ਰਮੋਟ ਕਰੋ, ਪੱਗ ਪੰਜਾਬੀਆਂ ਦੀ ਟੌਰ, ਪੰਜਾਬੀਆਂ ਦੀ ਸ਼ਾਨ, ਅਤੇ ਦੂਜੀ ਗੱਲ ਵਧੀਆ ਮਿਊਜ਼ਿਕ, ਚੰਗੇ ਗਾਣੇ, ਉਹਨੂੰ ਪ੍ਰਮੋਟ ਕਰੋ, ਚੰਗੇ ਮਿਊਜ਼ਿਕ ਨੂੰ ਅੱਗੇ ਲੈ ਕੇ ਆਓ, ਜਿਹੜੀ ਚੀਜ਼ ਵਧੀਆ ਲੱਗਦੀ ਆ ਉਹਨੂੰ ਪ੍ਰਮੋਟ ਕਰੋ। ਸੋ ਬਾਕੀ ਆਡੀਅੰਸ ਅੱਜ ਕੱਲ੍ਹ ਸਿਆਣੀ ਆ ਜੀ, ਸਾਰਾ ਕੁਝ ਸਾਰਿਆਂ ਨੂੰ ਸਾਰਾ ਕੁਝ ਪਤਾ, ਸੋ ਚੰਗੀ ਚੀਜ਼ ਨੂੰ ਹੀ ਪ੍ਰਮੋਟ ਕਰਦੇ ਨੇ, ਮੈਂ ਤਾਂ ਇਹੀ ਮੈਸੇਜ ਕਰੂੰਗਾ। ਥੈਂਕ ਯੂ। ਅਤੇ ਅੰਤ ਵਿੱਚ ਅਸੀਂ ਫਿਰ ਤੋਂ ਤੁਹਾਡੇ ਗਾਣੇ ਤੀਜੇ ਵੀਕ ਦੀ ਇੱਕ ਥੋੜ੍ਹੀਆਂ ਤਿੰਨ ਚਾਰ ਹੋਰ ਲਾਈਨਾਂ ਗਾ ਦਿਓ। ਜ਼ਰੂਰ ਜ਼ਰੂਰ, ਕਿਉਂਕਿ ਮੈਂ ਤੁਸੀਂ ਜਿੰਨੀ ਵਾਰੀ ਕਹੋਗੇ ਉੱਨੀ ਵਾਰੀ ਸੁਣਾ ਦਾਂਗੇ, ਕਿਉਂਕਿ ਸਰੋਤਿਆਂ ਨੇ ਪਿਆਰ ਸਤਿਕਾਰ ਬਹੁਤ ਦਿੱਤਾ ਹੈ ਕੱਲ੍ਹ ਦਾ ਹੀ। ਸੋ ਜਿਨ੍ਹਾਂ ਨੇ ਮੈਨੂੰ ਲੱਗਦਾ ਕਿ ਸ਼ੇਅਰ ਨਹੀਂ ਵੀ ਕਰਿਆ, ਉਹ ਵੀ ਇੱਕ ਵਾਰੀ ਫਿਰ ਦੁਬਾਰਾ ਕਰ ਦਿਓ ਜਦੋਂ ਤੁਸੀਂ ਆਹ ਵੀਡੀਓ ਦੇਖੋਗੇ। ਮੈਂ ਚੰਦ ਲਾਈਨਾਂ ਪੇਸ਼ ਕਰਦਾ। ਤੇਰੇ ਨਾਲੋਂ ਟੁੱਟੀਆਂ ਨੀ ਮੌਜਾਂ ਅਸੀਂ ਲੁੱਟੀਆਂ ਨੀ, ਮਹੀਨੇ ਮੂਨੇ ਕਿੱਥੇ ਦਿਨਾਂ ਬਾਅਦ ਆ ਗਈ, ਉਹ ਪਹਿਲੇ ਵੀਕ ਖੁਸ਼ ਹੋਇਆ ਦੂਜੇ ਵੀਕ ਪੈਗ ਲਾਏ, ਤੀਜੇ ਵੀਕ ਫਿਰ ਤੇਰੀ ਯਾਦ ਆ ਗਈ ਨੀ, ਮੈਂ ਪਹਿਲੇ ਵੀਕ ਖੁਸ਼ ਹੋਇਆ ਦੂਜੇ ਵੀਕ ਪੈਗ ਲਾਏ, ਤੀਜੇ ਵੀਕ ਫਿਰ ਤੇਰੀ ਯਾਦ ਆ ਗਈ। ਲਓ ਜੀ, ਥੈਂਕ ਯੂ। ਸੋ ਜੋਰਡਨ, ਥੈਂਕ ਯੂ ਪੰਜਾਬੀ ਮੀਨੀਆ 'ਤੇ ਆਉਣ ਲਈ, ਅਤੇ ਤੁਸੀਂ ਇੱਦਾਂ ਹੀ ਤਰੱਕੀਆਂ ਕਰਦੇ ਰਹੋ, ਛੇਤੀ ਛੇਤੀ ਅਸੀਂ ਤੁਹਾਨੂੰ ਫਿਲਮ ਵਿੱਚ ਵੀ ਦੇਖ ਰਹੇ ਹਾਂ, ਉਹਦੇ ਵਿੱਚ ਵੀ ਤੁਸੀਂ ਬਹੁਤ 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 ਤਰੱਕੀਆਂ ਕਰੋ, ਅਤੇ ਤੁਹਾਡੀ ਫਿਲਮ ਸੁਪਰ ਡੂਪਰ ਹਿੱਟ ਹੋਵੇ, ਅਤੇ ਤੁਹਾਡਾ ਗਾਣਾ ਤਾਂ ਆਲਰੇਡੀ ਸਾਰੇ ਪਸੰਦ ਕਰ ਰਹੇ ਨੇ। ਸੋ ਥੈਂਕ ਯੂ ਸੋ ਮੱਚ ਪੰਜਾਬੀ ਮੀਨੀਆ 'ਤੇ ਆਉਣ ਲਈ। ਮੈਂ ਯਾਸਮਨ ਕੌਰ ਤੁਹਾਡੇ ਤੋਂ ਵਿਦਾ ਲੈਂਦੀ ਹਾਂ, ਅਤੇ ਆਪਾਂ ਛੇਤੀ ਮਿਲਾਂਗੇ ਇੱਕ ਨਵੇਂ ਸਿਤਾਰੇ ਦੇ ਨਾਲ ਇੱਥੇ। ਸਤਿ ਸ਼੍ਰੀ ਅਕਾਲ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ, ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ।
ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਮੇਨੀਆ ਦੇਖ ਰਹੇ ਹੋ ਤੁਸੀਂ ਅਤੇ ਅੱਜ ਅਸੀਂ ਤੁਹਾਡੇ ਰੂਬਰੂ ਕਰਵਾਉਣ ਲੱਗੇ ਹਾਂ ਸਾਲ ਦੀ ਮੋਸਟ ਅਵੇਟਿਡ ਫਿਲਮ ਲੌਂਗ ਯਾਚੀ ਦੇ ਰਾਈਟਰ, ਲੀਡ ਐਕਟਰ, ਡਾਇਰੈਕਟਰ ਅਤੇ ਪ੍ਰੋਡਿਊਸਰ ਅੰਬਰਦੀਪ ਸਿੰਘ ਭਾਅ ਜੀ ਨਾਲ। ਅੰਬਰ ਭਾਅ ਜੀ, ਬਹੁਤ ਬਹੁਤ ਸਵਾਗਤ ਹੈ ਪੰਜਾਬੀ ਮੇਨੀਆ 'ਤੇ। ਸੋ ਮਾ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪ੍ਰੋਡਿਊਸਰ ਨਹੀਂ ਹੈਗਾ ਜੀ ਮੈਂ ਫਿਲਮ ਦਾ। ਹਾਂਜੀ, ਉਹ ਆ ਜਾਂਦਾ ਜੀ, ਉਹ ਵੈਸੇ ਹੀ ਇੱਜ਼ਤ ਦਿੰਦੇ ਆ ਬੰਦੇ ਅਦਰਵਾਈਜ਼। ਅਤੇ ਭਾਅ ਜੀ, ਕੱਲ੍ਹ ਤੁਹਾਡੀ ਫਸਟ ਫਿਲਮ ਐਜ਼ ਅ ਲੀਡ ਐਕਟਰ ਰਿਲੀਜ਼ ਹੋਣ ਵਾਲੀ ਹੈ। ਕੈਮੀਓ ਤੁਸੀਂ ਇਸ ਤੋਂ ਪਹਿਲਾਂ ਕੀਤੇ ਨੇ, ਦਰਸ਼ਕਾਂ ਨੇ ਤੁਹਾਨੂੰ ਬਹੁਤ ਪਸੰਦ ਕੀਤਾ ਹੈ ਕੈਮੀਓਜ਼ ਦੇ ਵਿੱਚ, ਕਿੰਨੇ ਕੁ ਐਕਸਾਈਟਿਡ ਹੋ ਜਾਂ ਕਿੰਨੇ ਕੁ ਨਰਵਸ ਹੋ ਫਸਟ ਫਿਲਮ ਨੂੰ ਲੈ ਕੇ ਐਜ਼ ਅ ਲੀਡ ਐਕਟਰ? ਮੈਨੂੰ ਕੁਛ ਜ਼ਿਆਦਾ ਉਸ ਚੀਜ਼ ਦਾ ਨਹੀਂ ਫਰਕ ਪੈ ਰਿਹਾ ਮੈਨੂੰ, ਮਤਲਬ ਐਕਟਿੰਗ ਦਾ ਮੈਨੂੰ ਅਹਿਸਾਸ ਵੀ ਨਹੀਂ ਹੋ ਰਿਹਾ ਕੁਛ ਮੈਂ ਕੀਤਾ ਜਾਂ ਨਹੀਂ। ਮੈਨੂੰ ਤਾਂ ਜਿੱਦਾਂ ਮੇਰੀਆਂ ਫਿਲਮਾਂ ਆਉਂਦੀਆਂ ਨੇ ਉਹ ਸੇਮ ਫੀਲਿੰਗ ਆ ਕਿ ਇੱਕ ਫਿਲਮ ਹੈ, ਇੱਕ ਬਹੁਤ ਮਿਹਨਤ ਕੀਤੀ ਹੈ ਜੀ, ਕਿਉਂਕਿ ਪਿਛਲੀ ਫਿਲਮ ਲਾਹੌਰੀ ਨੂੰ ਬਹੁਤ ਪਿਆਰ ਮਿਲਿਆ ਸੀਗਾ। ਸੋ ਮੇਰਾ ਉਹੀ ਚੈਲੰਜ ਆ ਕਿ ਆਪਦੇ ਆਪ ਨਾਲ ਇੱਕ ਕੰਪਟੀਸ਼ਨ ਹੈ ਕਿ ਪਿਛਲੀ ਫਿਲਮ ਵਧੀਆ ਸੀਗੀ, ਸੋ ਇਹ ਵੀ ਵਧੀਆ ਹੋਵੇ ਜੀ। ਸੋ ਮੈਨੂੰ ਉਨੀ ਕੁ ਫੀਲਿੰਗ ਹੈ, ਬਟ ਡੈਫੀਨੇਟਲੀ ਮੈਨੂੰ ਜੋ ਮੈਂ ਲੋਕਾਂ 'ਚ ਚਾਹ ਵੇਖ ਰਿਹਾ ਜੀ, ਮੈਨੂੰ ਲੱਗਦਾ ਕਿ ਬਹੁਤ ਪਿਆਰ ਮਿਲੇਗਾ ਫਿਲਮ ਨੂੰ। ਭਾਅ ਜੀ, ਇਸ ਫਿਲਮ ਵਿੱਚ ਤੁਹਾਡੇ ਓਪੋਜ਼ਿਟ ਨੀਰੂ ਬਾਜਵਾ ਕੰਮ ਕਰ ਰਹੇ ਨੇ, ਅਤੇ ਉਹ ਕਾਫੀ ਟਾਈਮ ਬਾਅਦ ਪੰਜਾਬੀ ਸਿਨੇਮੇ 'ਚ ਐਜ਼ ਅ ਲੀਡ ਕੰਮ ਕਰ ਰਹੇ ਨੇ, ਅਤੇ ਨਾਲ ਐਮੀ ਵਿਰਕ ਭਾਅ ਜੀ ਦਾ ਵੀ ਅਪੀਅਰੈਂਸ ਹੈਗਾ, ਅਤੇ ਇੰਨੀ ਵੱਡੀ ਸਟਾਰਕਾਸਟ ਤੁਹਾਡੇ ਨਾਲ ਕੰਮ ਕਰ ਰਹੀ ਹੈ, ਕਿੱਦਾਂ ਦਾ ਲੱਗਿਆ ਜਦੋਂ ਇਹ ਸਟਾਰਕਾਸਟ ਨੇ? ਹਾਂ ਕੀ, ਬਹੁਤ ਅੱਛੀ ਜੀ, ਬਹੁਤ ਅੱਛੀ। ਮੈਂ ਐਕਚੁਲੀ ਸਕ੍ਰਿਪਟ ਬਹੁਤ ਪਹਿਲਾਂ ਲਿਖੀ ਹੋਈ ਸੀਗੀ, ਮਤਲਬ ਥੋਟ ਮੇਰੇ ਕੋਲ ਸੀਗਾ, ਮੈਂ ਉਦੋਂ ਨੀਰੂ ਜੀ ਸੋਚੇ ਸੀਗੇ, ਅਤੇ ਜਦੋਂ ਉਹਨਾਂ ਨੂੰ ਸੁਣਾਈ ਉਹਨਾਂ ਨੂੰ ਬਹੁਤ ਪਸੰਦ ਆਈ, ਅਤੇ ਫਿਰ ਆ ਗਈ ਗੱਲ ਵੀ ਐਕਟਿੰਗ ਦੀ, ਅਤੇ ਐਕਟਰ ਸਾਨੂੰ ਨਹੀਂ ਮਿਲੇ, ਅਤੇ ਫਿਰ ਉਹ ਕਹਿੰਦੇ ਵੀ ਆਪ ਕਰ ਲਓ। ਦੋ ਕੁ ਦਿਨ ਤਾਂ ਮੈਨੂੰ ਨਾ ਸਮਝ ਆ ਵੀ ਮੈਂ ਇਹ ਮੇਰੇ ਨਾਲ ਮਜ਼ਾਕ ਹੋ ਰਿਹਾ, ਮੈਨੂੰ ਸੀਰੀਅਸਲੀ ਕਹਿ ਰਿਹਾ। ਸੋ ਦੋ ਦਿਨ ਮੈਂ ਵੀ ਨਸਤਾ, ਅਤੇ ਫਿਰ ਤੀਜੇ ਕੁ ਦਿਨ ਚੌਥੇ ਦਿਨ ਇਹ ਗੱਲ ਨਾ ਕਰਨ ਭੁੱਲ ਗਏ ਉਹਨਾਂ ਦੇ ਬੰਦੇ, ਅਤੇ ਫਿਰ ਮੈਂ ਯਾਦ ਕਰਾਇਆ, ਮੈਂ ਕਿਹਾ ਮੇਰੇ ਵਾਲਾ ਜਿਹੜਾ ਆਪਸ਼ਨ ਉਹ ਵੀ ਵੇਖ ਲਾਂਗੇ ਫਿਰ ਜੇ ਨਾ ਉਹ ਮਿਲਿਆ ਤਾਂ। ਸੋ ਉਹਨਾਂ ਨੇ ਉਹ ਕਹਿੰਦੇ ਨਹੀਂ ਨਹੀਂ ਉਹ ਤਾਂ ਤਿਆਰ ਨੇ, ਉਹਨਾਂ ਨੇ ਤਾਂ ਵੇਖੋ ਮੈਸੇਜ ਆਇਆ, ਫਿਰ ਕਹਿੰਦੇ ਨੇ ਕਿ ਉਹਨਾਂ ਨੂੰ ਪੁੱਛੋ ਕਰਨਾ, ਫਿਰ ਮੈਂ ਹਾਂ ਕਰਤੀ, ਮੈਂ ਮਤਲਬ ਹਾਂ ਕੀਤੀ। ਹਾਂਜੀ, ਮੇਰਾ ਨੈਕਸਟ ਸਵਾਲ ਸੀ, ਜਦੋਂ ਤੁਸੀਂ ਜਵਾਬ ਹੋਣੀ ਦਿੱਤਾ, ਤੁਹਾਡਾ ਸਵਾਬ ਕਿੱਦਾਂ ਬਣਿਆ ਲੀਡ ਰੋਲ ਕਰਨ ਦਾ? ਪਰ ਉਹਦਾ ਜਵਾਬ ਤੁਸੀਂ ਦੇ ਹੀ ਦਿੱਤਾ। ਅਤੇ ਭਾਅ ਜੀ, ਮੈਂ ਹਮੇਸ਼ਾ ਤੋਂ ਇੱਕ ਗੱਲ ਹਮੇਸ਼ਾ ਨੋਟਿਸ ਕਰਨਾ, ਸ਼ਾਇਦ ਤੁਹਾਨੂੰ ਮੈਂ ਪਹਿਲਾਂ ਵੀ ਕਹੀ ਹੈ, ਵੀ ਤੁਹਾਡੀ ਫਿਲਮਾਂ ਤੋਂ ਜੋ ਮਿਊਜ਼ਿਕ ਹੁੰਦਾ ਨਾ, ਮਤਲਬ ਫਿਲਮ ਦੀ ਜਾਨ ਹੁੰਦਾ ਮਿਊਜ਼ਿਕ, ਅਤੇ ਕਿੰਨਾ ਕੁ ਖਾਸ ਧਿਆਨ ਦਿੰਦੇ ਹੋ ਜਦੋਂ ਫਿਲਮ ਦੇ ਮਿਊਜ਼ਿਕ 'ਤੇ ਬੈਠਣੇ ਹੋ, ਸਿਟਿੰਗਸ ਹੁੰਦੀਆਂ ਮਿਊਜ਼ਿਕ ਡਾਇਰੈਕਟਰਸ ਨਾਲ, ਲਿਰਿਕਸ ਰਾਈਟਰਸ ਨਾਲ, ਥੋੜ੍ਹਾ ਉਹਦੇ ਬਾਰੇ ਦੱਸੋ ਜੀ। ਬਿਲਕੁਲ, ਬਹੁਤ ਧਿਆਨ ਦਿੱਤਾ ਜਾਂਦਾ ਜੀ ਪਹਿਲੀ ਗੱਲ ਤਾਂ। ਦੂਜਾ, ਇਸ ਵਾਰੀ ਤਾਂ ਸਭ ਤੋਂ ਮੈਨੂੰ ਇੰਨਾ ਧਿਆਨ ਦੇਣ ਦੀ ਲੋੜ ਨਹੀਂ ਪਈ, ਮੇਰੇ ਕੋਲ ਹਰਮਨਜੀਤ ਨਾਮ ਦਾ ਇੱਕ ਲੇਖਕ, ਇੱਕ ਲਿਰਿਸਿਸਟ, ਇੱਕ ਬਾਕਮਾਲ ਸ਼ਖਸੀਅਤ, ਉਹ ਆ ਉਹ ਉਹਨਾਂ ਨਾਲ ਰਾਬਤਾ ਹੋ ਗਿਆ, ਜੋ ਮੈਨੂੰ ਲੱਗੀ ਜਾਵੇ ਕਿ ਆਏ ਜਾਂ ਕੁਛ ਚਾਹੀਦਾ, ਉਹ ਬਾਈ ਦੇ ਦਿਆ ਘਰੇ, ਉਹ ਕਮਾਲ ਮੈਨੂੰ ਮਿਲਦਾ ਤਾਂ, ਮੇਰੀ ਬਿਲਕੁਲ ਹੀ ਟੈਨਸ਼ਨ ਨਹੀਂ ਇਸ ਵਾਰੀ ਮਿਊਜ਼ਿਕ ਦੀ। ਉਦੋਂ ਉਹ ਕਰਕੇ ਅਸੀਂ ਗੁਰਮੀਤ ਸਿੰਘ ਜੀ ਨੂੰ ਫੜਾਉਂਦੇ ਸੀਗੇ, ਉਹ ਇੱਕ ਦਿਨ 'ਚ ਉਹ ਦੇਣ ਸੀ ਚੱਕੋ ਗਾਣਾ। ਸੋ ਉੱਧਰ ਮੰਨਤ ਨੂਰ ਬਹੁਤ ਅੱਛੀ ਆਵਾਜ਼ ਜਿਹੜੀ ਮਿਲੀ ਜੀ। ਸੋ ਇਹ ਸਾਰਿਆਂ ਨੇ ਬਹੁਤ ਸਾਥ ਦਿੱਤਾ, ਹਾਲਾਂਕਿ ਟਾਈਮ ਲੱਗਦਾ ਇਹ ਪ੍ਰੋਸੈਸ, ਜਿੰਨੀ ਮਤਲਬ 8-9 ਮਹੀਨੇ ਲੱਗੇ ਮਿਊਜ਼ਿਕ ਨੂੰ ਵੀ, ਬਟ ਬਹੁਤ ਅੱਛਾ ਸਾਰਿਆਂ ਨੇ ਕੀਤਾ। ਭਾਅ ਜੀ, ਜਿੱਦਾਂ ਮੈਂ ਹਮੇਸ਼ਾ ਤੋਂ ਤੁਹਾਡੇ ਬਾਰੇ ਜਦੋਂ ਦਾ ਕਰੀਅਰ ਤੁਹਾਡਾ ਸਟੱਡੀ ਕੀਤਾ, ਤੁਸੀਂ ਥੀਏਟਰ 'ਚ ਬਹੁਤ ਕੰਮ ਕੀਤਾ, ਐਕਟਿੰਗ ਬਹੁਤ ਕੀਤੀ ਹੈ, ਅਤੇ ਹੁਣ ਤੁਸੀਂ ਸਿਨੇਮਾ 'ਚ ਫਸਟ ਟਾਈਮ ਐਕਟਿੰਗ ਕਰਨ ਜਾ ਰਹੇ ਹੋ, ਕਿੱਦਾਂ ਦਾ ਡਿਫਰੈਂਸ ਰਹਿੰਦਾ ਜਾਂ ਸੇਮ ਹੀ ਹੁੰਦਾ ਐਕਟਿੰਗ ਐਕਟਿੰਗ ਹੀ ਹੁੰਦੀ ਹੈ? ਇਹ ਐਕਟਿੰਗ ਤਾਂ ਐਕਟਿੰਗ ਹੁੰਦੀ ਹੈ, ਬਟ ਡੈਫੀਨੇਟਲੀ ਥੀਏਟਰ ਦੇ ਵਿੱਚ ਤੁਹਾਡੇ ਕੋਲ ਰਿਹਰਸਲਾਂ ਵੱਧ ਹੁੰਦੀਆਂ ਨੇ, ਤੁਸੀਂ ਰਿਹਰਸਲ ਤੋਂ ਬਾਅਦ ਤੁਹਾਡਾ 2 ਘੰਟੇ ਲਗਾਤਾਰ ਤੁਸੀਂ ਆਡੀਅੰਸ ਸਾਹਮਣੇ ਪਰਫੋਰਮ ਕਰਨਾ, ਉੱਥੇ ਭੁੱਲ ਨਹੀਂ ਸਕਦੇ। ਇੱਥੇ ਇਹ ਔਖਾ ਵੀ ਕਰੈਕਟਰ 2 ਘੰਟੇ ਦਾ ਹੀ ਕਰਨਾ, 40 ਦਿਨ 'ਚ ਹੈ, ਪਹਿਲਾਂ ਕਲਾਈਮੈਕਸ ਕਰ ਲਿਆ, ਇੰਟਰੋਡਕਸ਼ਨ ਬਾਅਦ 'ਚ ਕਰ ਲਈ, ਕਿਹੜਾ ਇਮੋਸ਼ਨ ਕਿੰਨਾ ਬੈਲੈਂਸ ਕਰਨਾ ਜਿਹੜਾ ਆ, ਕਿ ਫਿਲਮ 'ਚ ਇਹ ਨਾ ਲੱਗੇ ਕਿ ਆਹ ਸੀਨ ਪਹਿਲਾਂ ਸ਼ੂਟ ਹੋਇਆ ਬਾਅਦ 'ਚ ਹੈ। ਸੋ ਇੱਕੋ ਕੜੀ ਲੱਗੇ ਉਹ ਇੱਕ ਚੈਲੰਜ ਆ ਜੀ, ਇਹ ਮੈਨੂੰ ਤਾਂ ਜ਼ਿਆਦਾ ਚੈਲੰਜ ਹੈ। ਲੋਕ ਨੂੰ ਵੀ ਕੈਰੀ ਕਰਨਾ ਹੁੰਦਾ ਜੀ 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 ਬੜਾ ਔਖਾ, ਕੈਂਚੀ ਧਿਆਨ ਬਹੁਤ ਬਹੁਤ ਔਖਾ। ਅਤੇ ਭਾਅ ਜੀ, ਆਪਣੇ ਮਤਲਬ ਤੁਸੀਂ ਡਾਇਰੈਕਸ਼ਨ ਵੀ ਕਰ ਰਹੇ ਹੋ ਫਿਲਮ ਦੇ ਵਿੱਚ, ਐਕਟਿੰਗ ਵੀ ਕਰ ਰਹੇ ਹੋ, ਅਤੇ ਸਟੋਰੀ, ਸਕਰੀਨ ਪਲੇ, ਡਾਇਲੋਗ, ਸਾਰਾ ਕੁਝ ਕੀਤਾ, ਕੀ ਇੰਜੋਏ ਕੀਤਾ ਅਤੇ ਕੀ ਸਭ ਤੋਂ ਜ਼ਿਆਦਾ ਡਿਫੀਕਲਟ ਸੀਗਾ? ਮੈਂ ਜੀ ਸਾਰਾ ਕੁਛ ਇੰਜੋਏ ਕਰਦਾ ਜੀ, ਅਤੇ ਡਿਫੀਕਲਟ ਵੀ ਹੁੰਦਾ। ਹਾਂ, ਮਤਲਬ ਕਈ ਵਾਰੀ ਫਸ ਵੀ ਜਾਈਦਾ, ਕਈ ਵਾਰੀ ਸੀਨ ਇੱਦਾਂ ਤਾਂ ਲਿਖੀ ਹੁੰਦੀ ਆ, ਬਟ ਸੈੱਟ 'ਤੇ ਕਈ ਵਾਰੀ ਸੀਨ ਹੋਰ ਵਧੀਆ ਕਰਨ ਦੇ ਚੱਕਰ 'ਚ ਫਸ ਜਾਈਦਾ ਵੀ ਯਾਰ ਨਹੀਂ ਮੈਂ ਹਾਲੇ ਖੜ ਜੋ ਕਰਦੇ ਹਾਂ, ਫਿਰ ਉਹ ਰਾਈਟਰ ਨੂੰ ਵਿਚਾਰੇ ਨੂੰ ਫਸਾ ਲਈਦਾ ਆਪਦੇ ਆਪ ਨੂੰ, ਨਹੀਂ ਵਧੀਆ ਹਾਲੇ ਹੋਰ ਕਰ ਹੋਰ ਕਰ, ਫਿਰ ਉਹ ਉਸ ਪ੍ਰੋਸੈਸ ਨੂੰ ਬਹੁਤ ਇੰਜੋਏ ਕਰਦਾ ਜਿਹੜਾ ਰਾਈਟਿੰਗ ਦਾ ਪ੍ਰੋਸੈਸ ਨਾ, ਜਦੋਂ ਤੁਸੀਂ ਆਪਣੇ ਤੋਂ ਬੈਸਟ ਕਢਾਉਣ ਦੀ ਕੋਸ਼ਿਸ਼ ਕਰਦੇ ਹੋ। ਸੋ ਮੈਨੂੰ ਬਹੁਤ ਵਧੀਆ ਲੱਗਦਾ, ਉਹ ਫਸਿਆ ਹੁੰਦਾ ਬੰਦਾ, ਸਾਰੇ ਬੈਠੇ ਤੁਹਾਡੇ ਵਾਲ ਵੇਟ ਕਰ ਰਹੇ ਆ, ਸੋ ਕਈ ਵਾਰੀ ਵਧੀਆ ਹੋ ਜਾਂਦਾ, ਕਈ ਵਾਰੀ ਫਿਰ ਬੰਦਾ ਹੱਥ ਖੜ੍ਹੇ ਕਰ ਜਾਂਦਾ ਵੀ ਨਹੀਂ ਹੁੰਦਾ। ਹਾਂਜੀ,
ਉੱਥੇ ਕਾਰਪੋਰੇਟ ਵਰਲਡ ਆ, ਉੱਥੇ ਇੱਦਾਂ ਕੰਮ ਹੁੰਦਾ, ਸ਼ਾਇਦ ਮੈਂ ਫਿੱਟ ਨਹੀਂ ਬੈਠਾ ਉੱਥੇ। ਹਾਂ ਮਤਲਬ ਉਹ ਜਦੋਂ ਉਹਦੀ ਫਿੱਟ ਬੈਠਾ ਜਦੋਂ ਆਪ ਕੁਛ ਬਣਾਵਾਂਗੇ। ਹਾਂ ਮਤਲਬ ਅਦਰਵਾਈਜ਼ ਬਹੁਤ ਮੁਸ਼ਕਿਲ ਹੈ ਜੀ ਉਹਨਾਂ ਨਾਲ। ਹਾਂਜੀ ਹਾਂਜੀ ਜੀ, ਖੁਸ਼ ਹੈ ਮੈਂ, ਔਰ ਮੈਨੂੰ ਬੜਾ ਵਧੀਆ ਲੱਗਦਾ ਬਿਕੋਜ਼, ਔਰ ਮੈਂ ਲੈਂਗੁਏਜ ਸਿਨੇਮੇ ਦੀ ਕੋਈ ਲੈਂਗੁਏਜ ਹੁੰਦੀ ਨਹੀਂ, ਹਿਊਮਨ ਰਿਲੇਸ਼ਨਸ਼ਿਪ ਇਹੀ ਵਿਖਾਉਣੇ ਪਰਦੇ 'ਤੇ, ਬੋਲੀ ਕੋਈ ਇੱਧਰ ਲਈ ਉੱਧਰ ਲਈ ਹੈ ਨਾ, ਇੱਥੇ ਲਿਬਰਟੀ ਹੈ ਜੀ, ਇੱਥੇ ਲੋਕ ਬਿਲੀਵ ਕਰਦੇ, ਪਿਆਰ ਕਰਦੇ, ਇੱਥੇ ਐਕਸਪੈਰੀਮੈਂਟ ਕਰ ਸਕਦਾ ਮੈਂ। ਇਹਨਾਂ ਲੋਕਾਂ ਨੂੰ ਪਤਾ ਜਿਹੜੀ ਇੱਥੇ ਇੰਡਸਟਰੀ ਹੈ ਵੀ ਅੰਬਰਦੀਪ ਐਕਸਪੈਰੀਮੈਂਟ ਕਰੂਗਾ ਤਾਂ ਠੀਕ ਕਰੂਗਾ, ਸੋ ਮੈਨੂੰ ਮਨਾਉਣਾ ਨਹੀਂ ਪੈਂਦਾ ਕਿਸੇ ਨੂੰ, ਸਮਝਾਉਣਾ ਨਹੀਂ ਪੈਂਦਾ, ਸੋ ਉਹ ਬੜਾ ਅੱਛਾ, ਉਹ ਬੜਾ ਅੱਛਾ ਸਵਾਬ ਹੈ, ਮੈਨੂੰ ਬੜਾ ਖੁਸ਼ਕਿਸਮਤ ਆ। ਔਰ ਮੈਂ ਚਾਹੁੰਦਾ ਕਿ ਪੰਜਾਬੀ ਸਿਨੇਮਾ ਡੈਫੀਨੇਟਲੀ ਦੁਨੀਆ ਦੇ ਕੋਨੇ ਕੋਨੇ 'ਚ ਵੇਖਿਆ ਜਾਵੇ, ਸਲਾਹਿਆ ਜਾਵੇ, ਕੋਈ ਕੋਹਰੀਆ 'ਚ ਬੈਠਾ ਆਪਣੇ ਦੂਜੇ ਬੰਦੇ ਨੂੰ ਦਿਖਾ ਰਿਹਾ, ਦੇਖੋ ਪੰਜਾਬੀ ਫਿਲਮ ਕਿੰਨੀ ਵਧੀਆ। ਮੈਨੂੰ ਮੈਂ ਇੱਦਾਂ ਸੋਚਦਾ, ਅੱਜ ਨਹੀਂ ਤਾਂ ਕੱਲ੍ਹ, ਅਸੀਂ ਨਹੀਂ ਤਾਂ ਕੋਈ ਹੋਰ ਆਉਣ ਵਾਲਾ, ਜ਼ਰੂਰ ਐਸਾ ਕੰਮ ਕਰੇ ਕਿ ਪੰਜਾਬੀ ਸਿਨੇਮਾ ਪੂਰੀ ਦੁਨੀਆ 'ਤੇ ਆਪਣਾ ਨਾਮ ਕਰੇ। ਅਤੇ ਭਾਅ ਜੀ ਹੁਣ ਤੁਹਾਡੇ ਤੋਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਤੁਹਾਡੀ ਵਿਦਾ ਗਾਵਾਂਗੇ, ਅਤੇ ਜਾਂਦੇ ਜਾਂਦੇ ਸਾਨੂੰ ਦੱਸ ਜਾਓ ਵੀ ਤੁਹਾਡੇ ਆਉਣ ਵਾਲੇ ਇਸ ਤੋਂ ਬਾਅਦ ਨੈਕਸਟ ਪ੍ਰੋਜੈਕਟ ਕਿਹੜਾ ਹੈ, ਅਤੇ ਅੰਗਰੇਜ਼ 2 ਕਦੋਂ ਬਣਾ ਰਹੇ ਹੋ, ਅਤੇ ਲੌਂਗ ਲਾਚੀ ਸਾਡੀ ਆਡੀਅੰਸ ਕਿਉਂ ਦੇਖਣ ਜਾਵੇ? ਲੌਂਗ ਲਾਚੀ ਇੱਕ ਤਾਂ ਕਿਉਂ ਦੇਖਣ ਦਾ ਜੀ, ਕੱਲ੍ਹ ਨੂੰ 9 ਮਾਰਚ ਰਿਲੀਜ਼ ਆ, ਅਤੇ ਜੇ ਪੈਸੇ ਹੈਗੇ ਤਾਂ ਨਹੀਂ ਸਾਰੀ ਹਾਂ ਪਲੀਜ਼ ਜੀ ਜ਼ਰੂਰ ਜਾ ਕੇ ਵੇਖੋ ਜੀ, ਤਾਂ ਮੁੱਲ ਮੋੜੂੰਗਾ ਜੀ ਮੈਂ, ਅਸੀਂ ਸਾਡੀ ਸਾਰੀ ਟੀਮ ਬਹੁਤ ਮਿਹਨਤ ਕੀਤੀ ਜੀ, ਤੁਹਾਨੂੰ ਨਿਰਾਸ਼ਾ ਨਹੀਂ ਹੋਊਗੀ ਇਹ ਮੈਂ ਕਹਿ ਸਕਦਾ, ਤੁਸੀਂ ਸਗੋਂ ਮੈਨੂੰ ਲੱਗਦਾ ਦੁਬਾਰਾ ਹੀ ਪੈਸੇ ਕੱਢੋਗੇ ਵੀ ਇੱਕ ਵਾਰੀ ਫਿਰ ਵੇਖਣੀ ਹੈ। ਹਾਂਜੀ ਹਾਂਜੀ ਜ਼ਰੂਰ, ਬਹੁਤ ਅੱਛਾ ਜੀ, ਅਤੇ ਹੋਰ ਪ੍ਰੋਜੈਕਟ ਜਿਹੜੇ ਅੰਗਰੇਜ਼ 2 ਡੈਫੀਨੇਟਲੀ ਮੈਂ ਲਿਖਿਆ ਪਿਆ ਜੀ। ਹਾਂਜੀ ਹਾਂਜੀ ਲਿਖ ਲਿਆ ਜੀ, ਹਾਂ ਉਹ ਲਿਖ ਲਿਆ ਮੈਂ, ਸੋ ਉਹ ਕਦੇ ਵੀ ਸ਼ੁਰੂ ਹੋ ਸਕਦਾ, ਅਦਰਵਾਈਜ਼ ਮੈਂ ਹੁਣ 9 ਮਾਰਚ ਤੋਂ ਬਾਅਦ ਡਿਸਾਈਡ ਕਰਨਾ ਜੀ, ਕਿ ਸਾਰੀ ਟੀਮ ਮਿਲ ਕੇ, ਅਮਰਿੰਦਰ ਭਾਅ ਜੀ ਨਾਲ ਮਿਲ ਕੇ ਜਾਂ ਕਿਵੇਂ ਵੀ ਕਰਕੇ ਕਿ ਅਸੀਂ ਕੀ ਕਰਨਾ ਕਿ। ਥੈਂਕ ਯੂ ਸੋ ਮਚ ਭਾਅ ਜੀ ਫੋਰ ਬੀਂਗ ਔਨ ਪੰਜਾਬੀ ਮੀਨੀਆ, ਵਿਸ਼ਿੰਗ ਯੂ ਆਲ ਦਾ ਬੈਸਟ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਦੇਖ ਰਹੇ ਹੋ ਤੁਸੀਂ, ਅਤੇ ਅੱਜ ਸਾਡੇ ਨਾਲ ਮੌਜੂਦ ਨੇ ਲਾਹੌਰੀਏ ਫਿਲਮ ਦੇ ਰਾਈਟਰ, ਡਾਇਰੈਕਟਰ, ਪ੍ਰੋਡਿਊਸਰ ਅੰਬਰਦੀਪ ਭਾਅ ਜੀ। ਅੰਬਰ ਭਾਅ ਜੀ ਵੈਲਕਮ ਟੂ ਪੰਜਾਬੀ ਮੀਨੀਆ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੰਬਰ ਭਾਅ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਲਾਹੌਰੀਏ ਦੀ ਗ੍ਰੈਂਡ ਸਕਸੈਸ 'ਤੇ, ਅਤੇ ਤੁਹਾਡੀ ਟੀਮ ਦੀ ਜੋ ਹੈਟ੍ਰਿਕ ਹੋਈ ਹੈ ਅੰਗਰੇਜ਼ ਜਾਂ ਪੰਜਾਬ ਅਤੇ ਲਾਹੌਰੀਏ, ਉਹਦੇ ਲਈ ਬਹੁਤ ਬਹੁਤ ਮੁਬਾਰਕ। ਥੈਂਕ ਯੂ ਸੋ ਮਚ ਜੀ, ਪੂਰੀ ਟੀਮ ਨੇ ਜੋ ਅਸੀਂ ਇਕੱਠੇ ਹੋਏ ਹਾਂ, ਮਤਲਬ ਸਾਡੀ ਕੋਸ਼ਿਸ਼ ਹੈ ਪੂਰੀ ਕਿ ਪੰਜਾਬੀ ਸਿਨੇਮੇ ਲਈ ਅੱਛਾ ਕੰਮ ਕਰੀਏ, ਸਿਰਫ ਫਿਲਮ ਹੀ ਨਾ ਬਣਾਈਏ, ਇੱਕ ਸਿਨੇਮਾ ਬਣਾਈਏ, ਅਤੇ ਤਾਂ ਕਿ ਲੋਕਾਂ ਤੱਕ, ਬਾਹਰ ਹੋਰ ਦੁਨੀਆ ਤੱਕ ਪੰਜਾਬੀ ਸਿਨੇਮਾ ਪਹੁੰਚੇ, ਲੋਕ ਪੰਜਾਬੀ ਸਿਨੇਮੇ ਦੀ ਵੀ ਗੱਲ ਕਰਨ। ਹਾਂਜੀ, ਅਤੇ ਭਾਅ ਜੀ ਲਾਹੌਰੀਏ ਦਾ ਆਈਡੀਆ ਕਿਸ ਤਰ੍ਹਾਂ ਆਇਆ? ਜਿਸ ਦਿਨ ਦੀ ਫਿਲਮ ਅਨਾਊਂਸ ਹੋਈ ਹੈ ਮੈਂ ਤਾਂ ਬਹੁਤ ਐਕਸਾਈਟਿਡ ਹੋ ਗਿਆ ਸੀ, ਇਹ ਆਈਡੀਆ ਕਿਸ ਤਰ੍ਹਾਂ ਆਇਆ, ਸਕ੍ਰਿਪਟਿੰਗ ਅਤੇ ਸਾਰਾ ਥੋੜ੍ਹਾ ਸਾਨੂੰ ਦੱਸੋ। ਮੈਂ ਅੱਗੇ ਵੀ ਇੰਟਰਵਿਊ ਕੀਤੀ ਅਤੇ ਮੈਂ ਉਹਨੂੰ ਰਿਪੀਟ ਹੋਣ ਲੱਗ ਜਾਣੀ ਚੀਜ਼ਾਂ। ਐਕਚੁਲੀ ਇੱਕ ਤਾਂ ਸਾਡੇ ਪਿੰਡ 'ਚ ਲਾਹੌਰੀਏ ਰਹਿੰਦੇ ਸੀਗੇ, ਅੱਛਾ, ਬਚਪਨ 'ਚ ਉਹਨਾਂ ਦਾ ਸੁਣਦੇ ਸੀ ਲਾਹੌਰੀਆਂ ਦੇ ਘਰ, ਤੂੰ ਇੱਕ ਕਿਉਰਿਓਸਿਟੀ ਨਹੀਂ ਸੀ ਕੌਣ ਨਹੀਂ, ਅਤੇ ਦੂਜਾ ਜਦੋਂ ਲਵ ਪੰਜਾਬੀ ਸ਼ੂਟ ਚੱਲਦਾ ਸੀ ਨਾ ਸ਼ਹਿਰਾ ਡਾਲਾ, ਅਤੇ ਉਹ ਬਾਰਡਰ 'ਤੇ ਪੈਂਦਾ, ਅਤੇ ਉੱਥੇ ਅਸੀਂ ਬਾਰਡਰ ਵੇਖਦੇ ਸੀਗੇ, ਅੱਛਾ, ਅਤੇ ਬਾਰਡਰੋਂ ਉੱਧਰ ਵੇਖਦੇ ਸੀਗੇ, ਅਤੇ ਉਹ ਵੀ ਕੋਸ਼ਿਸ਼ ਹੁੰਦੀ ਸੀ ਵੀ ਕੋਈ ਘਰ ਵੇਖ ਜਾਵੇ, ਕੋਈ ਬੰਦਾ ਦੇਖ ਜਾਵੇ, ਸੋ ਉਹ ਇੱਕ ਲੱਗਿਆ ਆਪਣੇ ਆਪ ਨੂੰ ਕਿ ਕਿਉਰਿਓਸਿਟੀ ਹੈਗੀ ਹੈ। ਦੂਜਾ ਉੱਥੇ ਮੈਨੂੰ ਕਿਸੇ ਨੇ ਦੱਸਿਆ ਕਿ ਅਸੀਂ ਤਾਰਾਂ ਤੋਂ ਪਰੇ ਖੇਤੀ ਕਰਦੇ ਹਾਂ, ਅੱਛਾ, ਅਤੇ ਜਦੋਂ ਅਸੀਂ ਖੇਤੀ ਕਰਦੇ ਹਾਂ ਸਾਡੇ ਨਾਲ ਸਾਡੇ ਸਾਡੇ ਜਵਾਨ ਹੁੰਦੇ ਆ, ਅਤੇ ਉੱਧਰ ਉਹ ਲੋਕ ਆਪਣਾ ਖੇਤੀ ਕਰਦੇ ਆ, ਹਾਂਜੀ, ਸੋ ਬਹੁਤ ਨੇੜੇ ਹੁੰਦਾ, ਅੱਛਾ, ਸੋ ਇੱਕ ਦਿਨ ਦੇਖੋ, ਸੋ ਕਈ ਵਾਰੀ ਕੋਈ ਦੱਸਦਾ ਹੁੰਦਾ, ਕਈ ਵਾਰੀ ਨਾ ਤੁਹਾਨੂੰ ਵਾਜਾ ਹੀ ਮਾਰ ਲੈਂਦੇ, ਅੱਛਾ, ਜਿਵੇਂ ਤਾਂ ਫਿਲਮ ਸੀਨ ਆ ਜਾਂ ਚਾਹ ਪਿਆਈਏ, ਅੱਛਾ, ਉਹ ਬਸ ਉਦੋਂ ਮੈਨੂੰ ਲੱਗਿਆ ਕਿ ਉਹ ਗੱਲ, ਫਿਰ ਉਹ ਲਾਹੌਰੀਏ, ਫਿਰ ਕੁਝ ਕਨੈਕਸ਼ਨ, ਫਿਰ ਪਤਾ ਲੱਗਦਾ ਜਦੋਂ ਕਿ ਯਾਰ ਆਮ ਬੰਦਾ ਜਿਹੜਾ ਹੈ ਦੋਨਾਂ ਮੁਲਕਾਂ ਦਾ, ਉਹ ਬੜਾ ਆਮ ਹੈ, ਬੜਾ ਇੱਕੋ ਜਿਹਾ ਹੈ, ਕਿਉਂ ਨਾ ਉਹਨਾਂ ਲੋਕਾਂ ਦੀ ਗੱਲ ਕਰੀਏ ਜਿਹੜੇ ਇੱਕੋ ਜਿਹੇ ਨੇ, ਜਿਹਨਾਂ ਦੇ ਰਿਸ਼ਤੇ ਇੱਕੋ ਜਿਹੇ ਨੇ, ਮੇਰੇ ਖਿਆਲ 'ਚ ਉੱਧਰ ਵੀ ਸੱਸ ਨੂੰ ਉਹੋ ਜਿਹੀ ਹੈ, ਸੱਸ ਨੂੰ ਇੱਧਰ ਵੀ ਉਹੋ ਜਿਹੀ, ਉਹੋ ਜਿਹੀਆਂ ਗੱਲਾਂ ਕਰਕੇ ਇਕੱਠੇ ਕੀਤੇ ਆ। ਅੱਛਾ, ਅਤੇ ਭਾਅ ਜੀ ਤੁਸੀਂ ਫਿਲਮ ਦੇ ਜਿਹੜੇ ਕਰੈਕਟਰ ਡਿਜ਼ਾਇਨ ਕੀਤੇ ਨੇ ਸਾਰੇ ਬਹੁਤ ਹੀ ਸਿੰਪਲ ਅਤੇ ਕਿਊਟ ਜਿਹੇ ਕਰੈਕਟਰ ਨੇ, ਅਤੇ ਤੁਹਾਡੀ ਫਿਲਮਾਂ 'ਚ ਹਰ ਵਾਰੀ ਇਹੀ ਹੁੰਦਾ, ਤਾਂ ਹੀ ਸ਼ਾਇਦ ਆਈ ਥਿੰਕ ਲੋਕ ਉਹਨਾਂ ਨੂੰ ਜ਼ਿਆਦਾ ਰਿਲੇਟ ਕਰ ਪਾਉਂਦੇ ਨੇ ਆਪਣੇ ਨਾਲ, ਕਿਉਂਕਿ ਉਹ ਬਹੁਤ ਸਿੰਪਲ ਜਿਹੇ ਹੁੰਦੇ ਨੇ। ਕੀ ਕੋਈ ਖਾਸ ਧਿਆਨ ਦਿੰਦੇ ਹੋ ਕਿ ਕਰੈਕਟਰ ਜਿਹੜੇ ਹੋਣ ਲੋਕਾਂ ਦੇ ਦਿਲ ਦੇ ਨੇੜੇ ਹੋਣ, ਲੋਕਾਂ ਨੂੰ ਆਪਣੇ ਵਰਗੇ ਹੀ ਲੱਗਣ, ਇਸ ਚੀਜ਼ 'ਤੇ ਕੋਈ ਖਾਸ? ਡੈਫੀਨੇਟਲੀ ਜੀ, ਮੈਂ ਮੇਰੇ ਖਿਆਲ 'ਚ ਜੇ ਲਵ ਪੰਜਾਬ 'ਚ ਜਿਹੜੇ ਪੇਰੈਂਟਸ ਸੀਗੇ ਉਹ ਵੀ ਮੈਨੂੰ ਆਪਣੇ ਪੇਰੈਂਟਸ ਹੀ ਮੈਂ ਵੇਖੇ ਸੀਗੇ। ਅੱਛਾ, ਅਤੇ ਉਹ ਜਦੋਂ ਕੋਈ ਇਹੋ ਜਿਹਾ ਜਿਵੇਂ ਉਹਦੇ 'ਚ ਵੀ ਚਾਚਾ ਹੈ, ਹਾਂਜੀ, ਤੂੰ ਚਾਚਾ ਵੀ ਮੇਰਾ ਕੋਈ ਚਾਚਾ ਹੈ, ਅੱਛਾ, ਹੈ ਨਾ, ਸੇਮ ਰਿਸ਼ਤੇ ਇਸੇ ਲਈ ਸੌਖਾ ਵੀ ਹੋ ਜਾਂਦਾ ਕੰਮ, ਹਾਂਜੀ ਹਾਂਜੀ, ਬਿਕੋਜ਼ ਹੋਰ ਲੋਕ ਵੀ ਬੜੇ ਈਜ਼ੀਲੀ ਕਨੈਕਟ ਕਰਦੇ ਆ, ਅਤੇ ਉਹ ਨੂੰਹ ਇਹੋ ਜਿਹੀ ਹੁੰਦੀ ਆ, ਸੱਸ ਇਹੋ ਜਿਹੀ ਹੁੰਦੀ ਆ, ਇਹਦੇ 'ਚ ਇੱਕ ਡਿਫਰੈਂਟ
ਅੱਜ ਦੇ ਦੌਰ 'ਚ ਮਾਡਰਨ ਟਾਈਮ 'ਚ ਸਿਨੇਮਾ ਦੇ ਇੱਕ ਸਕ੍ਰਿਪਟ ਦੀ ਕਿੰਨੀ ਇੰਪੋਰਟੈਂਸ ਹੁੰਦੀ ਹੈ? ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਫਿਲਮਾਂ ਬਣਦੀਆਂ ਜਿਹਦੇ 'ਚ ਸਟਾਰਕਾਸਟ ਭਰ ਜਾਂਦੇ ਆ, ਸਟਾਰ ਪਾਵਰ ਹੋ ਜਾਂਦੀ ਹੈ, ਅੱਛੇ ਗਾਣੇ ਹੋ ਜਾਂਦੇ ਆ, 10-12 ਦਿਨ ਪ੍ਰਮੋਸ਼ਨ ਕਰ ਦਿੰਦੇ ਆ, ਅਤੇ ਸਕ੍ਰਿਪਟ ਦੀ ਅੱਜ ਦੇ ਦੌਰ 'ਚ ਕਿੰਨੀ ਕੁ ਇੰਪੋਰਟੈਂਸ ਹੈ? ਮੈਂ ਤੁਹਾਨੂੰ ਸਹੀ ਦੱਸਾਂ, ਸਾਡਾ ਸਾਰੀ ਟੀਮ ਦਾ ਪੂਰਾ ਜ਼ੋਰ ਸਿਰਫ ਇੱਕੋ ਚੀਜ਼ 'ਤੇ ਲੱਗਦਾ ਕਿ ਸਕ੍ਰਿਪਟ ਅੱਛਾ, ਅਸੀਂ ਸਿਰਫ ਥੋਟ 'ਤੇ ਕੰਮ ਕਰਦੇ ਕਿਉਂਕਿ ਥੋਟ ਕਰੈਕਟ ਹੈ, ਥੋਟ ਅੱਛਾ ਹੈ ਤਾਂ ਫਿਰ ਅਸੀਂ ਜੁੜਦੇ ਹਾਂ, ਫਿਰ ਅਸੀਂ ਹੋਰ ਚੀਜ਼ਾਂ ਜੋੜਦੇ ਹਾਂ। ਮੇਰੇ ਖਿਆਲ 'ਚ ਸਭ ਤੋਂ ਇੰਪੋਰਟੈਂਟ ਕੋਈ ਆਸਪੈਕਟ ਹੈ ਸਕ੍ਰਿਪਟ ਹੈ। ਕੋਈ ਫਿਲਮ ਜੇ ਚੱਲਦੀ ਹੈ ਤਾਂ ਉਹਦੀ ਵਜ੍ਹਾ ਸਕ੍ਰਿਪਟ ਹੁੰਦੀ ਹੈ, ਕੋਈ ਨਹੀਂ ਚੱਲਦੀ ਤਾਂ ਉਹਦੀ ਵਜ੍ਹਾ ਸਕ੍ਰਿਪਟ ਹੁੰਦੀ ਹੈ। ਅੱਛਾ, ਅਤੇ ਭਾਅ ਜੀ ਤੁਸੀਂ ਇਹ ਫਿਲਮ ਡਾਇਰੈਕਟ ਕੀਤੀ ਹੈ, ਅਤੇ ਜਦੋਂ ਤੁਸੀਂ ਅਨਾਊਂਸ ਕੀਤਾ ਸੀ ਕਿ ਡਾਇਰੈਕਟ ਕਰ ਰਹੇ ਹੋ ਤੁਸੀਂ, ਬਹੁਤ ਲੋਕਾਂ ਨੂੰ ਸਰਪ੍ਰਾਈਜ਼ ਲੱਗਿਆ ਸੀ, ਇੰਕਲੂਡਿੰਗ ਮੀ, ਕਿ ਭਾਅ ਜੀ ਇੰਨਾ ਕੁਛ ਕਿਵੇਂ ਵਰਕਲੋਡ ਮੈਨੇਜ ਕਰ ਪਾਓਗੇ, ਕਿਉਂਕਿ ਤੁਸੀਂ ਪ੍ਰੋਡਿਊਸ ਵੀ ਕੀਤੀ ਹੈ ਅਤੇ ਤੁਸੀਂ ਐਕਟ ਵੀ ਕਰ ਰਹੇ ਹੋ ਫਿਲਮ ਦੇ ਵਿੱਚ, ਤੁਸੀਂ ਸਾਰੀ ਸਟੋਰੀ, ਸਕਰੀਨ ਪਲੇ, ਡਾਇਲੋਗ ਅਤੇ ਡਾਇਰੈਕਸ਼ਨ ਕਿੱਦਾਂ ਮੈਨੇਜ ਕੀਤਾ ਸਾਰਾ? ਮੈਂ ਵੇਖੋ ਮੇਰਾ ਨਾਂ ਲੱਗਦਾ, ਮੇਰਾ ਨਾਂ ਹੋਰ ਬੜੀ ਦੁਨੀਆ, ਅੱਛਾ ਬੜੀ ਟੀਮ ਹੈ ਸਾਡੀ, ਸਾਰਿਆਂ ਨੇ ਮਿਲ ਕੇ ਹੀ ਇਹ ਪੋਸੀਬਲ ਹੋਇਆ ਜੀ। ਮੈਂ ਇਕੱਲੇ ਨੇ ਤਾਂ ਕੁਛ ਵੀ ਨਹੀਂ ਕੀਤਾ, ਅਤੇ ਜੋ ਡਾਇਰੈਕਸ਼ਨ ਟੀਮ ਵੀ ਹੈ, ਹਾਂਜੀ, ਉਹ ਵੀ ਸਾਰਿਆਂ ਨੇ, ਉਹਨਾਂ ਨੇ ਆਪਣਾ ਮੋਢਾ 'ਤੇ ਭਾਰ ਲਿਆ। ਪ੍ਰੋਡਕਸ਼ਨ ਟੀਮ ਆ, ਫਿਰ ਸਾਡੇ ਜਿਹੜੇ ਕਾਰਜ ਭਾਅ ਜੀ, ਅਮਰਿੰਦਰ ਭਾਅ ਜੀ, ਹੈ ਨਾ, ਇਹਨਾਂ ਦਾ ਸਹਿਯੋਗ ਹੈ, ਹਾਂਜੀ। ਸੋ ਮੈਨੂੰ ਤਾਂ ਕਿਤੇ ਪਤਾ ਹੀ ਨਹੀਂ ਲੱਗਿਆ, ਮੈਨੂੰ ਤਾਂ ਅਹਿਸਾਸ ਵੀ ਨਹੀਂ ਹੋਇਆ। ਭਾਅ ਜੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਥੋੜ੍ਹੀ ਜ਼ਿਆਦਾ ਹੀ ਰਿਸਪੋਂਸੀਬਿਲਟੀ ਹੈਗੀ ਇੰਨਾ ਸਾਰਾ ਕੁਛ ਇਕੱਠੇ ਕਰਕੇ? ਮੈਂ ਕਹਿੰਦਾ ਜੀ ਮੇਰਾ ਨਾਂ ਲੱਗਦਾ, ਬਾਕੀ ਬੜੀ ਟੀਮ ਹੈ, ਹਾਂਜੀ, ਬੜੇ ਲੋਕ ਨੇ, ਜਿਹੜੀ ਡਾਇਰੈਕਸ਼ਨ ਦੀ ਟੀਮ ਹੈ ਉਹਦੇ ਵਿੱਚ ਬੜੇ ਲੋਕ ਨੇ, ਪ੍ਰੋਡਕਸ਼ਨ ਟੀਮ ਹੈ, ਸਾਰਿਆਂ ਦੇ ਸਹਿਯੋਗ ਨਾਲ ਹੀ ਹੈ, ਹਾਂਜੀ। ਅਸਲ ਜਿਹੜੀ ਰਾਈਟਿੰਗ ਹੈ ਉਹ ਵੀ ਉਹ ਮੈਨੂੰ ਕਰਨੀ ਪੈਂਦੀ ਹੈ, ਬਟ ਉਹਦੇ ਵਿੱਚ ਵੀ ਭਾਅ ਜੀ ਅਮਰਿੰਦਰ ਭਾਅ ਜੀ ਹੈ, ਅਸੀਂ ਡਿਸਕਸ ਕਰਦੇ ਹਾਂ, ਫਿਰ ਕਾਰਜ ਭਾਅ ਜੀ ਨੇ ਜੋ ਸਾਰਾ, ਜਿਨ੍ਹਾਂ ਨੇ ਸਾਰਾ ਹੈਂਡਲ ਕੀਤਾ ਹੈ, ਹਾਂਜੀ। ਸੋ ਸਾਰਾ ਇੱਕ ਟੀਮ ਵਰਕ ਹੈ ਜੀ। ਅੱਛਾ, ਅਤੇ ਅਮਰਿੰਦਰ ਭਾਅ ਜੀ ਨਾਲ ਹੁਣ ਤੁਸੀਂ 6 ਫਿਲਮਾਂ ਕਰ ਗਏ ਹੈ, ਆਈ ਥਿੰਕ ਹੈਪੀ ਗੋ ਗੱਕੀ, ਹੈਪੀ ਗੋ ਗੱਕੀ ਤੋਂ ਲੈ ਕੇ ਹੁਣ ਤੱਕ 6 ਕਰ ਗਈਆਂ, ਅਤੇ ਬੋਂਡਿੰਗ ਓਵਰ ਦਾ ਟਾਈਮ ਕਿੱਦਾਂ ਚੇਂਜ ਹੋਈ ਹੈ, ਕਿੰਨਾ ਕੁ ਜ਼ਿਆਦਾ ਪਿਆਰ ਵਧਿਆ ਹੈ, ਕੀ ਹੁਣ ਹੋਇਆ? ਸੇਮ ਹੀ ਹੈ ਕੁਛ, ਅੱਛਾ, ਐਸਾ ਨਹੀਂ ਕਿ, ਮੇਰੇ ਖਿਆਲ 'ਚ ਅਸੀਂ ਪਹਿਲੇ ਦਿਨ ਵੀ ਉਨੇ ਇੱਕ ਦੂਜੇ ਨੂੰ ਸਮਝ ਗਏ ਸੀਗੇ। ਅੱਛਾ, ਅਤੇ ਆਈ ਡੋਨਟ ਨੋ, ਆਈ ਥਿੰਕ ਪੰਜਾਬੀ ਸਿਨੇਮੇ ਦੀ ਕਾਫੀ ਲੰਬੀ ਜੋੜੀ ਹੈ, ਪਾਰਟਨਰਸ਼ਿਪ ਜਿਹਨੂੰ ਆਪਾਂ ਕਹਿੰਦੇ ਹਾਂ ਵੀ, ਅਤੇ ਇਹਦਾ ਸਾਰਾ ਜਿਹੜਾ ਸ਼੍ਰੇਅ ਹੈ ਜਾਂ ਸਾਰਾ ਜਿਹੜਾ ਸ਼੍ਰੇਅ ਤਾਂ ਨਹੀਂ, ਕੀ ਪੰਜਾਬੀ 'ਚ ਕਹਾਂਗੇ ਪਤਾ ਨਹੀਂ, ਪੰਜਾਬੀ 'ਚ ਇਹਨੂੰ ਕ੍ਰੈਡਿਟ ਕਹਿ ਦਈਏ, ਹਾਂ ਕ੍ਰੈਡਿਟ ਕਹਿ ਦਿਓ, ਇਹਦਾ ਸਾਰਾ ਜਿਹੜਾ ਕ੍ਰੈਡਿਟ ਅਮਰਿੰਦਰ ਭਾਈ ਜਾਂਦਾ ਜੀ। ਅੱਛਾ, ਉਹ ਕਾਫੀ ਸੁਲਝੇ ਹੋਏ ਨੇ, ਕਾਫੀ ਸਿਆਣੇ ਆ, ਸੋ ਉਹ ਬਹੁਤ ਚੀਜ਼ਾਂ ਹੈਂਡਲ ਕਰਦੇ। ਅੱਛਾ, ਅਤੇ ਭਾਅ ਜੀ ਹੁਣ ਜੇ ਆਪਾਂ ਗੱਲ ਕਰੀਏ ਲਾਹੌਰੀਏ ਦੇ ਮਿਊਜ਼ਿਕ ਦੀ, ਕਾਫੀ ਟਾਈਮ ਬਾਅਦ ਮੇਰੇ ਖਿਆਲ ਕੋਈ ਐਲਬਮ ਆਈ ਹੈ ਜਿਹਦੇ ਸਾਰੇ ਦੇ ਸਾਰੇ ਗਾਣੇ ਰਿਪੀਟ ਗਾ ਕੇ ਸੁਣਨ ਵਾਲੇ ਆ, ਅਤੇ ਕੀ ਕਹਿਣਾ ਚਾਹੋਗੇ ਮਿਊਜ਼ਿਕ ਬਾਰੇ, ਕਿੰਨਾ ਕੁ ਖਾਸ ਮਿਊਜ਼ਿਕ 'ਤੇ ਤੁਸੀਂ ਧਿਆਨ ਦਿੱਤਾ? ਅਤੇ ਬਹੁਤ ਧਿਆਨ ਦਿੱਤਾ ਜੀ, ਬਿਕੋਜ਼ ਇਹਦੇ 'ਚ ਸ਼ਾਹ ਜੀ, ਜਤਿੰਦਰ ਸ਼ਾਹ ਜੀ, ਅਮਰਿੰਦਰ ਭਾਅ ਜੀ, ਹੈ ਨਾ, ਸਾਰੀ ਪੂਰੀ ਟੀਮ ਜਿਹੜੀ ਆ ਮਿਲ ਕੇ ਬਹੁਤ ਕੰਮ ਕੀਤਾ। ਐਕਚੁਲੀ ਅਮਰਿੰਦਰ ਭਾਅ ਜੀ ਦੀ ਕੋਸ਼ਿਸ਼ ਸੀਗੀ ਕਿ ਯਾਰ ਮੈਂ ਇਸ ਵਾਰ ਬਹੁਤ ਅੱਛਾ ਮਿਊਜ਼ਿਕ ਕਰਨਾ ਚਾਹੁੰਦਾ, ਹਾਂਜੀ, ਕਿ ਲੋਕਾਂ ਨੂੰ ਨਾ ਮੇਰੀ ਇੱਕ ਐਲਬਮ ਦੀ ਵੇਟ ਹੈ ਕਾਫੀ ਟਾਈਮ ਤੋਂ, ਹਾਂਜੀ, ਅਤੇ ਮੈਂ ਚਾਹੁੰਦਾ ਕਿ ਫਿਲਮ ਦੇ ਨਾਲ ਨਾਲ ਉਹ ਐਲਬਮ ਦੀ ਭੁੱਖ ਵੀ ਲੋਕਾਂ ਦੀ ਕਿਤੇ ਨਾ ਕਿਤੇ ਮੈਂ ਸ਼ਾਂਤ ਕਰਾਂ, ਹਾਂਜੀ। ਸੋ ਉਹਨਾਂ ਨੇ ਪੂਰਾ ਜ਼ੋਰ ਲਾਇਆ ਜੀ, ਬਾਕੀ ਜਿੰਨੇ ਲਿਰਿਸਿਸਟ ਆ ਸਭ ਨੇ ਕਮਾਲ ਲਿਖਿਆ ਜੀ, ਦੀਪ ਸਿੰਘ, ਹਰਮਨਜੀਤ, ਮਨਹੁੰਦਰ, ਹੋਰ ਵੀ ਜਿੰਨੇ ਆਪਣਾ ਫਤਿਹ ਸ਼ੇਰ ਗਿੱਲ ਹੈ, ਸਾਧਪੁਰੀ, ਸੁਰਿੰਦਰ ਸਾਧਪੁਰੀ ਜੀ ਨੇ ਅੱਖਰ ਗਾਣਾ ਲਿਖਿਆ, ਹਾਂਜੀ, ਸੋ ਸਾਰੀ ਟੀਮ ਨੇ ਬੜਾ ਸੁਣਾ ਕਰਨਾ। ਅਤੇ ਭਾਅ ਜੀ ਹੁਣ ਆਪਾਂ ਗੱਲ ਕਰਦੇ ਹਾਂ ਅਮਰਿੰਦਰ ਗਿੱਲ ਅਤੇ ਸਰਗੁਣ ਮਹਿਤਾ ਦੀ ਕੈਮਿਸਟਰੀ ਬਾਰੇ। ਸਰਗੁਣ ਹਮੇ ਜਿੱਥੇ ਅਵਾਰਡ ਮਿਲਦਾ ਹਰ ਥਾਂ ਤੁਹਾਨੂੰ ਕ੍ਰੈਡਿਟ ਦਿੰਦੇ ਹੋ, ਉਹਨੇ ਫਿਲਮ ਫੇਅਰ ਅਤੇ ਪੀ ਟੀ ਸੀ ਅਵਾਰਡਸ 'ਤੇ ਹਰ ਥਾਂ ਤੁਹਾਨੂੰ ਕ੍ਰੈਡਿਟ ਦਿੰਦੇ ਹੋ, ਤੁਸੀਂ ਸਰਗੁਣ ਨੂੰ ਲੈ ਕੇ ਆਏ ਹੋ ਪੰਜਾਬੀ ਸਿਨੇਮੇ 'ਚ, ਅਤੇ ਕੀ ਕਹਿਣਾ ਚਾਹੋਗੇ ਅਮਰਿੰਦਰ ਭਾਅ ਜੀ ਅਤੇ ਸਰਗੁਣ ਦੀ ਕੈਮਿਸਟਰੀ ਬਾਰੇ? ਦੋਨੇ ਬੜੇ ਸ਼ਾਨਦਾਰ ਇਨਸਾਨ ਵੀ ਨੇ, ਪਹਿਲੀ ਗੱਲ ਤਾਂ ਪਹਿਲਾਂ ਤੁਹਾਡਾ ਉਹ ਬੜਾਉਣਾ ਜ਼ਰੂਰੀ ਹੈ, ਹਾਂਜੀ। ਸਰਗੁਣ ਵੀ ਨਾ ਉਹ ਬੜੀ ਆਰਟਿਸਟ ਤਾਂ ਹੈ ਹੀ, ਉਹਦੇ ਚਲੋ ਕੈਮਰੇ ਸਾਹਮਣੇ ਆ, ਅਦਰਵਾਈਜ਼ ਉਹਨੇ ਆਪਣੇ ਆਪ 'ਤੇ ਮਿਹਨਤ ਕਰਨਾ, ਕੰਮ ਕਰਨਾ, ਕਰੈਕਟਰ 'ਤੇ ਕੰਮ ਕਰਨਾ, ਉਹਨੇ ਲੱਗੇ ਹੀ ਰਹਿਣਾ। ਮੈਂ ਪਹਿਲਾਂ ਕਿਸੇ ਇੰਟਰਵਿਊ 'ਚ ਕਿਹਾ ਸੀ ਕਿ ਯਾਰ ਜੇ ਉਹ ਤਾਂ 7 ਵਜੇ ਸ਼ੂਟ ਹੈ ਨਾ, ਹਾਂਜੀ, ਤਾਂ ਉਹਨੇ 7:30 ਉੱਠ ਕੇ ਪਹਿਲਾਂ ਆਪਣਾ ਵਰਕਆਊਟ ਕਰਨਾ। ਅੱਛਾ, ਇੰਨੀ ਡੈਡੀਕੇਸ਼ਨ ਉਹਦੇ 'ਚ। ਸੋ ਇਸ ਡੈਡੀਕੇਸ਼ਨ ਵਾਲੇ ਬੰਦੇ ਜਦੋਂ ਤੁਹਾਡੇ ਨਾਲ ਜੁੜਦੇ ਆ, ਤੁਹਾਨੂੰ ਵੀ ਕੰਮ ਕਰਨ ਦਾ ਫਿਰ ਚੈਲੰਜ ਮਿਲਦਾ ਯਾਰ, ਇੱਕ ਬੰਦਾ ਜਿਹੜਾ ਇੰਨੀ ਮਿਹਨਤ ਕਰਦਾ ਉਹਨੂੰ ਤੁਹਾਨੂੰ ਕੁਝ ਨਾ ਕੁਝ ਐਸਾ ਕਰਨਾ ਪੈਣਾ ਕਿ ਬੰਦਾ ਜਦੋਂ ਫਿਲਮ ਆਵੇ ਤਾਂ ਖੁਸ਼ ਹੋਵੇ। ਅੱਛਾ, ਸੇਮ ਅਮਰਿੰਦਰ ਭਾਅ ਜੀ, ਹਾਂਜੀ, ਉਹ ਦੇਖਦੇ ਘੱਟ ਹੈ, ਮਿਹਨਤ ਕਰਦੇ, ਬਟ ਅਸੀਂ ਕਿਉਂਕਿ ਪਹਿਲਾਂ ਹੀ ਬਹੁਤ ਡਿਸਕਸ ਕਰ ਚੁੱਕੇ ਹੁੰਦੇ ਹਾਂ, ਉਹ ਸਾਰੀਆਂ ਚੀਜ਼ਾਂ ਇੱਕ ਹੈ ਨਾ ਇਨਵੋਲਵ ਹੋ ਚੁੱਕੇ ਹੁੰਦੇ ਆ, ਹਾਂਜੀ, ਅਤੇ ਜਦੋਂ ਸੈੱਟ 'ਤੇ ਜਾਂਦੇ ਆ ਅਤੇ ਕਰਦੇ ਆ, ਜਿਵੇਂ
ਡਿਸਕਸ ਹੋ ਗਈਆਂ ਗੱਲਾਂ ਨਾ ਹਾਂਜੀ ਹਾਂਜੀ ਸੋ ਔਰ ਦੋਨਾਂ ਦੀ ਕੈਮਿਸਟਰੀ ਇਸ ਲਈ ਅੱਛੀ ਹੈ ਕਿ ਉਹੀ ਗੱਲ ਹੈ ਕਿ ਦੋਨੇ ਹੀ ਆਪਣੇ ਆਪਣੇ ਕਰੈਕਟਰ ਨੂੰ ਜਿਉਣਾ ਚਾਹੁੰਦੇ ਆ ਅੱਛਾ ਸੋ ਆਪਣੇ ਆਪ ਸਾਹਮਣੇ ਵਧੀਆ ਆ ਜਾਂਦਾ ਅੱਛਾ ਅਤੇ ਭਾਅ ਜੀ ਜੇ ਤੁਸੀਂ ਕਰੈਕਟਰ ਇਹਨਾਂ ਨੂੰ ਲਿਖਣੇ ਹੋ ਜਿਵੇਂ ਪ੍ਰਗਟ ਅਤੇ ਜੈਸਿਕਾ ਹੋ ਗਏ ਜਾਂ ਕੀਕਰ ਅਤੇ ਅਮੀਰਾਂ ਹੋ ਗਏ ਜਾਂ ਗੇਜਾ ਅਤੇ ਧਨਕੌਰ ਕੀ ਪਹਿਲਾਂ ਹੀ ਦਿਮਾਗ 'ਚ ਆਰਟਿਸਟ ਹੁੰਦਾ ਹੈ ਕਿ ਕਰੈਕਟਰ ਲਿਖਣ ਤੋਂ ਬਾਅਦ ਆਰਟਿਸਟ ਫਾਈਨਲ ਕਰਨੇ ਹੋ ਮੈਂ ਬਿਲਕੁਲ ਟਰੂ ਜਵਾਬ ਦੂੰਗਾ ਜੀ ਅੰਗਰੇਜ਼ ਟਾਈਮ ਅਮਰਿੰਦਰ ਭਾਅ ਜੀ ਮੇਰਾ ਦਿਮਾਗ ਸੀ ਅੱਛਾ ਦਿਮਾਗ 'ਚ ਨਹੀਂ ਸੀ ਅੱਛਾ ਉਹ ਕਾਸਟਿੰਗ ਹੋਈ ਬਾਅਦ 'ਚ ਉਹ ਜਦੋਂ ਕੱਪੜੇ ਪਾ ਕੇ ਜਦੋਂ ਡਰੈਸ ਅਪ ਹੋ ਕੇ ਸੈੱਟ 'ਤੇ ਆਈ ਸੀਗੀ ਅੱਛਾ ਅਤੇ ਮੈਂ ਉਹਨੂੰ ਵੇਖਿਆ ਸੀ ਮੈਂ ਅਮਰਿੰਦਰ ਭਾਅ ਜੀ ਨੂੰ ਉਸ ਟਾਈਮ ਗਿਆ ਸੀ ਮੈਂ ਕਿਹਾ ਭਾਅ ਜੀ ਧਨਕੌਰ ਮਿਲ ਗਈ ਅੱਛਾ ਇਹ ਧਨਕੌਰ ਹੀ ਲੱਗੀ ਅੱਛਾ ਅਤੇ ਉਹ ਇੱਕ ਗੱਲ ਹੈ ਫਿਰ ਜੈਸਿਕਾ ਅਤੇ ਆਪਣਾ ਪ੍ਰਗਟ ਪ੍ਰਗਟ ਇਹ ਮੈਂ ਸੋਚ ਕੇ ਲਿਖੀ ਅੱਛਾ ਅੱਛਾ ਠੀਕ ਹੈ ਅਤੇ ਭਾਅ ਜੀ ਹੁਣ ਆਪਾਂ ਗੱਲ ਜਾਂਦੇ ਹਾਂ ਤੁਹਾਡੀ ਐਕਟਿੰਗ ਬਾਰੇ ਤਫੀਕ ਨੇ ਤਾਂ ਯਾਰ ਕਮਾਲ ਕਰਤਾ ਅਤੇ ਵੀ ਸਕਰੀਨ 'ਤੇ ਬਹੁਤ ਸ਼ਰਾਰਤੀ ਕਰੈਕਟਰ ਪਲੇ ਕੀਤਾ ਤੁਸੀਂ ਜਿਵੇਂ ਉਹਨੇ ਹਰ ਗੱਲ 'ਚ ਟਿਚਰ ਕਰਨੀ ਹੈ ਅਤੇ ਤਾਨਾਸ਼ਾਹੀ ਥੋੜ੍ਹੀ ਕਰਨੀ ਹੈ ਗੋਸ਼ਤ ਨਹੀਂ ਮਿਲਿਆ ਇੰਨੇ ਦਿਨ ਹੋ ਗਏ ਅਤੇ ਕਿ ਅਸਲ ਲਾਈਫ 'ਚ ਕਿਸ ਤਰ੍ਹਾਂ ਦੇ ਹੋ ਤੁਸੀਂ ਕਰੈਕਟਰ ਦਾ ਆਫ ਪੰਜਾਬ 'ਚ ਬੜਾ ਫਨੀ ਪਲੇ ਕੀਤਾ ਸੀ ਮੈਂ ਅਸਲ 'ਚ ਲਾਈਫ 'ਚ ਸੀਰੀਅਸ ਹੈਗਾ ਬਟ ਮੈਂ ਕੰਮ ਨੂੰ ਲੈ ਕੇ ਸੀਰੀਅਸ ਹਾਂ ਅੱਛਾ ਅਦਰਵਾਈਜ਼ ਮੈਂ ਸੀਰੀਅਸ ਨਹੀਂ ਅੱਛਾ ਅਦਰਵਾਈਜ਼ ਮਜ਼ਾਕੀ ਹਾਂ ਮੈਨੂੰ ਸਿਰਫ ਕੰਮ ਨਾਲ ਕੰਮ ਦੇ ਟਾਈਮ ਮੈਂ ਬਹੁਤ ਸੀਰੀਅਸ ਹਾਂ ਉਹ ਹੈਗਾ ਉਹ ਹੋਣਾ ਵੀ ਅਦਰਵਾਈਜ਼ ਮੈਨੂੰ ਕੋਈ ਮਿਲੇ ਤਾਂ ਉਹ ਮਾਰ ਹੀ ਨਹੀਂ ਸਕਦਾ ਕਿ ਅੱਛਾ ਇਹਨੇ ਲਿਖੀਆਂ ਨਹੀਂ ਫਿਲਮਾਂ ਅੱਛਾ ਮਤਲਬ ਬੜੇ ਸਿੰਪਲ ਹਾਂ ਹਾਂ ਅੱਛਾ ਅਤੇ ਭਾਅ ਜੀ ਹੁਣ ਆਪਾਂ ਤੁਸੀਂ ਅਬੋਹਰ ਦੇ ਰਹਿਣ ਵਾਲੇ ਹਾਂ ਅਤੇ ਅਬੋਹਰ ਤੋਂ ਬੰਬੇ ਤੱਕ ਦੀ ਜਰਨੀ ਕਿੱਦਾਂ ਬੜੀ ਲੰਬੀ ਜਰਨੀ ਜੀ ਹਾਂਜੀ ਕਈ 100 ਕਿਲੋਮੀਟਰ ਦੀ ਜਰਨੀ ਹਾਂਜੀ ਨਹੀਂ ਤਾਂ ਤੁਹਾਡੀ ਕਿੱਦਾਂ ਤੈਅ ਕੀਤੀ ਤੁਸੀਂ ਕਿੱਦਾਂ ਮਤਲਬ ਮੈਂ ਪਹਿਲਾਂ ਪਟਿਆਲੇ ਚੱਲ ਗਿਆ ਸੀ ਪੰਜਾਬੀ ਨਹੀਂ ਸੀ ਪਟਿਆਲਾ ਹਾਂਜੀ ਅਤੇ ਉੱਥੋਂ ਥੀਏਟਰ ਡਿਪਾਰਟਮੈਂਟ 'ਚੋਂ ਐਮਏ ਕੀਤੀ ਪਹਿਲਾਂ ਮੈਂ ਅਬੋਹਰ ਨਾਟਕ ਕਰਦਾ ਰਹੀ ਅੱਛਾ ਅਤੇ ਫਿਰ ਉੱਥੋਂ ਐਮਏ ਕਰਕੇ ਮੈਂ ਬੰਬੇ ਚਲੇ ਗਿਆ ਅੱਛਾ ਬੜੀ ਲੰਬੀ ਜਰਨੀ ਵਾਕਈ ਉਹ ਬੜਾ ਟਾਈਮ ਸੀਗਾ ਹਾਂਜੀ ਜਦ ਤੱਕ ਕੁਝ ਨਹੀਂ ਤੁਹਾਡਾ ਹੁੰਦਾ ਤੇ ਬਟ ਮੈਂ ਕਦੇ ਡਰਿਆ ਨਹੀਂ ਸੀ ਇਸ ਮਾਹੌਲ ਤੋਂ ਜਾਂ ਮੈਨੂੰ ਕਦੇ ਲੱਗਿਆ ਮੈਂ ਸਟਰਗਲਰ ਆ ਜਾਂ ਮੈਂ ਕਦੇ ਕੋਈ ਪੇਨ 'ਚ ਨਹੀਂ ਗਿਆ ਮੈਨੂੰ ਹਮੇਸ਼ਾ ਹੀ ਸਵਾਦ ਹੀ ਆਇਆ ਮੈਨੂੰ ਕਿਉਂਕਿ ਤੁਸੀਂ ਪਹਿਲਾਂ ਆਈ ਥਿੰਕ ਟੀਵੀ ਵੀ ਕਾਫੀ ਕਰ ਰਹੇ ਸੀ ਕਾਮੇਡੀ ਸਰਕਸ ਹਾਂ ਮੈਂ ਇਹ ਜਿਹੜੀ ਜਰਨੀ ਸ਼ੁਰੂ ਹੋਈ ਮੇਰੀ ਇਹ ਦੋ ਮਤਲਬ ਜਿਹੜਾ 4 ਪੈਸੇ ਆਉਣ ਲੱਗੇ ਆ ਇਹ 10 'ਚ ਹੋਇਆ ਸ਼ੁਰੂ ਅੱਛਾ ਉਸ ਤੋਂ ਪਹਿਲਾਂ ਬੜੀ ਸਟਰਗਲ ਕੀਤੀ ਹੈ ਅੱਛਾ ਅਤੇ ਕਾਮੇਡੀ ਸਰਕਸ ਨੇ ਬੜਾ ਕੁਛ ਦਿੱਤਾ ਜੀ ਬੜਾ ਉਹਨੇ 4 ਸਾਲ ਲਿਖਿਆ ਮੈਂ ਉਹਨੂੰ ਹਾਂਜੀ ਉਹਨੇ ਮੇਰੇ ਪੈਰ ਲਾਏ ਹਾਂਜੀ ਬੰਬੇ ਸ਼ਹਿਰ 'ਚ ਰੁਜ਼ਗਾਰ ਦਿੱਤਾ ਅਤੇ ਨਾਲ ਹੀ ਫਿਰ ਇੱਧਰ ਪੰਜਾਬੀ ਫਿਲਮਾਂ ਸ਼ੁਰੂ ਹੋ ਗਈਆਂ ਸੀ ਹਾਂਜੀ ਹਾਂਜੀ ਤੁਸੀਂ ਆਈ ਥਿੰਕ ਜੱਟ ਐਂਡ ਜੋਗੀਆ 2 ਤੋਂ ਸ਼ੁਰੂ ਕੀਤਾ ਸੀ ਕਿ ਸਿੰਗ ਵਰਸਸ ਸਕੁਆਡ ਸਿੰਗ ਵਰਸਸ ਸਕੁਆਡ ਸਿੰਗ ਵਰਸਸ ਸਕੁਆਡ ਠੀਕ ਅਤੇ ਭਾਅ ਜੀ ਮੈਂ ਪਹਿਲਾਂ ਉਸ ਤੋਂ ਲਿਖੀ ਸੀ ਚੱਕ ਦੇ ਫੱਟੇ ਅੱਛਾ ਅੱਛਾ ਉਹ ਅਸੀਂ ਮੈਂ ਅਤੇ ਨਰੇਸ਼ ਕਦੂਰੀ ਨੇ 2007 'ਚ ਲਿਖੀ ਸੀ 8 'ਚ ਆਈ ਸੀ ਸ਼ਾਇਦ ਹਾਂਜੀ ਹਾਂਜੀ ਅਤੇ ਉਹ ਮੈਂ ਇੱਕ ਹੋਰ ਕਿਸੇ ਇੰਟਰਵਿਊ 'ਚ ਉਹ ਹਾਦਸਾ ਸ਼ੇਅਰ ਕੀਤਾ ਕਿ ਉਹ ਜਦੋਂ ਆਈ ਤਾਂ ਫਿਲਮ ਚੱਲੀ ਨਹੀਂ ਹਾਂਜੀ ਪਰ ਫਿਲਮ ਬਹੁਤ ਅੱਛੀ ਸੀ ਮਤਲਬ ਪੰਜਾਬ ਬੰਬੇ ਜਿਨ੍ਹਾਂ ਨੇ ਵੇਖੀ ਸੀ ਨਾ 50-60 ਜਾਣੇ ਨੇ ਥੀਏਟਰ 'ਚ ਅਤੇ ਲੋਕ ਕਹਿੰਦੇ ਤਾਲੀਆਂ ਮਾਰ ਮਾਰ ਹਾਸਾ ਬਹੁਤ ਫਨੀ ਮੂਵੀ ਸੀ ਔਰ ਬਾਅਦ 'ਚੋਂ ਯੂਟਿਊਬ 'ਤੇ ਬੜੀ ਫੇਮਸ ਹੋਈ ਹੈ ਚੱਕ ਦੇ ਫੱਟੇ ਅੱਛਾ ਤੁਸੀਂ ਉਸ ਟਾਈਮ ਨਹੀਂ ਚੱਲੀ ਸਾਨੂੰ ਸ਼ੌਕ ਲੱਗ ਗਿਆ ਅੱਛਾ ਹੁੰਦਾ ਨਹੀਂ ਛੋਟੇ ਬੱਚੇ ਵੀ ਯਾਰ ਇਹ ਕੀ ਹੋ ਗਿਆ ਇੰਨੀ ਮਿਹਨਤ ਔਰ ਇੰਨੀ ਐਪਰੀਸੀਏਸ਼ਨ ਫਿਰ ਅਸੀਂ ਦੱਸਿਆ ਮੈਂ ਜਿਵੇਂ ਸੈਕਟਰ 17 ਦੇ ਵਿੱਚ ਅਸੀਂ 2-3 ਬੰਦੇ ਨਾਲ ਲੈ ਕੇ ਅੱਛਾ ਉਹਨਾਂ ਨੂੰ ਫੱਟੀਆਂ 'ਚ ਕਹੀਆਂ ਹੋਈਆਂ ਅਤੇ ਅਸੀਂ ਲੋਕਾਂ ਸਾਹਮਣੇ ਕਰਦੇ ਸੀ ਭਾਈ ਚੱਕ ਦੇ ਫੱਟੇ ਭਾਈ ਚੱਕ ਦੇ ਫੱਟੇ ਲੱਗੇ ਅੱਛਾ ਕੋਈ ਸਾਡੀ ਸੁਣ ਨਹੀਂ ਰਿਹਾ ਸੀ ਅੱਛਾ ਅਤੇ ਅਸੀਂ ਮਤਲਬ ਬਠਿੰਡੇ ਵੀ ਅਸੀਂ ਜੌਂਗਾ ਕਰਾ ਕੇ ਨਾ ਪਿੰਡਾਂ 'ਚ ਹੋ ਕੇ ਦਿੱਤੇ ਵੀ ਚੱਕ ਦੇ ਫੱਟੇ ਤੁਹਾਡੇ ਨੇੜੇ ਸਿਨੇਮਾ ਘਰਾਂ ਦੇ ਵਿੱਚ ਅੱਛਾ ਅੱਛਾ ਅਤੇ ਭਾਅ ਜੀ ਇੰਨੇ ਜੋਕਸ ਲਿਖੀਏ ਇੰਨੇ ਪੰਚ ਲਿਖੀਏ ਇਹ ਕਿੱਥੋਂ ਆਉਂਦੇ ਖਤਮ ਨਹੀਂ ਹੁੰਦੇ ਕਦੇ ਪਤਾ ਨਹੀਂ ਮੇਰੇ ਖਿਆਲ 'ਚ ਇਹ ਕੋਈ ਐਕਚੁਲੀ ਸਿਚੁਏਸ਼ਨ ਹਰ ਵਾਰੀ ਜੇ ਕੋਈ ਸਿਚੁਏਸ਼ਨ ਨਵੀਂ ਬਣਦੀ ਤਾਂ ਆਪਣੇ ਆਪ ਕੁਝ ਪੰਚ ਨਾ ਲੈ ਕੇ ਆਉਂਦੀ ਸੋਚ ਕੇ ਵੀ ਨਹੀਂ ਕਦੇ ਹੁੰਦੇ ਜਾਂ ਮੈਂ ਕਦੇ ਬੈਠ ਕੇ ਪੰਚ ਨਹੀਂ ਲਿਖਦਾ ਉਹ ਜਿਵੇਂ ਸਿਚੁਏਸ਼ਨ ਉਹ ਵੀ ਬਣ ਪਾਉਂਦਾ ਅੱਛਾ ਇਹ ਸਿਚੁਏਸ਼ਨ ਦੇ ਅਤੇ ਭਾਅ ਜੀ ਹੁਣ ਤੁਸੀਂ ਹਰ ਵਾਰੀ ਜਦੋਂ ਇੱਕ ਫਿਲਮ ਲੈ ਕੇ ਆਉਂਦੇ ਹੋ ਸ਼ਾਂਤੀ ਨਾਲ ਕੰਮ ਕਰਦੇ ਹੋ ਫਿਲਮ ਬਣਾਉਂਦੇ ਹੋ ਸਿਨੇਮਿਆਂ ਜਦੋਂ ਰਿਲੀਜ਼ ਹੋ ਜਾਂਦੀ ਹੈ ਇੱਕੋ ਦਮ ਰੌਲਾ ਪੈ ਜਾਂਦਾ ਰਸ਼ ਹੋ ਜਾਂਦਾ ਅਤੇ ਹਰ ਵਾਰੀ ਤੁਸੀਂ ਬਾਹਰ ਰੇਜ਼ ਕਰ ਦਿੰਦੇ ਹੋ ਵਾਟ ਨੈਕਸਟ ਆਫਟਰ ਯੂ ਕੀ ਕਹਿਣਾ ਇਸ ਤੋਂ ਐਕਚੁਲੀ ਅਸੀਂ ਵਾਕਈ ਸੋਚ ਰਹੇ ਹਾਂ ਹੁਣ ਕੀ ਅੱਛਾ ਹੁਣ ਕਿਉਂਕਿ ਇੰਨਾ ਪਿਆਰ ਇੰਨੀ ਐਕਸੈਪਟੈਂਸ ਇੱਕ ਨਵੀਂ ਇੱਕ ਡਿਫਰੈਂਟ ਚੀਜ਼ ਨੂੰ ਇੰਨਾ ਜ਼ਿਆਦਾ ਐਕਸੈਪਟ ਕੀਤਾ ਗਿਆ ਕਿ ਸਾਡੇ 'ਤੇ ਭਾਰ ਹੋਰ ਵੱਧ ਗਿਆ ਸਾਡੀ ਚੈਲੰਜ ਇਹ ਹੋ ਜਾਂਦਾ ਕਿ ਸਾਨੂੰ ਕਮਰਸ਼ੀਅਲ ਦੇ ਨਾਲ ਨਾਲ ਕੋਈ ਗੱਲ ਕਹਿਣੀ ਹੀ ਪੈਣੀ ਹੈ ਹਾਂਜੀ ਇੱਕੋ ਐਕਸਪੈਕਟੇਸ਼ਨ ਜਿਹੜੀ ਹੈ ਨਾ ਕਿ ਲੋਕ ਕਹਿੰਦੇ ਯਾਰ ਕੁਝ ਬੰਦੇ ਸਿਨੇਮਾ ਡਿਫਰੈਂਟ ਕਰ ਰਹੇ ਆ ਕੁਝ ਮੀਨਿੰਗਫੁਲ ਸਿਨੇਮਾ ਕਰ ਰਿਹਾ ਔਰ ਨਾਲ ਤੁਹਾਨੂੰ ਐਂਟਰਟੇਨ ਕਰਦੇ ਆ ਹਾਂਜੀ ਸਿਰਫ ਇੱਕ ਤਰ੍ਹਾਂ ਸਿਨੇਮਾ ਨਹੀਂ ਕਰਦੇ ਨਾ ਸਿਰਫ ਐਂਟਰਟੇਨ ਕਰਦੇ ਨਾ ਸਿਰਫ ਔਰ ਸਿਰਫ ਮੀਨਿੰਗ ਇਹ ਦੋਨਾਂ ਦਾ ਮਿਕਸਚਰ ਔਰ ਮੈਂ ਇਸ ਦਾ ਬੜਾ ਚਾਹਵਾਂ ਕਿ
ਉਹ ਤਾਂ ਫੈਕਟ ਹੈਗਾ, ਬਟ ਉਹਦਾ ਬਹੁਤ ਵੱਡਾ ਫੈਕਟ ਪੈਂਦਾ ਹੈ ਨਾ, ਜ਼ਿਆਦਾ ਲੋਕ ਵੇਖਣਗੇ, ਜ਼ਿਆਦਾ ਤੁਹਾਡੀ ਸੋਚ ਨੂੰ ਸਮਝਣਗੇ, ਜ਼ਿਆਦਾ ਖੁਸ਼ ਹੋਣਗੇ। ਅੱਛਾ, ਅਤੇ ਭਾਅ ਜੀ ਵਿਸ਼ਿੰਗ ਯੂ ਆਲ ਦਾ ਬੈਸਟ, ਅਤੇ ਉਮੀਦ ਕਰਨੀ ਆ ਕਿ ਇਸ ਤੋਂ ਵੀ ਅੱਛੀਆਂ ਅੱਛੀਆਂ ਅਤੇ ਬਹੁਤ ਅੱਛੀਆਂ ਫਿਲਮਾਂ ਬਣਾਓ ਤੁਸੀਂ, ਅਤੇ ਐਂਟਰਟੇਨ ਕਰੋ ਸਾਰਿਆਂ ਨੂੰ, ਮੈਸੇਜ ਦਿਓ। ਜ਼ਰੂਰ ਜੀ, ਬਹੁਤ ਜਲਦੀ ਮੇਰੇ ਖਿਆਲ 'ਚ ਬਸ ਤੁਸੀਂ ਛੇਤੀ ਅਨਾਊਂਸਮੈਂਟ ਸੁਣਨ ਵਾਲੇ। ਅੱਛਾ, ਇਹ ਅੰਗਰੇਜ਼ 2 ਤਾਂ ਨਹੀਂ ਹੋਣੀ? ਅੱਛਾ, ਇਹ ਚਲੋ ਨਹੀਂ ਦੇਖਦੇ, ਠੀਕ ਹੈ, ਉਡੀਕਨੇ ਆ, ਕੋਈ ਨਹੀਂ ਭਾਅ ਜੀ ਦੇ ਫੇਸਬੁੱਕ ਤੇ ਦੁੱਖ ਰੱਖੇ, ਪਰ ਇਹ ਪੱਕੀ ਗੱਲ ਅੰਗਰੇਜ਼ 2 ਬਣਾਉਣੀ ਜ਼ਰੂਰ ਹੈ। ਅੱਛਾ, ਬਣਾਉਣੀ ਹੈ, ਬਾਕੀ ਤੁਸੀਂ ਭਾਅ ਜੀ ਦੇ ਫੇਸਬੁੱਕ ਤੇ ਪੋਸਟਾਂ ਦੇਖਿਆ ਕਰੋ, ਉੱਥੋਂ ਹੀ ਪਤਾ ਲੱਗ ਜਾਂਦਾ ਸਾਰਾ। ਥੈਂਕ ਯੂ ਫੋਰ ਬੀਇੰਗ ਔਨ ਪੰਜਾਬੀ ਮੀਡੀਆ ਭਾਅ ਜੀ। ਥੈਂਕ ਯੂ ਸੋ ਮਚ। ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ, ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਦੇਖ ਰਹੇ ਹੋ ਤੁਸੀਂ, ਤੇ ਅੱਜ ਸਾਡੇ ਨਾਲ ਮੌਜੂਦ ਨੇ ਰੂਪੀ ਗਿੱਲ। ਰੂਪੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਮੀਨੀਆ ਤੇ। ਥੈਂਕ ਯੂ ਸੋ ਮੱਚ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਤੁਹਾਡਾ ਜਿਹੜਾ ਗਾਣਾ ਮੇਨਲੀ ਜਿਹੜਾ ਅੱਜ ਕੱਲ੍ਹ ਹਿੱਟ ਹੋਇਆ ਡਾਇਮੰਡ, ਉਹ ਤੋਂ ਬਾਅਦ ਤੇ ਆਈ ਥਿੰਕ ਇੰਨੇ ਲੋਕਾਂ ਨੇ ਤੁਹਾਨੂੰ ਪਸੰਦ ਕੀਤਾ, ਤੁਹਾਡਾ ਫੇਸ ਜਿਹੜਾ ਇੰਨਾ ਜਨਤਾ ਨੇ ਪਸੰਦ ਕੀਤਾ, ਤੇ ਉਸ ਤੋਂ ਬਾਅਦ ਤੁਹਾਨੂੰ ਇਹ ਫਿਲਮ ਤੁਹਾਡੀ ਪਹਿਲੀ ਜਿਹੜੀ ਆ ਹਨਾ, ਕੁਛ ਹੀ ਗਾਣਿਆਂ ਬਾਅਦ ਤੁਹਾਨੂੰ ਮਿਲ ਗਈ, ਸੋ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ? ਮੈਂ ਆਨੈਸਟਲੀ ਦੱਸਾਂ, ਮੈਨੂੰ ਹਜੇ ਵੀ ਨਹੀਂ ਬਿਲੀਵ ਹੋ ਰਿਹਾ, ਲਾਈਕ ਮੈਂ ਤੇ ਵਨ ਆਫ ਅਵਰ ਟੀਮ ਮੈਂਬਰਸ ਆਕਾਸ਼ ਆਏ ਸੀ, ਅਸੀਂ ਇਕੱਠੇ ਆਏ ਹਾਂ, ਤੇ ਪਲੇਨ 'ਚ ਵੀ ਅਸੀਂ ਕਹਿੰਦੇ ਸੀ ਲਾਈਕ ਸੱਚੀ ਆਪਾਂ ਚੱਲੇ ਹਾਂ, ਐਂਡ ਦੈਨ ਈਵਨ ਵਨ ਵੀ ਲੈਂਡਡ ਵੀ ਲਾਈਕ ਇਹ ਸੱਚੀ ਇੰਡੀਆ ਆ, ਸੋ ਵੀ ਸਟਿਲ ਡੋਂਟ ਬਿਲੀਵ ਇਟ, ਇੰਨੇ ਐਕਸਾਈਟਡ ਹਾਂ ਅਸੀਂ, ਆਮ ਸੋ ਐਕਸਾਈਟਡ, ਐਂਡ ਮੈਂ ਟੂ ਬੀ ਆਨੈਸਟ ਬਹੁਤ ਲੱਕੀ ਫੀਲ ਕਰਦੀ ਹੈ ਕਿ ਪੰਜਾਬੀ ਇੰਡਸਟਰੀ ਦੇ ਮੈਨੂੰ ਕੋਈ ਪਾਰਟ ਸਮਝਿਆ ਜਾਂਦਾ ਆ, ਵੀ ਲਾਈਕ ਮੈਂ ਇੰਕਲੂਡਡ ਹਾਂ ਉਹਦੇ ਵਿੱਚ। ਸੋ ਤੁਸੀਂ ਐਕਟਿੰਗ ਸ਼ੁਰੂ ਤੋਂ ਹੀ ਕਰਨਾ ਚਾਹੁੰਦੇ ਸੀ ਕਿ ਤੁਹਾਡੇ ਦਿਮਾਗ 'ਚ ਸੀਗਾ ਕਦੇ ਕਿ ਐਕਟਿੰਗ ਕਰੋਗੇ? ਐਕਟਿੰਗ ਛੋਟੇ ਹੁੰਦੇ ਤਾਂ ਮੈਨੂੰ ਬਹੁਤ ਪਸੰਦ ਸੀ, ਲਾਈਕ ਡਰਾਮਾ ਜਿਹਾ ਕਰਨਾ, ਘਰੇ ਵੀ ਬਹੁਤ ਮੈਨੂੰ ਪਸੰਦ ਆ ਇੱਦਾਂ ਦੀਆਂ ਚੀਜ਼ਾਂ ਕਰਨਾ, ਸੋ ਆਈ ਥਿੰਕ ਸ਼ੁਰੂ ਤੋਂ ਸ਼ੌਂਕ ਸੀਗਾ ਵਿਦਆਊਟ ਨੋਇੰਗ ਇਟ, ਪਰ ਮੈਂ ਐਕਟਰ ਨਹੀਂ ਬਣਨਾ ਚਾਹੁੰਦੀ ਸੀ ਅਫੀਸ਼ਲੀ, ਤਾਂ ਮੈਂ ਲਾਈਕ ਹੋਰ ਪਾਸੇ ਮੈਂ ਐਕਚੁਲੀ ਪੁਲਿਸ ਆਫਿਸਰ ਬਣਨਾ ਚਾਹੁੰਦੀ ਸੀ, ਉਹਦੇ ਲਈ ਸਟੱਡੀ ਕਰਦੀ ਸੀ, ਅਤੇ ਮੈਂ ਉਹਦੀ ਸ਼ੌਂਕ ਨੂੰ ਸ਼ੌਂਕ ਦੇ ਤੌਰ 'ਤੇ ਕੀਤਾ ਸੀ, ਪਰ ਇਹ ਵਧੀਆ ਜਾ ਰਿਹਾ ਸੋ ਫਾਰ, ਟੱਚ ਵੁੱਡ। ਸੋ ਤੁਹਾਡੀ ਜਿਹੜੀ ਫਿਲਮ ਦੀ ਅਨਾਊਂਸਮੈਂਟ ਹੋਈ ਆ ਵੱਡਾ ਕਲਾਕਾਰ, ਸੋ ਇਹਦੇ ਵਿੱਚ ਤੁਹਾਡਾ ਰੋਲ ਕੀ ਆ ਅਤੇ ਕਾਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸ? ਇਹਦੇ ਵਿੱਚ ਐਕਚੁਲੀ ਮੈਂ ਜ਼ਿਆਦਾ ਨਹੀਂ ਦੱਸੂੰਗੀ, ਬਟ ਬਹੁਤ ਸਵੀਟ ਜੀ ਕੁੜੀ ਆ, ਇਨਸੈਂਸ ਬਹੁਤ ਆ ਉਹਦੇ ਵਿੱਚ, ਸ਼ੀ ਇਜ਼ ਲਾਈਕ ਦ ਗਰਲ ਨੈਕਸਟ ਡੋਰ, ਬਹੁਤ ਰਿਲੇਟੇਬਲ ਵੀ ਆ, ਲਾਈਕ ਇਟਸ ਕਾਇੰਡ ਆਫ ਲਾਈਕ ਮੇਰੇ ਵਾਂਗੂ ਆ, ਬਟ ਯਾ, ਸੋ ਐਕਚੁਲੀ ਆਈ ਵੁੱਡ ਸੇ ਮੈਂ ਕੁਛ ਐਕਟਿੰਗ ਜ਼ਿਆਦਾ ਨਹੀਂ ਕਰਨੀ, ਜਿੱਦਾਂ ਸਾਡੇ ਡਾਇਰੈਕਟਰ ਨੇ ਕਿਹਾ ਸੀ ਡੋਂਟ ਐਕਟ, ਜਸਟ ਬੀ ਯੋਰਸੈਲਫ, ਸੋ ਆਈ ਵੁੱਡ ਸੇ ਸ਼ੀ ਇਜ਼ ਵੈਰੀ, ਸ਼ੀ ਹੈਜ਼ ਅ ਲੋਟ ਆਫ ਇਨਸੈਂਸ, ਸ਼ੀ ਇਜ਼ ਸਵੀਟ, ਸ਼ੀ ਇਜ਼ ਜਸਟ ਵੈਰੀ ਰਿਲੇਟੇਬਲ, ਜਿੱਦਾਂ ਜਸਟ ਅ ਨੋਰਮਲ ਕੁੜੀ ਹੋਊਗੀ। ਸੋ ਰੂਪੀ, ਤੁਸੀਂ ਇੰਨੇ ਅੱਜ ਕੱਲ੍ਹ ਛਾਏ ਹੋਏ ਹੋ ਹਰ ਥਾਂ 'ਤੇ, ਆਈ ਐਮ ਸ਼ੋਰ ਹਰ ਕੋਈ ਬੰਦਾ ਤੁਹਾਨੂੰ ਤੁਹਾਡੇ ਬਾਰੇ ਜਾਣਨਾ ਚਾਹੁੰਦਾ, ਸੋ ਆਪਣੇ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ। ਓਕੇ, ਸੋ ਮੇਰਾ ਫੁੱਲ ਨੇਮ ਦੱਸਾਂ? ਫੁੱਲ ਨੇਮ ਮੇਰਾ ਹੈਗਾ ਰੁਪਿੰਦਰ ਕੌਰ ਗਿੱਲ, ਮੈਂ ਕੈਨੇਡਾ ਦੇ ਵਿੱਚ ਬੋਰਨ ਹੋਈ ਹਾਂ July 28 ਨੂੰ, ਅਤੇ ਇੰਨੀ ਡਿਟੇਲ 'ਚ ਨਹੀਂ ਜਾਣਾ ਸੀ ਨਾ, ਨਹੀਂ ਜਾ ਸਕਦੇ। ਓਕੇ, ਸੋ July 28 ਨੂੰ, ਐਂਡ ਮੈਂ ਉੱਥੇ ਬੋਰਨ ਹੋਈ ਹਾਂ, ਮੈਂ ਇੰਡੀਆ 5 ਸਾਲ ਰਹੀ ਹਾਂ ਛੋਟੀ ਹੁੰਦੀ ਵਿਦ ਮਾਈ ਗ੍ਰੈਂਡ ਪੇਰੈਂਟਸ, ਤਾਂ ਕਰਕੇ ਮੈਨੂੰ ਪੰਜਾਬੀ ਕਲਚਰ ਬਾਰੇ, ਮੇਰੀ ਪੰਜਾਬੀ ਵੀ ਐਕਚੁਲੀ ਤਾਂ ਇਸ ਕਰਕੇ ਵਧੀਆ ਆ, ਸੋ ਮੋਸਟਲੀ ਮੈਂ ਹੁਣ ਹੀ ਜ਼ਿਆਦਾ ਚਿਰ ਕੈਨੇਡਾ ਵਿੱਚ ਹੀ ਹਾਂ, ਉੱਥੇ ਹੀ ਅਸੀਂ ਕੋਈ ਵੀ ਮਿਊਜ਼ਿਕ ਵੀਡੀਓ ਹੋਵੇ ਅਸੀਂ ਉੱਥੇ ਹੀ ਸ਼ੂਟ ਕਰਦੇ ਹੁੰਦੇ ਹਾਂ, ਸੁਖਣੀ ਐਂਡ ਹਿਜ਼ ਹੋਲ ਥੀਮ, ਅਤੇ ਆਈ ਐਮ ਯੂਜ਼ਲੀ ਵਿਦ ਦਮ, ਸੋ ਯਾ, ਦੈਟਸ। ਸੋ ਤੁਸੀਂ ਸੁੱਖ ਸੰਗੇੜਾ ਨਾਲ ਕਾਫੀ ਗਾਣੇ ਕੀਤੇ ਆ, ਸੋ ਤੁਹਾਡੇ ਉਹਨਾਂ ਨਾਲ ਰਿਲੇਸ਼ਨਸ ਕਿੱਦਾਂ ਦੇ ਆ? ਮੀ ਐਂਡ ਸੁੱਖ, ਆਈ ਵੁੱਡ ਸੇ ਅਸੀਂ ਬੈਸਟ ਫਰੈਂਡਸ ਵੀ ਹਾਂ, ਅਤੇ ਅਸੀਂ ਲਾਈਕ ਬ੍ਰਦਰ ਐਂਡ ਸਿਸਟਰ ਬੈਸਟ ਫਰੈਂਡਸ ਟਾਈਪ ਆਫ ਇੱਦਾਂ ਆ, ਲਾਈਕ ਸਾਡੀ ਪੂਰੀ ਟੀਮ ਇੱਕ ਲਾਈਕ ਫੈਮਲੀ ਆ, ਲਾਈਕ ਤੁਸੀਂ ਬਿਲੀਵ ਨਹੀਂ ਕਰੋਗੇ ਜਦੋਂ ਅਸੀਂ ਇਕੱਠੇ ਹੁੰਦੇ ਇੱਦਾਂ ਨਹੀਂ ਲੱਗਦਾ ਅਸੀਂ ਕੰਮ ਕਰਦੇ ਹਾਂ, ਅਸੀਂ 24/7 ਜੋ ਦੀ ਸਨੈਪਚੈਟਸ ਵੀ ਤੁਸੀਂ ਦੇਖੋ, ਅਸੀਂ ਲਾਈਕ ਆਲ ਦ ਟਾਈਮ ਸਾਡਾ ਇੱਦਾਂ ਹੁੰਦਾ ਵੀ ਇਹ ਕਰਦੇ ਕੀ ਆ, ਵੀਡੀਓ ਕਿੱਦਾਂ ਬਣਾ ਲੈਂਦੇ, ਅਸੀਂ ਇੰਨਾ ਫਨ ਕਰਦੇ ਹਾਂ, ਸੋ ਮੀ ਐਂਡ ਹਿਮ, ਹੀ ਲੁੱਕਸ ਆਊਟ ਫੋਰ ਮੀ, ਉਹ ਮੇਰੇ ਹਮੇਸ਼ਾ ਕੋਈ ਵੀ ਲਾਈਕ ਕੁਛ ਵੀ ਮੈਨੂੰ ਪ੍ਰੋਬਲਮ ਹੋਵੇ, ਹੀ ਆਲਵੇਜ਼ ਫਿਕਸ ਇਟ, ਹੀ ਆਲਵੇਜ਼ ਸੇ ਰੂਪੀ ਇੱਦਾਂ ਕਰ, ਇੱਦਾਂ ਨਹੀਂ ਕਰਨਾ, ਸੋ ਹੀ ਪ੍ਰੀਟੀ ਮੱਚ ਮੈਂਟਰ ਵੀ ਆ, ਮੈਂਟਰ, ਬ੍ਰਦਰ ਅਤੇ ਬੈਸਟ ਫਰੈਂਡ। ਤੁਹਾਡਾ ਜਿਹੜਾ ਗਾਣਾ ਆ ਡਾਇਮੰਡ, ਉਹਦੇ ਆਈ ਥਿੰਕ ਹੁਣ ਵੀਡੀਓ ਦੇਖਦੇ ਹੋਏ ਵੀ ਉਹਨੂੰ 100 ਮਿਲੀਅਨ ਹਿੱਟ ਹੋਣ ਵਾਲੇ ਆ, ਸੋ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਵਾਸਤੇ ਮੈਨੂੰ ਸੀਰੀਅਸਲੀ ਇੰਨੀ ਉਮੀਦ ਨਹੀਂ ਸੀ ਵੀ ਇੰਨਾ ਜ਼ਿਆਦਾ ਹਿੱਟ ਹੋਊਗਾ, ਪਰ ਤੁਸੀਂ ਇੰਨਾ ਪਿਆਰ ਦਿੱਤਾ ਆ ਉਹਦੇ ਲਈ, ਮੈਂ ਦੱਸ ਨਹੀਂ ਸਕਦੀ ਵੀ ਮੈਂ ਕਿੰਨੀ ਸ਼ੁਕਰ ਲਾਈਕ ਸ਼ੁਕੀ ਕੀਤਾ, ਸ਼ੁਕਰਵਾਰ ਸ਼ੁਕਰਗੁਜ਼ਾਰ ਆ, ਅਤੇ ਨੋ ਬਹੁਤ 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 ਥੈਂਕ ਯੂ, ਤੁਸੀਂ ਇੰਨਾ ਪਸੰਦ ਕੀਤਾ, ਤੁਸੀਂ ਵੀ ਮੈਨੂੰ ਦੱਸ ਰਹੇ ਸੀ ਵੀ ਯੂ ਲਵ ਇਟ ਟੂ, ਸੋ ਯਾ, ਨੋ ਥੈਂਕ ਯੂ। ਅਤੇ ਤੁਹਾਡੇ ਨਾਲ ਅਸੀਂ ਇੱਕ ਛੋਟੀ ਜਿਹੀ ਗੇਮ ਖੇਡਾਂਗੇ ਜਿਹਦਾ ਨਾਮ ਹੈ ਰੈਪਿਡ ਫਾਇਰ, ਸੋ ਉਹੀ ਜੋ ਮੈਂ ਕਹਿ ਰਹੀ ਹਾਂ ਕਿ ਅਸੀਂ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਹਾਂ,
ਡੇਟ ਤੇ ਕਿੰਨੇ ਨਾਮ ਹੁੰਦੇ ਆ ਕਿ ਗੁਰਨਾਮ ਨਾਲ ਜਸਟ ਬੀਕਜ਼ ਵੇਟ ਕਰੋ ਜਸਟ ਬੀਕਜ਼ ਸਾਰਿਆਂ ਨੇ ਇੰਨੀ ਜੋੜੀ ਸਾਡੀ ਲਾਈਕ ਕੀਤੀ ਆ ਅਤੇ ਮੈਂ ਲਾਈਕ ਕਰੂੰਗੀ ਟ੍ਰਿਕ ਕਰਨ ਨੂੰ ਸਾਰਿਆਂ ਨੂੰ ਵੀ ਉਹ ਕਹਿਣਗੇ ਉਹ ਅੱਛਾ ਰੀਅਲ ਲਾਈਫ 'ਚ ਵੀ ਇਹ ਕਪਲ ਆ ਓਕੇ ਤੁਹਾਡੀ ਫੇਵਰੇਟ ਡਿਸ਼ ਕਿਹੜੀ ਆ ਮੇਰੀ ਫੇਵਰੇਟ ਡਿਸ਼ ਸ਼ਾਹੀ ਪਨੀਰ ਤੁਹਾਡਾ ਸਨ ਸਾਈਨ ਕੀ ਆ ਲੀਓ ਲੀਓ ਹੋਇਆ ਤੁਹਾਡਾ ਫੇਵਰੇਟ ਮਿਊਜ਼ਿਕ ਕੀ ਆ ਮੇਰਾ ਫੇਵਰੇਟ ਮਿਊਜ਼ਿਕ ਪੰਜਾਬੀ ਮਿਊਜ਼ਿਕ ਮੈਂ 24/7 ਮੇਰੀ ਗੱਡੀ ਦੇ ਵਿੱਚ ਮੇਰੇ ਫੋਨ ਦੇ ਵਿੱਚ ਐਵਰੀ ਸਿੰਗਲ ਥਿੰਗ ਇਜ਼ ਪੰਜਾਬੀ ਮਿਊਜ਼ਿਕ ਮੈਨੂੰ ਹੋਰ ਕੋਈ ਮਿਊਜ਼ਿਕ ਬਾਰੇ ਕੁਛ ਨਹੀਂ ਪਤਾ ਹੈਗਾ ਅਤੇ ਦੋ ਗਾਣੇ ਜਿਹੜੇ ਤੁਹਾਡੇ ਇਸ ਵੇਲੇ ਲਿਸਟ ਦੇ ਵਿੱਚ ਰਿਪੀਟ 'ਤੇ ਚੱਲ ਰਹੇ ਓਕੇ ਇੱਕ ਚਿੜੀ ਬਲੋਰੀ ਜਿਹੜਾ ਲੌਂਗ ਲੈਚੀ 'ਚੋਂ ਆ ਐਂਡ ਆਉਂਦੇ ਹੋਏ ਪਲੇਨ 'ਚ ਅਸੀਂ ਵੰਜਲੀ ਵਜਾ ਸੁਣਿਆ ਆ ਅੰਗਰੇਜ਼ ਵਾਲਾ ਗਾਣਾ ਉਹ ਮੈਨੂੰ ਬਹੁਤ ਬਹੁਤ ਵਧੀਆ ਲੱਗਦਾ ਆ ਤੁਹਾਡੀ ਕੰਫਰਟ ਲੁੱਕ ਕੀ ਆ ਕੰਫਰਟ ਲੁੱਕ ਸਵੈਟ ਪੈਂਟਸ ਜਿਹੜੇ ਵੀ ਸਾਰੇ ਮੈਨੂੰ ਜਾਣਦੇ ਆ ਸਵੈਟ ਪੈਂਟਸ ਸਲਿੱਪਰਸ ਅਤੇ ਇੱਕ ਚੱਗਾ ਦੈਟਸ ਇਟ ਤੁਹਾਡੀ ਹੋਬੀਜ਼ ਕੀ ਮੇਰੀ ਹੋਬੀਜ਼ ਆ ਖਾਣਾ ਹੋਬੀਜ਼ ਹੁੰਦੀ ਆ ਖਾਣਾ ਡਾਂਸਿੰਗ ਕਰਨੀ ਅਤੇ ਐਕਟਿੰਗ ਵੀ ਇੱਕ ਤਰ੍ਹਾਂ ਦੀ ਹੋਬੀ ਹੋਈ ਆ ਰਾਈਟ ਐਂਡ ਸੋਹਣਾ ਤੁਹਾਡਾ ਫੇਵਰੇਟ ਕਲਰ ਕਿਹੜਾ ਮੇਰਾ ਫੇਵਰੇਟ ਕਲਰ ਇਜ਼ ਬਲੈਕ ਕੱਪੜਿਆਂ ਵਾਈਜ਼ ਅਤੇ ਬਲੂ ਉੱਦਾਂ ਲਾਈਕ ਸਕਾਈ ਬਲੂ ਓਕੇ ਅਤੇ ਤੁਹਾਡਾ ਫੇਵਰੇਟ ਡਿਜ਼ਾਈਨਰ ਕੌਣ ਮੇਰੇ ਕੋਲ ਫੇਵਰੇਟ ਡਿਜ਼ਾਈਨਰ ਨਹੀਂ ਹੈਗਾ ਨਹੀਂ ਲਾਈਕ ਕੁਛ ਵੀ ਕੁਛ ਐਕਚੁਲੀ ਐਜ਼ ਆਫ ਨਾਓ ਨੂਰ ਆ ਮੇਰੀ ਫੇਵਰੇਟ ਡਿਜ਼ਾਈਨਰ ਤੁਹਾਡਾ ਫੇਵਰੇਟ ਵਕੇਸ਼ਨ ਸਪੋਟ ਕੀ ਆ ਫੇਵਰੇਟ ਵਕੇਸ਼ਨ ਸਪੋਟ ਇੰਡੀਆ ਇੰਡੀਆ 100% ਕੋਈ ਵੀ ਜਗ੍ਹਾ ਨਹੀਂ ਇੰਡੀਆ ਸੋ ਹੁਣ ਇਸ ਤੋਂ ਬਾਅਦ ਅਸੀਂ ਰੂਪੀ ਨੂੰ ਮੋਰ ਐਜ਼ ਅ ਮਾਡਲ ਦੇਖ ਰਹੇ ਹਾਂ ਅੱਗੇ ਜਾਂ ਐਜ਼ ਐਨ ਐਕਟਰ I would say is movie to baad I don't know ki hoga cha kidda jana hai sara kuch but I would say dono hi expect karo I would say that's a very safe answer dono hi tusi expect kare ho so main to dekh rahi hu tusi makeup bahut fresh te sona kita hoya tusi aap kita hai ya kisi hor to kya main sunu honest answer dassa main assi flight to utre chandigarh pahunche makeup 5 minutes vich kita noor nu mile noor is like wear this and aage so yeah main aap hi kita aya woh bhi 5 minutes de vich Well, Roopi, thank you Punjabi Mania te on layi te tuhadi jehdi film aa rahi aa vadda kalakar bahut hit hove jivein tusi agge pasand aaye ho sande sade agge vi I'm sure pasand aaoge tarakkiyan karo tusi bahut jyadiyan all the best so sade Punjabi Mania dekh rahe viewers nu tusi ant vich ki kehna chahoge I just want to say ki thank you so much tusi inni support ditti aa main dilon like I know sare main kehnde hunde aa vi main thank you par main dilon kehna chahuni aa bahut bahut dhanwad tusi inna mainu pyar ditta aa ਥੈਂਕ ਯੂ ਰੂਪੀ ਪੰਜਾਬੀ ਮੇਨੀਆ 'ਤੇ ਆਉਣ ਲਈ ਸੋ ਮੈਂ ਯਾਸਮਨ ਕੌਰ ਪੰਜਾਬੀ ਮੇਨੀਆ ਤੋਂ ਤੁਹਾਡੇ ਤੋਂ ਵਿਦਾ ਲੈਂਦੀ ਹਾਂ ਅਤੇ ਆਪਾਂ ਛੇਤੀ ਮਿਲਾਂਗੇ ਇੱਥੇ ਇੱਕ ਨਵੇਂ ਸਿਤਾਰੇ ਦੇ ਨਾਲ ਸਤਿ ਸ਼੍ਰੀ ਅਕਾਲ